ਜਿਵੇਂ ਆਲਰੇਡੀ ਆਪਾਂ ਜਾਣਦੇ ਆ ਕਿ ਧਰਮ ਦੋ ਚੱਲ ਰਹੇ ਸੀ Hindu ਤੇ Muslim ਦੋ ਮੁੱਖ ਧਰਮ ਜਿਹੜੇ ਭਾਰਤ ਵਿੱਚ ਉਸ ਵੇਲੇ ਪਰਚਲਤ ਸੀਗੇ ਠੀਕ ਹੈ ਜੀ ਹੁਣ ਕਿਸੇ ਨੇ ਸਵਾਲ ਕੀਤਾ ਕਿ ਇਹ ਤੀਸਰਾ ਧਰਮ ਬਣਾਉਣ ਦੀ ਲੋੜ ਕਿਉਂ ਪਈ ਇੱਕ ਪਾਸੇ ਕਹਿੰਦੇ ਕਿ ਤੁਸੀਂ ਕਹਿੰਦੇ ਹੋ ਅਕਾਲ ਪੁਰਖ ਤੋਂ ਬਣਾ ਮੰਨਣਾ ਨਹੀਂ ਕਿਸੇ ਨੂੰ ਅਕਾਲ ਪੁਰਖ ਇੱਕ ਇੱਕ ਪਰਮਾਤਮਾ ਉਹੀ ਆਕਾਲ ਪੁਰਖ ਹੈਣਾ ਫਿਰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥੇ ਕੋ ਟੇਕਦੇ ਜਾਂ ਬਾਕੀ 10 ਗੁਰੂ ਸਾਹਿਬਾਨ ਨੂੰ ਕਿਉਂ ਮੰਨਦੇ ਤੁਸੀਂ ਸਿੱਧਾ ਅਕਾਲ ਪੁਰਖ ਨੂੰ ਕਿਉਂ ਨਹੀਂ ਮੰਨਦੇ ਕਿ ਜਿਹੜੇ ਅੱਜ ਕੱਲ ਦੇ ਸਿੱਖ ਨੇ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਕਟੜ ਧਰਮੀ ਘਟ ਕਟੜ ਜ਼ਿਆਦਾ ਲੱਗਦੇ ਆ ਕਟੜ ਕਿਹੜੀ ਗੱਲੋਂ ਕਿ ਕਾ ਨੰਦ ਨੇ ਨਹੀਂ ਜੀ ਅਸੀਂ ਜਾ ਕੇ ਮੰਦਰਾਚ ਨਹੀਂ ਮੱਥਾ ਟੇਕਦੇ ਅਸੀਂ ਜਾ ਕੇ ਇੱਧਰ ਨਹੀਂ ਮੱਥਾ ਟੇਕਣਾ ਉੱਥੇ ਨਹੀਂ ਮੱਥਾ ਟੇਕਣਾ ਜਾ ਕੇ ਠੀਕ ਹੈ ਜੀ ਅਸੀਂ ਸਿਰਫ ਤੇ ਸਿਰਫ ਸਿਰਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜਾਂ ਇਹਨਾਂ ਦੀ ਮਰਿਆਦਾ ਨੂੰ ਮੰਨਣਾ ਮੈਨੂੰ ਕਹਿੰਦਾ ਕਿਤੇ ਨਾ ਕਿਤੇ ਕਟੜਵਾਦ ਤਾਂ ਨਹੀਂ ਆ ਸਿੱਖਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਕਿ ਜਿਵੇਂ ਆਪ ਜੀ ਬਾਣੀ ਦੇ ਅਰਥ ਕਰ ਕਰਕੇ ਦੱਸ ਰਹੇ ਸੀ ਠੀਕ ਹੈ ਜੀ ਕਿ ਆਹ ਪੰਕਤੀ ਗੁਰੂ ਸਾਹਿਬ ਨੇ ਲਿਖੀ ਆ ਇਹ ਤਾਂ ਆ ਅਰਥ ਆ ਆ ਗੱਲਬਾਤ ਹਨਾ ਸੋ ਬਹੁਤ ਸਾਰੇ ਸੰਗਤ ਦੇ ਸਵਾਲ ਆਉਂਦੇ ਆ ਕਿ ਜਦੋਂ ਸਾਨੂੰ ਬਾਣੀ ਸਮਝ ਹੀ ਨਹੀਂ ਆਉਂਦੀ ਅਸੀਂ ਬਾਣੀ ਤੇ ਪੜਦੇ ਆ ਪਰ ਬਾਣੀ ਸਮਝ ਨਹੀਂ ਆਉਂਦੀ ਤੇ ਇਦਾਂ ਸਾਡਾ ਭਲਾ ਹੋ ਜੂਗਾ ਜਾਂ ਬਾਣੀ ਇਦਾਂ ਪੜਨ ਦਾ ਫਾਇਦਾ ਹੈ ਕੋਈ ਬਿਨਾ ਸਮਝਿਆ ਵੀ ਜੇ ਬਾਣੀ ਮੈਂ ਮੈਂ ਜਪਜੀ ਸਾਹਿਬ ਤਾਂ ਖੋਲ ਕੇ ਗੁਟਕਾ ਸਾਹਿਬ ਪੜ ਰਿਆ ਮਾਂ ਪਰ ਹੁਣ ਜੋ ਉੱਥੇ ਲਿਖਿਆ ਵਾ ਮੈਨੂੰ ਤਾਂ ਮਤਲਬ ਵੀ ਨਹੀਂ ਪਤਾ ਕੀ ਕੀ ਕਹਿਣਾ ਚਾਹ ਰਿਹਾ ਗੁਰੂ ਸਾਹਿਬ ਨੇ ਤੇ ਇਹਦਾ ਮੈਨੂੰ ਲਾਭ ਹੋਊਗਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਨੇਕ ਪੰਜਾਬੀ ਇਤਿਹਾਸ ਉੱਪਰ ਅੱਜ ਦਾ ਇਹ ਪੌਡਕਾਸਟ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਦਾ ਪੋਡਕਾਸਟ ਅਸੀਂ ਭਾਈ ਮਨਜੀਤ ਸਿੰਘ ਜੀ ਉਡੀਕ ਜੋ ਬਤੌਰ ਕਥਾਵਾਚਕ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਵਿਖੇ ਡਿਊਟੀ ਨਿਭਾ ਰਹੇ ਨੇ ਇਸ ਪੋਡਕਾਸਟ ਦੇ ਵਿੱਚ ਅਸੀਂ ਉਹਨਾਂ ਨਾਲ ਉਹ ਵਿਚਾਰਾਂ ਕਰਾਂਗੇ ਉਹ ਸਵਾਲ ਜਵਾਬ ਕਰਾਂਗੇ ਜੋ ਅਕਸਰ ਆਪ ਜੀ ਸਾਡੇ ਪੇਜ ਉੱਪਰ ਕਮੈਂਟਾਂ ਵਿੱਚ ਜਾਂ ਸਾਨੂੰ ਇਨਬਾਕਸ ਕਰਕੇ ਡੀਐਮ ਕਰਕੇ ਪੁੱਛਦੇ ਹੋ ਸੋ ਅੱਜ ਦਾ ਪੋਡਕਾਸਟ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਬੇਨਤੀ ਆ ਪੋਡਕਾਸਟ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂ ਨਾ ਜ਼ਿਆਦਾ ਸਮਾਂ ਨਾ ਲੈਂਦੇ ਹੋ ਆਪਾਂ ਅੱਜ ਦੇ ਪੋਡਕਾਸਟ ਨੂੰ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਜੀਤ ਸਿੰਘ ਢੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਪੋਡਕਾਸਟ ਦੇ ਵਿੱਚ ਅੱਜ ਦੇ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਸਾਡੀ ਸੰਗਤ ਨੂੰ ਥੋੜਾ ਜਿਹਾ ਆਪਣੇ ਬਾਰੇ ਵਿਸਥਾਰ ਨਾਲ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਮਨਜੀਤ ਸਿੰਘ ਢੀਕ ਆ ਤੇ ਲੁਧਿਆਣੇ ਦੇ ਨਿਵਾਸੀ ਹਾਂ ਲੁਧਿਆਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਸ ਤੋਂ ਵਿਦਿਆਲੀ ਉਸ ਤੋਂ ਉਪਰੰਤ ਗੁਰਦੇਵ ਪਿਤਾ ਜੀ ਨੇ ਬਖਸ਼ਿਸ਼ ਕਰਕੇ ਗੁਰਮਤਿ ਦੀ ਵਿਦਿਆ ਬਖਸ਼ਿਸ਼ ਕੀਤੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਧਰਮ ਪ੍ਰਚਾਰ ਕਮੇਟੀ ਵਿੱਚ ਤੇ ਉਸ ਤੋਂ ਉਪਰੰਤ ਕੁਝ ਸਮਾਂ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਦਲਪੰਥ ਬਾਬਾ ਅਵਤਾਰ ਸਿੰਘ ਹੋਣਾ ਦੇ ਪਾਸ ਕੁਝ ਸਮਾਂ ਬਤੀਤ ਕੀਤਾ ਗਿਆਨੀ ਸਰੂਪ ਸਿੰਘ ਹੋਣਾ ਦੇ ਪਾਸ ਸ consent ਲਈ ਤੇ ਅੱਜ ਸਤਿਗੁਰ ਜੀ ਦੀ ਕਿਰਪਾ ਮਿਹਰ ਅਮਤ ਦੇ ਸਦਕਾ ਲੁਧਿਆਣੇ ਸਮਰਾਲਾ ਚੋਂ ਗੁਰਦੁਆਰਾ ਗੁਰੂ ਅਰਜਨ ਦੇਵ ਨਗਰ ਵਿਖੇ ਕਥਾ ਵਾਚਕ ਦੇ ਵੱਜੋਂ ਸੇਵਾ ਨਿਭਾ ਰਹੇ ਹਾਂ ਠੀਕ ਹੈ ਜੀ ਇਹ ਕਥਾ ਤੁਸੀਂ ਰੋਜ਼ਮਰਗਾ ਕਰਦੇ ਡੇਲੀ ਕਰ ਰਹੇ ਹੋ ਹਾਂ ਜੀ ਰੋਜ਼ਾਨਾ ਹਾਜ਼ਰੀ ਪਰੀ ਦੀ ਸਵੇਰ ਦਾ ਸਮਾਂ ਤੇ ਸੰਧਿਆ ਵੇਲੇ ਦੇ ਦੀਵਾਨ ਚ ਦੋ ਟਾਈਮ ਕਥਾ ਕਰਦੇ ਹੋ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੇਵਾ ਸਤਿਗੁਰੂ ਆਪ ਹੀ ਕਰਾਉਂਦੇ ਨੇ ਸੋ ਮਨਜੀਤ ਸਿੰਘ ਉਡੀਕ ਜੀ ਤੁਹਾਡੇ ਨਾਮ ਪਿੱਛੇ ਜੇ ਉਡੀਕ ਸ਼ਬਦ ਮੈਂ ਦੇਖ ਰਿਹਾ ਬੜਾ ਮੈਨੂੰ ਵੱਖਰਾ ਜਿਹਾ ਲੱਗਾ ਕਿਉਂਕਿ ਅੱਜ ਤੱਕ ਮੈਂ ਵਕੀਆਂ ਗੋਤਾਂ ਜਾਂ ਹੋਰ ਵੀ ਜਿਹੜੇ ਸਰਨੇਮ ਹੁੰਦੇ ਨੇ ਸੁਣੇ ਨੇ ਪਰ ਆ ਉਡੀਕ ਸ਼ਬਦੋਂ ਪਹਿਲੀ ਵਾਰੀ ਵੱਖਰਾ ਜਿਹਾ ਸੁਣਿਆ ਮੈਨੂੰ ਇਹਦੇ ਪਿੱਛੇ ਕੋਈ ਖਾਸ ਹੋ ਜਾ ਕੁਝ ਨਾ ਸਤਿਗੁਰਾਂ ਨੇ ਸ਼ਾਇਰਾਨਾ ਮિજાਜ ਜਿਆ ਬਖਸ਼ਿਆ ਸੀ ਅੱਛਾ ਜੀ ਤੇ ਹੁਣ ਵੀ ਹੈ ਯਤਨ ਕਰ ਲਈਦਾ ਕਦੇ-ਕਦੇ ਠੀਕ ਹੈ ਜੀ ਤੇ ਉਸ ਦੇ ਸੰਬੰਧ ਦੇ ਵਿੱਚ ਅੰਦਰ ਜਿਹੜੀ ਇੱਕ ਚਿੰਗਿਆ ਜਿਵੇਂ ਪਾਤਸ਼ਾਹ ਜੀ ਨੇ ਸਾਰੀ ਬਾਣੀ ਕਾਵ ਰੂਪ ਚ ਦਰਜ ਕੀਤੀ ਹੈ ਉਚਾਰਨ ਕੀਤੀ ਆ ਔਰ ਮਹਾਰਜ ਦੇ ਨਾਲੋਂ ਨਿਮਰ ਜਾਂ ਕਹੀਏ ਵੀ ਬੈਰਾਗੀ ਮਨ ਹੋਰ ਕਿਸੇ ਦਾ ਨਹੀਂ ਹੋਇਆ ਤੇ ਪਾਤਸ਼ਾਹ ਜੀ ਨੇ ਉਹ ਬੈਰਾਗ ਬਖਸ਼ਿਆ ਤੇ ਅੰਦਰ ਸੁੱਤੇ ਇਸੇ ਤੇ ਇੱਕ ਪ੍ਰੇਮ ਜਿਹਾ ਜਾਗਿਆ ਜਿਹਨੂੰ ਅਸੀਂ ਕਹਿੰਦੇ ਆ ਬਾਣੀ ਕਹਿੰਦੀ ਆ ਕੇ ਪ੍ਰਭ ਮੋਹਿ ਕਾਬ ਗੱਲ ਲਾਵਾਂਗੇ ਤੇ ਜਾਂ ਫਿਰ ਭਗਤ ਸਹਿਬਾਨ ਕਹਿੰਦੇ ਆ ਫਰੀਦਾ ਜੇ ਦੇਹੁ ਨਾਲਾ ਕਪਿਆ ਜੇ ਗਲ ਕਪਿਆ ਚੋਖ ਪਵਨ ਨਾਈਤੀ ਮਾਮਲੇ ਸਹਾਨਾਈਤੇ ਦੁਖ ਤੇ ਦੁਨੀਆ ਦੇ ਵਿੱਚ ਜਿੰਨੇ ਮਾਮਲੇ ਸਹ ਰਹੇ ਆ ਜਿੰਨੇ ਦੁਖ ਤਕਲੀਫਾਂ ਸਹ ਰਹੇ ਆ ਹਾਂਜੀ ਉਹਨਾਂ ਤੋਂ ਆਜ਼ਾਦ ਹੋ ਜਾਈਏ ਤੇ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜੇ ਬਿਲਕੁਲ ਪਾਤਸ਼ਾਹ ਜੀ ਗੱਲ ਦੇ ਨਾਲ ਲਾ ਕੇ ਰੱਖਣ ਤੇ ਸਤਗੁਰੂ ਜੀ ਨੇ ਜੋ ਖਾਲਸਾ ਪੰਥ ਪ੍ਰਗਟ ਕੀਤਾ ਆ ਉਹ ਖਾਲਸੇ ਵੰਤ ਤੱਕ ਪੁੱਜ ਜਾਈਏ ਇਹ ਉਡੀਕ ਆ ਜੀਵਨ ਦੀ ਜੇ ਉੱਥੇ ਤੱਕ ਪਹੁੰਚ ਜਾਈਏ ਚਲੋ ਮਹਾਰਾ ਕਿਰਪਾ ਕਰੇ ਮੈਂ ਕਹਨਾ ਤੁਹਾਡੀ ਉਡੀਕ ਮੁੱਕੇ ਸਾਡੇ ਸਾਰਿਆਂ ਦੀ ਉਡੀਕ ਮੁੱਕੇ ਜਲਦੀ ਤੇ ਪ੍ਰਮਾਤਮਾ ਸਾਨੂੰ ਆਪਣੇ ਗਲ ਨਾਲ ਲਾਵੇ ਠੀਕ ਹੈ ਜੀ ਅੱਛਾ ਭਾਈ ਮਨਜੀਤ ਸਿੰਘ ਜੀ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਅੱਜ ਜਿਹੜੇ ਪੋਡਕਾਸਟ ਵਿੱਚ ਆਪਾਂ ਸਵਾਲ ਕਰਾਂਗੇ ਇਹ ਸਾਰੇ ਸਵਾਲ ਸਾਡੀ ਸੰਗਤ ਵੱਲੋਂ ਪੁੱਛੇ ਜਾਂਦੇ ਨੇ ਮੇਰੇ ਇੰਸਟਾਗ੍ਰam ਪੇਜ ਤੇ ਮੇਰੇ ਪਰਸਨਲ ਅਕਾਊਂਟ ਤੇ ਜਾਂ ਸਾਡੀਆਂ ਵੀਡੀਓਜ਼ ਦੇ ਕਮੈਂਟਾਂ ਵਿੱਚ ਬਹੁਤ ਸਾਰੇ ਸਵਾਲ ਸਾਡੇ ਕੋਲ ਆਉਂਦੇ ਨੇ ਠੀਕ ਹੈ ਜੀ ਸੋ ਉਹਨਾਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਹੀ ਅਸੀਂ ਇਹ ਪੌਡਕਾਸਟ ਵਾਲਾ ਜੋ سلسلہ ਸ਼ੁਰੂ ਕੀਤਾ ਹੈ ਸੋ ਇਸੇ ਤਰ੍ਹਾਂ ਮੇਰੇ ਕੋਲ ਇੱਕ ਸਵਾਲ ਆਇਆ ਸੀ ਜਿਦੇ ਵਿੱਚੋਂ ਸੀਗਾ ਕਿ ਜਿਵੇਂ ਆਲਰੇਡੀ ਆਪਾਂ ਜਾਣਦੇ ਹਾਂ ਕਿ ਧਰਮ ਦੋ ਚੱਲ ਰਹੇ ਸੀ Hindu ਤੇ Muslim ਦੋ ਮੁੱਖ ਧਰਮ ਜਿਹੜੇ ਭਾਰਤ ਵਿੱਚ ਉਸ ਵੇਲੇ ਪਰਚਲਤ ਸੀਗੇ ਠੀਕ ਹੈ ਜੀ ਹੁਣ ਕਿਸੇ ਨੇ ਸਵਾਲ ਕੀਤਾ ਕਿ ਇਹ ਤੀਸਰਾ ਧਰਮ ਬਣਾਉਣ ਦੀ ਲੋੜ ਕਿਉਂ ਪਈ ਤੀਸਰਾ ਧਰਮ ਕਿਉਂ ਹੋਂਦ ਵਿੱਚ ਆਇਆ ਸੀ ਕਿ ਖਾਸ ਵਜ੍ਹਾ ਸੀ ਜਿਵੇਂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਬਚਨ ਕੀਤਾ ਇਉਂ ਕਰੋ ਖਾਲਸਾ ਪੰਥ ਮੈਂ ਤੀਸਰ ਪ੍ਰਵੇਸ਼ਾ ਤੇ ਇਹ ਤੀਸਰਾ ਪੰਥ ਸਤਿਗੁਰਾਂ ਨੇ ਇਖਤियार ਕੀਤਾ ਆ ਜੀ ਸਭ ਤੋਂ ਵੱਡਾ ਕਾਰਨ ਇਹ ਆ ਕਿ ਜਦੋਂ ਤੋਂ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਆ ਰੱਬ ਦੇ ਬਾਬਤ ਭਾਵਨਾ ਤੇ ਰੱਬ ਦੇ ਬਾਬਤ ਵਿਸ਼ਵਾਸ ਜਿੱਦਾਂ ਦੇ ਲੋਕਾਂ ਨੇ ਆਪਣੀ ਆਪਣੀ ਮਤ ਅਨੁਸਾਰ ਘੜੀ ਉਹ ਉਹਦਾ ਦੇ ਵਿਸ਼ਵਾਸ ਸੀ ਤੇ ਜਿਹੜੇ ਅਸਲ ਦੇ ਵਿੱਚ ਮੈਂ ਇੱਥੇ ਪਹਿਲਾਂ ਬੇਨਤੀ ਕਰਾਂ ਵੀ ਆਪਾਂ ਧਰਮ ਕਹਿੰਦੇ ਆ ਇਹਨਾਂ ਨੂੰ ਹੂੰ ਧਰਮ ਦਾ ਅਰਥ ਹੁੰਦਾ ਧਾਰਨ ਕਰਨਾ ਹਾਂਜੀ ਇਹ ਤ੍ਰੀ ਧਾਤੂ ਤੋਂ ਬਣਿਆ ਜਿਹਦਾ ਅਰਥ ਆ ਧਾਰਨ ਕਰਨਾ ਤੇ ਧਾਰਨ ਕਰਨ ਤੋਂ ਭਾਵ ਇਹ ਆ ਵੀ ਜੋ ਤੁਸੀਂ ਧਾਰਨ ਕਰ ਲਿਆ ਉਹਨੂੰ ਤੁਸੀਂ ਤਾਂ ਜੀਵਨ ਹੁਣ ਉਹਦੇ ਅਨੁਸਾਰ ਹੀ ਰਹੋਗੇ ਬਿਲਕੁਲ ਤੇ ਉਹਦੇ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਪਰ ਪਾਤਸ਼ਾਹ ਜੀ ਨੇ ਇਹ ਜਿਹੜੇ ਧਰਮ ਜਿਹੜੇ ਤੁਸੀਂ ਕਹੇ ਪਹਿਲਾਂ ਵੀ ਚੱਲ ਰਹੇ ਸੀ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਪੰਥ ਆਖਿਆ ਔਰ ਇਹ ਤੀਸਰ ਵੀ ਪੰਥ ਹੀ ਆਖਿਆ ਸੁਭਾਵਿਕ ਜੀ ਗੱਲ ਹੈ ਵੀ ਤੀਸਰ ਤਾਂ ਹੀ ਆਖਿਆ ਦੋ ਪਹਿਲਾਂ ਸੀ ਦੋ ਪੰਥ ਸੀ ਪੰਥ ਦਾ ਭਾਵ ਹੁੰਦਾ ਮਾਰਗ ਤੇ ਇਸ ਫਿਲਾਸਫੀ ਦੇ ਵਿੱਚ ਇਹ ਤੱਤ ਹੁੰਦਾ ਵੀ ਮਾਰਗ ਤੋਂ ਲੰਘ ਕੇ ਆਪਾਂ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਤੇ ਜਿਹੜਾ ਧਰਮ ਹੈ ਨਾ ਉਹਦੇ 'ਚ ਮੰਜ਼ਲ ਨਹੀਂ ਹੁੰਦੀ। ਉਹ ਜੋ ਧਾਰਨ ਕੀਤਾ ਉਸ ਕੀਦੇ ਅਨੁਸਾਰ ਜੀਵਨ ਬਤੀਤ ਕਰੀ ਜਾਓ। ਭਾਵੇਂ ਵੀ ਜਿੱਦਾਂ ਦੇ ਕਾਰਜ ਰੋਜ਼ ਕਰ ਰਹੇ ਆ ਉਹ ਕਰੀ ਜਾਓ, ਕਰੀ ਜਾਓ ਪਰ ਮਿਲਣਾ ਕੁਝ ਨਹੀਂ ਉਸ ਤੋਂ ਬਾਅਦ। ਕਿਉਂਕਿ ਅੱਗੇ ਮੰਜ਼ਲ ਨਹੀਂ ਕੋਈ ਹੈ। ਬਿਲਕੁਲ। ਇੱਥੇ ਮੰਜ਼ਲ ਹੈਗੀ ਆ। ਜੋ ਮੰਜ਼ਲ ਗੁਰਦੇਵਤਾ ਨੇ ਸਾਨੂੰ ਪੰਜਵੇਂ ਪਾਤਸ਼ਾਹ ਜੀ ਨੇ ਦੱਸੀ ਆ। ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਉਹ ਮੰਜ਼ਲ ਆ। ਠੀਕ। ਇਸ ਕਰਕੇ ਪੰਥ ਪੰਥ ਦਾ ਭਾਵ ਰਸਤੇ ਪਹਿਲਾਂ ਹੋਰ ਵੀ ਰਸਤੇ ਸਨ। ਤੇ ਜਿੱਤੇ ਤੱਕ ਧਰਮ ਦੀ ਗੱਲ ਆ ਤੁਸੀਂ ਵਜਨ ਕੀਤਾ ਧਰਮ ਸੰਸਾਰ ਦਾ ਇੱਕੋ ਇੱਕ ਹੈ ਸਾਰੀ ਮਨੁੱਖਤਾ ਦਾ ਧਰਮ ਇੱਕੋ ਹੀ ਆ ਮਤਲਬ ਧਰਮ ਤੇ ਪੰਥ ਦੇ ਵਿੱਚ ਫਰਕ ਕੀ ਆ ਦੋਨਾਂ ਦੇ ਵਿੱਚ ਹਾਂਜੀ ਬਿਲਕੁਲ ਥੋੜਾ ਇਹਦੇ ਬਾਰੇ ਵੀ ਥੋੜਾ ਦੋ ਦੋਨਾਂ ਸਵਾਲਾਂ ਦਾ ਜਵਾਬ ਜਿਵੇਂ ਮੈਂ ਬੇਨਤੀ ਕੀਤੀ ਆ ਵੀ ਪੰਥ ਜਿਹੜਾ ਉਹ ਮਾਰਗ ਹੁੰਦਾ ਆ ਹੂੰ ਤੇ ਜਿਹੜਾ ਧਰਮ ਆ ਉਹ ਧਰਮ ਜਿਹੜਾ ਧਾਰਨ ਕੀਤੇ ਜਾਂਦੇ عقਈਦੇ ਨੇ ਜਾਂ ਕੁਝ ਮਰਿਆਦਾਵਾਂ ਨੇ ਅਸਲ 'ਚ ਮਰਿਆਦਾ ਰੱਬ ਦੀ ਪ੍ਰਾਪਤੀ ਤੇ ਨਹੀਂ ਰੱਬ ਦੀ ਪ੍ਰਾਪਤੀ ਮਰਿਆਦਾ ਜਿਹੜਾ ਉਹ ਰਸਤਾ ਆ प्राप्ति हो जानी वो एक मंजिल है। ਤੇ ਉਸ ਮੰਜ਼ਲ ਤੇ ਫਿਰ ਕੋਈ ਮਰਿਆਦਾ ਨਹੀਂ ਲਾਗੂ ਹੁੰਦੀ। ਹੂੰ ਫਿਰ ਬਾਦਸ਼ਾਹ ਜੀ ਕਹਿੰਦੇ ਆ ਤਨ ਕਾ ਖਾਦਾ ਪੈਦਾ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਉਹਨਾਂ ਨੂੰ ਨਾ ਕੋਈ ਖਾਣ ਦੀ ਪਾਬੰਦੀ ਨਾ ਕੋਈ ਪਾਉਣ ਦੀ ਪਾਬੰਦੀ ਨਾ ਕਿਤੇ ਜਾਣ ਆਉਣ ਦੀ ਪਾਬੰਦੀ। ਜਿਵੇਂ ਬਾਦਸ਼ਾਹ ਜੀ ਕਹਿੰਦੇ ਆ ਹਾਂਸ ਉੱਡਰ ਕੋਧਰੇ ਬੈਠਾ ਲੋਕ ਵਡਾਰਨ ਜਾਏ। ਵੀ ਹਾਂਸ ਉੱਡ ਕੇ ਕੋਧਰੇ ਤੇ ਗਿਆ। ਹੂੰ ਤੇ ਲੋਕੀ ਉਹਨੂੰ ਉਡਾਉਣ ਜਾਂਦੇ ਨੇ। ਬਿਲਕੁਲ ਪਰ ਗਹਿਲਾ ਲੋਕ ਨਾ ਜਾਣਦਾ ਹਾਂਸ ਨਾ ਕੋਧਰਾ। ਜਿਨੇ ਰੱਬ ਦੀ ਪ੍ਰਾਪਤੀ ਕਰ ਲਈ ਉਹ ਕਿਸੇ ਵੀ ਭਾਵੇਂ ਮੰਦਿਰ ਜਾਵੇ ਭਾਵੇਂ ਮਸਜਿਦ ਜਾਵੇ ਗੁਰਦੁਆਰੇ ਸਾਹਿਬ ਜਾਵੇ ਹੁਣ ਉਹਦੇ ਚ ਵਖਰੇਵਾ ਨਹੀਂ ਆ ਸਕਦਾ ਠੀਕ ਹੈ ਜਿਵੇਂ ਆਪਾਂ ਧਰਮ ਦੇ ਵਿੱਚ ਹੈ ਹਨ ਜਿਵੇਂ ਹਿੰਦੂ ਆ ਉਹਨੇ ਇੱਕ ਧਰਮ ਦੇ عقیده ਰੱਖੇ ਮर्यादा ਰੱਖੀ ਵੀ ਉਹ ਉਸ ਮर्यादा ਤੋਂ ਬਾਹਰ ਨਹੀਂ ਜਾ ਸਕਦਾ ਤੇ ਮੁਸਲਮਾਨ ਨੇ ਆਪਣੇ ਧਰਮ ਦੇ عقیده ਰੱਖੇ ਮर्यादा ਰੱਖੀ ਵੀ ਉਹ ਤੋਂ ਬਾਹਰ ਨਹੀਂ ਜਾ ਸਕਦਾ ਹੈ ਸਿੱਖ ਪੰਥ ਦੀ ਵੀ ਮर्यादा ਪਰ ਪਾਤਸ਼ਾਹ ਜੀ ਜਦੋਂ ਪੰਥ ਚਲਾਉਂਦੇ ਨੇ ਨਾ ਜਦੋਂ ਪੰਥ ਬਣਦਾ ਆ ਸੰਪੂਰਨਤਾ ਜਦੋਂ ਪ੍ਰਾਪਤੀ ਹੋ ਜਾਂਦੀ ਆ ਭਗਤ ਬਣ ਜਾਂਦਾ ਆ ਮਨੁੱਖ ਉਸ ਤੋਂ ਬਾਅਦ ਫਿਰ ਇਹ ਮर्यादा ਨਹੀਂ ਲਾਗੂ ਹੁੰਦੀ ਹੂੰ ਫਿਰ ਮर्यादा ਤੋਂ ਬਾਹਰ ਹੋ ਜਾਂਦਾ ਕਿਉਂਕਿ ਫਿਰ ਪ੍ਰੇਮ ਚ ਦਿੱਤਾ ਗਿਆ ਨਾ ਫਿਰ ਤੇ ਉਹ ਅਵਸਥਾ ਬਣ ਗਈ ਫਿਰ ਨਿਤਨੇਮ ਤਾਂ ਕਿਤੇ ਰਿਹਾ ਫਿਰ ਅਵਸਥਾ ਬਣ ਗਈ ਆਠ ਪੈਰ ਸਿਮਰੋ ਗੋਬਿੰਦ ਬਿਲਕੁਲ ਬਿਲਕੁਲ ਤੇ ਜਿਹੜਾ ਆਠ ਪੈਰ ਜਾਪ ਰਿਹਾ ਉਹਦੇ ਵਾਸਤੇ ਨਿਤਨੇਮ ਤੇ ਹੋਰ ਅਵਸਥਾ ਫਿਰ ਤੇ ਸਵਾਸ ਸਵਾਸ ਹੀ ਸਿਮਰਦਾ ਬੰਦਾ ਹਾਂ ਉਹ ਛੱਡਦਾ ਨਹੀਂ ਨਿਤਨੇਮ ਇਹ ਨਹੀਂ ਕਿਤੇ ਵਿਚਾਰ ਕਰਨ ਵਾਲੇ ਸੋਚਣ ਵੀ ਉਹ ਛੱਡ ਦਿੰਦਾ ਆ ਛੱਡਦਾ ਨਹੀਂ ਪਰ ਉਹ ਅੱਠੇ ਪੈਰੀਂ ਜਪਨਾ ਸ਼ੁਰੂ ਕਰ ਦਿੰਦੇ। ਮਤਲਬ ਅਵਸਥਾ ਇਦਾਂ ਦੀ ਬਣ ਜਾਂਦੀ ਹੈ ਕਿ ਉਹ ਜਿੱਦਾਂ ਸਵਾਸ-ਸਵਾਸ ਕਹਿਆ ਗਿਆ ਕਿ ਆਟੋਮੈਟਿਕ ਆਪਣੇ ਨਾਲ ਹਰ ਸਾਹ ਦੇ ਨਾਲ ਫਿਰ ਰੱਬ ਰੱਬ ਹੀ ਨਿਕਲਦਾ ਬੰਦੇ ਦੇ ਮੂੰਹੋਂ। ਭੁੱਲਦਾ ਨਹੀਂ ਕਦੇ। ਬਿਲਕੁਲ ਬਿਲਕੁਲ। ਇਹ ਹੈ ਪੰਥ ਦੀ ਅਵਸਥਾ। ਤੋਂ ਪੰਥ ਜਿਹੜਾ ਆ ਉਹ ਉਹ ਧਰਮ ਦਾ ਮਾਰਗ ਜੀ ਨੂੰ ਅਸੀਂ ਕਹੀਏ। ਧਰਮ ਕੁਛ ਹੋਰ ਆ। ਧਰਮ ਦਾ ਮਾਰਗ ਪੰਥ ਆ। ਮਾਰਗ ਨੂੰ ਕਿਹਾ ਗਿਆ ਇੱਥੇ ਪੰਥ। ਧਰਮ ਹੈ ਸਮਸਤ ਕਾਇਨਾਤ ਦਾ ਇੱਕੋ ਜਿਹਾ ਧਰਮ ਆ। ਜਿਹੜਾ ਧਰਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਤੇ ਆਪਾਂ ਰੋਜ਼ ਪੜ ਰਹ ਦਇਆ ਦਾ ਪੁੱਤ ਭਾਵੇਂ ਆ ਵੀ ਧਰਮ ਜਿਹੜਾ ਉਹ ਦਇਆ ਦਾ ਪੁੱਤਰ ਆ ਠੀਕ ਹੈ ਜੀ ਸਮੁੱਚੀ ਕਾਇਨਾਤ ਜਿੰਨੀ ਮਨੁੱਖਤਾ ਜਤੀ ਆ ਸਾਰਿਆਂ ਦਾ ਧਰਮ ਇੱਕੋ ਹੀ ਆ ਮੈਂ ਇਹਨੂੰ ਹੋਰ ਥੋੜਾ ਜਿਆਦਾ ਡਿਫਾਈਨ ਕਰਾਂ ਤੇ ਸੁਖਮਨੀ ਸਾਹਿਬ ਜੋ ਆਪਾਂ ਬਚਨ ਪੜ੍ਹਦੇ ਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਮ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਆਸਲ ਜਿਸਮੁੱਚੀ ਕਾਇਨਾਤ ਦਾ ਧਰਮ ਹਿੰਦੂ ਮੁਸਲਮ ਸੇਕੀ ਧਰਮ ਨਹੀਂ ਧਰਮ ਨਹੀਂ ਇਹ ਸੇ ਮਾਰਗ ਨੇ ਰਸਤੇ ਨੇ ਪੰਥ ਹੈ ਰਸਤੇ ਨਹੀਂ ਧਰਮ ਦੀ ਪ੍ਰਾਪਤੀ ਹੋ ਜਾਵੇ ਧਰਮ ਦੀ ਪ੍ਰਾਪਤੀ ਹਰ ਕੋ ਨਾਮ ਜਪ ਠੀਕ ਹੈ ਉਹ ਧਰਮ ਦੀ ਪ੍ਰਾਪਤੀ ਅਸਲ ਦੇ ਵਿੱਚ ਉੱਥੇ ਤੱਕ ਪਹੁੰਚਣਾ ਮਨੁੱਖਤਾ ਦਾ ਜਿਹੜਾ ਉਦੇਸ਼ ਆ ਇਸੇ ਤਰ੍ਹਾਂ ਇੱਕ ਸਵਾਲ ਮੇਰੇ ਕੋਲ ਹੋਰ ਆਇਆ ਸੀ ਕਿ ਇੱਕ ਪਾਸੇ ਕਹਿੰਦੇ ਕਿ ਤੁਸੀਂ ਕਹਿੰਦੇ ਹੋ ਅਕਾਲ ਪੁਰਖ ਤੋਂ ਬਿਨਾ ਮੰਨਣਾ ਨਹੀਂ ਕਿਸੇ ਨੂੰ ਅਕਾਲ ਪੁਰਖ ਇੱਕ ਇੱਕ ਪਰਮਾਤਮਾ ਉਹੀ ਆ ਅਕਾਲ ਪੁਰਖ ਹੈਣਾ ਫਿਰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਅਗੇ ਮੱਥੇ ਕੋ ਟੇਕਦੇ ਜਾਂ ਬਾਕੀ 10 ਗੁਰੂ ਸਾਹਿਬਾਨ ਨੂੰ ਕਿਉਂ ਮੰਨਦੇ ਤੁਸੀਂ ਸਿੱਧਾ ਅਕਾਲ ਪੁਰਖ ਨੂੰ ਕਿਉਂ ਨਹੀਂ ਮੰਨਦੇ ਥੋੜਾ ਜਿਹਾ ਇਹਦੇ ਪਰੇ ਜਿੱਤੋਂ ਤੱਕ ਗੁਰੂ ਸਾਹਿਬਾਨਾਂ ਨੂੰ ਮੰਨਣ ਦਾ ਸਵਾਲ ਆ ਤੇ ਉਹਨਾਂ ਰਾਹੀਂ ਸਾਨੂੰ ਇਹ ਉਪਦੇਸ਼ ਹੋਇਆ ਇਸ ਕਰਕੇ ਉਹ ਪੂਜਨੀਕ ਜਨੇ ਪਰ ਉਹਨਾਂ ਨੂੰ ਰੱਬ ਮੰਨੀਏ ਨਾ ਉਹਨਾਂ ਨੇ ਬਚਨ ਕੀਤਾ ਤੇ ਨਾ ਜਿਹੜਾ ਗੁਰਮਤ ਨੂੰ ਸਮਝਣ ਵਾਲਾ ਸਿੱਖਿਆ ਮੈਨੂੰ ਲੱਗਦਾ ਵੀ ਉਹ ਇਹ ਗੱਲ ਕਹੂਗਾ ਵੀ ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਕਿਹਾ ਮੈਨੂੰ ਰੱਬ ਕਾਓ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਦੇ ਨਹੀਂ ਕਿਹਾ ਮੈਨੂੰ ਰੱਬ ਕਹੋ ਤੇ ਦਸਾਂ ਪਾਤਸ਼ਾਹਾਂ ਨੇ ਕਿਤੇ ਨਹੀਂ ਆਖਿਆ ਦੂਜੀ ਗੱਲ ਜਿਹੜੀ ਆਪ ਜੀ ਨੇ ਸਵਾਲ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੂਜਣ ਦੀ ਉਹ ਅਵਸਥਾ ਇਹ ਆ ਜਿਵੇਂ ਪਾਤਸ਼ਾਹ ਜੀ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਅਸਲ 'ਚ ਸਾਰਾ ਦਿਸਦਾ ਅਣ ਦਿਸਦਾ ਜੋ ਵੀ ਪਸਾਰਾ ਆ ਉਹ ਸ਼ਬਦ ਦਾ ਲਖਾਇਕ ਆ ਹਮ ਸਾਰਾ ਕੁਝ ਸ਼ਬਦ ਤੋਂ ਪੈਦਾ ਹੋਇਆ ਔਰ ਇਸੇ ਕਰਕੇ ਸਮੁੱਚੀ ਕਾਇਨਾਤ ਵਿੱਚ ਜੋ ਕੁਝ ਵੀ ਨਜ਼ਰ ਆ ਰਿਹਾ ਸਾਰਿਆਂ ਦਾ ਕੋਈ ਨਾ ਕੋਈ ਸ਼ਬਦ ਹੈ ਨਾਮ ਹੈ ਹਰੇਕ ਪਦਾਰਥ ਦਾ ਕੋਈ ਏਦਾਂ ਦਾ ਪਦਾਰਥ ਜਿਹੜਾ ਸਾਡੀ ਭਾਸ਼ਾ 'ਚ ਨਾ ਸਾਨੂੰ ਪਤਾ ਹੋਵੇ ਪਰ ਕਿਸੇ ਨਾ ਕਿਸੇ ਭਾਸ਼ਾ 'ਚ ਉਹਦਾ ਨਾਮ ਜ਼ਰੂਰ ਹੈ ਹੂੰ ਇਹ ਸ਼ਬਦਾਂ ਦੀ ਖੇਡ ਆ ਔਰ ਜਿਹੜੇ ਕਹਿੰਦੇ ਨੇ ਵੀ ਸ਼ਬਦ ਗੁਰੂ ਨਹੀਂ ਹੋ ਸਕਦਾ ਜਾਂ ਸ਼ਬਦ ਨੂੰ ਪੂਜਿਆ ਨਹੀਂ ਜਾ ਸਕਦਾ ਉਹਨਾਂ ਵਾਸਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਅਸਲ 'ਚ ਸਾਡੀ ਜ਼ਿੰਦਗੀ ਨੂੰ ਚਲਾ ਹੀ ਸ਼ਬਦ ਰਿਹਾ ਹੂੰ ਸਾਡੇ ਸਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਬਿਲਕੁਲ ਉਹਨਾਂ ਦੇ ਪਾਸਵਰਡ ਨੇ ਉਹ ਪਾਸਵਰਡ ਸ਼ਬਦੀ ਨੇ ਬਿਲਕੁਲ ਤੇ ਜੇ ਅਸੀਂ ਚੱਕ ਸਾਈਨ ਕਰਦੇ ਆ ਉਹ ਸਾਈਨ ਦੇ ਵਿੱਚ ਨੁਕਤਾ ਬਿੰਦੀ ਹੁੰਦੀ ਨੁਕਤਾ ਤੇ ਬਿੰਦੀ ਜਿੰਨੀ ਵੀ ਗਲਤੀ ਹੋ ਜਾਵੇ ਉਹ ਸ਼ਬਦ ਆ ਬਿਲਕੁਲ ਉਹ ਪਾਸ ਨਹੀਂ ਹੁੰਦਾ ਡਰਾਫਟ ਨਹੀਂ ਪਾਸ ਹੁੰਦਾ ਸ਼ਬਦ ਸਾਨੂੰ ਚਲਾ ਰਿਹਾ ਸਾਰਿਆਂ ਨੂੰ ਕਿਸੇ ਨੂੰ ਆਵਾਜ਼ ਦੇ ਕੇ ਬੁਲਾਉਂਦੇ ਆ ਕਿਸੇ ਨਾਲ ਕੋਈ ਗੱਲ ਕਰ ਰਹੇ ਆ ਹੁਣ ਮੈਂ ਅੰਦਰ ਜਿੰਨਾ ਮਰਜ਼ੀ ਉਲਝਿਆ ਹੋਇਆ ਪਰ ਜੇ ਮੈਂ ਗੱਲ ਕਰੂੰਗਾ ਤੇ ਮੈਂ ਸੌਖਾ ਹੋ ਜਾਊਂਗਾ ਮੈਨੂੰ ਸ਼ਬਦ ਨੇ ਸੌਖਾ ਕੀਤਾ ਬਿਲਕੁਲ ਤੋ ਸ਼ਬਦ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਅਸਲ 'ਚ ਸ਼ਬਦ ਜਿਹੜਾ ਉਹ ਅਕਾਲਪੁਰਖ ਜੀ ਦਾ ਨਿਰਗੁਣ ਸਰੂਪ ਆ ਹੂੰ ਜਿਵੇਂ ਪਾਤਸ਼ਾਹ ਜੀ ਨੇ ਆਖਿਆ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਉਹ ਨਿਰੰਕਾਰ ਸਰੂਪ ਆ ਇੱਕ ਸੁੰਨ ਸਮਾਦੀ ਸਰੂਪ ਆ ਆਕਾਲਪੁਰਖ ਜੀ ਦਾ ਇੱਕ ਉਸ ਤੋਂ ਬਾਅਦ ਨਿਰੰਕਾਰ ਸਰੂਪ ਆ ਉਸ ਤੋਂ ਬਾਅਦ ਸਰਗੁਣ ਸਰੂਪ ਆ ਸਮਸਤ ਕਾਇਨਾਤ ਮੈਨੂੰ ਲੱਗਦਾ ਮੈਂ ਜਿੰਨਾ ਕ ਮੈਂ ਸੌਖੇ ਸ਼ਬਦਾਂ ਚ ਇਸ ਚੀਜ਼ ਨੂੰ ਡਿਫਾਈਨ ਕਰ ਸਕਦਾ ਹਾਂ ਸਮਝਾ ਸਕਦਾ ਹਾਂ ਮੈਨੂੰ ਲੱਗਦਾ ਕਿ ਮੰਨ ਲਓ ਜੇ ਆਪਾਂ ਆਕਾਲਪੁਰਖ ਨੂੰ ਵੀ ਰੱਬ ਮੰਨਦੇ ਆ ਨਾ ਤਾਂ ਮੈਨੂੰ ਨਹੀਂ ਜਾਚ ਕਿ ਮੈਂ ਸਿੱਧਾ ਆਕਾਲਪੁਰਖ ਤੱਕ ਕਿੱਦਾਂ ਪਹੁੰਚਣਾ ਠੀਕ ਹੈ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਵੀ ਜਿਹੜੇ ਵੀ ਧਰਮਾਂ ਦੇ ਕੋਈ ਧਾਰਮਿਕ ਗ੍ਰੰਥ ਨੇ ਮੈਨੂੰ ਲੱਗਦਾ ਹੈ ਜੇ ਮੈਨੂੰ ਕਹਾਂਗੇ ਕਿਤੇ ਨਾ ਕਿਤੇ ਇਹ ਵਿਚੋਲੇ ਦਾ ਕੰਮ ਕਰਦੇ ਨੇ ਵਿੱਚ ਕਿ ਸਾਨੂੰ ਉੱਥੋਂ ਤੱਕ ਪਹੁੰਚਾਉਣ ਦਾ ਰਸਤਾ ਦੱਸਦੇ ਨੇ ਕਿ ਤੁਸੀਂ ਉੱਥੇ ਕਿੱਦਾਂ ਜਾ ਸਕਦੇ ਹੋ ਸੋ ਇਸ ਲਈ ਮੈਨੂੰ ਲੱਗਦਾ ਆਪਾਂ ਉਹਨਾਂ ਦੀ ਪੂਜਾ ਵੀ ਕਰਦੇ ਇਹ ਵੀ ਆਪਾਂ ਕਰ ਸਕਦੇ ਆ ਮੈਂ ਬਾਣੀ ਦੇ ਰਾਹੀਂ ਇਸ ਗੱਲ ਦੀ ਡ੍ਰਿੜਤਾ ਕਰਦਾ ਸਤਿਗੁਰਾਂ ਨੇ ਬਚਨ ਕੀਤਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲਿਆ ਪ੍ਰਭੂ ਹਰ ਦਰਗਾਹ ਕਾ ਵਸੀਤ ਗੁਰੂ ਜਿਹੜਾ ਉਹ ਦਰਗਾਹ ਦਾ ਵਕੀਲ ਆ ਬਸੀਟ ਵਕੀਲਾਂ ਨੂੰ ਕਹਿੰਦੇ ਨੇ ਤੇ ਉਹ ਦਰਗਾਹ ਦਾ ਵਕੀਲ ਆ ਤੇ ਮੈਂ ਇਤੋਂ ਤੱਕ ਵੀ ਜਿਹੜੇ ਵੀ ਕਦੇ ਮੰਦਰ ਦੇ ਵਿੱਚ ਵੀ ਸਮਾਂ ਲੱਗਦਾ ਆ ਉਹਨਾਂ ਪ੍ਰੇਮੀ ਜਨਾਂ ਨਾਲ ਵਿਚਾਰ ਕਰਨ ਦਾ ਜਾਂ ਉੱਥੇ ਵੀ ਹਾਜ਼ਰੀ ਭਰੀ ਦੀ ਕਈ ਵਾਰੀ ਤੇ ਉਹਨਾਂ ਨੂੰ ਵੀ ਇੱਕੋ ਬੇਨਤੀ ਕਰੀ ਦੀ ਬਈ ਠੀਕ ਆ ਜਿੱਦਾਂ ਦੇ ਵੀ ਤੁਹਾਡੇ ਧਾਰਮਿਕ ਕਾਰਜ ਨੇ ਤੁਸੀਂ ਵਾਪੌਲਾ ਚੜ੍ਹਦੀ ਕਲਾ ਹੈ ਬਿਲਕੁਲ ਜੀ ਪਰ ਅਸਲ ਦੇ ਵਿੱਚ ਜਦੋਂ ਤੱਕ ਤੁਸੀਂ ਆਪਣੇ ਧਰਮ ਦੇ ਗ੍ਰੰਥ ਨੂੰ ਨਹੀਂ ਪੜ੍ਹਦੇ ਕਿਉਂਕਿ ਉਪਦੇਸ਼ ਉੱਥੇ ਆ ਬਿਲਕੁਲ ਤਾਂ ਉਹ ਅਣਜਾਣ ਨਾ ਬਣੀਏ ਅੱਜ ਦੇ ਸਮੇਂ 'ਚ ਜਿਹੜੇ ਆਪਾਂ ਧਰਮੀ ਬਣੇ ਆ ਨਾ ਉਹ ਦਿਖਾਵੇ ਦਾ ਧਰਮ ਕਿਉਂ ਰਹਿ ਗਿਆ ਹੂੰ ਇਸੇ ਕਰਕੇ ਰਹਿ ਗਿਆ ਵੀ ਉਹ ਉਹ ਧਾਰਮਿਕ ਗ੍ਰੰਥ ਨੇ ਜਿਹੜੇ ਕੀਦੇ ਦੇਣੇ ਸੀ ਸਾਨੂੰ ਉਹਨਾਂ ਨੂੰ ਅਸੀਂ ਭੁੱਲ ਗਏ ਉਹਨਾਂ ਨੂੰ ਪੜਿਆ ਨਹੀਂ ਮੈਂ ਕਹਿੰਦਾ ਵੀ ਹੋਰ ਜਿਵੇਂ ਬਾਕੀ ਦੀ ਵਿੱਦਿਆ ਜਿਹੜੀ ਆ ਭਾਵੇਂ ਬੰਦਾ ਪੀ ਐਚ ਡੀ ਤੱਕ ਵਿੱਦਿਆ ਪੜ ਲਵੇ ਪਰ ਉਹਨੂੰ ਮਤ ਨਹੀਂ ਆ ਸਕਦੀ ਉਹਨੂੰ ਆਪ ਸਿਆਣਾ ਨਹੀਂ ਕਹਿ ਸਕਦੇ ਕਿਉਂਕਿ ਜੇ ਉਹਨੂੰ ਆਪਣੀ ਮਾਂ ਦੇ ਨਾਲ ਬੋਲਣ ਦਾ ਸਲੀਕਾ ਨਹੀਂ ਪਿਤਾ ਦੇ ਨਾਲ ਬੋਲਣ ਦਾ ਸਲੀਕਾ ਨਹੀਂ ਹੁਣ ਇਹ ਗੱਲ ਤੇ ਧਾਰਮਿਕ ਗ੍ਰੰਥ ਦੱਸਦੇ ਆ ਹਜ਼ੂਰ ਦੀ ਬਾਣੀ ਕਹਿੰਦੀ ਕਾਹੇ ਪੂਤ ਝਗੜਤ ਹੋ ਸੰਗ ਬਾਪ ਸਤਗੁਰਾਂ ਨੇ ਆਖਿਆ ਵੀ ਪੁੱਤਰਾ ਕਿਉਂ ਬਾਪ ਦੇ ਨਾਲ ਝਗੜਦਾ ਤਾਂ ਤਾਂ ਇਹ ਇਹ ਅਵਸਥਾ ਜਿਹੜੀ ਮਾਤਿਆ ਉਹ ਧਾਰਮਿਕ ਗ੍ਰੰਥਾਂ ਨੇ ਧਾਰਮਿਕ ਮਰਿਆਦਾਵਾਂ ਨੇ ਦੇਣੀ ਸੀ ਸਾਨੂੰ ਜਿਵੇਂ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਧਰਮ ਚੱਕ ਨਹੀਂ ਆਉਂਦੀ ਮੰਦਰ ਚ ਜਾਂ ਮਸਜਿਦ ਚ ਬਹੁਤੇ ਜਿਹੜੇ ਕਿਉਂਕਿ ਸਾਨੂੰ ਲੱਗਦਾ ਨਾ ਵੀ ਜਿਹੜਾ ਅਸਲ ਧਰਮ ਹੈ ਜਿਵੇਂ ਮੈਂ ਬੇਨਤੀ ਕੀਤੀ ਆ ਕਿ ਹਰ ਕੋ ਨਾਮ ਜਪ ਤੇ ਉਹ ਨਾਮ ਜਿਹੜਾ ਜਪਣ ਦੀ ਖੇਡ ਹੈ ਨਾ ਅਸੀਂ ਸੋਚਦੇ ਆਂ ਵੀ ਬਜ਼ੁਰਗੀ ਇੱਕ ਵੇਲਾ ਆਊਗਾ ਹਨਾ ਬੁੱਢੇ ਹੋ ਜਾਾਂਗੇ ਤੇ ਉਦੋਂ ਫਿਰ ਬੈਠ ਕੇ ਨਾਮ ਜਪਿਆ ਕਰਾਂਗੇ ਨਹੀਂ ਇਹ ਭਾਵੇਂ ਕੋ ਬੱਚਾ ਹੈ ਭਾਵੇਂ ਕੋਈ ਜਵਾਨ ਹੈ ਭਾਵੇਂ ਕੋਈ ਬਜ਼ੁਰਗ ਹੈ ਸਾਰਿਆਂ ਨੂੰ ਜਪਣਾ ਹੀ ਪੈਣਾ ਹੂੰ ਗੁਰੂ ਸਾਹਿਬ ਕਹਿੰਦੇ ਆ ਬਿਨ ਹਰ ਭਜਨ ਨਹੀਂ ਛੁਟਕਾਰਾ ਛੁਟਕਾਰਾ ਹੋ ਹੀ ਨਹੀਂ ਸਕਦਾ ਜੋ ਮਰਜੀ ਕਰ ਲਈ ਬਿਨ ਹਰ ਭਜਨ ਨਹੀਂ ਛੁਟਕਾਰਾ ਹੂੰ ਤੋਂ ਇਸ ਕਰਕੇ ਭਗਤ ਕਬੀਰ ਜੀ ਦਾ ਬਚਨ ਆ ਕਹਿੰਦੇ ਬਾਰੇ ਬੁੱਢੇ ਤਰਮਨੇ ਭਈਆ ਸਭ ਨੂੰ ਜਮ ਲੈ ਜਈ ਹੈ ਰੇ ਜੇ ਕਿਤੇ ਭੁਲੇਖਾ ਹੋਵੇ ਵੀ ਬੁੱਢੇ ਵਾਰੇ ਮਰਨਾ ਆ ਤੇ ਕਹਿੰਦੇ ਬਾਰੇ ਬੁੱਢੇ ਤਰਨੇ ਬਈਆ ਸਭੂ ਜਮ ਲੈ ਜਾਈ ਹੈ ਰੇ ਉਹ ਇਹ ਨਹੀਂ ਵੇਖਦੀ ਮੌਤ ਇਹ ਨਹੀਂ ਵੇਖਦੀ ਕੋ ਜਵਾਨ ਆ ਕੋ ਬੱਚਾ ਆ ਤਾਂ ਉਹ ਧਾਰਮਿਕ ਗ੍ਰੰਥ ਪੜ੍ਹਨੇ ਜ਼ਰੂਰੀ ਨੇ ਉਹਨਾਂ ਚੋਂ ਸਿੱਖਿਆ ਲੈਣੀ ਜ਼ਰੂਰੀ ਆ ਜਿਵੇਂ ਆਪ ਜੀ ਨੇ ਹੁਣੇ ਗੱਲ ਕੀਤੀ ਕਿ ਧਰਮੀ ਹੋਣਾ ਜ਼ਰੂਰੀ ਆ ਠੀਕ ਹੈ ਇਦਾਂ ਇੱਕ ਸਵਾਲ ਆਇਆ ਸੀ ਮੇਰੇ ਕੋਲ ਕਿ ਕਿਸੇ ਨੇ ਕੀਤਾ ਸੀ ਜਿਹੜੇ ਅੱਜ ਕੱਲ ਦੇ ਸਿੱਖ ਨੇ ਜਾਂ ਸ਼ੁਰੂ ਮੈਂ ਕਹਿੰਦੇ ਕਿ ਮੈਂ ਉਹ ਬੰਦਾ ਮੈਂ ਚਲੋ ਮੈਂ ਨਹੀਂ ਡਿਫਾਈਨ ਕਰੂੰਗਾ ਕਿ ਬੰਦਾ Hindu ਸੀ ਜਾਂ Sikh ਸੀ ਕੌਣ ਸੀ ਪਰ ਉਹਨੇ ਸਵਾਲ ਕੀਤਾ ਕਿ ਜਿਹੜੇ ਅੱਜ ਕੱਲ ਦੇ ਸਿੱਖ ਨੇ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਕਟੜ ਧਰਮੀ ਘਟ ਕਟੜ ਜ਼ਿਆਦਾ ਲੱਗਦੇ ਆ ਕਟੜ ਕਿਹੜੀ ਗੱਲੋਂ ਕਿ ਕਹਿ ਦਿੰਦੇ ਨੇ ਨਹੀਂ ਜੀ ਅਸੀਂ ਜਾ ਕੇ ਮੰਦਿਰਾਂ 'ਚ ਨਹੀਂ ਮੱਥਾ ਟੇਕਦੇ ਅਸੀਂ ਜਾ ਕੇ ਇੱਧਰ ਨਹੀਂ ਮੱਥਾ ਟੇਕਣਾ ਉੱਥੇ ਨਹੀਂ ਮੱਥਾ ਟੇਕਣਾ ਜਾ ਕੇ ਠੀਕ ਆ ਜੀ ਅਸੀਂ ਸਿਰਫ ਤੇ ਸਿਰਫ ਸਿਰਫ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜਾਂ ਇਹਨਾਂ ਦੀ ਮਰਿਆਦਾ ਨੂੰ ਮੰਨਣਾ ਉਹ ਮੈਨੂੰ ਕਹਿੰਦਾ ਕਿ ਤਨਾ ਕਿਤੇ ਕਟੜਵਾਦ ਤਾਂ ਨਹੀਂ ਆ ਸਿੱਖਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਨੂੰ ਕੱਟੜਤਾ ਨਹੀਂ ਕਹਾਂਗੇ ਕਿ ਤੁਸੀਂ ਮਤਲਬ ਦੂਜੇ ਧਰਮ ਉਹਦੇ ਸ਼ਬਦਾਂ ਦੇ ਅਨੁਸਾਰ ਸਵਾਲ ਪੁੱਛਣ ਵਾਲੇ ਦੇ ਅਨੁਸਾਰ ਕਹਿੰਦਾ ਐਂਦਾ ਕਹੇ ਕਿ ਤੁਸੀਂ ਸਾਡੇ ਧਰਮਾਂ ਦੀਆਂ ਦੂਜੇ ਧਰਮਾਂ ਦੀ ਨਿਰਾਦਰ ਕਰ ਰਹੇ ਜੇ ਕਿ ਮੈਂ ਮੂਰਤੀ ਨੂੰ ਮੱਥਨ ਟੇਕਣਾ ਮੈਂ ਤੁਹਾਡੇ ਮੰਦਰ ਜਾ ਕੇ ਮੱਥਾ ਨਹੀਂ ਟੇਕਣਾ ਮੈਂ ਤੁਹਾਡਾ ਪ੍ਰਸ਼ਾਦ ਨਹੀਂ ਖਾਹੂੰਗਾ ਉੱਥੇ ਆ ਕੇ ਇਹ ਕਹਿੰਦਾ ਕਿੰਨਾ ਕਹਿੰਦਾ ਜੇ ਹੁਣ ਦੇਖੀਏ ਦੂਸਰੇ ਧਰਮਾਂ ਦੇ ਲੋਕ ਹੈ ਹਿੰਦੂ ਆ ਜਾਂ ਮੁਸਲਮਾਨ ਉਹ ਵੀ ਤੇ ਤੁਹਾਡੇ ਗੁਰਦੁਆਰਿਆਂ ਚ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਨਵਾ ਹੀ ਰਹੇ ਆ ਜੇ ਤੁਸੀਂ ਵੀ ਮੰਨ ਲਓ ਜੇ ਮੰਦਰ ਜਾ ਕੇ ਜਾਂ ਮਸੀਤੇ ਜਾ ਕੇ ਤੁਸੀਂ ਵੀ ਸੀਸ ਨਵਾ ਲਓਗੇ ਜਾਂ ਦੇਖੋ ਸ਼ਰਧਾ ਤੇ ਤਰਕ ਦੇ ਵਿੱਚ ਥੋੜੀ ਜੀ ਲੀਕ ਹੁੰਦੀ ਬਾਰੀਕ ਜਈ ਅੱਛਾ ਜੀ ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਜਾਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਖੰਨਿਓ ਤਿੱਖੀ ਵਾਲੋਂ ਨਿੱਕੀ ਏਤਮਾਰਗ ਜਾਣਾ ਹੂੰ ਇਹ ਜਿਹੜੀ ਸਿੱਖੀ ਆ ਨਾ ਇਹ ਵਾਲੋਂ ਨਿੱਕੀ ਆ ਬਿਲਕੁਲ ਜੀ ਵਾਲ ਤੋਂ ਵੀ ਬਾਰੀਕ ਇਹਦਾ ਭਾਵ ਹੀ ਇਹ ਆ ਵੀ ਜੇ ਤਾਂ ਅੰਨੀ ਸ਼ਰਤਾ ਆ ਗਈ ਫਿਰ ਇੱਕ ਪਾਸੇ ਡੇਗਿਆ ਵਾਲ ਤੋਂ ਬਿਲਕੁਲ ਜੀ ਤੇ ਜੇ ਕਟੜਤਾ ਆ ਗਈ ਵੀ ਤਰਕ ਆ ਗਿਆ ਬਹੁਤ ਫਿਰ ਦੂਜੇ ਪਾਸੇ ਡੇਗ ਗਿਆ ਇਹ ਵਾਲ ਵਰਗਾ ਬਰੀਕ ਪੋਲਿਆ ਤੇ ਇਸ ਕਰਕੇ ਇਹ ਕਾਰਜ ਔਖਾ ਆਇਦੇ ਤੇ ਚੱਲਣਾ ਜਿਹੜੇ ਸੋਚਦੇ ਨੇ ਨਾ ਉਹਨਾਂ ਨੂੰ ਇਹ ਵਿਚਾਰ ਕਰਨੀ ਚਾਹੀਦੀ ਆ ਖਾਸ ਕਰਕੇ ਸਿੱਖਾਂ ਵਾਸਤੇ ਵੀ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਆ ਵੀ ਜਿੱਥੇ ਤੇ ਮਹਾਰਾਜ ਨੇ ਬਚਨ ਨਹੀਂ ਕੀਤਾ ਜਿਵੇਂ ਸਤਗੁਰਾਂ ਨੇ ਇਸ ਤੌਰ ਤੇ ਤਾਂ ਬਚਨ ਨਹੀਂ ਕੀਤਾ ਵੀ ਸਿੱਖ ਜਿਹੜਾ ਉਹ ਕਿਸੇ ਹੋਰ ਅਨਮਤ ਦਾ ਪ੍ਰਸ਼ਾਦ ਵੀ ਨਾ ਖਾਵੇ। ਹਮ ਬਚਨ ਕੀਤਾ ਹਜ਼ੂਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ। ਇਹ ਸਾਨੂੰ ਰਹਿਤਨਾਮਿਆਂ ਚ ਮਿਲਦਾ ਕਿਤੇ? ਇਹ ਰਹਿਤਨਾਮਿਆਂ ਦੇ ਵਿੱਚ ਬਚਨ ਲਿਖਿਆ ਹੋਇਆ। ਠੀਕ। ਕਲਗੀਧਰ ਪਾਤਸ਼ਾਹ ਨੇ ਆਖਿਆ। ਠੀਕ। ਔਰ ਦੂਜੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਬਿਨਾ ਕਿਤੇ ਸੀਸ ਨਹੀਂ ਨਵਾ ਸਕਦਾ। ਹਾਂਜੀ। ਇਹ ਵੀ ਬਚਨ ਹੈ ਰਹਿਤਨਾਮਿਆਂ ਦੇ ਅੰਦਰ। ਠੀਕ ਹੈ ਜੀ। ਤੇ ਤੀਜੀ ਗੱਲ ਜਿਹੜੀ ਤੁਸੀਂ ਕੀਤੀ ਵੀ ਬਹੁਤਾ ਕਟੜ ਹੋਣਾ ਉਹ ਅਵਸਥਾ ਨਹੀਂ ਹੋਣੀ ਚਾਹੀਦੀ ਵੀ ਠੀਕ ਆ ਸਾਰੇ ਧਰਮ ਸਤਕਾਰਯੋਗ ਨੇ ਸਾਰਿਆਂ ਚ ਜਾਈਏ। ਹਮ ਔਰ ਤੁਸੀਂ ਹੈਰਾਨ ਹੋਵੋਗੇ ਇਤੋਂ ਤੱਕ ਵੀ 52 ਹੁਕਮਾਂ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਵੀ ਸਿੱਖ ਹਰੇਕ ਧਰਮ ਗ੍ਰੰਥ ਤੇ ਹਰੇਕ ਧਾਰਮਿਕ ਸਥਾਨ ਦਾ ਗਿਆਨ ਲਵੇ ਤੇ ਜਾਏਗਾ ਤੇ ਗਿਆਨ ਲਊਗਾ ਪਰ ਉਹ ਉਹ ਸ਼ਰਧਾ ਧਾਰ ਨਹੀਂ ਉਹਦੇ ਉਹਦੇ ਲਈ ਉਹ ਨਹੀਂ ਹੋਣਾ ਚਾਹੀਦਾ ਵਿਅਕੀਦਾ ਗਿਆਨ ਤਾਂ ਚਲੋ ਜਿੱਥੋਂ ਮਿਲਦਾ ਸਮੇਟ ਲੈਣਾ ਚਾਹੀਦਾ ਬਿਲਕੁਲ ਨਿੰਦਰਾ ਨਹੀਂ ਚਾਹੀਦਾ ਤੇ ਜਾਵੇ ਜਿੱਥੇ ਮਰਜੀ ਜਿਵੇਂ ਪਾਤਸ਼ਾਹ ਜੀ ਨੇ ਆਖਿਆ ਮੈਂ ਉਹ ਪਰਮ ਪ੍ਰਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਤੇ ਸਿੱਖ ਵੀ ਜਗਤ ਤਮਾਸਾ ਵੇਖਣ ਆਏ ਨੇ ਵੇਖਣਾ ਚਾਹੀਦਾ ਹਰੇਕ ਤਾਂ ਤੇ ਜਾ ਕੇ ਸਹੀ ਹੈ ਸਹੀ ਹੈ ਸਹੀ ਹੈ اچھا ਇੱਕ ਸਵਾਲ ਹੋਰ ਸੀ ਜਿੱਦਾਂ ਕਿਹਾ ਜਾਂਦਾ ਕਿ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਦੇ ਆਂ ਠੀਕ ਹੈ ਜੀ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਸਮੁੱਚੇ ਜੀਵਨ ਨੂੰ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਹਥਿਆਰ ਚੁੱਕਿਆ ਹੋਊਗਾ ਜਾਂ ਕਦੀ ਕੋਈ ਸ਼ਸਤਰ ਚੁੱਕਿਆ ਹੋਊਗਾ ਇਹ ਸੌਖੇ ਲਫ਼ਜ਼ਾਂ ਚ ਕਹਾਂ ਨਾ ਤੇ ਮੈਂ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਜਿੰਨਾ ਕੁ ਮੈਂ ਗੁਰੂ ਨਾਨਕ ਸਾਹਿਬ ਨੂੰ ਸਟੱਡੀ ਕੀਤਾ ਕਿ ਮੈਂ ਨਹੀਂ ਕਦੀ ਦੇਖਿਆ ਉਹਨਾਂ ਨੇ ਕਦੀ ਕਿਸੇ ਕੁੱਤੇ ਦੀ ਵੀ ਸੋਟੀ ਮਾਰੀ ਹੋਊਗੀ ਹੁ ਇਹ ਜੋਤ ਚਲਦੀ ਹੈ ਦਸਵੇਂ ਸਰੂਪ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਜ ਕੀ ਆਪਾਂ ਠੀਕ ਹੈ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਜੀਵਨ ਤੇ ਝਾਤ ਮਾਰਦੇ ਆਪਾਂ ਤਾਂ ਕਿੰਨੀਆਂ ਜੰਗਾਂ ਲੜੀਆਂ ਉਹਨਾਂ ਨੇ ਠੀਕ ਹੈ ਬਹੁਤ ਵੀਰ ਰਸ ਵਿੱਚ ਰਹੇ ਨੇ ਠੀਕ ਹੈ ਜੀ ਉਹਨਾਂ ਦਾ ਇੱਕ ਯੋਧੇ ਵਾਲਾ ਆਪਾਂ ਨੂੰ ਕਰੈਕਟਰ ਦੇਖਣ ਨੂੰ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਦੋਨਾਂ ਕਰੈਕਟਰਾਂ ਦੇ ਵਿੱਚ ਫਰਕ ਦਾ ਪੁੱਛਿਆ ਗਿਆ ਸੀ ਸਵਾਲ ਜਿਵੇਂ ਜਦੋਂ ਕੋਈ ਰੋਗੀ ਹੋਵੇ ਨਾ ਥੋੜਾ ਹਾਂਜੀ ਤੇ ਉਹਦਾ ਇਲਾਜ ਵੈਦ ਦਵਾਈ ਦੇ ਕੇ ਕਰ ਦਿੰਦੇ ਆ ਵਿਕਾਰ ਜਾ ਕੇ ਖਾਲੇ ਜੇ ਕੋਈ ਉਸ ਤੋਂ ਜ਼ਿਆਦਾ ਰੋਗੀ ਹੋਵੇ ਫਿਰ ਉਹਨੂੰ ਕਿਹਾ ਜਾਂਦਾ ਵੀ ਤੈਨੂੰ 3 ਕ ਮਹੀਨੇ ਦਾ ਟ੍ਰੀਟਮੈਂਟ ਦਿੱਤਾ ਜਾਊਗਾ ਪਰ ਰਹਿਣਾ ਘਰ ਹੀ ਆ ਕੋਈ ਉਸ ਤੋਂ ਵੀ ਜ਼ਿਆਦਾ ਰੋਗੀ ਹੋਵੇ ਨਾ ਫਿਰ ਉਹਨੂੰ ਐਡਮਿਟ ਕਰ ਲੈਂਦੇ ਜੇ ਉਸ ਤੋਂ ਵੀ ਜ਼ਿਆਦਾ ਰੋਗੀ ਹੋਵੇ ਫਿਰ ਇੱਕ ਐਮਰਜੈਂਸੀ ਹੁੰਦਾ ਹਮ ਉਥੇ ਬਹੁਤ ਸਿਆਣੇ ਤੋਂ ਸਿਆਣੇ ਤੋਂ ਵੀ ਸਿਆਣੇ ਡਾਕਟਰ ਨੂੰ ਭੇਜਿਆ ਜਾਂਦਾ ਕਿਉਂਕਿ ਸਮਾਂ ਹੀ ਇਦਾਂ ਦਾ ਹੁੰਦਾ ਵੀ ਇੱਕ ਨਿੱਕੀ ਜਿਹੀ ਵੀ ਗਲਤੀ ਹੋਈ ਸਾਰਾ ਕੁਝ ਖਤਮ ਹੋ ਜਾਣਾ ਖਤਮ ਹੋ ਜਾਣਾ ਸਹੀ ਹੈ। ਤਾਂ ਇਸ ਕਰਕੇ ਇਹ ਇਹ ਜਿਹੜਾ ਸੰਸਾਰ ਨੂੰ ਰੋਗ ਲੱਗ ਚੁੱਕਿਆ ਸੀ ਨਾ ਪੰਜਾਂ ਵਿਕਾਰਾਂ ਦਾ ਈਰਖਾ ਦਵੇਗ ਭਾਵਨਾ ਦਾ ਜਾਂ ਪਖੰਡ ਕਹਿ ਲਈਏ ਧਰਮ ਦੇ ਧਰਮ ਦੇ ਨਾਂ ਤੇ ਜਿਹੜੇ ਪਖੰਡ ਫੈਲੇ ਸੀ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਰਾਜਨੀਤਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰੇਕ ਪਾਸੋਂ ਹੀ ਉਹਦੇ ਵਾਸਤੇ ਜ਼ਰੂਰੀ ਗੱਲ ਇਹ ਸੀ ਵੀ ਬਰੀਕੀ ਦੇ ਨਾਲ ਹੌਲੀ-ਹੌਲੀ ਇਲਾਜ ਕੀਤਾ ਜਾਵੇ। ਜਿਵੇਂ ਮੈਂ ਕਹਾਂ ਦੂਜੀ ਹੁੰਦੀ ਨਾ ਦਵਾਈ ਹੌਮਿਓਪੈਥੀਕ ਹੌਮਿਓਪੈਥਿਕ ਦਵਾਈ ਹੁੰਦੀ ਨਾ ਜਿਹੜੀ ਉਹ ਹੌਲੀ-ਹੌਲੀ ਇਲਾਜ ਕਰਦੀ ਆ ਉਹ ਜੜ ਨੂੰ ਫੜਦੀ ਜਾ ਕੇ ਬਿਲਕੁਲ ਬਿਲਕੁਲ ਇਹ ਇਹ ਉਹ ਅਵਸਥਾ ਇਸ ਤਰੀਕੇ ਨਾਲ ਇਲਾਜ ਕਰਨ ਦੀ ਲੋੜ ਸੀ ਚਾਹੀਦਾ ਇਹ ਸੀ ਅਸਲ ਦੇ ਵਿੱਚ ਤਾਂ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਕਾਰਜ ਸਭ ਤੋਂ ਪਹਿਲਾਂ ਨਹੀਂ ਕੀਤਾ ਜਿਹੜਾ ਅਖੀਰ ਚ ਕਰਨਾ ਚਾਹੀਦਾ ਸੀ ਉਹਨਾਂ ਨੇ ਅਖੀਰ ਦੇ ਵਿੱਚ ਹੀ ਕੀਤਾ ਤਾਂ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਥਿਆਰ ਨਹੀਂ ਚੁੱਕੇ ਹੋਣੇ। ਤਾਂ ਮੈਂ ਇਹ ਗੱਲ ਦਾ ਚਾਨਣਾ ਪਾਵਾਂ ਵੀ ਸਤਿਗੁਰੂ ਜੀ ਸ਼ਸਤਰਧਾਰੀ ਸਨ। ਗੁਰੂ ਨਾਨਕ ਪਾਤਸ਼ਾਹ। ਹਾਂਜੀ। ਜਾਦੂਗਰ ਨੀ ਨੂਰਜਹਾਂ ਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬੰਗਾਲ ਦੇ ਵਿੱਚ ਪਾਤਸ਼ਾਹ ਜੀ ਨੇ ਉਹਨੂੰ ਵਰਛਾ ਦਿੱਤਾ ਸੀ। ਜਾਦੂਗਰ ਨੇ ਨੂਰਸ਼ਾਨ। ਹਾਂਜੀ। ਔਰ ਪਾਤਸ਼ਾਹ ਜੀ ਹੱਥ ਦੇ ਵਿੱਚ ਮਨੀਸ਼ਾ ਹੀ ਸਲੂਤਰ ਰੱਖਦੇ ਸੀ। ਹਾਂਜੀ ਸੋਟਾ ਜਿਹਨੂੰ ਅਸੀਂ ਕਹਿੰਨੇ ਆ ਸੰਦੂਤਰ ਰੱਖਦੇ ਸੀ ਤਾਂ ਉਹ ਹੈ ਨਿਸ਼ਸ਼ਤਰ ਧਾਰੀ ਹੀ ਔਰ ਦੂਜੀ ਗੱਲ ਇਹ ਆ ਅੰਦਰੋਂ ਵੀ ਜੰਗੀ ਸੁਭਾਅ ਆ ਬਾਦਸ਼ਾਹ ਜੀ ਦਾ ਰਹਿੰਦੇ ਨਿਮਰਤਾਜ ਨੇ ਪਰ ਅੰਦਰੋਂ ਵੀ ਜੰਗੀ ਸੁਭਾਅ ਆ ਕਿਉਂਕਿ ਜੇ ਜੰਗੀ ਸੁਭਾਅ ਨਾ ਹੋਵੇ ਤੇ ਸਮੇਂ ਦੇ ਬਾਦਸ਼ਾਹ ਦੇ ਸਾਹਮਣੇ ਜਾ ਕੇ ਉਹਨੂੰ ਕਹਿਣਾ ਵੀ ਤੂੰ ਬਾਬਰ ਨਹੀਂ ਤੂੰ ਜਾਬਰ ਆ ਇਹ ਕੋਈ ਡਰਤਾ ਵਾਲੀ ਖੇਡ ਨਹੀਂ ਵੀ ਡਰਪੋਕ ਵਾਲੀ ਖੇਡ ਨਹੀਂ ਹਨ ਇਹ ਨਡਰਤਾ ਵਾਲੀ ਖੇਡ ਆ ਵੀ ਜਿਹੜਾ ਅੰਦਰੋਂ ਨੇ ਧੜਕੇ ਆ ਜੰਗੀ ਜਰਨੈਲ ਆ ਤਾਂ ਇਸ ਕਰਕੇ ਉਹ ਅਵਸਥਾ ਉਹੀ ਵਰਤ ਰਹੀ ਆ ਦੂਜੀ ਮੈਂ ਬੇਨਤੀ ਕਰੂੰਗਾ ਸੰਤ ਜਰਨੈਲ ਸਿੰਘ ਉਹਨਾਂ ਨੂੰ ਇਹ ਬਚਨ ਕੀਤਾ ਸੀ ਅੱਛਾ ਜੀ ਕਿਸੇ ਹਿੰਦੂ ਵੀਰ ਨੇ ਕਿਸੇ ਬ੍ਰਾਹਮਣ ਨੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਇਹ ਬਚਨ ਕੀਤਾ ਸੀ ਕਹਿੰਦਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੀ ਮੰਨਦੇ ਹੋ ਸਿਰਫ ਗੁਰੂ ਨਾਨਕ ਸਾਹਿਬ ਨੂੰ ਨਹੀਂ ਮੰਨਦੇ ਅੱਛਾ ਜੀ ਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਦਸਾਂ ਗੁਰੂ ਸਾਹਿਬਾਨਾਂ ਨੂੰ ਇੱਕ ਰੂਪ ਹੀ ਜਾਣਦੇ ਆ ਕਿਉਂਕਿ ਕਲਗੀਧਰਪਾਰਾ ਮਹਾਰਾਜ ਨੇ ਆਖਿਆ ਬਚਿਤ੍ਰਨਾਟਕ ਦੇ 5ਵੇਂ ਅਧਿਆਇ ਦੇ ਵਿੱਚ ਹਜ਼ੂਰ ਕਹਿੰਦੇ ਆ ਭਿੰਨ-ਭਿੰਨ ਸਭ ਹੂੰ ਕਰ ਜਾਣਾ ਏਕ ਰੂਪ ਕਿਨਹੂੰ ਪਹਿਚਾਨਣਾ ਵੀ ਸਾਰਿਆਂ ਨੇ ਭਿੰਨ-ਭਿੰਨ ਕਰਕੇ ਜਾਣਿਆ ਦੱਸਾ ਗੁਰੂਆਂ ਨੂੰ ਪਰ ਜੋਤ ਜਿਹੜੀ ਹੋਏਗੀ ਪਰ ਜਾਣਣਾ ਇੱਕ ਰੂਪ ਚਾਹੀਦਾ ਸੀ ਜੋਤ ਇੱਕੋ ਹੀ ਆ ਤੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਵੀ ਅਸੀਂ ਇੱਕੋ ਰੂਪ ਜਾਣਦੇ ਆ ਤੇ ਤੁਸੀਂ ਸਵਾਲ ਕਰੋ ਕੀ ਤੁਹਾਡਾ ਸਵਾਲ ਆ ਤੇ ਉਹ ਅੱਗੋ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਕਿਤੇ ਨਹੀਂ ਆਖਦੇ ਵੀ ਤੁਸੀਂ ਲੜ ਕੇ ਮਰੋ ਜਾਂ ਜੰਗ ਕਰੋ ਜਿਹੜਾ ਤੁਹਾਡਾ ਸਵਾਲ ਹੈ ਇਹੋ ਹੀ ਉਹਨਾਂ ਕਿਤਾ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਕਿਤੇ ਨਹੀਂ ਆਖਿਆ ਵੀ ਤੁਸੀਂ ਲੜ ਕੇ ਮਰੋ ਜਾਂ ਜੰਗ ਕਰੋ ਜਾਂ ਧਰਮ ਦੇ ਨਾਤੇ ਦੂਜੇ ਨੂੰ ਮਾਰ ਦਿਓ ਹੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਥਿਆਰ ਚੁੱਕ ਲਏ ਹੂੰ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਲੇ ਕਹਿੰਦੇ ਅੱਛਾ ਮੈਂ ਤੁਹਾਨੂੰ ਦੋ ਬਚਨ ਪੁੱਛੂੰਗਾ ਤੇ ਤੁਸੀਂ ਮੈਨੂੰ ਇਹ ਜਵਾਬ ਦਿਓ ਕਿਹਦੀ ਬਾਣੀ ਆ ਤੇ ਉਹਨਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਾਰਾ ਤੋਂ ਵਾਰਾ ਤੋਂ ਵਧੇਕ ਜਿਹੜੇ ਵਸ ਸ਼ਲੋਕ ਨੇ ਉਹਨਾਂ ਦੇ ਵਿੱਚ ਦਰਜ ਆ ਉਹਨਾਂ ਆਖਿਆ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰਤਾ ਦੀ ਗਲੀ ਮੇਰੀ ਆਓ ਤੇ ਇਹ ਕੀ ਦਾ ਬਜਨੇ ਆ ਤੇ ਉਹ ਕਹਿੰਦੇ ਜੀ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲੱਗਦਾ ਆ ਹਾਂਜੀ ਕਿਉਂਕਿ ਇਹਦੇ ਚ ਦੇ ਸਿਰ ਤਲੀ ਤੇ ਰੱਖਣ ਦੀ ਗੱਲ ਆ ਵੀ ਜੰਗ ਕਰਨ ਦੀ ਗੱਲ ਆ ਇਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ ਤੇ ਪ੍ਰੇਮ ਦੀ ਗੱਲ ਕੀਤੀ ਉਹਨਾਂ ਨੇ ਨਿਮਰਤਾ ਦੀ ਗੱਲ ਕੀਤੀ ਇਹ ਤੇ ਮਰਨ ਦੀ ਗੱਲ ਸਿਰ ਤਲੀ ਤੇ ਰੱਖਣ ਦੀ ਗੱਲ ਆ ਗਈ ਇਹਦੇ ਚ ਤੇ ਕਹਿੰਦੇ ਹੁਣ ਦੂਜਾ ਬਚਨ ਪੁੱਛੂੰਗਾ ਸਾਜ ਗਹੁ ਸੁਨ ਲਿਓ ਸਬਾ ਜਨ ਪ੍ਰੇਮ ਕੀਓ ਤ ਨਹੀਂ ਪ੍ਰਭ ਪਾਇਓ ਇਹ ਕੀਦਾ ਆ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਦਾ ਲੱਗਦਾ ਹੈ ਕਿਉਂਕਿ ਇਹਦੇ ਜਾ ਕੇ ਆ ਵੀ ਪ੍ਰੇਮ ਹੀ ਕਰੋ ਹਾਂਜੀ ਸਾਰੇ ਸੰਸਾਰ ਨੂੰ ਤੇ ਕਹਿੰਦੇ ਨਹੀਂ ਬਿਲਕੁਲ ਗਲਤ ਆ ਤੋ ਵਿਚਾਰ ਧਾਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਦਿੱਤੀ ਆ ਕਲਗੀਧਰ ਪਾਤਸ਼ਾਹ ਨੇ ਉਸੇ ਦਾ ਪ੍ਰਗਟਾਵਾ ਕੀਤਾ ਸੰਸਾਰ ਦੇ ਵਿੱਚ ਜੀ ਜੀ ਉਹਨਾਂ ਨੇ ਬਚਨ ਆਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਸਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੇ ਹੁਣ ਜਿਹੜਾ ਸਿਰ ਗੁਰੂ ਨਾਨਕ ਸਾਹਿਬ ਨੇ ਆਤਮਿਕ ਤੌਰ ਤੇ ਮੰਗਿਆ ਉਹੋ ਹੀ ਸਿਰ ਪਾਤਸ਼ਾਹੀ ਜੀ ਨੇ ਬਾਹਰ ਸ਼ਰੀਰਕ ਤੌਰ ਤੇ ਮੰਗਿਆ ਵਿਸਾਖੀ ਵਾਲੇ ਵਿਸਾਖੀ ਜਦੋਂ ਖਾਲਸਾ ਪੰਥ ਦੀ ਸਾਜਣਾ ਹੁੰਦੀ ਹੈ ਹਾਂ ਪਾਤਸ਼ਾਹੀ ਜੀ ਕਹਿੰਦੇ ਸੀਸ ਹੈ ਸੀਸ ਦਿਓ ਬੇਟਾ ਪਾਤਸ਼ਾਹੀ ਜੀ ਨੇ ਵਚਨ ਕੀਤਾ ਜੋ ਗ੍ਰੰਥਾਂ 'ਚ ਦਰਜ ਹੈ ਕੋਈ ਗੁਰੂ ਕਾ ਬੇਟਾ ਜੋ ਕਰੇ ਸੀਸ ਬੇਟਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਉਹੋ ਹੀ ਸਿੱਖ ਨੇ ਜਿਨ੍ਹਾਂ ਨੂੰ 10 ਪੀੜੀਆਂ ਤੋਂ ਅਸੀਂ ਬਾਣੀ ਪੜ੍ਹਾ ਰਹੇ ਹਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਤੇ ਇਹ ਕੋਈ ਐਵੇਂ ਨਹੀਂ ਬਚਨ ਲਿਖਿਆ ਵੀ ਉਹ ਮੰਗਣਾ ਹੀ ਆ ਪਾਤਸ਼ਾਹ ਨੇ ਬਿਲਕੁਲ ਜੀ ਬਿਲਕੁਲ ਅੱਛਾ ਇਸ ਚੀਜ਼ ਨੂੰ ਲੈ ਕੇ ਬੜਾ ਸ਼ੰਕਾ ਕੀਤਾ ਜਾਂਦਾ ਕਿ ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ ਨੇ ਹੁਣ ਕਈਆਂ ਦਾ ਤਾਂ ਕਹਿਣਾ ਸੀ ਕਿ ਅੰਦਰ ਗੁਰੂ ਸਾਹਿਬ ਨੇ ਜਾ ਕੇ ਸੱਚੀ ਪੰਜਾਂ ਪਿਆਰਿਆਂ ਦੇ ਸੀਸ ਵੱਢੇ ਨੇ ਜਾਂ ਬਾਅਦ ਵਿੱਚ ਜੋੜ ਦਿੱਤੇ ਨੇ ਕਈਆਂ ਦਾ ਕਹਿਣਾ ਸੀ ਕਿ ਨਹੀਂ ਜੀ ਅੰਦਰ ਬੱਕਰੇ ਵੱਢੇ ਗਏ ਸੀ ਉਹਨਾਂ ਦੇ ਸੀਸ ਵੱਢੇ ਸੀ ਕਿ ਉਹਨਾਂ ਬੱਕਰਿਆਂ ਦੇ ਖੂਨ ਨਾਲ ਹੀ ਬੜੀ ਤਲਵਾਰ ਲਿਆ ਕੇ ਗੁਰੂ ਸਾਹਿਬ ਨੇ ਵਿਖਾਈ ਆ ਠੀਕ ਹੈ ਇਹ ਅਸਲ ਸੱਚ ਕੁਝ ਆਪਾਂ ਨੂੰ ਜਾਂ ਲਿਖਤੀ ਰੂਪ ਵਿੱਚ ਵੀ ਕਿਤੇ ਕੁਝ ਮਿਲਦਾ ਹੋਵੇ ਜਾਂ ਅਸਲ ਸੱਚ ਕੀ ਸੀ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਜੇ ਮਹਾਰਾਜ ਨੇ ਉੱਥੇ ਤੰਬੂ ਲਾਇਆ ਸੀ ਜੀ ਤੇ ਸਿੱਖਾਂ ਵਾਸਤੇ ਇਹ ਹਦਾਇਤ ਹੈ ਵੀ ਆਪਾਂ ਤੰਬੂ ਚੋਕੇ ਨਾ ਵੇਖੀਏ ਹਾਂਜੀ ਬਿਲਕੁਲ ਵੀ ਜੇ ਮਹਾਰਾਜ ਨੇ ਲਾਇਆ ਸੀ ਇਹਦਾ ਭਾਵੇਂ ਉਹਨਾਂ ਗੁਪਤ ਰੱਖਣੀ ਆ ਖੇ ਗੁਪਤ ਰੱਖਣ ਸਹੀ ਆ ਦੂਜੀ ਗੱਲ ਇਹ ਆ ਭਰੋਸੇ ਵਾਸਤੇ ਵੀ ਪੰਤ ਨੂੰ ਭਰੋਸਾ ਆ ਜੇ ਇਸ ਗੱਲ ਦੇ ਉੱਤੇ ਤੇ ਗਿਆਨੀ ਮਾਨ ਸਿੰਘ ਝਾਉਰ ਕਹਿੰਦੇ ਹੁੰਦੇ ਆ ਕਹਿੰਦੇ ਵੀ ਬਾਬਾ ਫਰੀਦ ਜੀ ਬਚਨ ਕਰ ਰਹੇ ਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਤੇ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕਾਂਢੇ ਕੱਚਿਆਂ 'ਚ ਆਉਂਦੇ ਆ। ਵੀ ਮਨ ਤੋਰ ਤੇ ਮੁਖ ਤੋਰ। ਵੀ ਅੰਦਰ ਉਹਨਾਂ ਮਨ 'ਚ ਸੋਚਿਆ ਹੋਇਆ ਸੀ ਵੀ ਅੰਦਰ ਜਾ ਕੇ ਤੇ ਬੱਕਰੀ ਝਟਕਾ ਦੂੰਗਾ ਤੇ ਬਾਹਰ ਉਹ ਕਈ ਜਾਂਦੇ ਵੀ ਸਿਰ ਲੈਣੇ। ਹਾਂਜੀ। ਇਹ ਨਹੀਂ ਹੋ ਸਕਦਾ। ਵੀ ਮਨ ਤੋਂ ਇੱਕ ਹੀ ਆ ਗੁਰੂ ਤੋਂ ਗੁਰੂ ਮਨ ਤੋਂ ਤੇ ਮੁਖ ਤੋਂ ਇੱਕੋ ਹੀ ਆ। ਗੁਰਸੂਰਾ ਹੈ ਹੀ ਉਹ ਆ ਜਿਹੜਾ ਬਚਨਾਂ ਦਾ ਪੂਰਾ ਆ। ਜੋ ਕਿ ਆ ਉਹ ਕਰਨਾ ਆ। ਠੀਕ ਹੈ। ਤੋਂ ਇੱਕ ਦੂਜੀ ਖੇਡ ਵੀ ਇੱਥੇ ਆ ਕੇ ਜਿਵੇਂ ਵਚਨ ਕੀਤਾ ਜਾਂਦਾ ਆ ਵੀ ਬੱਕਰੀ ਝਟਕਾਏ ਜਾਂ ਹੋਰ ਕਈ ਕੁਝ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਪੰਥ ਖਾਲਸੇ ਦੇ ਉੱਤੇ ਵੀ ਜਦੋਂ ਆਖਿਆ ਵੀ ਸਿਰ ਲਵਾਂਗੇ ਹੂੰ ਤੇ ਉਹ ਸਿਰਾਂ ਦੀ ਖੇਡ ਹੀ ਸੀ ਸਿਰ ਹੀ ਲਏ ਆ ਕਿਉਂਕਿ ਮੈਂ ਵਚਨ ਪਹਿਲਾਂ ਹੀ ਕੀਤਾ ਜਦੋਂ ਪਾਤਸ਼ਾਹ ਜੀ ਨੇ ਆਖਿਆ ਵੀ ਜਦੋਂ ਤੋ ਪ੍ਰੇਮ ਖੇਲਣ ਕਾ ਚਾਹੋ ਇਹ ਕੋਈ ਗੱਲ ਉਸ ਦਿਨ ਦੀ ਨਹੀਂ ਹੂੰ ਇਹ ਕੋਈ ਉਹ ਵਿਸਾਖੀ ਦੀ ਨਹੀਂ 1699 ਦੀ ਆਪਾਂ 1699 ਕਹਿੰਦੇ ਆ ਈਸਵੀ ਸੰਮਤ ਦੇ ਹਿਸਾਬ ਨਾਲ ਈਸਵੀ ਸਨ ਦੇ ਹਿਸਾਬ ਨਾਲ ਪਰ ਉਹ ਜ 1756 ਕਹਿਣਾ ਚਾਹੀਦਾ ਮਤਲਬ ਉਹੀ ਜੀ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ 1699 ਆ ਜ ਆਪਣੇ ਦੇਸੀ ਮਹੀਨੇ ਸੰਨ ਇੱਕ ਉਹ ਤਿਆਗਣਾ ਚਾਹੀਦਾ ਜਦਨ ਕਰੀਏ ਵੀ ਅੰਗਰੇਜ਼ੀ ਕੈਲੰਡਰ ਨੂੰ ਕਿਉਂਕਿ ਅੱਜ ਬਹੁਤ ਦਫ਼ਤਰਾਂ ਦੇ ਵਿੱਚ ਇਹਦੀ ਲੋੜ ਪੈ ਗਈ ਜਾਂ ਅਪਣਾ ਲਿਆ ਗਿਆ ਪਰ ਸਾਨੂੰ ਥੋੜਾ ਜਆ ਗੁਰੇਜ਼ ਕਰਨਾ ਚਾਹੀਦਾ ਇਦਾਂ ਹੀ ਮਿਲਦਾ ਇਸੇ ਚੀਜ਼ ਤੋਂ ਅੰਗਰੇਜ਼ੀ ਕੈਲੰਡਰ ਆਉਣ ਦੇ ਕਰਕੇ ਜਿਹੜੇ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਇਹਨਾਂ ਦੇ ਤਰੀਕੇ ਆ ਉਹ ਵੀ ਅੱਗੜ ਪਿਛੜ ਹੋ ਗੀਆਂ ਆਪਣੇ ਕਿਉਂਕਿ ਅੱਜ ਜੇ ਅੱਜ ਦੀ ਤਰੀਕ 'ਚ ਝਾਤੀ ਮਾਰੀਏ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਡੇਟ ਨਹੀਂ ਲੱਭਦੀ ਹਾਂਜੀ ਬਿਲਕੁਲ ਇਹ ਵੀ ਉਸੇ ਚੀਜ਼ ਦਾ ਹੀ ਸੱਟਾ ਆ ਕਿਉਂਕਿ ਆਪਾਂ ਅੰਗਰੇਜ਼ੀ ਕੈਲੰਡਰ ਨੂੰ ਅਪਣਾ ਚੁੱਕੇ ਹਾਂ ਕੈਲੰਡਰਾਂ ਦੇ ਵਖਰੇਵੇਂ ਕਰਕੇ ਜਦੋਂ ਤਿੰਨ ਚਾਰ ਇਕੱਠੇ ਲਾਗੂ ਹੋ ਜਾਂਦੇ ਆ ਨਾ ਜਿਵੇਂ ਹੁਣ ਸਾਡੇ ਤੇ ਲਾਗੂ ਨੇ ਕੁਝ ਵਿੱਚ ਹਿਜਰੀ ਸੰਮਤ ਵੀ ਕਹਿੰਦੇ ਆ ਜਿਸ ਦਿਨ ਅਜਰਤ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਮੱਕੇ ਤੋਂ ਉਹ ਵੀ ਸੰਮਤ ਤੇ ਦੂਜਾ ਕਹਿੰਦੇ ਨੇ ਬਿਕਰਮੀ ਸੰਮਤ ਉਹ ਤੇ ਚਲੋ ਆਰੰਭਤਾ ਤੋਂ ਹੀ ਚੱਲੀ ਆ ਰਹੀ ਸੀ ਨਾਨਕਸ਼ਹੀ ਸੰਮਤਾਂ ਇਹ ਹੁਣ ਦੀਆਂ ਗੱਲਾਂ ਆਪਾਂ ਕਰ ਰਹੇ ਆ ਜਿਵੇਂ ਦਰਜ ਵੀ ਆਪਾਂ ਹੁਣੇ ਹੀ ਕਰਦੇ ਆ ਨਾਨਕਸ਼ਹੀ ਸੰਮਤ ਪਰ ਪਹਿਲਾਂ ਬਿਕਰਮੀ ਸੰਮਤ ਹੀ ਸਾਡੇ ਇਤਿਹਾਸ ਗ੍ਰੰਥਾਂ ਵਿੱਚ ਵੀ ਜਿੱਥੇ-ਕਿੱਥੇ ਲਿਖਿਆ ਉਹ ਬਿਕਰਮੀ ਸੰਮਤ ਅਨੁਸਾਰ ਲਿਖਿਆ ਹੋਇਆ ਸਮਾਂ ਅਜਾ ਆਪਾਂ ਗੱਲ ਕਰ ਰਹੇ ਸੀ ਜਦੋਂ ਕਿ ਖਾਲਸਾਪਨ ਦੇ ਸਾਜਨਾਤੀ ਦੀ ਗੱਲ ਕਰ ਰਹੇ ਆ ਆਪਾਂ ਗੱਲ ਚੱਲੀ ਆ ਤੇ ਉਦੋਂ ਮੈਨੂੰ ਗੱਲ ਯਾਦ ਆਉਂਦੀ ਆ ਕਿ ਉਸ ਸਮੇਂ ਗੁਰੂ ਸਾਹਿਬ ਨੇ ਚਲੋ ਸੀਸ ਦੀ ਮੰਗਤਾ ਕਰ ਲਈ ਠੀਕ ਆ ਉਸ ਤੋਂ ਬਾਅਦ ਜਦੋਂ ਖੰਡੇ ਪਾਟੇ ਦੀ ਪੋਹਲ ਤਿਆਰ ਕੀਤੀ ਜਾਂਦੀ ਆ ਸੋ ਉਸ ਸਮੇਂ ਜਿਹੜੇ ਸਮਾਨ ਵਰਤਿਆ ਜਾਂਦਾ ਜਿਹਨੂੰ ਆਪਾਂ ਸਮਾਨ ਮੈਂ ਕਹ ਆਸਾਨ ਭਾਸ਼ਾ ਜਿਵੇਂ ਮੈਂ ਕਹਾਂ ਜਿਵੇਂ ਬਾਟਾ ਮੰਗਾਇਆ ਗਿਆ ਖੰਡਾ ਮੰਗਾਇਆ ਗਿਆ ਜਲ ਮੰਗਾਇਆ ਪਤਾਸੇ ਮੰਗਾਇਏ ਗਏ ਉਹਨਾਂ ਨੂੰ ਕੋਲਿਆ ਗਿਆ ਪਾਣੀ ਪੜੀ ਗਈ ਕਿਉਂਕਿ ਮੈਂ ਸਮਝਦਾ ਕਿ ਗੁਰੂ ਸਾਹਿਬ ਜਦੋਂ ਵੀ ਕੋਈ ਕਾਰਜ ਕਰਦੇ ਨੇ ਨਾ ਚਾਹੇ ਉਹਨਾਂ ਨੇ ਇੱਕ ਕਦਮ ਪੁੱਟ ਕੇ ਅੱਗੇ ਵਧੇ ਨਾ ਤੇ ਉਹ ਉਹਨਾਂ ਦੇ ਉਹ ਕਦਮ ਪੁੱਟਣ ਦਾ ਵੀ ਕੋਈ ਨਾ ਕੋਈ ਮਹੱਤਵ ਹੈਗਾ ਆ। ਸੋ ਜੇ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਜੋ ਚੀਜ਼ਾਂ ਵਰਤੀਆਂ ਨੇ ਕੰਡੇ ਬਾਟੇ ਦੀ ਪੌਲ ਤਿਆਰ ਕਰਨ ਨੂੰ ਇਹਨਾਂ ਦਾ ਵੀ ਕੋਈ ਮਹੱਤਵ ਹੋ ਸਕਦਾ ਫਿਰ। ਬਿਲਕੁਲ ਜੀ। ਜਿਵੇਂ ਆਪ ਜੀ ਨੇ ਬਚਨ ਆਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਗੁਰੂ ਸਹਿਬਾਨ ਕੋਈ ਵੀ ਕਾਰਜ ਕਰਦੇ ਆ ਤੇ ਉਹ ਅਜਾ ਹੀ ਨਹੀਂ। ਹਾਂ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ ਕਥਾ ਵਿਚਾਰ ਕਰਦਿਆਂ ਵੀ ਵੀ ਸਿੱਖ ਦੇ ਜੀਵਨ ਦਾ ਵੀ ਕੋਈ ਵੀ ਕਰਮ ਅਸੀਂ ਇਦਾਂ ਨਹੀਂ ਕਹਿ ਸਕਦੇ ਜਿਵੇਂ ਅੱਜ ਸਮਾ ਬਣ ਗਿਆ ਸੀ ਰੀਲਾਂ ਵੇਖ ਰਹੇ ਆ ਤੇ ਉਹ ਦੋ ਦੋ ਢਾਈ ਢਾਈ ਘੰਟੇ ਸਾਡੇ ਭਜੰਗੀ ਜਿਹੜੇ ਨੇ ਜਾਂ ਨੌਜਵਾਨ ਵੀ ਜਾਂ ਮੈਂ ਕਹਾਂ ਬਜ਼ੁਰਗ ਵੀ ਅੱਜ ਦੇ ਸਮੇਂ 'ਚ ਉਂਗਲਾ ਮਾਰੀ ਜਾ ਰਹੇ ਨੇ ਚਲਾਈ ਜਾ ਰਹੇ ਨੇ ਜਦੋਂ ਉਹਨਾਂ ਨੂੰ ਕਹੋ ਨਾ ਵੀ ਕੀ ਕਰ ਰਹੇ ਹੋ ਉਹ ਕਹਿੰਦੇ ਜੀ ਐਵੇਂ ਟਾਈਮ ਪਾਸ ਕਰ ਰਿਹਾ ਸੀ ਉਹ ਸਿੱਖ ਦੇ ਜੀਵਨ ਦਾ ਇੱਕ ਵੀ ਸਵਾਸ ਐਵੇਂ ਨਹੀਂ ਹੈ ਕੁਝ ਵੀ ਇੱਕ ਵੀ ਕਾਰਜ ਸੀ ਕਰ ਰਹੇ ਆ ਕੀ ਬੋਲ ਰਹੇ ਆ ਮੁਖਤੋਂ ਕੀ ਉਚਾਰਨ ਕੀਤਾ ਕੁਝ ਵੀ ਐਵੇਂ ਨਹੀਂ ਹੈ ਉਹਦਾ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਜਿਵੇਂ ਮੈਂ ਪਿੱਛੇ ਜੇ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਵੀ ਅੱਜਕੱਲ ਸਾਡੇ ਭਜੰਗੀ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਐਵੇਂ ਹੀ ਆ ਜੀ ਟੌਮੀ ਰੱਖ ਲਿਆ ਜੌਨੀ ਰੱਖ ਲਿਆ ਇਹ ਇਹਨਾਂ ਦਾ ਕੋਈ ਅਰਥ ਨਹੀਂ ਅਸਲ ਦੇ ਵਿੱਚ ਨਾਮ ਹੁੰਦੇ ਸੀ ਪੁਰਾਣੇ ਪ੍ਰਾਤਨ ਸਮੇਂ ਦੇ ਵਿੱਚ ਸਿੰਘਾਦੇਸ਼ ਹੀ ਦਾ ਸਿੰਘਾਂ ਦੇ ਬਚਿੱਤਰ ਸਿੰਘ ਬਘੇਲ ਸਿੰਘ ਕੇਰ ਸਿੰਘ ਇਦਾਂ ਦੇ ਨਾਮ ਹੁੰਦੇ ਸੀ ਤਾਂ ਉਹਨਾਂ ਨਾਵਾਂ ਦਾ ਅਰਥ ਆ ਹੁਣ ਜਿਹਦਾ ਨਾਮ ਆ ਬਘੇਲ ਸਿੰਘ ਜਾਂ ਜਿਹਦਾ ਨਾਮ ਆ ਬੋੜ ਸਿੰਘ ਉਹ ਨਾਮ ਸੁਣਦੇ ਹੀ ਭਾਰਜਿਆ ਪੈਂਦਾ ਬਹੁਤ ਪ੍ਰਭਾਵ ਆ ਪਤਾ ਲੱਗਦਾ ਵੀ ਕਿਸੇ ਦਾ ਨਾਮ ਸੁਣ ਰਿਹਾ ਮੈਂ ਮੈਨੂੰ ਯਾਦ ਅੱਜ ਵੀ ਮੈਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਨਾ ਤਾਂ ਕੋਈ ਨਵਾਂ ਟੀਚਰ ਆਉਣਾ ਜਾਂ ਕਿਤੇ ਕਲਾਸ ਚੇਂਜ ਹੋਣੀ ਇੱਕ ਦੋ ਸ਼ਾਇਦ ਮੈਂ ਸਕੂਲ ਵੀ ਚੇਂਜ ਕੀਤੇ ਆ ਤਾਂ ਟੀਚਰ ਅਕਸਰ ਪੁੱਛ ਦਿੰਦੇ ਜੇ ਤੋ ਕਲਾਸ ਨਾਲ ਕਹਾਰਕ ਪੁੱਛਣਾ ਅੱਛਾ ਜੇ ਕੋਈ ਨਵੇਂ ਨਵੇਂ ਐਡਮਿਸ਼ਨ ਹੁੰਦੀ ਸੀ ਉਹਨੂੰ ਪੁੱਛਣਾ ਵੀ ਕਾਕਾ ਤੇਰਾ ਨਾਮ ਕੀ ਹੈ ਨੇ ਜੋ ਆਪਣਾ ਨਾਮ ਸੁਣਾ ਅੱਛਾ ਆਪਣੇ ਨਾਮ ਦਾ ਮਤਲਬ ਵੀ ਦੱਸ ਹਾਂਜੀ ਨਾਵਾਂ ਦੇ ਮਤਲਬ ਹੁੰਦੇ ਆ ਜਿੱਥੋਂ ਸਾਨੂੰ ਕੁਝ ਉਹਨਾਂ ਚੋਂ ਵੀ ਲੱਗਦਾ ਕਿ ਕਿਸੇ ਨਾ ਕਿਸੇ ਸਿੱਖਣ ਨੂੰ ਮਿਲਦਾ ਸੋ ਆਪ ਆਪਣੀ ਗੱਲ ਨੂੰ ਕੰਟੀਨਿਊ ਕਰ ਰਹੀਆਂ ਜੀ ਹਾਂ ਜੀ ਬਿਲਕੁਲ ਤੇ ਜਿਵੇਂ ਮੈਂ ਬੇਨਤੀ ਕਰ ਰਿਹਾ ਸੀ ਜਿਵੇਂ ਪਾਤਸ਼ਾਹ ਜੀ ਨੇ ਇੱਕ ਮੈਂ ਇੱਥੇ ਜ਼ਰੂਰੀ ਗੱਲ ਕਰਾਂ ਜਿਹੜੀ ਪੰਥ ਦੇ ਵਾਸਤੇ ਸਮਝਣ लायक ਬੜੀ ਸੋਹਣੀ ਆ ਜੀ ਜੀ ਕਿ ਸਤਗੁਰਾਂ ਨੇ ਕਿਹਾ ਜਾਂਦਾ ਹੈ ਇਤਿਹਾਸ ਦੇ ਵਿੱਚ ਵੀ ਨੀਲਾ ਘੋੜਾ ਰੱਖਿਆ ਹਾਂਜੀ ਨੀਲਾ ਘੋੜਾ ਨੀਲਾ नस्ਲਿਆ ਰੰਗ ਥੋੜਾ ਥੋੜਾ ਨੀਲਾ ਹੁੰਦਾ ਆ ਤੇ ਸੰਪੂਰਨ ਬਿਲਕੁਲ ਨੀਲਾ ਨਹੀਂ ਹੁੰਦਾ ਜਿੱਦਾਂ ਦਾ ਤਸਵੀਰਾਂ 'ਚ ਰੱਖਿਆ ਗਿਆ ਇਦਾਂ ਦਾ ਨਹੀਂ ਹੁੰਦਾ ਬਿਲਕੁਲ ਕਾਲਾ ਤੇ ਨੀਲਾ ਮਿਕਸ ਜਿਹਾ ਭਾਅ ਮਾਰਦਾ ਹੁੰਦਾ ਇਦਾਂ ਦਾ ਰੰਗ ਹੁੰਦਾ ਖੈਰ ਜਿਹੜਾ ਨੀਲਾ ਘੋੜਾ ਰੱਖਿਆ ਉਹ ਨੀਲਾ ਰੰਗ ਜਿਹੜਾ ਉਹ ਆਕਾਸ਼ ਦਾ ਹੈ ਵਿਸ਼ਾਲਤਾ ਦਾ ਪ੍ਰਤੀਕ ਤੇ ਵਿਸ਼ਾਲਤਾ ਹੈ ਭਗਤੀ ਬਿਲਕੁਲ ਤੇ ਘੋੜਾ ਜਿਹੜਾ ਉਹ ਸ਼ਕਤੀ ਦਾ ਪ੍ਰਤੀਕ ਹੈ ਅੱਜ ਵੀ ਇੰਜਨ ਦੀ ਹਾਰਸ ਪਾਵਰ ਵੇਖੀ ਜਾਂਦੀ ਉਹ ਘੋੜੇ ਦੀ ਸ਼ਕਤੀ ਨਾਲ ਬਣਿਆ ਜਾਂਦਾ ਮਹਾਰਾਜ ਨੇ ਉੱਥੇ ਵੀ ਭਗਤੀ ਦੇ ਸ਼ਕਤੀ ਦਾ ਸਮੇਲ ਰੱਖਿਆ ਇਸ ਕਰਕੇ ਨੀਲਾ ਘੋੜਾ ਇਹ ਵੀ ਸਵਾਲ ਹੋਊਗਾ ਵੀ ਕੋਈ ਹੋਰ ਨਸਲ ਦਾ ਕਿਉਂ ਨਹੀਂ ਰੱਖਿਆ ਬਿਲਕੁਲ ਚਿੱਟਾ ਬਾਜ਼ ਰੱਖਿਆ ਚਿੱਟਾ ਰੰਗ ਜਿਹੜਾ ਉਹ ਸ਼ਾਂਤੀ ਦਾ ਪ੍ਰਤੀਕ ਹੈ ਬਾਜ਼ਾਂ ਦੀ ਹੋਰ ਵੀ ਬਹੁਤ ਨਸਲਾਂ ਨੇ ਬਹੁਤ ਨਸਲਾਂ ਠੀਕ ਪਰ ਚਿੱਟਾ ਹੀ ਕਿਉਂ ਰੱਖਿਆ ਵਾਜ ਜਿਹੜਾ ਉਹ ਸ਼ਕਤੀ ਦਾ ਪ੍ਰਤੀਕ ਆ ਤੇ ਚਿੱਟਾ ਰੰਗ ਜਿਹੜਾ ਉਹ ਭਗਤੀ ਦਾ ਪ੍ਰਤੀਕ ਆ ਬਿਲਕੁਲ ਭਗਤੀ ਤੇ ਸ਼ਕਤੀ ਉਹ ਵੀ ਸਮੇਲ ਆ ਇਕੱਠੇ ਕਰਤੇ ਉਹਨਾਂ ਨੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਖਾਲਸਾ ਪੰਥ ਦੀ ਸਾਜਨਾ ਕੀਤੀ ਆ ਤੇ ਸਤਗੁਰਾਂ ਨੇ ਸਰਬਲੋਹ ਦਾ ਬਾਟਾ ਤੇ ਖੰਡਾ ਵਰਤਿਆ ਸਰਬਲੋਹ ਦਾ ਤੇ ਸਤਦਰਵ ਦਾ ਜਲ ਵਰਤਿਆ ਜਿਹਨੂੰ ਸਤਲੁਜ ਕਹਿੰਨੇ ਅਸੀਂ ਅੱਜ ਦੇ ਸਮੇਂ 'ਚ ਉੰਜ ਪਾਤਸ਼ਾਹ ਜੀ ਨੇ ਬਾਣੀ 'ਚ ਵੀ ਸਤਦਰਵ ਲਿਖਿਆ ਸਤਦਰਵ ਤੇ ਸਤਦਰਵ ਲਿਖਿਆ ਹੈ ਪਾਤਸ਼ਾਹ ਜੀ ਨੇ ਤੇ ਨਾਲ ਵਰਤੇ ਨੇ ਪਤਾਸੀ ਤੇ ਨਾਲ ਪਾਤਸ਼ਾਹ ਜੀ ਨੇ ਪੰਜ ਬਾਣੀਆਂ ਪੜੀਆਂ ਨੇ ਹੁਣ ਹਰੇਕ ਦਾ ਇੱਕ ਬਹੁਤ ਵਿਸ਼ਾਲ ਕారణ ਆ ਵਿਸ਼ਾਲ ਰਹੱਸ ਆ ਹਰੇਕ ਦੇ ਪਿੱਛੇ ਸਭ ਤੋਂ ਪਹਿਲਾਂ ਆਪਾਂ ਜਲ ਤੋਂ ਸ਼ੁਰੂ ਕਰਦੇ ਹਾਂ ਇੱਕ ਤੇ ਦਰਿਆ ਦਾ ਵਰਤਿਆ ਚਲ ਦੇ ਦਾ ਹੂੰ ਦੂਜਾ ਉਹ ਪੰਜਾਬ ਦਾ ਦਰਿਆ ਆ ਜੀ ਪੰਜ ਆਪ ਜਿੱਥੇ ਪੰਜ ਪਾਣੀ ਵਗਦੇ ਨੇ ਪੰਜ ਦਰਿਆ ਵਗਦੇ ਨੇ ਬਿਲਕੁਲ ਜੀ ਤੇ ਇਹ ਜਿਹੜੀ ਮਲਕੀਅਤ ਪੰਜਾਬ ਦੀ ਖਾਲਸੇ ਨੂੰ ਦਿੱਤੀ ਹੋਈ ਆ ਇਸ ਕਰਕੇ ਉਹ ਸਤਦਰਵ ਸਤਲੁਜ ਦਰਿਆ ਚੋਂ ਜਲ ਵਰਤਿਆ ਦੂਜੀ ਗੱਲ ਦਰਿਆ ਦਾ ਚੱਲਦਾ ਜਲ ਹੈ ਤੀਜੀ ਗੱਲ ਕਿ ਜਲ ਜਿਹੜਾ ਉਹ ਕਦੇ ਵੀ ਮੈਲਾ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਜਿਹੜਾ ਚੱਲਦਾ ਹੁੰਦਾ ਉਹ ਤਾਂ ਨਹੀਂ ਹੁੰਦਾ ਖਲੋਤਾ ਹੈ ਤਾਂ ਚਲੋ ਜਿਹੜਾ ਖਲੋਤਾ ਉਹ ਵੀ ਮੈਲਾ ਨਹੀਂ ਹੁੰਦਾ ਅੱਛਾ ਉਹ ਸਮੇਂ ਅਨੁਸਾਰ ਉਹਦੇ ਵਿੱਚ ਕੀੜੇ ਪੈਦਾ ਹੋ ਜਾਣਗੇ ਸਮੈਲ ਜੀ ਆਉਂਦਾ ਪਿੰਦਨਾ ਪਰ ਜਦੋਂ ਉਹ ਚੱਲਣ ਵਾਲੇ ਦੇ ਵਿੱਚ ਰਲੂਗਾ ਨਾ ਤੇ ਉਹ ਸਾਫ਼ ਹੋ ਜਾਊਗਾ ਸਾਫ਼ ਹੋ ਜਾਊਗਾ ਉਹ ਮੈਲਾ ਨਹੀਂ ਹੋ ਜਾਂਦਾ ਮੈਲਾ ਨਹੀਂ ਹੁੰਦਾ ਜਦੋਂ ਚੱਲਣ ਵਾਲੇ ਦੇ ਵਿੱਚ ਰਲਦਾ ਹਨ ਜਿਵੇਂ ਉਹ ਉਹ ਟੋਏ ਦੇ ਵਿੱਚ ਪੈ ਗਿਆ ਇੱਕ ਵੱਖਰਾ ਹੋ ਕੇ ਛਲਕ ਕੇ ਨਦੀ ਦੇ ਵਿੱਚੋਂ ਦਰਿਆ ਦੇ ਵਿੱਚੋਂ ਉਹ ਉਹ ਨਾਚਰ ਉਹਦੇ ਵਿੱਚ ਕੀੜੇ ਮਕੋੜੇ ਪੈਦਾ ਹੋਗੇ ਜਾਂ ਸਮਹਿ ਲਾਉਣ ਲੱਗ ਪਈ ਜਿਹਦਾ ਆਪ ਜੀ ਨੇ ਆਖਿਆ ਉਹ ਜਦੋਂ ਉਹਦੇ ਵਿੱਚ ਰਲੂਗਾ ਉਹ ਫਿਰ ਸਾਫ ਦਾ ਸਾਫ ਹੋ ਜਾਊਗਾ ਬਿਲਕੁਲ ਇਦਾਂ ਹੀ ਇਹ ਵੀ ਇੱਕ ਉਦਾਹਰਣ ਹੈ ਸਮਝਣ ਵਾਸਤੇ ਵੀ ਪੰਥ ਚੋਂ ਜਿਹੜਾ ਵੱਖਰਾ ਹੋ ਕੇ ਸਿੰਘ ਥੋੜਾ ਜਿਹਾ ਵਿਕਾਰੀ ਵੀ ਹੋ ਜਾਊਗਾ ਜਦੋਂ ਵਿੱਚ ਰਲੂਗਾ ਉਹ ਨਿਰਮਲ ਹੋ ਜਾਊਗਾ ਨਿਰਮਲ ਹੋ ਜਾਊਗਾ ਸਹੀ ਹੈ ਤਾਂ ਇਹ ਅਵਸਥਾ ਪਾਤਸ਼ਾਹ ਨੇ ਬਖਸ਼ੀ ਸਾਨੂੰ ਵੀ ਜਿਹੜਾ ਜਾਲ ਆ ਉ ਜਦੋਂ ਬ੍ਰਹਮ ਗਿਆਨੀ ਦੀ ਗੱਲ ਕਰਦੇ ਆ ਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੱਠਵੀਂ ਅਸ਼ਟਪਦੀ ਚ ਹਾਂਜੀ ਤੇ ਉਦੋਂ ਮਹਜ਼ੂਰ ਕਹਿੰਦੇ ਅਰੰਭ ਤਾਈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੈ ਜਲ ਹਮ ਮਹਾਰਾਜ ਨੇ ਉੱਥੇ ਦ੍ਰਿੜਤਾ ਦਿੱਤੀ ਵੀ ਜਿਵੇਂ ਜਲ ਨੂੰ ਮੈਲ ਨਹੀਂ ਲੱਗਦੀ ਇਸੇ ਪ੍ਰਕਾਰ ਬ੍ਰਹਮ ਗਿਆਨੀ ਵੀ ਨਿਰਮਲ ਤੋਂ ਨਿਰਮਲ ਹੈ ਵੀ ਜੇ ਕਿਤੇ ਉਹਦੇ ਮਨ ਦੇ ਵਿੱਚ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖਰੇ ਆਰ ਪਾਣੇ ਵੀ ਜੇ ਬਾਹਰੋਂ ਕਿਤੋਂ ਮਾੜਾ ਮੋਟਾ ਫਰਕ ਪੈ ਵੀ ਜਾਊਗਾ ਤੇ ਉਹ ਜਦੋਂ ਪੰਥ ਚ ਰਲਣਗੇ ਉਹ ਫਿਰ ਨਿਰਮਲ ਹੋ ਜਾਣਗੇ ਠੀਕ ਇਸ ਕਰਕੇ ਮਹਾਰਾਜ ਨੇ ਪਹਿਲਾਂ ਜਾਲ ਬਖਸ਼ਿਆ ਜਿਹੜਾ ਜਾਲ ਵਰਤਿਆ ਉਸ ਸਮੇਂ ਤੇ ਦੂਜਾ ਜਿਹੜਾ ਉਹਦੇ ਵਿੱਚ ਪੋਤਾਸੇ ਪਾਏ ਹੁਣ ਪੋਤਾਸਿਆਂ ਦਾ ਆਕਾਰ ਛੋਟਾ ਵੱਡਾ ਹੁੰਦਾ ਹੈ ਬਿਲਕੁਲ ਕੋਈ ਛੋਟਾ ਆ ਕੋਈ ਵੱਡਾ ਆ ਤੇ ਉਹ ਜਿਹੜੇ ਛੋਟੇ ਵੱਡੇ ਜਿੰਨੇ ਵੀ ਸੀ ਕਿਉਂਕਿ ਇਦਾਂ ਨਹੀਂ ਜੇ ਪਾਤਸ਼ਾਹ ਜੀ ਨੇ ਆਪਾਂ ਕਹਿੰਨੇ ਆ ਉਦਾਂ ਵਿਚਾਰ ਜਿਹੜੀ ਇਤਿਹਾਸ ਗ੍ਰੰਥਾਂ ਦੇ ਵਿੱਚ ਦਿੱਤੀ ਜਾਂਦੀ ਆ ਹੈ ਵੀ ਕਿ ਉਸ ਸਮੇ ਜਿਹੜੇ ਨੀਚ ਸੀ ਦੱਬੇ ਕੁਚਲੇ ਸੀ ਉਹਨਾਂ ਨੂੰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਦਿੱਤੀ ਪੰਥ 'ਚ ਸ਼ਾਮਲ ਕੀਤਾ ਪਰ ਹਜ਼ੂਰ ਨੇ ਇਹ ਨਹੀਂ ਆਖਿਆ ਵੀ ਜੇ ਕੋਈ ਅਮੀਰ ਆਵੇ ਤੂੰ ਉਹਨੂੰ ਨਾ ਕਰ ਦਿਓ ਉਹ ਵੀ ਆਉਂਦਾ ਆ ਉਹ ਵੀ ਅਮਰਤ ਦੀ ਦਾਤ ਲੈਂਦੇ ਨੇ ਉਹ ਵੀ ਖੰਡੇ ਬਾਟੇ ਦੀ ਪੌਲ ਛਕਦੇ ਨੇ ਭਾਵੇਂ ਵੀ ਭਾਵੇਂ ਵੱਡਾ ਆ ਭਾਵੇਂ ਛੋਟਾ ਆ ਉਹ ਪਾਣੀ ਦੇ ਵਿੱਚ ਘੁਲ ਜਾਵੇ ਪੰਥ ਦੇ ਵਿੱਚ ਘੁਲ ਜਾਵੇ ਰਲ ਜਾਵੇ ਨਾਲ ਜਿੱਦਾਂ ਦਾ ਮਰਜੀ ਆ ਔਰ ਤੀਜੀ ਗੱਲ ਜਿਹੜਾ ਬਾਟਾ ਆ ਇਹ ਵਿਚਾਰ ਹਿਰਦੇ ਦਾ ਲਖਾਇ ਕਿ ਆ ਵਿਦਵਾਨ ਜਨ ਕਹਿੰਦੇ ਨੇ ਬੀ ਖਾਲਸੇ ਦਾ ਹਿਰਦਾ ਵਿਸ਼ਾਲ ਆ ਇਹਦੇ ਵਿੱਚ ਪਾਣੀ ਵੀ ਸਮਾ ਗਿਆ ਬਾਟਿਜ ਤੇ ਉਸੇ ਵੇਲੇ ਉਸੇ ਅਜ ਪਤਾਸੇ ਵੀ ਸਮਾ ਗਿਆ ਵੀ ਵੱਡੇ ਛੋਟੇ ਕੁੱਲ ਕਾਇਨਾਤ ਜਿੰਨੀ ਵੀ ਆ ਉਹ ਸਿੱਖ ਦੇ ਹਿਰਦੇ ਦੇ ਜ ਖਾਲਸੇ ਦੇ ਹਿਰਦੇ ਦੇ ਚ ਸਮਾਜ ਆਊਗੀ ਠੀਕ ਹੈ ਉਹ ਹਰੇਕ ਦੇ ਵਾਸਤੇ ਬਰਾਬਰ ਸੋਚਦਾ ਹਰੇਕ ਦੇ ਵਾਸਤੇ ਬਰਾਬਰ ਕਾਰਜ ਕਰਦਾ ਜਿਵੇਂ ਪਾਤਸ਼ਾਹ ਜੀ ਨੇ ਨਾ ਸੁਖਮਨੀ ਸਾਹਿਬ ਦੇ ਅੰਦਰ ਨੌਵੀਂ ਅਸ਼ਟਪਦੀ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਨਾਮ ਸੀ ਜਿਵੇਂ ਅਪਰਸ ਹੋ ਗਿਆ ਜਿਵੇਂ ਕੋਈ ਜੋਗੀ ਆ ਸੰਿਆਸੀ ਆ ਕੋਈ ਆਪਣੇ ਆਪ ਨੂੰ ਭਗਵੰਤ ਕਹਿੰਦਾ ਆ ਭਗੌਤੀ ਕਹਿੰਦਾ ਆ ਹਾਂਜੀ ਤੇ ਕੋਈ ਆਪਣੇ ਆਪ ਨੂੰ ਹਰਜਨ ਕਹਿੰਦਾ ਸੀ ਉਹ ਸਤਗੁਰਾਂ ਨੇ ਉਹ ਸਾਰੇ ਜਿਹੜੇ ਨਾਮ ਨੇ ਉੱਥੇ ਉਹਨਾਂ ਨੂੰ ਡਿਫਾਈਨ ਕੀਤਾ ਉਹ ਸਮੁੱਚੀ ਅਸ਼ਟਪਦੀ ਚ ਅੱਠ ਪਦੀਆਂ ਦੇ ਵਿੱਚ ਸਤਗੁਰਾਂ ਨੇ ਹਰੇਕ ਨਾਮ ਨੂੰ ਡਿਫਾਈਨ ਕੀਤਾ ਕਹਿੰਦੇ ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮਨਾਮ ਅਤਮੈ ਸੁਧ ਹੈ ਭਾਈ ਪੰਡਤ ਤੇ ਉਹ ਆ ਜਿਹੜਾ ਮਨ ਪ੍ਰਬੁੱਧ ਹੈ ਜਿਹੜਾ ਮਨ ਦਾ ਪ੍ਰਬੋਧ ਕਰੇ ਮਨ ਦਾ ਗਿਆਨ ਲਵੇ ਉਹ ਪੰਡਤ ਹੈ ਰਾਮਨਾਮਾਤਮੈ ਸੁਧ ਹੈ ਅੰਦਰ ਨਾਮ ਦੀ ਸੁਧ ਲਵੇ ਉਹ ਪੰਡਿਤ ਆ ਭਗਉਤੀ ਭਗਵੰਤ ਭਗਤ ਘਾ ਰੰਗ ਸਗਲ ਤੇ ਆ ਗਏ ਦੁਸ਼ਟ ਕਾ ਸੰਗ ਭਗਉਤੀ ਉਹ ਆ ਜਿਹੜਾ ਭਗਵੰਤ ਦੇ ਰੰਗ ਦੇ ਵਿੱਚ ਰੰਗਿਆ ਰਵੇ ਉਥੇ ਜੀਵਨ ਮੁਕਤ ਵੀ ਲਿਖਿਆ ਪਾਤਸ਼ਾਹ ਜੀ ਕਹਿੰਦੇ ਆ ਪ੍ਰਭ ਕੀ ਆਗਿਆ ਆਤਮੈ ਤਹਾ ਜੀਵਨ ਮੁਕਤ ਸੋਉ ਕਹਾਵ ਜੀ ਜਿਵੇਂ ਆਪਾਂ ਆਰੰਭਤਾ ਜ ਆਪ ਜੀ ਨੇ ਸਵਾਲ ਕੀਤਾ ਨਾ ਕਿ ਪੰਥ ਦੀ ਕਿਉਂ ਲੋੜ ਪਈ ਇਹ ਉਥੇ ਵੀ ਇਹ ਜਵਾਬ ਜੁੜਦਾ ਵੀ ਪਹਿਲਾਂ ਜਿਹੜੇ ਲੋਕ ਸੀ ਉਹਨਾਂ ਨੇ ਨਾਮ ਕੇਵਲ ਰੱਖੇ ਹੋਏ ਸੀ ਬਿਲਕੁਲ ਉਹਨਾਂ ਨੇ ਕੇਵਲ ਨਾਮ ਰੱਖੇ ਸੀ ਕਿਸੇ ਨੇ ਆਪਣੇ ਆਪ ਨੂੰ ਗਿਆਨੀ ਕਹਿਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਬ੍ਰह्म ਗਿਆਨੀ ਜਿਵੇਂ ਅੱਜ ਵੀ ਗੱਡੀਆਂ ਤੇ ਮਗਰ ਕੋਈ 108 ਕੋਈ ਕੋਈ ਉਦਾਂ ਮਜ਼ਾਕ 'ਚ ਹੀ 1008 ਲਿਖਾਈ ਫਿਰਦਾ ਅਜੇ ਉਹਨਾਂ ਨੂੰ ਪਤਾ ਨਹੀਂ ਵੀ 1 1008 ਤੇ ਆਈ ਆਪਾਂ ਇਹਦੇ ਬਾਰੇ ਵੀ ਜ਼ਰੂਰ ਚਰਚਾ ਕਰਾਂਗੇ 108 ਤੇ ਫਿਰ ਵੀ ਕੁਝ ਹੈ 108 ਕੁਝ ਹੈ ਪਰ 1008 ਕੁਝ ਵੀ ਨਹੀਂ ਬਸ ਉਸ ਈਰਖਾ ਦੇ ਵਿੱਚ ਲਿਖਾਇਆ ਗਿਆ ਵੀ ਫਲਾਣੇ ਪਿੰਡ ਦੇ ਸੰਤ ਨੇ 108 ਲਿਖਾਇਆ ਮੈਂ ਉਸ ਤੋਂ ਵੱਡਾ ਬਾਬਾ ਬਣਾਗਾ ਉਹ ਇਹ ਇਹ ਕਾਰਜ ਪਹਿਲਾਂ ਵੀ ਚੱਲ ਰਹੇ ਸੀ ਇਸੇ ਕਰਕੇ ਪੰਥ ਦੀ ਲੋੜ ਪਈ ਵੀ ਜੋ ਅੰਦਰ ਚੱਲ ਰਿਹਾ ਉਹ ਬਾਹਰ ਵੀ ਹੋਵੇ ਤੇ ਜੋ ਬਾਹਰੋਂ ਹੈ ਉਹ ਅੰਦਰ ਵੀ ਹੋਵੇ ਤਾਂ ਕਰਕੇ ਸਤਿਗੁਰਾਂ ਨੇ ਉੱਥੇ ਬਾਟਾ ਵਰਤਿਆ ਵੀ ਇੰਨਾ ਵਿਸ਼ਾਲ ਰਦਾ ਹੋਵੇ ਸਿੱਖਦਾ ਸਮਸਤ ਕਾਇਨਾਤ ਇਹਦੇ ਹਿਰਦੇ ਦੇ ਵਿੱਚ ਸਮਾ ਜਾਵੇ ਔਰ ਇੱਕ ਵਿਦਵਾਨ ਕਹਿੰਦਾ ਆ ਕਿ ਖੁਦਾ ਤੁਹਾਡੀ ਗੋਦ ਵਿੱਚ ਬੈਠਣ ਲਈ ਤਿਆਰ ਆ ਤੁਸੀਂ ਗੋਦ ਖੁਦਾ ਜੀ ਨਹੀਂ ਕਰੋ ਠੀਕ ਵੀ ਰੱਬ ਤੇ ਸਾਡੇ ਸਾਰਿਆਂ ਨੂੰ ਮਿਲਣ ਲਈ ਤਿਆਰ ਹੈ ਬਿਲਕੁਲ ਜੀ ਬਿਲਕੁਲ ਰੱਬ ਸਾਨੂੰ ਸਾਰਿਆਂ ਨੂੰ ਮਿਲਣ ਲਈ ਤਿਆਰ ਹੈ ਪਰ ਸਾਡਾ ਹਿਰਦਾ ਨਹੀਂ ਵੀ ਅਸੀਂ ਉਹਨੂੰ ਵਿੱਚ ਵਸਾ ਸਕੀ ਸਹੀ ਗੱਲ ਇਹ ਜ਼ਰੂਰੀ ਗੱਲ ਹੈ ਤਾਂ ਪਾਤਸ਼ਾਹ ਜੀ ਨੇ ਖਾਲਸੇ ਨੂੰ ਬਾਟੇ ਦੇ ਰੂਪ ਚ ਉਹ ਹਿਰਦਾ ਦਿੱਤਾ ਵਿਸ਼ਾਲ ਵੀ ਇਹਦੇ ਵਿੱਚੋਂ ਸਾਰਿਆਂ ਨੂੰ ਵਰਤਾ ਸਕੇ ਔਰ ਬਾਟੇ 'ਚ ਜਦੋਂ ਪੈਂਦਾ ਨਾ ਕੌਲਾ ਹੋਵੇ ਥਾਲ ਹੋਵੇ ਤੇ ਜਦੋਂ ਬਾਟੇ 'ਚ ਪੈਂਦਾ ਨਾ ਉਹ ਫਿਰ ਸਾਰਿਆਂ ਨੂੰ ਇੱਕੋ ਜਿਹਾ ਵਰਤਾਉਂਦਾ ਹੈ ਬਿਲਕੁਲ ਤਾਂ ਇਹ ਅਵਸਥਾ ਉੱਥੇ ਵਰਤੀ ਆ ਹਜ਼ੂਰ ਸੱਚੇ ਪਾਤਸ਼ਾਹ ਨੇ ਜਿਹੜੀ ਸਭ ਤੋਂ ਵੱਡੀ ਗੱਲ ਪਾਤਸ਼ਾਹ ਜੀ ਨੇ ਖੰਡਾ ਵਰਤਿਆ ਹਾਂਜੀ ਖੰਡੇ ਤੇ ਇਹ ਵਿਚਾਰ ਵੀ ਆ ਜਾਣੀ ਆ ਕਿਉਂਕਿ ਜਿਹੜੀਆਂ ਵਿਚਾਰਾਂ ਨੇ ਨਾ ਇਹ ਇਹ ਤੱਤ ਨੇ ਉਹ ਉਤਪੋਤ ਨੇ ਰਲੇ ਹੋਏ ਨੇ ਜਿਵੇਂ ਪੰਥ ਦੀ ਲੋੜ ਕਿਉਂ ਪਈ ਉਹਦੇ ਵਿੱਚ ਇਹ ਪੰਜੇ ਵਸਤਾਂ ਕਿਉਂ ਵਰਤੀਆਂ ਇਹ ਦੋਵੇਂ ਜਿਹੇ ਸਵਾਲਾਂ ਦਾ ਇੱਕੋ ਹੀ ਜਵਾਬ ਹੋ ਸਕਦਾ ਹੂੰ ਕਿਉਂਕਿ ਨਿਰਮਲ ਪੰਥ ਤਿਆਰ ਕੀਤਾ ਆ ਤੇ ਉਹਦੇ ਵਾਸਤੇ ਹਰੇਕ ਕਾਰਜ ਜਿਹੜਾ ਜਿਵੇਂ ਅੱਜ ਆਪਾਂ ਕਹਿੰਨੇ ਆ ਆ ਪਾਤਸ਼ਾਹ ਜੀ ਨੇ ਬਚਨ ਕੀਤਾ ਜਦ ਲਗ ਖਾਲਸਾ ਰਹੇ ਨਿਆਰਾ ਤੇ ਸਾਰਾ ਕੁਝ ਫਿਰ ਨਿਆਰਾ ਹੀ ਵਰਤਿਆ ਨਿਆਰੇ ਕੌਤਕ ਕੀਤੇ ਨਿਆਰੇ ਕਾਰਜ ਕੀਤੇ ਸਾਰੇ ਫਿਰ ਸਾਰਾ ਕੁਝ ਨਿਆਰਾ ਵਰਤਿਆ ਹੁਣ ਉਥੇ ਖੰਡਾ ਵਰਤਿਆ ਖੰਡੇ ਦਾ ਭਾਵ ਵੀ ਇਹ ਸੀ ਕਿ ਜਦੋਂ ਤੋਂ ਸੰਸਾਰ ਪੈਦਾ ਹੋਇਆ ਨਾ ਤੇ ਉਦੋਂ ਤੋਂ ਸੰਸਾਰ ਦੇ ਲੋਕਾਂ ਨੇ ਕੇਵਲ ਨਿਮਾਣੇ ਨੂੰ ਗਰੀਬ ਨੂੰ ਦੱਬੇ ਕੁਚਲੇ ਨੂੰ ਧਰਮੀ ਜਾਣਿਆ ਅਮੀਰ ਨੂੰ ਵੱਡੇ ਨੂੰ ਨਹੀਂ ਜਾਣਿਆ ਮੈਂ ਇਥੋਂ ਤੱਕ ਬੇਨਤੀ ਕਰਾਂ ਬਾਈਬਲ ਦੇ ਵਿੱਚ ਲਿਖਿਆ ਕਿ ਹਜਰਤ ਈਸਾ ਇੱਕ ਗੱਲ ਕਹਿੰਦੇ ਆ ਆਪਣੀ ਸੇਵਕਾਂ ਨੂੰ ਕਹਿੰਦੇ ਜੇ ਤੁਸੀਂ ਆਖੋ ਕਿ ਊਂਠ ਦੇ ਨੱਕੇ ਵਾਹ ਗਰੋ ਕਿ ਜੇ ਕਹਿੰਦੇ ਜੇ ਤੁਸੀਂ ਆਖੋ ਕਿ ਸੂਈ ਦੇ ਨੱਕੇ ਜੋ ਊਂਠ ਲੰਘ ਗਿਆ ਹੂੰ ਇਹ ਮੈਂ ਮੰਨ ਲੂੰਗਾ ਹਜ਼ਰਤੀ ਇ사 ਕਹਿੰਦੇ ਹਾਂਜੀ ਹਾਂਜੀ ਜੇ ਤੁਸੀਂ ਆਖੋ ਕਿ ਸੂਈ ਦੇ ਨੱਕੇ ਜੋ ਊਂਠ ਲੰਘ ਗਿਆ ਤੇ ਮੈਂ ਮੰਨ ਲੂੰਗਾ ਪਰ ਜੇ ਤੁਸੀਂ ਆਖੋ ਵੀ ਅਮੀਰ ਬੰਦਾ ਦਰਗਾਹ 'ਚ ਪਹੁੰਚ ਗਿਆ ਰੱਬ ਦੀ ਜਾਉਣੇ ਰੱਬ ਦੀ ਪ੍ਰਾਪਤੀ ਕਰ ਲਈ ਕਹਿੰਦੇ ਇਹ ਨਹੀਂ ਮੈਂ ਮੰਨ ਸਕਦਾ ਤਾਂ ਪਾਤਸ਼ਾਹ ਜੀ ਨੇ ਇਹ ਵਿਚਾਰ ਧਾਰਾ ਤੋੜੀ ਸਮਝਦੀ ਹਾਂਜੀ ਵੀ ਇੱਥੇ ਫਰਕ ਨਹੀਂ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਤੁਸੀਂ ਧਿਆਨ ਕਰੋ ਸਤਗੁਰਾਂ ਨੇ ਸਿਰੀ ਰਾਗ ਦਾ ਪਹਿਲਾ ਸ਼ਬਦ ਹੀ ਵਿਚਾਰਨ ਕੀਤਾ ਵੀ ਮੈਂ ਇਨਾਕ ਅਮੀਰ ਹੋਵਾਂ ਮੋਤੀ ਦਾ ਮੰਦਰ ਉਸਰੈ ਰਤਨੀ ਤਾਂ ਹੋਵੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਉ ਪਰ ਮਤ ਦੇਖ ਭੂਲਾ ਵਿਸਰੇ ਮੈਂ ਅਮੀਰ ਹੋਵਾਂ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਮੈਨੂੰ ਤੂੰ ਨਾ ਵਿਸਰੇ ਤੂੰ ਨਾ ਵਿਸਰੇ ਇਹ ਸਭ ਕੁਝ ਵੇਖ ਕੇ ਮੈਂ ਤੈਨੂੰ ਨਾ ਬੁਲਾਉਂ ਇੱਕ ਅਵਸਥਾ ਉਹ ਆ ਜਦੋਂ ਗੁਰੂ ਨਾਨਕ ਸਾਹਿਬ ਕਹਿ ਰਹੇ ਵੀ ਮੇਰੇ ਕੋਲ ਮੋਤੀ ਦਾ ਮੰਦਰ ਉਸਰੈ ਰਤਨੀ ਤਾਂ ਹੋਵੇ ਜੜਾਓ ਇਹ ਸਾਰਾ ਕੁਝ ਹੋਵੇ ਤੇ ਇੱਕ ਅਵਸਥਾ ਹੋਆ ਜਦੋਂ ਮਾਚੀਵਾੜੇ ਦੇ ਜੰਗਲ ਚ ਕਲਗੀਧਰ ਪਾਤਸ਼ਾਹ ਕਰੇ ਅੱਜ ਮੇਰੇ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਤੂੰ ਨਾ ਬਿਸਰਈ ਬਿਲਕੁਲ ਬਿਲਕੁਲ ਫਿਰ ਵੀ ਹਜ਼ੂਰ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜ਼ਾਈਆਂ ਦਾ ਓਡਣ ਜੇ ਤੂੰ ਬਿਸਰ ਜਾਂਦਾ ਤੇ ਕੇਸ ਗੱਟ ਸਾਹਿਬ ਦੇ ਮਹਿਲਾਂ ਚ ਰਜ਼ਾਈਆਂ ਦਾ ਓਡਣ ਵੀ ਮੇਰੇ ਵਾਸਤੇ ਰੋਗ ਸੀ ਰੋਗ ਸੀ ਤੇ ਇਹ ਦੋਵੇਂ ਤੱਤ ਜਿਹੜੇ ਨੇ ਨਾ ਉਹ ਇਹ ਬਖਸ਼ ਨਹੀਂ ਸੀ ਪਾਤਸ਼ਾਹ ਜੀ ਨੇ ਇਸ ਕਰਕੇ ਸਾਨੂੰ ਖੰਡਾ ਬਖਸ਼ਿਆ ਜਿਹੜਾ ਮੀਰੀ ਤੇ ਪੀਰੀ ਦਾ ਲਿਖਾਇਆ ਗਿਆ ਪੀਰੀ ਤੋਂ ਭਾਵ ਤੁਸੀਂ ਜਾਣਦੇ ਹੋ ਵੀ ਧਰਮ ਧਰਮ ਦੇ ਵਿੱਚ ਖਾਲਸਾ ਪਰਪੱਕ ਹੋਵੇ। ਬਿਲਕੁਲ। ਦੂਜੇ ਪਾਸੇ ਮੀਰੀ ਆ ਵੀ ਮੀਰੀ ਦੇ ਵਿੱਚ ਸੰਸਾਰ ਦੇ ਕੰਮਾਂ ਵਿੱਚ ਸੰਸਾਰ ਦੇ ਕਾਰਜਾਂ ਵਿੱਚ ਵੀ ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਬਿਲਕੁਲ। ਹਜ਼ੂਰ ਕਹਿੰਦੇ ਮੇਰਾ ਖਾਲਸਾ ਕਿਰਤ ਕਰੇ ਔਰ ਇੰਨਾ ਕ ਅਮੀਰ ਹੋਵੇ ਕਿ ਫਾਤਿਹ ਸਾਹਿਬ ਜੀ ਨੇ ਅੱਗੇ ਆ ਕੇ ਆ ਵੰਡ ਸਕੋ। ਤੇ ਵੰਡ ਕੇ ਤਾਂ ਹੀ ਸ਼ੱਕੂਗਾ ਜੇ ਕੋਲ ਆਪਣੇ ਕੋਲ ਹੋਊਗਾ ਤੇ ਸਹੀ ਗੱਲ ਹੈ। ਤੇ ਇਸ ਲਈ ਅਮੀਰ ਹੋਵੇ ਔਰ ਬਹੁਤ ਅਮੀਰ ਹੋਵੇ ਕਿਰਤ ਕਰੇ ਪਰ ਨਾਲ ਹੀ ਇਹ ਵੀ ਦੱਸਿਆ ਵੀ ਸੁਕ੍ਰਤ ਧਰਮ ਕਮਾਈ। ਹੂੰ। ਸੋਕਰਤ ਜਿਹੜੀ ਕਿਰਤ ਹੈ ਉਹ ਕਰਨੀ ਆ ਚੰਗੀ ਕਿਰਤ ਕਰਨੀ ਆ ਠੱਗੀ ਬਈ ਮਾਨੀ ਵਾਲੀ ਕਿਰਤ ਕਰਕੇ ਨਹੀਂ ਅਮੀਰ ਹੋਣਾ ਭਾਵੇਂ ਵੀ ਹੋਵੇ ਸਾਰਾ ਕੁਝ ਪਰ ਉਹਦਾ ਲੋਭ ਨਾ ਹੋਵੇ ਮਨ ਦੇ ਵਿੱਚ ਲਾਲਚ ਨਾ ਹੋਵੇ ਮੋਹ ਨਾ ਹੋਵੇ ਕਿਸੇ ਚੀਜ਼ ਦਾ ਇਸ ਕਰਕੇ ਹਜ਼ੂਰ ਨੇ ਫਿਰ ਖੰਡਾ ਵਰਤਿਆ ਜਿਵੇਂ ਸੰਸਾਰ ਇਹ ਸਮਝਦਾ ਸੀ ਮੈਂ ਇੱਥੇ ਇੱਕ ਹੋਰ ਭੁਲੇਖਾ ਜਿਹੜਾ ਸੰਸਾਰ ਦੇ ਮਨ ਵਿੱਚ ਸੀ ਵੀ ਰੱਬ ਨਾ ਦਿਆਲੂ ਆ ਕਿਰਪਾਲੂ ਆ ਬਿਲਕੁਲ ਤੇ ਰੱਬ ਲੋਕਾਂ ਦੀ ਜਿਹੜੀ ਆ ਪੈਜ ਰੱਖਣ ਵਾਲਾ ਆ ਬਿਰਦ ਦਾ ਪਾਲਣ ਕਰਨ ਵਾਲਾ ਆ ਇਮੋਸ਼ਨਲ ਇਮੋਸ਼ਨਲ ਜਾਰ ਦਿਖਾਇਆ ਗਿਆ ਰੱਬ ਜਿਵੇਂ ਬੈਰਾਗ ਜਿਆ ਧਾਰਨ ਕਰਕੇ ਨਾ ਤੇ ਫਿਰ ਆਖਿਆ ਵੀ ਰੱਬ ਜਿਹੜਾ ਉਹ ਉਹ ਪਿਆਰ ਕਰਨ ਵਾਲਾ ਆ ਨਿਮਾਣਾ ਨਾ ਥਾਣਾ ਵਿਚਾਰਿਆ ਜਿਹਾ ਹੀ ਆ ਜਦੋਂ ਪਰ ਜੇ ਮੋਤ ਆ ਰਹੀ ਆ ਤੇ ਉਹ ਵੀ ਰੱਬ ਹੀ ਲਿਆ ਰਿਹਾ ਬਿਲਕੁਲ ਜੀ ਬਿਲਕੁਲ ਤੇ ਸਤਿਗੁਰਾਂ ਨੇ ਦੇਖੋ ਇੱਥੇ ਸਾਨੂੰ ਅੱਜ ਜਿਹੜਾ ਨਾ ਇਹ ਅੰਗਰੇਜ਼ਾਂ ਦੇ ਸਮੇਂ ਤੋਂ ਰੌਲਾ ਪਿਆ ਮੈਂ ਇਹ ਵੀ ਸਮਝਦਾ ਜਿਹੜੀ ਪੰਥ ਚ ਗੱਲ ਕਰਨੀ ਜ਼ਰੂਰੀ ਆ ਕਿਉਂਕਿ ਜੇ ਅਸੀਂ 1699 ਵਾਲੀ ਜਾਂ 1756 ਸੰਮਤ ਵਾਲੀ ਵਿਸਾਖੀ ਮਨਾਉਣੀ ਆ ਨਾ ਸਾਨੂੰ ਉਦਾਂ ਦੇ ਬਣਨ ਵਾਸਤੇ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਪੰਥ ਦੇ ਵਿੱਚ ਰੋਲੇ ਪੈਣੇ ਉਦੋਂ ਤੋਂ ਸ਼ੁਰੂ ਹੋਏ ਹੂੰ ਉਦੋਂ ਦਸਮ ਗ੍ਰੰਥ ਉਹਨਾਂ ਨੇ ਖੋਲਿਆ ਸਾਡੇ ਕੋਲ ਸਾਡੇ ਵਾਸਤੇ ਉਹ ਜ਼ਰੂਰੀ ਸੀ ਔਰ ਬੇहद ਜ਼ਰੂਰੀ ਸੀ ਕਿਉਂਕਿ ਫਿਰ ਵਿਚਾਰਧਾਰਾ ਤੇ ਇੱਕੋ ਰਹਿ ਗਈ ਨਾ ਜਿਹੜੀ ਇੱਕ ਵਿਚਾਰਧਾਰਾ ਸੰਸਾਰ ਕੋਲ ਪਹਿਲਾਂ ਸੀ ਵੀ ਰੱਬ ਨਿਮਰਤਾ ਵਾਲਾ ਆ ਰੱਬ ਗਰੀਬ ਜਿਹਾ ਮਿੱਠਾ ਬੋਲਣ ਵਾਲਾ ਆ ਉਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੱਸੀ ਆ ਮੁਕੰਮਲ ਪਰ ਰੱਬ ਕਾਲ ਦਾ ਵੀ ਕਾਲ ਆ ਰੱਬ ਮਾਰਨ ਵਾਲਾ ਆ ਰੱਬ ਦੇਤਾ ਦਾ ਵੀ ਕਾਲ ਆ ਇਹ ਤੇ ਦਸਮ ਗ੍ਰੰਥ ਚ ਦੱਸਿਆ ਸੀ ਬਿਲਕੁਲ ਬਿਲਕੁਲ ਤੇ ਹੁਣ ਪੰਥ ਨੂੰ ਵਿਚਾਰ ਕਰਨ ਦੀ ਲੋੜ ਆ ਵੀ ਦੋਵੇਂ ਚਾਹੀਦੇ ਨੇ ਦੋਵੇਂ ਚਾਹੀਦੇ ਸੀ ਬਿਲਕੁਲ ਜੀ ਤੇ ਇਸ ਕਰਕੇ ਦੋ ਦੋ ਤਾਤੇ ਇਸੇ ਕਰਕੇ ਖਾਲਸੇ ਚ ਆਉਣੇ ਸੀ ਨਾ ਖੰਡੇ ਵਾਲੀ ਬਿਰਤੀ ਤੇ ਤਾਂ ਹੀ ਆਉਣੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਨਿਮਰਤਾ ਦੇਣੀ ਸੀ ਇੰਨੀ ਕਿ ਨਿਮਰਤਾ ਕਿ ਗੁਰੂ ਰਾਮਦਾਸ ਪਾਤਸ਼ਾਹ ਸੋਡੀ ਸੁਲਤਾਨ ਹੋ ਕੇ ਕਹਿੰਦੇ ਹਾਂ ਮੂਰਖ ਮੁਗਧ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜ ਇੰਨੀ ਨਿਮਰਤਾ ਹੂੰ ہے گے ਛੋਟੀ ਸੁਲਤਾਨ ਨੇ ਤੇ کہہ رہے ਨੇ ਮੂਰਖ ਹਾਂ ਮੂਰਖ ਆ ਇੰਨੀ ਨਿਮਰਤਾ ਇੰਨੀ ਨਿਮਰਤਾ ਹੈ ਜਗਤ ਗੁਰੂ baba nanak sahib کہہ رہے ਨਾਨਕ ਨੀਚ ਕਾ ਹੈ ਵਿਚਾਰ ਇਹ ਨਿਮਰਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਦੇਣੀ ਸੀ ਪਰ ਦੂਜੇ ਪਾਸੇ ਦਾਤ ਬਿਰਤੀ ਚੜਦੀ ਕਲਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਣੀ ਸੀ ਚੰਡੀ ਦੀ ਵਾਰ ਦੇਣੀ ਉਹ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਦਸਮ ਗ੍ਰੰਥ ਸਾਹਿਬ ਜੀ ਨੇ ਦੇਣੀ ਸੀ ਤੇ ਉਹਨਾਂ ਸਾਨੂੰ ਦੱਸਣਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸਪਸ਼ਟ ਤੌਰ ਤੇ ਕਹਿੰਦੇ ਕਹਿੰਦੇ ਮੈਂ ਨਾ ਗ੍ਰੇਸਿਆ ਪ੍ਰਥਮ ਬਣਾਉ ਕਿੰਨੀ ਚੜਦੀ ਗੱਲਾਂ ਨਾ ਕਿਹਾ ਮੈਂ ਨਹੀਂ ਮੰਨਾਂਦਾ ਮੈਂ ਨਹੀਂ ਸਹੀ ਗੱਲ ਮੈਂ ਕਿਸੇ ਨੂੰ ਕਿਸਨ ਕਭੂ ਨਾ ਤੇ ਆਉਂ ਮੈਂ ਨਹੀਂ ਮੰਨਦਾ ਕਿਸੇ ਨੂੰ ਉੱਥੇ ਆ ਕੇ ਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਖ ਤਰ੍ਹਾਂ ਨਹੀਂ ਹਾਨਿਓ ਸਤਗੁਰਾਂ ਨੇ ਸਪਸ਼ਟ ਆਖਿਆ ਰਾਮ ਰਹੀਮ ਪੁਰਾਣ ਕੁਰਾਨ ਨੇ ਕਹੇ ਮਤ ਇਕ ਨਾ ਮੰਨ ਮੈਂ ਨਹੀਂ ਮੰਨਦਾ ਹੁਣ ਇਹ ਦ੍ਰਿੜਤਾ ਤੇ ਦਸਮ ਗ੍ਰੰਥ ਨੇ ਦੇਣੀ ਸੀ ਨਾ ਬਿਲਕੁਲ ਜੀ ਬਿਲਕੁਲ ਤੇ ਇਹ ਦੋਵੇਂ ਕਾਰਜ ਨਾਲ ਚੱਲਣੇ ਸੀ ਉਦੋਂ ਤੋਂ ਵਖਰੇਵਾ ਪਿਆ ਜਦੋਂ ਤੋਂ ਅੰਗਰੇਜ਼ਾਂ ਦਾ ਰਾਜ ਆਇਆ ਇਹਦਾ ਕਾਰਨ ਵੀ ਬਹੁਤ ਜ਼ਰੂਰੀ ਆ ਸਮਝਣਾ ਉਹਨਾਂ ਦੇ ਮਨ 'ਚ ਇਹ ਸੀ ਕਿ ਜਿਹੜੀ ਪਹਿਲਾ ਧਰਮਾਂ ਦੀ ਦਸ਼ਾ ਸੀ ਨਾ ਭਾਰਤ ਦੇ ਵਿੱਚ ਕਿਉਂਕਿ ਪਹਿਲਾਂ ਜਿਹੜੇ ਆਉਂਦੇ ਸੀ ਲੁੱਟਣ ਵਾਸਤੇ ਉਹ ਆਰਾਮ ਨਾਲ ਲੁੱਟ ਕੇ ਚਲੇ ਜਾਂਦੇ ਸੀ ਕਿਉਂ ਕਿ ਇੱਥੇ ਦੇ ਲੋਕਾਂ ਤੇ ਇੱਕ ਡਰ ਸੀ ਵੀ ਠੀਕ ਆ ਸੀ ਲੁੱਟੇ ਗਏ ਹੁਣ ਰੱਬ ਦੇ ਅਰਦਾਸ ਕਰੋ ਹਮ ਸਾਰਾ ਕੁਝ ਛੁੱਟਤਾ ਰੱਬ ਤੇ ਛੱਡ ਦਿੰਦੇ ਸੀ ਜਿਵੇਂ ਅੱਜ ਵੀ ਯਾਦ ਆ ਇੱਕ ਸੁਣਨ ਨੂੰ ਮਿਲਦਾ ਕਿ ਜਦੋਂ ਬਾਬਰ ਸ਼ਾਹਦ ਹਮਲਾ ਕਰਨਾ ਸੀ ਜਦੋਂ ਤੇ ਮੰਦਰਾ ਚ ਬੈਠ ਗਏ ਸੀ ਕਿ ਨਹੀਂ ਤੇ ਭਗਤੀਆਂ ਕਰਾਂ ਟੱਲੀਆਂ ਖੜਕਾਵਾਂਗੇ ਮੰਤਰ ਮਾਰਾਂਗੇ ਉਹਨਾਂ ਦੀ ਫੌਜੀ ਅੰਨੀ ਹੋ ਜੂਗੀ ਕੋ ਹੋਗਾ ਹੀ ਨਹੀਂ ਪਰ ਗਲੇ ਆਇ ਲੋਟਪਟੇ ਕੇ ਚਲਕੇ ਤੇ ਚਾਰੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਕੋਈ ਮੁਗਲ ਨਾ ਹੋਆ ਨਾ ਕਿਨੇ ਨਾ ਪਰਚਾ ਲਾਇਆ ਵੀ ਕੋਈ ਮੁਗਲ ਨਹੀਂ ਨਾ ਹੋਇਆ ਤੁਹਾਡੇ ਜਾਪ ਕਰਨ ਦੇ ਨਾਲ ਜਾਂ ਤੁਹਾਡੇ ਮੰਦਿਰਾਂ ਚ ਬਹਿ ਕੇ ਟੱਲ ਖੜਕਾਉਣ ਦੇ ਨਾਲ ਕਿਉਂਕਿ ਇਹ ਮੁਸੀਬਤ ਦਾ ਹੱਲ ਨਹੀਂ ਆ ਭੱਜ ਕੇ ਜਾ ਕੇ ਤੇ ਲੋਕ ਕੇ ਬਹਿ ਜਾਣਾ ਇਹ ਮੁਸੀਬਤ ਦਾ ਹੱਲ ਨਹੀਂ ਆ ਉਹ ਉਹ ਜਿਹੜੀ ਚੜ੍ਹਦੀ ਕਲਾ ਸੀ ਨਾ ਜਿਹੜੇ ਜੰਗੀ ਜੋਹਰ ਸੀ ਉਹ ਦਸਮ ਗ੍ਰੰਥ ਨੇ ਬਖਸ਼ੇ ਸੀ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੇ ਸੀ ਖਾਲਸਾ ਪੰਥ ਦੀ ਸਾਧਨਾ ਨੇ ਬਖਸ਼ੇ ਸੀ ਔਰ ਦਸ਼ਮ ਤੋਂ ਬਿਨਾ ਖਾਲਸਾ ਪੰਥ ਦੀ ਸਾਜਣਾ ਸੰਪੂਰਨ ਨਹੀਂ ਹੋ ਸਕਦੀ ਸਤਗੁਰਾਂ ਨੇ ਪੰਜ ਬਾਣੀਆਂ ਜੋ ਤਿੰਨ ਬਾਣੀਆਂ ਦਸ਼ਮ ਝੁਲੀਆਂ ਨੇ ਹਾਂ ਨਿਤਨੇਮ ਦੇ ਅਮਰਿਆਦਾ ਬਖਸ਼ਣ ਉਸੇ ਕਰਕੇ ਲਈਆਂ ਕਿਉਂਕਿ ਦਸ਼ਮ ਤੋਂ ਬਿਨਾ ਇਹ ਜੰਗੀ ਜਿਹੜੇ ਕਰਤਬ ਨੇ ਸਾਡੇ 'ਚ ਨਹੀਂ ਆ ਸਕਦੇ ਸੀ ਔਰ ਉਦੋਂ ਜਦੋਂ ਖਾਲਸਾ ਪੰਥ ਦੀ ਸਾਜਣਾ ਹੋਈ ਉਸ ਤੋਂ ਬਾਅਦ ਕਿਸੇ ਨੇ ਮੂੰਹ ਕੀਤਾ ਹੋਵੇ ਭਾਰਤ ਵੱਲ ਇਹਨਾਂ ਮੂੰਹ ਭੰਨ ਦਿੱਤੇ ਬਾਅਦ ਵਿੱਚ ਬਿਲਕੁਲ ਬਿਲਕੁਲ ਇਹ ਅਵਸਥਾ ਦੋ ਦੋ ਪਾਸੇ ਜਿਹੜੀ ਹੈ ਨਾ ਕਿਉਂਕਿ ਪਹਿਲਾਂ ਇਹੋ ਭੁਲੇਖਾ ਸੀ ਸੰਸਾਰ ਦੇ ਅੰਦਰ ਵੀ ਰੱਬ ਜਿਹੜਾ ਉਹ ਨਿਮਰਤਾ ਵਾਲਾ ਸਾਨੂੰ ਵੀ ਨਿਮਰਤਾ ਜਿ ਰਹਿਣਾ ਚਾਹੀਦਾ ਪਰ ਪਾਤਸ਼ਾਹ ਜੀ ਨੇ ਦੱਸਿਆ ਵੀ ਠੀਕ ਆ ਨਿਮਰਤਾ ਵੀ ਹੱਦ ਦੀ ਮੈਂ ਇਹ ਵੀ ਬੇਨਤੀ ਕਰਾਂ ਅੱਜ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਨਾ ਉਹਨਾਂ ਦੇ ਮਨ 'ਚ ਇਹ ਵੀ ਆ ਵੀ ਗਾਤਰੇ ਦੇ ਵਿੱਚ ਤੇਗ ਪਾਈ ਆ ਕੋਈ ਉਂਗਲ ਚੁੱਕ ਕੇ ਵੇਖੇ ਅਸੀਂ ਮਾਰ ਦਾਂਗੇ ਪਾੜ ਦਾਂਗੇ ਹਨ ਉਹ ਵੀ ਵਿਵਸਥਾ ਨਹੀਂ ਹੋਣੀ ਚਾਹੀਦੀ ਨਿਮਰਤਾ ਵੀ ਹੋਣੀ ਚਾਹੀਦੀ ਆ ਕਿਉਂਕਿ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਇਸੇ ਲਈ ਆਪ ਬਚਨ ਕੀਤਾ ਇਹ ਵਾਲੋਂ ਨਿੱਕੀ ਆ ਵੀ ਸ਼ਕਤੀ ਸ਼ਕਤੀ ਨੂੰ ਸਾਂਭਣ ਵਾਸਤੇ ਵੀ ਸ਼ਕਤੀ ਚਾਹੀਦੀ ਆ ਤਾਕਤ ਨੂੰ ਝੱਲਣ ਵਾਸਤੇ ਤਾਕਤ ਚਾਹੀਦੀ ਆ ਬੜਾ ਸੋ ਸ਼ਕਤੀ ਤਾਕਤ ਨੂੰ ਸਾਂਭਣ ਵਾਸਤੇ ਵੀ ਤਾਕਤ ਚਾਹੀਦੀ ਹੁੰਦੀ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਭਾਈ ਜੈਤਾ ਜੀ ਨੇ ਜਾ ਕਰਨਾ ਉਦੋਂ ਬਚਨ ਕੀਤਾ ਸੀ ਸਤਗੁਰੂ ਜੀ ਨੇ ਨਾ ਉਹਨਾਂ ਦੇ ਪੇਟ ਦੇ ਉੱਤੇ ਹੱਥ ਰੱਖਿਆ ਤੇ ਭਾਈ ਜੈਤਾ ਜੀ ਉਹਨਾਂ ਨੂੰ ਬਚਨ ਕਰਦੇ ਸਤਗੁਰੂ ਜੀ ਤੁਸੀਂ ਹੁਕਮ ਕਰੋ ਮੈਂ ਪਿੰਜਰਾ ਪਾੜ ਕੇ ਛੁੱਟਦਾ ਜਿਹਦੇ ਵਿੱਚ ਤੁਸੀਂ ਕੈਦ ਜੇ ਹੂੰ ਸਤਗੁਰੂ ਜੀ ਕਹਿੰਦੇ ਕੀ ਗੱਲ ਭਾਈ ਇੰਨਾ ਰੋਹ ਦੇ ਵਿੱਚ ਆ ਗੁੱਸੇ ਦੇ ਵਿੱਚ ਆ ਇੰਨਾ ਜੋਸ਼ ਕਿਵੇਂ ਆ ਗਿਆ ਤੇਰੇ ਚ ਵੀ ਤੂੰ ਪਿੰਜਰਾ ਪਾੜ ਕੇ ਛੁੱਟ ਦੇਵੇਂਗਾ ਕਹਿੰਦੇ ਜੀ ਇੱਕ ਦਿਨ ਤੁਸੀਂ ਨਾ ਗੰਨਾ ਚੂਪ ਰਹੇ ਸੀ ਤੇ ਤੁਸੀਂ ਉਹ ਪੋਰ ਚੂਪ ਕੇ ਤੇ ਸੁੱਟਿਆ ਤੇ ਮੈਂ ਉਹ ਚੂਪ ਲਿਆ ਤੇ ਇਸ ਕਰਕੇ ਮੇਰੇ ਜਿੰਨੀ ਤਾਕਤ ਆ ਗਈ ਆ ਵੀ ਮੈਂ ਇਹ पिਂਜਰਾ ਪਾੜ ਕੇ ਸੁੱਟ ਸਕਦਾ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਜੇ ਤੂੰ ਗੰਨਾ ਸਾਡਾ ਝੂਠਾ ਹੀ ਚੂਪਿਆ ਤੇ ਇੰਨੀ ਤਾਕਤ ਆ ਗਈ ਤੇ ਸਾਡੇ ਵਿੱਚ ਜੀ ਸਾਡੇ ਚ ਕਿੰਨੀ ਹੋ ਗਈ ਸਹੀ ਆ ਅਸੀਂ ਵੀ ਤਾਂ ਸ਼ਾਂਤ ਹੋ ਕੇ ਬੈਠੇ ਹੀ ਹਾਂ ਤਾਂ ਉਹ ਉਹ ਜਰਨ ਦੀ ਤਾਕਤ ਹੋਣੀ ਚਾਹੀਦੀ ਹਜ਼ਾਰ ਗਹੋ ਜ਼ਰ ਲੈ ਵੀ ਜਿਹੜਾ ਹਜ਼ਾਰ ਤਾਕਤ ਹੈ ਨਾ ਉਹਨੂੰ ਜਰਨ ਦੀ ਤਾਕਤ ਹੋਣੀ ਚਾਹੀਦੀ ਆ ਜਿਵੇਂ ਆਪਾਂ ਸੌਖੀ ਉਦਾਹਰਨ ਲਈਏ ਵੀ ਜੇ ਹੁਣ ਬਦਾਮ ਖਾ ਲਈਏ ਵੀ ਤਾਕਤ ਮਿਲਦੀ ਆ ਤਉਨੂੰ ਪਚਾਉਣ ਵਾਸਤੇ ਲੀਵਰ ਮੇਦਾ ਵੀ ਤੇ ਉਦਾਂ ਦਾ ਚਾਹੀਦਾ ਨਾ ਅੰਦਰ ਵੀ ਤੇ ਤਾਕਤ ਚਾਹੀਦੀ ਹੈ ਬਿਲਕੁਲ ਬਿਲਕੁਲ ਤੋ ਉਸ ਤਾਕਤ ਨੂੰ ਪਚਾਉਣ ਲਈ ਵੀ ਤਾਕਤ ਚਾਹੀਦੀ ਆ ਤਾਂ ਕਰਕੇ ਪਾਤਸ਼ਾਹ ਜੀ ਨੇ ਨਾਲ ਪਤਾਸੇ ਵਰਤੇ ਆ ਵੀ ਮਠਾਸ ਵੀ ਹੋਵੇ ਪੂਰੀ ਤੇ ਬਿਰਤੀ ਵੀ ਦੋ ਧਾਰੀ ਹੋਵੇ ਹਮ ਦੈਤ ਬਿਰਤੀ ਵੀ ਪੂਰੀ ਤੇ ਦੇਵ ਬਿਰਤੀ ਵੀ ਪੂਰੀ ਜਿਵੇਂ ਮੈਂ ਕੁਝ ਚਿਰ ਪਹਿਲਾਂ ਲਿਖਣ ਦਾ ਯਤਨ ਕੀਤਾ ਸੀ ਜਿਵੇਂ ਮੈਂ ਆਖਿਆ ਵੀ ਸਤਗੁਰਾਂ ਨੇ ਕਹਤਾ ਦੀ ਬਖਸ਼ਿਸ਼ ਕੀਤੀ ਆ ਇੱਕ ਵਜਨ ਲਿਖਿਆ ਸੀ ਕਿ ਚਾਲ ਖਾਲਸੇ ਦੀ ਇਸ ਤਰ੍ਹਾਂ ਦੀ ਹੋਵੇ ਭੁਜੰਗ ਪ੍ਰਯਾਤ ਦੇ ਜਿਵੇਂ ਬੈਤ ਨੇ ਹੂੰ ਵੀ ਭੁਜੰਗ ਪ੍ਰਯਾਤ ਦੇ ਜਿਵੇਂ ਬੈਤ ਆ ਜਪ ਸਾਹਿਬ ਦੇ ਹਾਂ ਸਤਗੁਰਾਂ ਨੇ ਜੋ ਬਖਸ਼ਿਸ਼ ਕੀਤੀ ਵੀ ਸੱਪ ਵਰਗੀ ਚਾਲ ਆ ਚਾਲ ਸਿੰਘ ਦੀ ਸੱਪ ਵਰਗੀ ਹੋਵੇ ਤੇ ਇਹ ਦਇਆਧਾਰੀ ਨੇ ਮੇਰੇ ਦੇਵਤੇ ਤੇ ਵੀਰ ਅਸੀ ਪੂਰੇ ਦਾਇਤ ਨੇ ਮਹ ਦਯਾਤਾਰੀ ਨੇ ਤੇ ਇਨਾਂ ਵੱਡੋ ਇਨਾਂ ਨਾਲੋਂ ਵੱਡਾ ਦੇਵਤਾ ਕੋਈ ਨਹੀਂ ਤੇ ਆਪਣਾ ਆਪ ਵੀ ਵੰਡਾ ਦਿੰਦੇ ਨੇ ਜਿਵੇਂ ਬਾਣੀ ਕਹਿੰਦੀ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਜਿਨੇ ਭਗਤੀ ਸੰਪੂਰਨ ਕੀਤੀ ਔਰ ਦੂਜੇ ਪਾਸੇ ਜਿਨੇ ਇਹ ਤਤ ਲਿਆ ਵੀ ਜਦੋਂ ਇਹ ਦਾਤ ਬਣਨ ਤੇ ਆਉਂਦੇ ਆ ਤੇ ਫਿਰ ਇਹ ਅੱਗਾ ਪਿਛਾਣੀ ਵੇਖਦੇ ਨਹੀਂ ਵੇਦੇ ਸਹੀ ਹੈ ਫਿਰ ਇਹ ਨਾਦਰਸ਼ਾ ਵਰਗਿਆਂ ਨੂੰ ਅਬਦਾਲੀ ਵਰਗਿਆਂ ਨੂੰ ਕਈ ਵਾਰੀ ਬਾਜੜਾ ਪਾ ਦਿੰਦੇ ਆ ਇਹ ਦੋਵੇਂ ਬਿਰਤੀਆਂ ਬਹੁਤ ਜ਼ਰੂਰੀ ਸੀ ਪੰਥ ਦੇ ਵਿੱਚ ਉਹਨਾਂ ਨੂੰ ਸਮਝ ਆ ਗਈ ਸਾਨੂੰ ਸਮਝ ਨਹੀਂ ਲੱਗੀ ਮੈਨੂੰ ਮੈਨੂੰ ਇੱਕ ਕਿੱਸਾ ਯਾਦ ਆਇਆ ਜਦੋਂ ਮੈਂ ਪਿੱਛੇ ਜਨਾ ਬਾਬਾ ਉਹਨਾਂ ਦੇ ਛੋਟੀ ਪੱਪਾ ਵੜਪਾਗ ਸਿੰਘ ਜੀ ਤੇ ਵੀਡੀਓ ਬਣਾਈ ਸੀ ਹਾਂਜੀ ਹਾਂਜੀ ਜਦੋਂ ਮੈਂ ਇਹਨਾਂ ਬਾਰੇ ਰਿਸਰਚ ਕਰ ਰਿਹਾ ਸੀ ਤਾਂ ਮੈਂ ਇੱਕ ਵਚਨ ਸਰਵਣ ਕੀਤਾ ਸੀ ਜੱਸਾ ਸਿੰਘ ਰਾਮਗੜੀ ਆ ਜੀ ਜਿਹੜੇ ਹੋਏ ਨੇ ਇਹਨਾਂ ਨੇ ਅਮਰਤ ਸ਼ਕਾਇਆ ਸੀ ਇਹਨਾਂ ਨੂੰ ਜੱਸਾ ਸਿੰਘ ਗਾਲੂ ਵਾਲੇ ਸੀ ਰਾਮਗੜੀ ਮੇਰੇ ਤੋਂ ਵਿਸਰ ਗਿਆ ਗਾਲੂ ਵਾਲੇ ਸੀ ਜਾਂ ਰਾਮਗੜੀ ਆ ਸੀ ਇਹਨਾਂ ਨੇ ਛੋਟੀ ਪੱਪਾ ਵੜਪਾਗ ਸਿੰਘ ਜੀ ਨੂੰ ਅਮਰਤ ਸ਼ਕਾ ਕੇ ਪਹਿਲਾਂ ਵੜਪਾਗ ਰਹੇ ਸੀ ਫਿਰ ਵੜਪਾਗ ਸਿੰਘ ਬਣ ਜਨ ਅਮਰਤੀ ਦਾਦ ਬਖਸ਼ਦੇ ਨੇ ਤਾਂ ਉਸ ਸਮੇਂ ਇਹਨਾਂ ਦੇ ਨਾਲ ਇੱਕ ਮੁਗਲ ਜਰਨੈਲ ਵੀ ਆ ਕੇ ਰਲਦਾ ਆ ਜਦੋਂ ਅਦੀਨਾ ਬੇਗ ਦੇ ਨਾਲ ਅਦੀਨਾ ਬੇਗ ਹਾਂਜੀ ਬਿਲਕੁਲ ਠੀਕ ਹੈ ਹੁਣ ਇੱਕ ਅਦੀਨਾ ਬੇਗ ਦੀ ਫੌਜ ਤੇ ਸਿੰਘ ਇਕੱਠੇ ਹੋ ਕੇ ਹਮਲਾ ਕਰਨ ਚੱਲੇ ਆ ਉਸ ਸਮੇਂ ਅਦੀਨਾ ਬੇਗ ਨੂੰ ਡਾਰਾ ਆ ਅਦੀਨਾ ਬੇਗ ਨੂੰ ਡਾਰਾ ਆਉਂਦਾ ਆ ਕਹਿੰਦਾ ਇਹ ਪਛਾਣੋਗੇ ਕਿਦਾਂ ਕਿ ਮੇਰੇ ਉਧਰੋਂ ਜਿਹੜੇ ਹਮਲਾ ਕਰਨ ਵਾਲੇ ਮੁਗਲ ਆਉਂਦੇ ਉਹ ਵੀ ਮੁਗਲ ਆ ਮੇਰੀ ਫੌਜ ਦੇ ਬੰਦੇ ਮੁਗਲ ਆ ਠੀਕ ਆ ਤੇ ਕੋਈ ਚੱਕਰਤ ਨਹੀਂ ਆ ਤੇ ਅੱਗੋ ਜਸਾ ਸਿੰਘ ਜੀ ਕਹਿੰਦੇ ਕਹਿੰਦੇ ਭਾਈ ਸਾਡਾ ਜਿਹੜਾ ਵਰਤਾਨ ਹੈ ਜਦੋਂ ਅਸੀਂ ਵੱਡਣ ਤੇ ਆਉਂਦੇ ਆ ਨਾ ਫਿਰ ਅਸੀਂ ਨਹੀਂ ਵੇਖਦੇ ਠੀਕ ਆ ਜੇਕਰ ਸਾਡੇ ਉਸ ਟਾਈਮ ਤੂੰ ਵੀ ਸਾਹਮਣੇ ਆ ਗਿਆ ਨਾ ਅਸੀਂ ਤੈਨੂੰ ਵੀ ਮੁਗਲ ਜਾਣ ਕੇ ਝੜਕਾ ਦੇਣਾ ਫਿਰ ਉਹਨੇ ਇਹਦਾ ਹੱਲ ਕੱਢਿਆ ਸੀ ਉਹਨਾਂ ਨੇ ਨਾ ਕਹੇ ਕਿ ਤੂੰ ਕਣਕ ਦੇ ਛੱਟੇ ਸੀ ਲਾਗੇ ਉਦੋਂ ਕਣਕ ਦੇ ਛੱਟੇ ਕੱਢ ਕੇ ਕਿਹਾ ਆਪਣੇ ਜਿਹੜੇ ਉਹ ਜੋ ਵੀ ਪਾਗਾਂ ਟੋਪੀ ਬੰਨਦੇ ਸੀ ਮੁਗਲ ਜਿਹੜੇ ਸੀ ਕਹਿੰਦੇ ਇਹਨਾਂ ਦੇ ਲਾ ਲਓ ਸਾਡੇ ਧਿਆਨ 'ਚ ਤੇ ਰਹੂਗਾ ਨਾ ਵੀ ਤੁਸੀਂ ਸਾਡੇ ਬੰਦੇ ਜੇ ਤੇ ਅਸੀਂ ਤੁਹਾਨੂੰ ਬਖਸ਼ ਦਾਂਗੇ ਨਹੀਂ ਤੇ ਜੇ ਜੇ ਅਸੀਂ ਵੇ ਕੌਣ ਆ ਤੇ ਕੌਣ ਨਹੀਂ ਆ ਜਦੋਂ ਦਇਆਧਾਰੀ ਹੁੰਦੇ ਨੇ ਨਾ ਆ ਆਮ ਕਰਕੇ ਤੇ ਮੈਦਾਨੇ ਜੰਗ ਦੇ ਵਿੱਚ ਕੋਈ ਨਿਜ਼ਮ ਨਹੀਂ ਹੁੰਦਾ ਬਿਲਕੁਲ ਪਰ ਜਦੋਂ ਸਿੰਘ ਦਇਆਧਾਰੀ ਹੁੰਦੇ ਨੇ ਬਰਾਬਰ ਦੇ ਨੂੰ ਤੇ ਨਹੀਂ ਵੇਖਦੇ ਵੀ ਜਿਹੜਾ ਜਵਾਨ ਆ ਨਾ ਜੰਗ ਲੜਨ ਲਈ ਆਇਆ ਜਿਹਦੇ ਕੋਲ ਹਥਿਆਰ ਆ ਉਹਨੂੰ ਤੇ ਨਹੀਂ ਵੇਖਦੇ ਵੀ ਇਹ ਕੌਣ ਆ ਕਿਹਦੇ ਵੱਲੋਂ ਪਰ ਜੇ ਕੋਈ ਬੱਚਾ ਆ ਜਾਂ ਔਰਤ ਆ ਜੇ ਜੰਗ ਦੇ ਵਿੱਚ ਤੋ ਇੰਨੀ ਦਇਆ ਦੇ ਧਾਰਨੀ ਉਹ ਪਹਿਲਾਂ ਉਹਨੂੰ ਪਰਾ ਕਰਨਗੇ ਫਿਰ ਜਾ ਕੇ ਜਾਂਗ ਲੜਨਗੇ ਦੇਖੋ ਜੇ ਆਪਾਂ ਮੈਂ ਦੇ ਕਹਿੰਦਾ ਦਇਆ ਦੀ ਮਿਸਾਲ ਵੇਖਣੀ ਆ ਨਾ ਤੇ ਆਪਾਂ ਭਾਈ ਕਨਈਆ ਜੀ ਦਾ ਜੀਵਨ ਵੇਖ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਧਰਮ ਦੇ ਵਿੱਚ ਇਸ ਤੋਂ ਵੱਡੀ ਕੋਈ ਦਇਆ ਦੀ ਮਿਸਾਲ ਮਿਲਦੀ ਹੋਵੇ ਆਪਾਂ ਨੂੰ ਹੋਊਗੀ ਵੀ ਪਰ ਚਲੋ ਮੈਨੂੰ ਨਹੀਂ ਪਤਾ ਮੈਂ ਤਾਂ ਭਾਈ ਕਨਈਆ ਜੀ ਦਾ ਜੀਵਨ ਪੜਿਆ ਤੇ ਮੈਨੂੰ ਲੱਗਦਾ ਕਿ ਉਹ ਬਹੁਤ ਹੀ ਦਇਆਵਾਨ ਸਨ ਬਹੁਤ ਹੀ ਮਹਾਨ ਸ਼ਖਸੀਅਤ ਸਨ ਸਾਡੀ ਕੌਮ ਦੀ ਪਰ ਚਲੋ ਕਿਤਨੇ ਕਿਤੇ ਮਿਲਦਾ ਚਾਪਾ ਵਿਸਾਰ ਚੁੱਕੇ ਉਹਨਾਂ ਨੂੰ ਵੀ ਹਾਂਜੀ ਹਾਂਜੀ ਉਹਨਾਂ ਦਾ ਵੀ ਇਤਿਹਾਸ ਬਹੁਤ ਮਹਾਨ ਆ ਜਿਹੜ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੋਣਾ। ਜੀ ਬੜੀ ਕਹਲਣਾ ਉਹਨਾਂ ਦੀ। ਹੂੰ। ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਗੱਲ ਕਰਦੇ ਆ ਜ਼ਿਕਰ ਕੀਤਾ ਸੀ 100 ਸ਼੍ਰੀ 108 1008 ਹਨ ਇਹ ਜਿਹੜੇ ਕੋਈ ਸ਼ਬਦ ਨੇ 108 96 ਕਰੋੜੀ ਬ੍ਰਹਮ ਗਿਆਨੀ ਇਹਨਾਂ ਸ਼ਬਦਾਂ ਦਾ ਮਤਲਬ ਕੀ ਮਹੱਤਵ ਹੈ ਕਿ ਇਹਨਾਂ ਦਾ ਸ਼ਬਦੀ ਅਰਥ ਹੈ ਥੋੜਾ ਜਿਹਾ ਇਹਦੇ ਬਾਰੇ ਵਿਚਾਰ ਪਾਓ। ਅੱਜਕ ਜਿਹੜੀ ਖੇਡ ਹੈ ਨਾ ਜਿਵੇਂ 96 ਕਰੋੜੀ ਬਚਨੇ ਆ ਤੇ 96 ਕਰੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵਚਨ ਕੀਤਾ ਸੀ। ਜਿਹਦੇ ਦਿਨ ਸਾਡਾ ਸਾ ਖਾਲਸਾ 96 ਕਰੋੜੀ ਸੰਪੂਰਨ ਹੋਊਗਾ ਨਾ ਉਸ ਦਿਨ ਮਾਲ ਟੇਕੜੀ ਸਾਹਿਬ ਜਿਹੜਾ ਖਜ਼ਾਨਾ ਦੱਬਿਆ ਆ ਉਹ ਪ੍ਰਗਟ ਹੋਊਗਾ ਤੇ ਉਹ ਖਾਲਸੇ ਦੇ ਵਿੱਚ ਵਰਤਾਇਆ ਜਾਊਗਾ ਇਹ ਬਾਦਸ਼ਾਹ ਜੀ ਦਾ ਖੁਸ਼ਾ ਆ ਇਹ ਬਾਦਸ਼ਾਹ ਜੀ ਦਾ ਖੁਸ਼ਾ ਆ ਵੀ ਜਿਵੇਂ ਫੌਜ ਹੁਣ ਅੱਜ ਰੰਗ ਲੱਗ ਰਿਹਾ ਆ ਤੁਸੀਂ ਇੱਧਰ ਵੇਖੋ ਨੌਜਵਾਨ ਪੀੜੀ ਜਿਹੜੀ ਆ ਉਹ ਨੀਲੇ ਬਾਣੇ ਆ ਜੇ ਤੁਹਾਨੂੰ ਨਜ਼ਰ ਆਊਗੀ ਕਿਉਂਕਿ ਬਹੁਤ ਫਰਕ ਪਿਆ ਅੱਗੇ ਨਾਲ ਬਹੁਤ ਫਰਕ ਪਿਆ ਕਿਉਂਕਿ ਮੇਰੇ ਮੇਰੇ ਧਿਆਨ ਚ ਜਦੋਂ ਚਲੋ ਮੈਂ ਸਕੂਲ ਕਾਲਜ ਦੇ ਸਮੇਂ ਦੀ ਗੱਲ ਆ ਉਦੋਂ ਤਕਰੀਬਨ ਜਿਹੜੇ ਸਰਦਾਰ ਮੁੰਡੇ ਵੀ ਨਾ ਕਟਿੰਗ ਕਰਾਈ ਜਾ ਰਹੇ ਸੀ ਮੁੰਨੇ ਹੁੰਦੇ ਜਾਂਦੇ ਸੀ ਮੁੰਡੇ ਤੂੰ ਵੇਖ ਮੈਨੂੰ ਮਨ ਚ ਆਉਂਦਾ ਵੀ ਯਾਰ ਇਹ ਕਿੱਧਰ ਨੂੰ ਤੁਰੇ ਜਾਂਦੇ ਕਿੱਧਰ ਨੂੰ ਤੁਰੇ ਜਾਂਦੇ ਪਰ ਹੁਣ ਮੈਨੂੰ ਲੱਗਦਾ ਫੇਰ ਇੱਕ ਦੌਰ ਆਇਆ ਵਾ ਜਦੋਂ ਮੈਨੂੰ ਖੁਦ ਵੀ ਮੇਰੇ ਮੈਨੂੰ ਬੜੇ ਮੈਸੇਜ ਵੀ ਆਉਂਦੇ ਨੇ ਮੇਰੇ ਕਮੈਂਟ ਵੀ ਆਉਂਦੇ ਨੇ ਜਿਹੜੇ ਕਹਿੰਦੇ ਭਾਜੀ ਬੜੇ ਇਨਸਪਾਇਰ ਤੁਹਾਡੀ ਵੀਡੀਓਜ਼ ਦੇਖ ਕੇ ਸਾਡਾ ਰੁਝਾਨ ਵਧ ਗਿਆ ਸਿੱਖੀ ਅੱਲੇ ਵੀ ਚਲੋ ਮੈਂ ਤਾਂ ਨਹੀਂ ਕਹਿੰਦਾ ਮੇਰੇ ਕਰਕੇ ਨਾ ਰੁਝਾਨ ਵਧਿਆ ਇਹ ਤਾਂ ਗੁਰੂ ਸਾਹਿਬ ਜੀ ਨੇ ਤੇ ਕਿਰਪਾ ਹੋ ਗਈ ਹੈ ਤੇ ਗੁਰੂ ਸਾਹਿਬ ਆਪ ਉਹਨਾਂ ਨੂੰ ਇ ਸੋ ਦੇਖਦਾ ਕਿ ਅੱਜ ਬਹੁਤ ਜਿਹੜੀ ਨੌਜਵਾਨ ਪੀੜ੍ਹੀ ਘਰ ਵਾਪਸੀ ਕਰਦੀ ਜਾ ਰਹੀ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਹਾਂਜੀ ਹਾਂਜੀ ਬਹੁਤ ਫਰਕ ਪੈ ਰਿਹਾ ਹੈ ਇਹ ਚੀਜ਼ਾਂ ਜਿਵੇਂ ਵਚਨ ਕੀਤਾ ਪਾਤਸ਼ਾਹ ਜੀ ਨੇ ਵੀ ਅਸੀਂ ਹਵਾ ਹੀ ਇਦਾਂ ਦੀ ਚਲਾ ਦਾਂਗੇ ਵੀ ਜਿਹਨੂੰ ਜਾ ਕੇ ਹਵਾ ਲੱਗੂਗੀ ਉਹਨੂੰ ਰੰਗ ਲੱਗ ਜਾਊਗਾ ਬਿਲਕੁਲ ਇਹ ਰੰਗ ਲਾਗਤ 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 ਹੈ ਤੇ ਅਸਲ 'ਚ ਰੰਗ ਵੀ ਜਿਹੜਾ ਨਾ ਉਹ ਜਿਹੜਾ ਤਾਂ ਨਿਤਨੇਮ ਦਾ ਧਾਰਨੀ ਗੁਰਸਿੱਖ ਆ ਔਰ ਬਾਣੀ ਤੇ ਬਾਣੇ ਦਾ ਪ੍ਰਪੱਕਿਆ ਉਹਦੇ ਵੱਲ ਵੇਖ ਕੇ ਬਦਲਾ ਆਉਂਦਾ ਹੁਣ ਜਦੋਂ ਆਪਾਂ ਵੀ ਵੀਡੀਓ ਪਾਉਂਦੇ ਆ ਜਾਂ ਕੋਈ ਵੀ ਕਾਰਜ ਕਰਦੇ ਆ ਜਦੋਂ ਵਿਚਾਰ ਵੀ ਕਰਦੇ ਆ ਸਾਡੀ ਵਿਚਾਰ ਨਾਲ ਉਹ ਬਦਲਾ ਨਹੀਂ ਆਉਂਦਾ ਉਹ ਬਦਲਾ ਆਉਂਦਾ ਜਿਨ੍ਹਾਂ ਸ਼ਹੀਦਾਂ ਸਿੰਘਾਂ ਨੇ ਕਾਹ ਲੈਣਾ ਕਾਹ ਲਈ ਨਾ ਗੱਲ ਤੇ ਅਸੀਂ ਉਹਨਾਂ ਦੀ ਕਰ ਰਹੇ ਹਾਂ ਅਸਲ ਜੇ ਇਨਸਪਾਇਰ ਉਹਨਾਂ ਦੇ ਜੀਵਨ ਤੋਂ ਨਹੀਂ ਸਾਡੇ ਰਾਹੀਂ ਤੇ ਚਲੋ ਬੋਲਿਆ ਜਾ ਰਿਹਾ ਇੱਕ ਲਫ਼ਜ਼ ਸਾਡੇ ਰਾਹੀਂ ਨਿਕਲ ਰਹੇ ਨੇ ਉਹ ਮਹਾਰਾਜ ਸੇਵਾ ਲੈ ਰਹੇ ਨੇ ਪਰ ਅਸਲ ਜੇ ਜਿਹੜੀ ਬਦਲਾ ਆਉਣਾ ਇਹ ਆਉਣਾ ਉਹਨਾਂ ਵੱਲੋਂ ਹੀ ਆ ਜਿਨ੍ਹਾਂ ਦੇ ਜੀਵਨ ਦਾ ਅਭਿਆਸ ਹੈ ਜਿਨ੍ਹਾਂ ਨੇ ਜਿਹੜੇ ਨਿਤਨੇਮ ਦੇ ਧਾਰਨੀ ਨੇ ਜਿਹੜੇ ਬੰਦਗੀ ਤੇ ਬਾਣੀ ਬਾਣੇ ਦੇ ਵਿੱਚ ਸੰਪੂਰਨ ਨੇ ਔਰ ਜਿਹੜੇ ਤੁਸੀਂ ਬਾਕੀ ਦੇ ਸ਼ਬਦ ਪੁੱਛੇ ਹੋ ਗਿਆ 96 ਕਰੋੜੀ ਦੇ ਬਾਰੇ ਤੇ ਜਿਵੇਂ 108 ਆ ਹੁਣ ਮੈਨੂੰ ਸੰਪੂਰਨ ਗ੍ਰੰਥਾਂ ਦੀ ਗਿਣਤੀ ਨਹੀਂ ਇਕਾਂਠ ਯਾਦ ਤੇ ਚਾਰ ਵੇਦ ਨੇ 27 ਸਮ੍ਰਤੀਆਂ ਨੇ ਪੁਰਾਨ ਨੇ ਔਰ ਚਾਰ ਕਤੇਬ ਨੇ ਇਹ ਸਾਰੇ ਮਿਲਾ ਕੇ ਜਿੰਨੇ ਵੀ ਗ੍ਰੰਥ ਨੇ ਇਹ ਸਾਰੇ 108 ਬਣਦੇ ਆ ਅੱਛਾ ਜੀ ਔਰ ਇਸ ਸਮੁੱਚੇ ਜਿਹੜੇ ਗ੍ਰੰਥ ਨੇ ਸਾਰਿਆਂ ਦੀ ਜਿਹਨੇ ਵਿੱਦਿਆ ਲਈ ਹੋਵੇ ਉਹ ਆਪਣੇ ਨਾਮ ਦੇ ਨਾਲ 108 ਲਾਉਂਦਾ ਸੀ ਉਹ ਇੱਕ ਲਖਬ ਮਿਲਦਾ ਹੁੰਦਾ ਸੀ ਮਤਲਬ ਗੁਰੂ ਦੇ ਵੱਲੋਂ ਇੱਕ ਲਖਬ ਮਿਲਦਾ ਹੁੰਦਾ ਸੀ ਜਿੱਦਾਂ ਚ ਪੀ ਐਚ ਡੀ ਕਰਨ ਵਾਲੇ ਨੂੰ ਡਾਕਟਰ ਦਾ ਕਿਤਾਬ ਮਿਲ ਜਾਂਦਾ ਹੈ ਬਿਲਕੁਲ ਜਿਵੇਂ ਅੱਜ ਖਾਲਸਾ ਪੰਥ ਦੇ ਵਿੱਚ ਵੀ ਤੁਸੀਂ ਦਲਾ ਪੰਥਾ ਦੇ ਵਿੱਚ ਜਾਓ ਜਿਵੇਂ ਅਸੀਂ ਬਹਾਦਰ ਬਾਬਾ ਬਿਧੀ ਜਨ ਸਾਹਿਬ ਦਲ ਪੰਥ ਚ ਰਹੇ ਆ ਤੇ ਉੱਥੇ ਵੀ ਹੁਣ ਦਲਾ ਪੰਥਾਂ ਦੇ ਵਿੱਚ ਅਸਲ ਚ ਤੇ ਅੱਜ ਦੇਖੋ ਅਸੀਂ ਲੋਕ ਜਿੱਦਾਂ ਘਰਾਂ ਚੋਂ ਝੋਟ ਕੇ ਚਾਰ ਦਿਨ ਗੁਰੂ ਘਰ ਗਏ ਤੇ ਉਹਨਾਂ ਨੇ ਬਾਣਾ ਧਾਰਨ ਕਰ ਲੈਣਾ ਪਰ ਇਦਾਂ ਨਹੀਂ ਸੀ ਅਸਲ ਦੇ ਵਿੱਚ ਪਹਿਲਾਂ ਪਹਿਲਾ ਸਿੰਘ ਨੂੰ ਸੱਦਿਆ ਜਾਂਦਾ ਸੀ ਉਹ ਜੇ ਕਿਸੇ ਨੇ ਆਉਣਾ ਮਰਜ਼ੀ ਦੇ ਨਾਲ ਉਹ ਦਾਲਪੰਥ ਚ ਆਉਂਦਾ ਸੀ ਉਹ 5 5 7 7 ਸਾਲ ਸੇਵਾ ਕਰਦੇ ਹੁੰਦੇ ਸੀ ਫਿਰ ਉਹਨੂੰ ਬਾਣੀ ਦੀ ਸੰਥਿਆ ਆਰੰਭ ਕਰਾਉਣੀ ਫਿਰ ਜਾ ਕੇ ਸੰਥਿਆ ਆਰੰਭ ਹੋਣੀ ਇਹ ਜਿਵੇਂ ਫੌਜ ਦੀ ਸਿਖਲਾਈ ਹੁੰਦੀ ਨਾ ਹਜ਼ੂਰ ਨੇ ਆਖਿਆ ਖਾਲਸਾ ਅਕਾਲ ਪੁਰਖ ਕੀ ਫੌਜ ਇਹ ਫੌਜ ਆਕਾਲ ਪੁਰਖ ਦੀ ਔਰ ਫੌਜ ਦੀ ਜਿਹੜੀ ਪੜ੍ਹਾਈ ਜਾਂ ਵਿਦਿਆ ਕੋਈ ਐਵੇਂ ਨਹੀਂ ਵਿਚਾਰ ਦੇ ਉੱਠਿਆ ਤੇ ਉਹਨੂੰ ਪ੍ਰਾਪਤੀ ਹੋ ਗਈ ਇਹ ਲੰਮਾ ਪ੍ਰੋਸੈਸ ਚੱਲਦਾ ਹੁੰਦਾ ਸੀ 6-7 ਸਾਲ ਪਹਿਲਾਂ ਉਦਾਂ ਸੇਵਾ ਕਰਦਾ ਸੀ ਫਿਰ ਉਹਦੀ ਸੰਥਿਆ ਆਰੰਭ ਹੁੰਦੀ ਸੀ ਫਿਰ ਸੰਥਿਆ ਆਰੰਭ ਹੋ ਕੇ ਉਹਨੀ ਸੰਥਿਆ ਸੰਪੂਰਨ ਹੋਣੀ ਫਿਰ ਉਹਨੂੰ ਨਿਤਨੇਮ ਬਖਸ਼ਣਾ ਵੀ ਤੂੰ ਆ ਨਿਤਨੇਮ ਸੰਪੂਰਨ ਕਰਿਆ ਕਰਨਾ ਕਮਾਉਣੀ ਪੈਂਦੀ ਸੀ ਉਹ ਚੀਜ਼ ਕਮਾਉਣੀ ਪੈਂਦੀ ਸੀ ਫਿਰ ਜਾ ਕੇ ਬਾਣਾ ਬਖਸ਼ਣਾ ਪੰਥ ਨੇ ਫਿਰ ਬਾਣਾ ਦੇਣਾ ਫਿਰ ਬਾਣਾ ਦੇਣਾ ਫਿਰ ਉਹਨੂੰ ਜਿਹੜਾ ਦਮਾਲਾ ਦਸਤਾਰ ਸਜਾਉਣੀ ਆ ਔਰ ਦਸਤਾਰ ਦੇ ਰੂਪਾਂ ਦੇ ਹਿਸਾਬ ਨਾਲ ਵੀ ਵੱਖ-ਵੱਖ ਅਹੁਦੇ ਹੁੰਦੇ ਆ ਪੰਥ ਦੇ ਵਿੱਚ ਜਿਵੇਂ ਫਰਰਾ ਸਜਾਉਂਦੇ ਨੇ ਉਹ ਜਥੇਦਾਰ ਨੇ ਮਿਸਲਾਂ ਦੇ ਜਥੇਦਾਰ ਨੇ ਇਹ ਵੱਖ-ਵੱਖ ਅਹੁਦੇ ਜਿਹੜੇ ਪ੍ਰਾਪਤ ਹੁੰਦੇ ਆ ਜਦੋਂ ਫਰਰਾ ਬਖਸ਼ਿਆ ਜਾਂਦਾ ਨਾ ਪੰਦাল ਪੰਥ ਦੇ ਜਥੇਦਾਰ ਵੱਲੋਂ ਇਹਦਾ ਭਾਵ ਇਹ ਆ ਵੀ ਹੁਣ ਇਹਨੂੰ ਜਥੇਦਾਰੀ ਮਿਲ ਗਈ ਆ ਅਹੁਦਾ ਮਿਲ ਗਿਆ ਔਰ ਦੂਜੀ ਗੱਲ ਵੀ ਜਦੋਂ ਇਹ ਜਥੇਦਾਰ ਚੜ੍ਹਾਈ ਕਰੂਗਾ ਉਸ ਤੋਂ ਬਾਅਦ ਇਹ ਜਥੇਦਾਰ ਬਣੇਗਾ ਕੋ ਫਰਰਾ ਇਸ ਕਰਕੇ ਬਖਸ਼ਿਆ ਜਾਂਦਾ ਸੀ ਤਾਂ ਇਹ ਅਹੁਦੇ ਸੀ ਸਾਰੇ ਇਦਾਂ ਹੀ 108 ਵੀ ਜਿਹੜਾ ਉਹ ਅਹੁਦਾ ਸੀ ਇੱਕ ਇੱਕ ਬਖਸ਼ਿਸ਼ ਹੁੰਦੀ ਸੀ ਵੇਣੇ ਹੁਣ ਇੰਨਾ ਗਿਆਨ ਲੈ ਲਿਆ ਤੇ ਇਹ ਜਿਵੇਂ ਹੁਣ ਬਾਣੀ ਦੇ ਵਿੱਚ ਵੀ ਸ਼ਬਦ ਵੱਖਰੇ ਵੱਖਰੇ ਬਖਸ਼ੇ ਆ ਜਾਣ ਕੇ ਆ ਜਾਂਦਾ ਸੇਵਕ ਨੂੰ ਦਾਸ ਕਿਹਾ ਜਾਂਦਾ ਪਰ ਅੱਗੇ ਜਾ ਕੇ ਫਿਰ ਭਗਤ ਕਿਹਾ ਜਾਂਦਾ ਫਿਰ ਅਗੇ ਜਾ ਕੇ ਗੁਰੂ ਕੋ ਆ ਜਾਂਦਾ ਜਿਵੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਬਚਨ ਕਰਦੇ ਹੁੰਦੇ ਨੇ ਕਿ ਹਜ਼ਾਰ ਲੋਕ ਸੰਗਤ ਦੇ ਵਿੱਚ ਬੈਠੇ ਹੋਣ ਤੇ ਉਹਨਾਂ ਦੇ ਵਿੱਚੋਂ 2-3 ਸਰੋਤੇ ਹੁੰਦੇ ਆ ਹਾਂ ਸੁਣਨ ਵਾਲੇ 2-3 ਹੀ ਹੁੰਦੇ ਉਹ ਹਜ਼ਾਰਾਂ ਸਰੋਤੇ ਹੋਣ ਉਹ ਸਰੋਤੇ ਹਜ਼ਾਰਾਂ ਇਕੱਠੇ ਕਰ ਲਓ ਤੇ ਉਹਨਾਂ ਦੇ ਵਿੱਚੋਂ 2-3 ਜਗਿਆਸੂ ਹੁੰਦੇ ਆ ਹੂੰ ਜਿਨ੍ਹਾਂ ਦੇ ਮਨ ਚੇ ਵੀ ਆਉਂਦਾ ਵੀ ਮੈਂ ਸੁਣ ਲਿਆ ਹੁਣ ਮੈਂ ਤੁਰਾਂਗਾ ਹਾਂ ਇਹਨੂੰ ਅਪਣਾਉਣਾ ਵੀ ਜਗਿਆਸਾ ਅਪਣਾਉਣਾ ਆ ਜਗਿਆਸਾ ਆਉਂਦੀ ਜਿਨ੍ਹਾਂ ਦੇ ਮਨ ਚ ਇੱਛਾ ਹੁੰਦੀ ਆ ਔਰ ਹਜ਼ਾਰਾਂ ਜਗਿਆਸੂ ਹੋਣਦੇ ਉਹਨਾਂ ਦੇ ਵਿੱਚੋਂ ਦੋ ਤਿੰਨ ਪਾਂਦੀ ਹੁੰਦੇ ਆ ਜਿਹੜੇ ਤੁਰਨਾ ਸ਼ੁਰੂ ਕਰ ਦਿੰਦੇ ਆ ਹੂੰ ਤੇ ਉਹਨਾਂ ਦੇ ਵਿੱਚੋਂ ਜਿਹੜੇ ਹਜ਼ਾਰਾਂ ਪਾਂਦੀ ਹੁਣ ਉਹਨਾਂ ਦੇ ਵਿੱਚੋਂ ਦੋ ਤਿੰਨ ਭਗਤ ਹੁੰਦੇ ਨੇ ਜਿਹੜੇ ਭਗਤੀ ਤੱਕ ਪਹੁੰਚ ਜਾਂਦੇ ਨੇ ਭੱਬਾ ਗੱਗਾ ਤੇ ਤੱਤਾ ਭੱਬਾ ਜਿਹੜਾ ਉਹ ਭੈ ਤੋਂ ਰਹਿਤ ਹੋ ਗਿਆ ਭਰਮ ਤੋਂ ਰਹਿਤ ਹੋ ਗਿਆ ਤੇ ਭਾਣਾ ਆ ਗਿਆ ਉਹਦੇ ਅੰਦਰ ਤੇ ਗੱਗਾ ਜਿਹੜਾ ਉਹਦੇ ਅੰਦਰ ਗਿਆਨ ਆ ਗਿਆ ਤੇ ਤਤਾ ਉਹਦੇ ਅੰਦਰ ਤਿਆਗ ਆ ਗਿਆ। ਉਹਨੂੰ ਕਹਿੰਦੇ ਭਗਤ। ਭਗਤ। ਫਿਰ ਉਹ ਜਾ ਕੇ ਭਗਤ ਬਣਿਆ। ਭਗਤ ਦਾ ਸ਼ਬਦੀ ਅਰਥ ਨੇ। ਫਿਰ ਭਗਤ ਤੋਂ ਅਗੇ ਜਾ ਕੇ ਫਿਰ ਉਹ ਗੁਰੂ ਬਣੇਗਾ। ਜਦੋਂ ਭਗਤੀ ਉਹਦੀ ਸੰਪੂਰਨ ਹੋ ਗਈ, ਜਿਵੇਂ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨ ਅਵਸਥਾ ਬਣ ਗਈ ਤੇ ਜਿਵੇਂ ਪਾਣੀ ਸੰਗ ਪਾਣੀ ਦੀ ਅਵਸਥਾ ਬਣ ਗਈ, ਫਿਰ ਉਹ ਦੁਬਾਰਾ ਸੰਸਾਰ ਤੇ ਜਨਮ ਧਾਰੇਗਾ। ਜਿਹਨੂੰ ਆਪਾਂ ਪ੍ਰਕਾਸ਼ ਕਹਿੰਨੇ ਆ ਪ੍ਰਗਟ ਹੋਊਗਾ ਤੇ ਫਿਰ ਉਹ ਸੰਸਾਰ ਨੂੰ ਮਤ ਦਊਗਾ। ਫਿਰ ਉਹ ਗੁਰੂ ਬਣੂਗਾ। ਜਿਵੇਂ ਖਾਲਸਾ ਪੰਥ ਦੀ ਸਾਜਣਾ ਵੇਲੇ ਵੀ ਇਹ ਗੱਲ ਜ਼ਰੂਰੀ ਕਰਨ ਵਾਲੀ ਆ ਕਿ ਐਡਾ ਵੱਡਾ ਕੌਤਕ ਕਿਵੇਂ ਵਰਤਿਆ ਹੂੰ ਪਿਛੇ ਤੱਤ ਕੀ ਆ ਰਹੱਸ ਕੀ ਹੈ ਨਾ ਉਹ ਵੀ ਗੱਲ ਸਮਝਣ ਵਾਲੀ ਆ ਬਿਲਕੁਲ ਇਹ ਇਹ ਜਿਵੇਂ ਮੈਂ ਕਹਿਣਾ ਹੁਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਗਤ ਨੂੰ ਪਹਿਲਾਂ ਆਰੰਭਤਾ ਕਰਨੀ ਸੀ ਤਤ ਦੇਣਾ ਸੀ ਜਿਵੇਂ ਸਿੱਧਾਂ ਨੇ ਬਚਨ ਕੀਤਾ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਸ ਕਾਰਨ ਕਰੈ ਤਜਿਉ ਉਦਾਸੀ ਹੂੰ ਬਿਕਾਰ ਦੇ ਕਰਕੇ ਤੁਸੀਂ ਉਦਾਸੀ ਭੇਗ ਧਾਰਨ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਕਿ ਗੁਰਮੁਖ ਕੋਜਿਤ ਭਏ ਉਦਾਸੀ ਵੇ ਮੈਂ ਸੰਸਾਰ ਚ ਗੁਰਮੁਖਾਂ ਨੂੰ ਲੱਭਣਾ ਹੈ ਹੂੰ ਮੈਂ ਜਾਂ ਗੁਰਮੁਖਤਾ ਹੀ ਲੱਭਣੀ ਆ ਵੀ ਜਿਨ੍ਹਾਂ ਦੇ ਅੰਦਰ ਗੁਰਮਤ ਹੈ ਮੈਂ ਉਹਨਾਂ ਨੂੰ ਲੱਭਣਾ ਬਿਲਕੁਲ ਗੁਰਮਤ ਸਿੱਖ ਧਰਮ ਵਾਲੀ ਨਹੀਂ ਆ ਜਿਹੜਾ ਆਪਾਂ ਬਣਾ ਲਿਆ ਨਾ ਇਹ ਅਸਲ ਚ ਨਹੀਂ ਸੀ ਗੁਰਮਤ ਹੈ ਆਕਾਲ ਪੁਰਖ ਦੀ ਮਤਲਬ ਕਿਉਂਕਿ ਗੁਰੂ ਸ਼ਬਦ ਹੈ ਸ਼ਬਦ ਆਕਾਲ ਪੁਰਖ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਾਂ ਉਹਦੀ ਜਿਹੜੀ ਮਤ ਹੈ ਉਹ ਸੰਸਾਰ ਚੋਂ ਲੱਭਣੀ ਸੀ ਹੁਣ ਜਿੰਨਿਆਂ ਵਾਸਤੇ ਉਹ ਜਿਹੜੀ ਮੱਤ ਪਾਤਸ਼ਾਹ ਜੀ ਨੇ ਲੱਭਣੀ ਸੀ ਸੰਸਾਰ ਦੇ ਵਿੱਚੋਂ ਲੱਭਣ ਵਾਸਤੇ ਤੁਰੇ ਪਰ ਉਸ ਤੋਂ ਪਹਿਲਾਂ ਜਿਹੜਾ ਕਾਰਜ ਹੋਇਆ ਕਿਉਂਕਿ ਵੱਡਾ ਕਾਰਜ ਕਰਨ ਵਾਸਤੇ ਜਿਵੇਂ ਆਪਾਂ ਹੁਣੇ ਬਚਨ ਸਾਂਝਾ ਕੀਤਾ ਸੀ ਕਿ ਜੇ ਕੋਈ ਬਹੁਤ ਜ਼ਿਆਦਾ ਰੋਗੀ ਹੋਵੇ ਨਾ ਤੇ ਉਹ ਬੜੇ ਤਰੀਕੇ ਦੇ ਨਾਲ ਉਹਨੂੰ ਸੰਭਾਲਣਾ ਪੈਂਦਾ ਹੈ ਉਹਦਾ ਇਲਾਜ ਬਹੁਤ ਤਰੀਕੇ ਦੇ ਨਾਲ ਕਰਨਾ ਪੈਂਦਾ ਉਹ ਤਰੀਕਾ ਸਿੱਖਣ ਵਾਸਤੇ ਵੀ ਹੁਣ ਡਾਕਟਰੀ ਕਰਨੀ ਪੈਣੀ ਹੈ ਬਿਲਕੁਲ ਬਿਲਕੁਲ ਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਵੀ ਕੀਤੀ ਉਹ ਜਿਹੜਾ ਤਿੰਨ ਦਿਨ ਦਾ ਵਿਹੀ ਪ੍ਰਵੇਸ਼ ਆਣਾ ਉਹ ਭਾਈ ਗੁਰਦਾਸ ਜੀ ਨੇ ਉੱਥੇ ਬਚਨ ਵੀ ਕੀਤਾ ਆ ਪਹਿਲਾ ਬਚਨ ਆਉਂਦਾ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗਮਾਹੇ ਪਠਾਇਆ ਇਹ ਹੈ ਸਤਗੁਰਾਂ ਦੇ ਪ੍ਰਕਾਸ਼ ਦੀ ਗੱਲ ਹੂੰ ਕਿਉਂਕਿ ਇਹ ਪਹਿਲਾਂ ਵਾਲੀਆਂ ਪੌੜੀਆਂ 'ਚ ਆਉਂਦੀ ਆ ਜਿਵੇਂ ਪੌੜੀਆਂ ਪੜ੍ਹੀਏ ਨਾ ਪਹਿਲੀ ਵਾਰ ਦੀਆਂ ਇਹ ਪਹਿਲਾਂ ਵਾਲੀਆਂ ਪੌੜੀਆਂ 'ਚ ਆਉਂਦੀ ਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹੇ ਪਠਾਇਆ ਇਹ ਪਹਿਲਾਂ ਵਾਲੀਆਂ ਪੌੜੀਆਂ ਚ ਆਉਂਦੀ ਆ ਇਸ ਤੋਂ ਬਾਅਦ ਸultanpur ਦੀ ਜਦੋਂ ਗੱਲ ਆਉਂਦੀ ਤੇ ਫਿਰ ਉਸ ਤੋਂ ਬਾਅਦ ਬਚਨ ਆਉਂਦਾ ਆ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਆ ਡਾਕਟਰੀ ਸਿੱਖੀ ਗੁਰੂ ਸਾਹਿਬ ਨੇ ਹੂੰ ਇਲਾਜ ਕਰਨਾ ਨਾ ਸਾਰਿਆਂ ਦਾ ਬਿਲਕੁਲ ਬਿਲਕੁਲ ਭਾਰੀ ਕਰੀ ਤਪੱਸਿਆ ਹੁਣ ਉਹ ਜਿਹੜੀ ਭਾਰੀ ਕਰੀ ਤਪੱਸਿਆ ਉਹੋ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੇਮਕੁੰਟ ਪਹਾੜਤ ਹੈ ਜਹਾਂ ਸਤਸਿੰਘ ਸੋਭਤ ਹੈ ਤਾਹਾਂ ਪੰਡਰਾਜ ਐ ਜੋ ਕਮਾਵਾ ਸਤਸਿੰਘ ਤਰੇ ਨਾਮ ਕਹਾਵਾ ਤੈ ਹਮ ਅਦਿਕ ਤਪੱਸਿਆ ਸਾਦੀ ਉਧਰ ਵਜਨ ਭਾਈ ਗੁਰਦਾਸ ਜੀ ਨੇ ਪ੍ਰੋੜਤਾ ਕਰ ਦਿੱਤੀ ਦ੍ਰਿੜਤਾ ਕਰ ਦਿੱਤੀ ਆ ਵੀ ਉਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਪੱਸਿਆ ਕੀਤੀ ਆ ਇਹ ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਆਪ ਨੂੰ ਦੱਸ ਰਿਹਾ 75 ਨਾਟਕ ਦੇ ਵਿੱਚ ਦਸਮ ਗ੍ਰੰਥ ਚ ਵੀ ਅਸੀਂ ਪਹਿਲਾਂ ਤਪੱਸਿਆ ਕੀਤੀ ਆ ਦੁਸ਼ਟ ਦਮੰਦਰ ਰੂਪ ਦੇ ਵਿੱਚ ਬਿਲਕੁਲ ਇਹ ਕੋਈ ਇੱਕ ਦਿਨ ਦੀ ਖੇਡ ਨਹੀਂ ਲੰਮੇ ਸਮੇਂ ਦਾ ਤਪ ਆ ਜੇ ਆਪਾਂ ਧਿਆਨ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਆ ਤੇ ਉਥੇ ਬਾਬਾ ਬਕਾਲਾ ਸਾਹਿਬ ਪੌਰਾ ਅੱਜ ਵੀ ਸ਼ੋਭਤ ਹੈ ਜਿੱਦੇ ਆਪਾਂ ਦਰਸ਼ਨ ਕਰਦੇ ਆ ਉਥੇ ਸਤਿਗੁਰਾਂ ਨੇ 22 ਸਾਲ ਤੇ ਕੁਝ ਮਹੀਨੇ ਜਿਹੜੇ ਉਥੇ ਵੀ ਸਤਿਗੁਰਾਂ ਨੇ ਬੰਦਗੀ ਕੀਤੀ ਆ ਬਿਲਕੁਲ ਬਿਲਕੁਲ ਤੋਂ ਇਹ ਬੰਦਗੀ ਦੀ ਤਾਕਤ ਹੈ ਜਿਹੜੀ ਪਿੱਛੇ ਆ ਜਿਵੇਂ ਭਾਈ ਗੁਰਦਾਸ ਸਿੰਘ ਜੀ ਦੀ 14ਵੀਂ ਵਾਰਿਆ ਤੇ ਉਹ ਕਹਿੰਦੇ ਨੇ ਕਿ ਧਰ ਤੇਜ ਕਰਾਰ ਹੂੰ ਤਬ ਸਹਿਜੇ ਰਚਿਓ ਖਾਲਸਾ ਧਰ ਕੇ ਧਰ ਤੇਜ ਕਰਾਰ ਵੀ ਤੇਜ ਕਰਾਰਾ ਧਰ ਕੇ ਤੇਜ ਕਿੱਥੋਂ ਆਇਆ ਨੂਰ ਕਿੱਥੋਂ ਆਇਆ ਬੰਦਗੀ ਦੇ ਵਿੱਚ ਬੰਦਗੀ ਚ ਭਾਰੀ ਤਪੱਸਿਆ ਕੀਤੀ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਰੀ ਤਪੱਸਿਆ ਕਰਕੇ ਤੇ ਫਿਰ ਜਾ ਕੇ ਇਹ ਅਵਸਥਾ ਪ੍ਰਾਪਤ ਹੋਈ ਜਿਵੇਂ ਆਪਾਂ ਗੱਲ ਕਰ ਰਹੇ ਸੀ ਹੁਣ ਤੁਸੀਂ ਮੈਨੂੰ ਦੱਸਿਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ ਸੀ ਭਾਈ ਜੱਤਾ ਜੀ ਉਹਨਾਂ ਕੋਲ ਆਉਂਦੇ ਤੇ ਕਹਿੰਦੇ ਕਿ ਮੇਰੇ ਚੰਨੀ ਤਾਕਤ ਆ ਕਿ ਮੈਂ ਪਿੰਜਰੇ ਨੂੰ ਤੋੜ ਸਕਦਾ ਹਾਂ ਹਨ ਤੇ ਗੁਰੂ ਸਾਹਿਬ ਨੇ ਉਹਨੂੰ ਮਨਾ ਕਰਤਾ ਹੁਣ ਇਦਾਂ ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਸਵਾਲ ਮੇਰੇ ਕੀ ਦਿਮਾਗ 'ਚ ਆ ਮੈਨੂੰ ਕਮੈਂਟ 'ਚ ਸਵਾਲ ਆਇਆ ਸੀ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਗੁਰਦੁਆਰਾ ਪੱਠ ਸਾਹਿਬ ਤੇ ਜਿਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਬਾਬਾ ਵਿਧੀ ਚੰਦ ਜੀ ਜਿਹੜੀ ਸੰਤਤਾ ਦੇ ਦੁਸ਼ਾਲੇ ਖੋਏ ਕਿਸੇ ਦੁਸ਼ਾਲੇ ਲੈ ਕੇ ਵਾਪਸ ਆ ਰਹੇ ਹੁੰਦੇ ਆ ਤੇ ਪਿੱਛੇ ਉਹਨਾਂ ਤੇ ਫੌਜ ਲੱਗ ਜਾਂਦੀ ਆ ਰਸਤੇ 'ਚ ਇੱਕ ਪਠਿਆਰੇ ਕੋਲ ਪਹੁੰਚਦੇ ਆ ਪਠਿਆਰੇ ਕੋਲ ਲੋਕਾਂ ਨੇ ਸੱਜੇ ਪੁੱਛਦੇ ਪਠਿਆਰਾ ਕਹਿੰਦਾ ਕਿ ਮੇਰੇ ਕੋਲ ਤਾਂ ਬਲਦਾ ਹੋਇਆ ਪੱਠਾਈ ਆ ਦੇਖ ਲੈ ਜੇ ਕੁਛ ਹੋ ਸਕਦਾ ਤੇ ਤੇ ਬਾਬਾ ਵਿਧੀ ਚੰਦ ਜੀ ਉਧਰ ਪੱਠੇ 'ਚ ਹੀ ਬਲਦੇ ਹੋਏ ਪੱਠੇ 'ਚ ਬੈਠ ਜਾਂਦੇ ਨੇ ਠੀਕ ਹੈ ਤੇ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਹੁਕਮ ਕਰਦੇ ਨੇ ਕਿ ਸਾਡੇ ਉੱਤੇ ਪਾਣੀ ਦੇ ਗਾਗਰਾਂ ਪਾਉਣੇ ਸ਼ੁਰੂ ਕਰ ਦਿਓ ਤੇ ਮਤਲਬ ਕਿ ਗੁਰੂ ਸਾਹਿਬ ਨੇ ਜਿਹੜੀ ਬਾਬਾ ਵਿਧੀ ਚੰਦ ਜੀ ਤਪੱਸ ਸੀਗੀ ਪੱਠੇ ਦੀ ਸਾਰੀ ਆਪਣੇ ਤੇ ਲੈ ਲਈ ਹੈਣਾ ਇਦਾਂ ਉਹਨਾਂ ਨੇ ਵਿਧੀ ਚੰਦ ਨੂੰ ਬਲਦੀ ਚੋਂ ਰੱਖਿਆ ਆਪਾਂ ਇਹ ਕਹਿ ਸਕਦੇ ਆ ਚਲੋ ਤਾਂ ਮੈਂ ਇਹ ਤਾ ਥੱਲੇ ਇੱਕ ਕਮੈਂਟ ਆਇਆ ਕਿ ਜੇਕਰ ਗੁਰੂ ਸਾਹਿਬ ਇੰਨੀ ਕਰਨੀ ਵਾਲੇ ਸੀ ਆਪਣੇ ਸਿੱਖ ਦੀ ਤਪਸ਼ ਆਪਣੇ ਤੇ ਲੈ ਸਕਦੇ ਆ ਤੇ ਜਦੋਂ ਪੰਜਵੇਂ ਜਾਮੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ 33 ਤਵੀ ਤੇ ਬਿਠਾ ਕੇ ਉਦੋਂ ਉਹਨਾਂ ਨੇ ਕੋਈ ਕਰਾਮਾਤ ਕਿਉਂ ਨਾ ਦਿਖਾਈ ਉਦੋਂ ਉਹਨਾਂ ਤਵੀ ਨੂੰ ਠੰਡਾ ਕਿਉਂ ਨਾ ਕਰਤਾ ਰੇਤਾ ਜਿਹੜਾ ਪਾਇਆ ਜਾ ਰਿਹਾ ਸੀ ਉਹਨੂੰ ਠੰਡਾ ਕਿਉਂ ਨਾ ਕਰਤਾ ਜੇ ਵਿਧੀ ਚੰਦ ਨੂੰ ਮਤਲਬ ਉਹ ਆਰਾਮ ਪਚਾ ਸਕਦੇ ਉਹਨੂੰ ਠੰਡ ਪਚਾ ਸਕਦੇ ਆ ਬਲ ਦੇ ਭੱਟੇ 'ਚ ਤੇ ਆਪ ਉਹਨਾਂ ਨੇ ਕਿਉਂ ਸੋ ਇਹੋ ਜੇ ਬੜੇ ਮੇਰੇ ਕੋਲ ਸਵਾਲ ਆ ਜਾਂਦੇ ਨੇ ਤਰਕ ਕਰ ਲੈਂਦੇ ਆ ਗੱਲਾਂ ਤੇ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ ਕੋਈ ਜਵਾਬ ਦੇਣਾ ਕੀ ਕਮਾਂਗੇ ਆਪਾਂ ਅਸਲ ਚ ਹੈ ਤੇ ਛੋਟੀ ਬੁੱਧੀ ਦੀ ਖੇਡ ਆ ਕਿਉਂਕਿ ਜਿਨ੍ਹਾਂ ਦੇ ਬਾਬਤ ਆਪਾਂ ਬਚਨ ਕਰ ਰਹੇ ਆ ਅਸੀਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਚੀਟੀ ਕੇ ਉਧਰ ਬਖਿਆ ਹਸਤੀ ਸਮਾਏ ਕੈਸੇ ਅਤਲ ਪਹਾੜ ਪਾਰ ਪ੍ਰਿੰਗੀ ਨਾ ਉਠਾ ਬਈ ਤੇ ਹੁਣ ਕੀੜੀ ਦੇ ਉਧਰ ਤੋਂ ਹਾਥੀ ਨਹੀਂ ਜਨਮ ਲੈ ਸਕਦਾ ਬਿਲਕੁਲ ਉਹਦਾ ਗਰਭ ਛੋਟਾ ਆ ਬਿਲਕੁਲ ਤੇ ਹਾਥੀ ਨਹੀਂ ਜਨਮ ਲੈ ਸਕਦਾ ਬਿਲਕੁਲ ਕਿੱਥੇ ਉਹ ਅਵਸਥਾ ਉਹਨਾਂ ਦੀ ਤੇ ਕਿੱਥੇ ਬੈਠ ਕੇ ਅਸੀਂ ਸਵਾਲ ਕਰ ਰਹੇ ਹਾਂ ਹਨਾ ਜਿਹੜੇ ਕਮੈਂਟ ਕਰ ਰਹੇ ਨੇ ਜਾਂ ਕੁਝ ਵੀ ਆ ਕਿਦਾਂ ਦੀ ਵੀ ਮੱਤੇ ਆ ਲੋਕਾਂ ਦੀ ਤਰਕ ਕਰਨਾ ਇੱਕ ਚੰਗੀ ਗੱਲ ਆ ਪਰ ਜੇ ਇਦਾਂ ਦਾ ਤਰਕ ਹੋਵੇ ਵੀ ਆਪਾਂ ਉਹਨਾਂ ਦੀ ਅਵਸਥਾ ਨੂੰ ਨਹੀਂ ਸਮਝ ਰਹੇ ਹਾਂ ਗੁਰੂ ਦੀ ਉਂਗਲ ਚੁੱਕਣੀ ਸ਼ੁਰੂ ਕਰਤੀ ਤੇ ਮਨ ਦਾ ਬਹੁਤ ਬਿਲਕੁਲ ਸੰਪੂਰਨ ਅਵਸਥਾ ਜਿਹੜੀ ਆ ਨਾ ਉਹ ਸੰਪੂਰਨ ਸਮਝ ਹੀ ਨਹੀਂ ਜਾ ਸਕਦੀ ਜਿਵੇਂ ਬਾਦਸ਼ਾਹ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣਾ ਗੁਰ ਸੂਰਾ ਹੂੰ ਵੀ ਜਾਂ ਕਰਤਾ ਕਾਲਪੁਰਖ ਆਪ ਜਾਣਦਾ ਆ ਵੀ ਕੀ ਹੋਣ ਵਾਲਾ ਤੇ ਜਾਂ ਫਿਰ ਉਹਦਾ ਗੁਰੂ ਸੂਰਮਾ ਜਾਣਦਾ ਵੀ ਕੀ ਹੋਣ ਵਾਲਾ ਹੂੰ ਮੈਂ ਇੱਕ ਉਦਾਹਰਣ ਦਵਾਂ ਗੱਲ ਸੌਖੀ ਸਮਝ ਆ ਜਾਊਗੀ ਜਿਵੇਂ ਆਪਾਂ ਨਾ ਇੱਕ ਪੁਰਖ ਸੀ ਤੇ ਉਹ ਸਮੁੰਦਰੀ ਜਹਾਜ਼ਾਂ ਤੇ ਸਫ਼ਰ ਕਰਦਾ ਸੀ ਹੂੰ ਜਿੰਨੀ ਜਿੰਨੀ ਕਿ ਸਾਡੀ ਮੱਤ ਆ ਉਹ ਆਪਾਂ ਬੇਨਤੀ ਸਾਂਝੀ ਕਰਨ ਲੱਗੇ ਵੀ ਸਾਡੀ ਮੱਤ ਕਿੰਨੀ ਕਿਹਾ ਹਾਂਜੀ ਹਾਂਜੀ ਸਾਡੀ ਮੱਤ ਇੰਨੀ ਕਿਹਾ ਇੱਕ ਪੁਰਖ ਜਿਹੜਾ ਉਹ ਸਮੁੰਦਰੀ ਜਹਾਜ਼ਾਂ ਤੇ ਸਫ਼ਰ ਕਰਦਾ ਸੀ ਉਹਦਾ ਜਹਾਜ਼ ਇੱਕ ਦਿਨ ਇੱਕ ਟਾਪੂ ਦੇ ਨਾਲ ਟਕਰਾ ਗਿਆ ਡੁੱਬਣ ਲੱਗਾ ਤੇ ਉਹ ਮਸਾਂ ਹੀ ਤੈਰ ਕੇ ਤੇ ਟਾਪੂ ਤੱਕ ਪੁੱਜਿਆ ਹਾਂਜੀ ਹੁਣ ਉੱਥੇ ਕੋਈ ਰਹਿੰਦਾ ਨਹੀਂ ਸੀ ਉਹਨੇ ਚਲੋ ਰਹਿਣਾ ਸ਼ੁਰੂ ਕਰ ਦਿੱਤਾ ਬਸੇਰਾ ਕਰਨਾ ਸ਼ੁਰੂ ਕਰ ਦਿੱਤਾ ਵੀ ਜਦੋਂ ਮਹਾਰਾਜ ਦੇ ਮਨ ਮੇਰ ਪਾਊਗੀ ਉਦੋਂ ਕੋਈ ਆ ਕੇ ਬਚਾ ਲੂਗਾ ਆ ਜੂਗਾ ਇੱਥੋਂ ਤੱਕ ਤੇ ਬਚ ਜਾਗੇ ਬਿਲਕੁਲ ਤੇ ਉਹਦੇ ਮਨ ਦੇ ਵਿੱਚ ਆਇਆ ਉਹਨੇ ਸਭ ਤੋਂ ਪਹਿਲਾਂ ਤਾਂ ਹੁਣ ਉਹਨੂੰ ਭੁੱਖ ਪਿਆਸ ਲੱਗੀ ਜਿਹੜਾ ਸਮੁੰਦਰ ਦਾ ਜਾਲ ਲਿਆ ਉਹਨੂੰ ਉਹਨੇ ਅੱਗ ਬਾਲ ਕੇ ਉਬਾਲਿਆ ਤੇ ਉਹਦੇ ਚੋਂ ਨਮਕ ਵੱਖਰਾ ਕੀਤਾ ਤੇ ਉਹ ਪੀਣ लायक ਨਹੀਂ ਹੁੰਦਾ ਤੇ ਉਹਨੇ ਕੁਝ ਪੀਣ ਵਾਸਤੇ ਜਿਵੇਂ ਵੀ ਉਹਨੇ ਬਣਾਇਆ ਤੇ ਉਸ ਤੋਂ ਬਾਅਦ ਹੁਣ ਭੋਜਨ ਦੀ ਗੱਲ ਆ ਗਈ ਤੇ ਜੰਗਲ ਦੇ ਵਿੱਚ ਤੁਰ ਪਿਆ ਜਿਹੜਾ ਟਾਪੂ ਤੇ ਜੰਗਲਿਆ ਉਹਦੇ ਚੋਂ ਕੁਝ ਜੰਗਲੀ ਫਲ ਮਿਲੇ ਜਾਂ ਕੁਝ ਪੱਤੇ ਮਿਲੇ ਖਾਣ ਵਾਸਤੇ ਜਿੰਨੀ ਕੋ ਉਹਨੂੰ ਨੌਲੇਜ ਸੀ ਵੀ ਕੁਝ ਜੜਾਂ ਜੜੀਆਂ ਉਹ ਖਾਧੀਆਂ ਜਾ ਸਕਦੀਆਂ ਉਹ ਲੈ ਆਇਆ ਤੇ ਕੁਝ ਕੁ ਮਹੀਨੇ ਲੰਘ ਗਏ ਉਹਨੂੰ ਫਿਰ ਉਹਨੇ ਸੋਚਿਆ ਵੀ ਹੁਣ ਰਹਿਣਾ ਤੇ ਇੱਥੇ ਹੀ ਆ ਤੇ ਕਿਉਂ ਨਾ ਹੁਣ ਰਹਿਣ ਵਾਸਤੇ ਵੀ ਧੂਪ ਤੋਂ ਬਚਣ ਵਾਸਤੇ ਮੀਂਹ ਹੈਰੀ ਤੋਂ ਬਚਣ ਵਾਸਤੇ ਕੋਈ ਘਰ ਬਣਾ ਲੀਏ ਨਿੱਕਾ ਜਿਹਾ ਕੋਈ ਕੁੱਲੀ ਪਾਲ ਵੀ ਤੇ ਉਹ ਕੁੱਲੀ ਪਾਉਣ ਵਾਸਤੇ ਉਹਨੇ ਲੱਕੜਾਂ ਜਿਹੜੀਆਂ ਜੰਗਲ ਚੋਂ ਇਕੱਠੀਆਂ ਕੀਤੀਆਂ ਘਾਸਪੂਸ ਦੇ ਨਾਲ ਉਹਨੇ ਬਣਾ ਲਿਆ ਘਰ ਸੋਹਣਾ ਬਣਾ ਲਿਆ ਅੱਛਾ ਜੀ ਜਿਸ ਦਿਨ ਬਣਾਇਆ ਬਹੁਤ ਹਨੇਰੀ ਆਈ ਅੱਛਾ ਮੀਂਹ ਬੜਾ ਪਿਆ ਔਰ ਬਿਜਲੀ ਕੜਕੀ ਤੇ ਬਿਜਲੀ ਜਿਹੜੀ ਉਹ ਹੁਣ ਖਾਲੀ ਟਾਪੂ ਸੀ ਉਹਦੇ ਘਰ ਦੇ ਉੱਤੇ ਡੇਗੀ ਅੱਛਾ ਘਰ ਸੜ ਗਿਆ ਘਰ ਸੜ ਗਿਆ ਉਹ ਗਾਲਾ ਕੱਢਣ ਲੱਗ ਪਿਆ ਹੂੰ ਵੀ ਰੱਬਾ ਇੱਕ ਤੇ ਮੈਨੂੰ ਇੱਥੇ ਫਸਾ ਦਿੱਤਾ ਦੂਜਾ ਜੇ ਮੈਂ ਉਹਨ ਘਰ ਬਣਾਇਆ ਇਹ ਵੀ ਨਹੀਂ ਤੈਨੂੰ ਰਾਸ ਆਇਆ ਆਪਾਂ ਇਹ ਕੁਛ ਹੀ ਕਰਦੇ ਆ ਹਾਂ ਜਦੋਂ ਸਾਡੇ ਨਾਲ ਕੋਈ ਗਲਤ ਪਾਣਾ ਵਾਪਰ ਜੇ ਕੋਈ ਕਾਰਜ ਹੋ ਜਾਵੇ ਵੈਸੇ ਆਪਾਂ ਪਾਣਾ ਸ਼ਬਦ ਵੀ ਗਲਤ ਵਾਸਤੇ ਹੀ ਵਰਤਦੇ ਉਹਦਾ ਪਾਣਾ ਹੁੰਦਾ ਹੁਕਮ ਤੇ ਤੁਸੀਂ ਕਿਸੇ ਦੇ ਘਰ ਜਾਓ ਤੇ ਉਹਦਾ ਆਨੰਦ ਕਰਜ ਹੋਵੇ ਤੇ ਉਹਨੂੰ ਕਹੋ ਵੀ ਤੁਹਾਡੇ ਘਰ ਵਧੀਆ ਪਾਣਾ ਵਾਪਰਿਆ ਹੂੰ ਉਹ ਗਾਲਾ ਕੱਢੂ ਪਾਣੇ ਨੂੰ ਗਲਤ ਪਾਸੇ ਲੈ ਜਾਂਦੇ ਆ ਪਾਣਾ ਸ਼ਬਦ ਹੀ ਅਸੀਂ ਗਲਤ ਬਣਾ ਲਿਆ ਹੂੰ ਪਾਣਾ ਸ਼ਬਦ ਆ ਪਵਾਣੀ ਦਾ ਭਾਵੇਂ ਹੁਕਮ ਹਾਂ ਬਿਲਕੁਲ ਉਹ ਹੁਕਮ ਚੰਗਾ ਵੀ ਹੋ ਸਕਦਾ ਮਾੜਾ ਵੀ ਜਿਵੇਂ ਦਾ ਪਰ ਅਸੀਂ ਜਦੋਂ ਮੌਤ ਹੋਵੇ ਅਸੀਂ ਉਦੋਂ ਹੀ ਕੰਨੇ ਪਾਣਾ ਵਾਪਰ ਗਿਆ ਤੁਹਾਡੇ ਘਰੇ ਹੂੰ ਇਹ ਵੀ ਲਫ਼ਜ਼ ਜਿਹੜਾ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਖੈਰ ਹੁਣ ਜਦੋਂ ਉਹ ਕੁੱਲੀ ਸੜ ਗਈ ਗਾਲਾਂ ਕੱਢਣ ਲੱਗ ਪਿਆ ਤੇ ਗਾਲਾਂ ਕੱਢੇ ਵੀ ਹੁਣ ਤੂੰ ਇਹ ਪਾਣਾ ਵਰਤਾ ਦਿੱਤਾ ਮੇਰੇ ਨਾਲ ਮੈਂ ਇੰਨੀ ਮਿਹਨਤ ਦੇ ਨਾਲ ਜੇ ਕੋ ਘਰ ਪਾਇਆ ਤੈਨੂੰ ਉਹ ਵੀ ਨਹੀਂ ਰਾਸ ਆਇਆ ਰੱਬਾ ਹੂੰ ਤੇ ਹੋਇਆ ਕੀ ਸੌਂ ਗਿਆ ਗਾਲਾਂ ਕੱਢਦਾ ਕੱਢਦਾ ਤੇ ਅਗਲੇ ਦਿਨ ਸਵੇਰ ਇੱਕ ਸਮੁੰਦਰੀ ਜਹਾਜ਼ ਉਹਦੇ ਵੱਲ ਤੁਰਿਆ ਆਵੇ ਅੱਛਾ ਜਦੋਂ ਉਹਦੇ ਵੱਲ ਨੂੰ ਆ ਰਿਹਾ ਨਾ ਉਹ ਹੈਰਾਨ ਹੋਇਆ ਵੀ ਐਨੇ ਮਹੀਨੇ ਲੰਘੇ ਤੇ ਕੋਈ ਨਹੀਂ ਆਇਆ ਅੱਜ ਕਿਵੇਂ ਅੱਜ ਕਦਿਆਂ ਤੇ ਜਦੋਂ ਹੈਰਾਨ ਹੋਇਆ ਬਹਿ ਗਿਆ ਜਹਾਜ਼ ਦੇ ਵਿੱਚ ਉਹਨੇ ਸੁੱਖ ਦਾ ਸਾਹ ਲਿਆ ਵੀ ਹੁਣ ਚਲੋ ਘਰੇ ਜਾਵਾਂਗੇ ਘਰ ਦੇ ਵੀ ਉਡੀਕਦੇ ਹੋਣੇ ਆ 6 ਮਹੀਨੇ ਲੰਘੇ ਆ ਕਿੰਨੇ ਮਹੀਨੇ ਲੰਘੇ ਆ ਤੇ ਜਦੋਂ ਉਹ ਉਹ ਬੈਠਾ ਤੇ ਉਹਨੇ ਉਹਨੂੰ ਬਚਨ ਕੀਤਾ ਜਿਹੜਾ ਸਮੁੰਦਰੀ ਜਹਾਜ਼ ਵਾਲਾ ਸੀ ਉਹਨੂੰ ਪੁੱਛਿਆ ਵੀ ਤੂੰ ਕਿਵੇਂ ਆਇਆ ਤੈਨੂੰ ਕਿਸੇ ਨੇ ਸੋਹ ਦਿੱਤੀ ਕਿਸੇ ਨੇ ਦੱਸਿਆ ਵੀ ਮੈਂ ਗਵਾਚਿਆ ਜਾਂ ਮੇਰੇ ਘਰਦਿਆਂ ਨੇ ਲੱਭਦੇ ਆ ਲੱਭਦੇ ਆਣੇ ਤੈਨੂੰ ਭੇਜਿਆ ਹੋਣਾ ਵੀ ਲੈ ਕੇ ਆਉ ਉਸ ਤੋਂ ਜਾਂ ਉੱਥੇ ਗਵਾਚਿਆ ਕਹਿੰਦਾ ਨਹੀਂ ਕਹਿੰਦਾ ਰਾਤ ਨੂੰ ਮੈਂ ਇਧਰੋਂ ਦੀ ਲੰਘ ਰਿਹਾ ਸੀ ਰਸਤਾ ਮੇਰਾ ਇਹ ਸੀ ਤੇ ਮੈਂ ਇਧਰੋਂ ਦੀ ਲੰਘ ਰਿਹਾ ਸੀ ਮੈਂ ਇੱਕ ਅੱਗ ਦੀਆਂ ਲਾਟਾਂ ਇਸ ਇਸ ਟਾਪੂ ਦੇ ਵਿੱਚ ਆਪੋ ਤੋਂ ਨਿਕਲਦੀਆਂ ਵੇਖੀਆਂ ਹੱਥ ਜੋੜ ਕੇ ਰੋਣ ਲੱਗ ਪਿਆ ਸ਼ੁਕਰ ਮਨਾਉਣ ਲੱਗ ਪਿਆ ਵੀ ਰੱਬਾ ਜੋ ਤੂੰ ਕਰਨਾ ਸੀ ਉਹ ਤੈਨੂੰ ਹੀ ਪਤਾ ਸਹੀ ਮੈਂ ਤੇ ਸੜਦੀ ਹੋਈ ਕੁੱਲੀ ਵੇਖੀ ਮੈਂ ਇਹ ਨਹੀਂ ਵੇਖਿਆ ਵੇਚੋਂ ਲਾਟਾਂ ਨਿਕਲ ਰਹੀਆਂ ਤੇ ਮੈਨੂੰ ਕੋਈ ਬਚਾਣ ਆ ਜਾਊਗਾ ਜੇ ਮੈਂ ਕੁੱਲੀ ਪਾ ਕੇ ਜੇ ਮੈਂ ਕੁੱਲੀ ਪਾ ਕੇ ਰਹਿੰਦਾ ਤੇ ਮੈਂ ਭਾਵੇਂ ਸਾਲੋਂ ਸਾਲ ਇੱਥੇ ਰਹਿੰਦਾ ਰਹਿੰਦਾ ਭੁੱਖਾ ਹੁਣ ਮੈਂ ਘਰੇ ਤੇ ਚੱਲਾਂ ਮੇਰੀ ਕੁੱਲੀ ਸੜਨ ਦੇ ਨਾਲ ਸਾਨੂੰ ਨਹੀਂ ਬਤਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਜਾਂ ਪਹਿਲਾਂ ਕੀ ਹੋਇਆ ਕਿੱਦਾਂ-ਕਿੱਦਾਂ ਵਰਤਿਆ ਇਹ ਇਹ ਤੋਚੀਆਂ ਤੋਹੀਨ ਜਈਆਂ ਜਿਹੜੀਆਂ ਨਾ ਉਹ ਗੱਲਾਂ ਨੇ ਜਾਂ ਤਰਕ ਨੇ ਖੈਰ ਫਿਰ ਵੀ ਮੈਂ ਸਵਾਲ ਜਿਹੜਾ ਜਵਾਬ ਦਊਂਗਾ ਇਹਦਾ ਕਿ ਜਿਵੇਂ ਪਾਤਸ਼ਾਹ ਜੀ ਚੌਪਈ ਸਾਹਿਬ ਦੀ ਬਾਣੀ 'ਚ ਬਚਨ ਕਰਦੇ ਆ ਕਿ ਸੰਤਨ ਦੁਖ ਪਾਏ ਤੇ ਦੁਖੀ ਹੁਣ ਗੁਰੂ ਆਪਣੇ ਆਪ ਤੇ ਸਹਾਰ ਸਕਦਾ ਆ ਆਪ ਭਾਵੇਂ ਤਤੀ ਤਵੀ ਤੇ ਬੈਠਾ ਕਿਉਂਕਿ ਜੇ ਉਸ ਸਮੇਂ ਤਤੀ ਤਵੀ ਠੰਡੀ ਹੋ ਜਾਂਦੀ ਤੇ ਫਿਰ ਇਹ ਕੌਤਕ ਨਹੀਂ ਨਾ ਵਰਤਨਾ ਸੀ ਫਿਰ ਸ਼ਹੀਦਾਂ ਦੇ ਸਰਤਾਜ ਨਹੀਂ ਨਾ ਹੋਣਾ ਸੀ ਨਹੀਂ ਹੋਣਾ ਸੀ ਤੇ ਜ਼ਰੂਰੀ ਗੱਲ ਇਹ ਸੀ ਕਿਉਂਕਿ ਉਹਨਾਂ ਨੇ ਤੇ ਕਿਹਾ ਹੀ ਪਹਿਲਾਂ ਕਿ ਕਰਾਮਾਤ ਦਿਖਾ ਦਿਓ ਤੇ ਬਖਸ਼ ਵੀ ਦਵਾਂਗੇ ਤੁਹਾਨੂੰ ਤੇ ਫਿਰ ਕਰਾਮਾਤ ਹੀ ਹੋ ਜਾਣੀ ਸੀ ਸਹੀ ਹੈ ਜੇ ਤਾਂ ਵੀ ਠੰਡੀ ਹੋ ਜਾਂਦੀ ਕਰਾਮਾਤ ਹੀ ਹੋ ਗਈ ਭਾਵੇਂ ਆ ਵੀ ਸਤਗੁਰੂ ਹੈ ਸਰਬ ਕਲਾ ਸਮਰੱਥ ਪਰ ਤਾਕਤ ਨੂੰ ਵਰਤਿਆ ਉੱਥੇ ਜਾਂਦਾ ਜਿੱਥੇ ਲੋੜ ਆ ਹਮ ਸੰਸਾਰ ਦੇ ਦਿਖਾਵੇ ਵਾਸਤੇ ਨਹੀਂ ਜਿਵੇਂ ਤੁਸੀਂ ਆਖਿਆ ਵੀ ਉਹਨਾਂ ਨੇ ਤੇ ਪਹਿਲਾਂ ਹੀ ਆਖਿਆ ਸੀ ਵੀ ਕਰਾਮਾਤ ਦਿਖਾ ਦਿਓ ਤੇ ਜੇ ਸਤਗੁਰੂ ਜੀ ਅੱਗ ਬੁਝਾ ਦਿੰਦੇ ਜਾਂ ਤਾਂ ਵੀ ਠੰਡੀ ਹੋ ਜਾਂਦੀ ਜਰੀਤਾ ਪਾਉਣ ਵਾਲਾ ਉਹ ਉਹ ਉਹਨੂੰ ਕੁਝ ਹੋ ਜਾਂਦਾ ਤੇ ਫਿਰ ਕਲਾਈ ਵਰਤ ਗਈ ਫਿਰ ਕਰਾਮਾਤ ਹੀ ਹੋ ਗਈ ਫਿਰ ਬਚਿਆ ਕੀ ਹੂੰ ਤਾਂ ਉੱਥੇ ਉੱਥੇ ਲੋੜ ਸੀ ਵੀ ਆਪਣੇ ਸ਼ਰੀਰ ਦਾ ਠੀਕਰਾ ਪੰਨਣਾ ਬਿਲਕੁਲ ਔਰ ਇੱਥੇ ਲੋੜ ਸੀ ਵੀ ਆਪਣੇ ਸਿੱਖ ਨੂੰ ਬਚਾਉਣਾ ਬਿਲਕੁਲ ਲੋੜ ਅਨੁਸਾਰ ਆ ਸਾਰੇ ਕਾਰਜ ਲੋੜ ਅਨੁਸਾਰ ਸਾਰਾ ਕੁਝ ਕੀਤਾ ਜਾਂਦਾ ਇੱਥੇ ਲੋੜ ਸੀ ਜਿਵੇਂ ਸਤਗੁਰੂ ਜੀ ਕਹਿੰਦੇ ਆ ਕਿ ਸੰਤਨ ਦੁੱਖ ਪਾਏ ਤੇ ਦੁਖੀ ਮਹਾਰਾਣ ਹੋਇਆ ਜਿਸ ਦਿਨ ਮੈਂ ਇਹ ਪੰਕਤੀ ਦੇ ਅਰਥ ਪੜ੍ਹੇ ਆ ਕਿ ਅਕਾਲਪੁਰਖ ਨੂੰ ਵੀ ਕਿਸੇ ਗੱਲ ਦਾ ਦੁੱਖ ਆ ਉਹਨੂੰ ਇਸ ਗੱਲ ਦਾ ਦੋਖਿਆ ਵੀ ਜਿਸ ਦਿਨ ਉਹਦਾ ਭਗਤ ਦੁਖੀ ਹੁੰਦਾ ਉਹਦੇ ਭਗਤ ਨੂੰ ਜਦੋਂ ਕੋਈ ਦੁੱਖ ਦਿੰਦਾ ਫਿਰ ਉਹ ਦੁਖੀ ਹੁੰਦਾ ਹੈ ਤਾਂ ਬਾਬਾ ਵਿਧੀ ਚੰਦ ਸਾਹਿਬ ਦੇ ਨਾਲ ਤੁਸੀਂ ਇਤਿਹਾਸ ਪੜਿਆ ਸੁਣਿਆ ਕਿੰਨਾ ਫਰੇਮ ਆ ਸਤਿਗੁਰੂ ਹਰਗੋਬਿੰਦ ਸਾਹਿਬ ਦਾ ਤੇ ਸਤਿਗੁਰੂ ਜੀ ਕਿਵੇਂ ਉਹਨਾਂ ਨੂੰ ਤਪ ਵਰਤੀ ਸਿੱਖ ਨੇ ਉਹਨਾਂ ਦੇ ਬਾਬਾ ਵਿਧੀ ਚੰਦ ਜੀ ਫਿਰ ਸਤਿਗੁਰੂ ਜੀ ਕਿਵੇਂ ਉਹਨਾਂ ਨੂੰ ਤਪਣ ਦੇਣਗੇ ਉਹ ਇਸ ਕਰਕੇ ਉਹ ਕਬਤਗ ਵਰਤਾਇਆ ਹਜ਼ੂਰ ਨੇ ਇਹ ਸਮੇਂ ਦੀ ਹੀਰ ਫੇਰ ਹੁੰਦੀ ਸਮੇਂ ਅਨੁਸਾਰ ਸਾਰੇ ਕਾਰਜ ਕੀਤੇ ਜਾਂਦੇ ਨੇ ਸਹੀ ਹੈ ਮਤਲਬ ਸੋਚਣਾ ਮੈਂ ਅੱਗੇ ਅਕਸਰ ਇੱਕ ਗੱਲ ਕਹਿਣਾ ਹੁੰਦਾ ਕੀ ਅਸੀਂ ਮੈਂ ਪਹਿਲਾਂ ਬੜੀ ਬੜੀ ਵਾਰੀ ਮੇਰੇ ਦਿਮਾਗ 'ਚ ਇਹ ਗੱਲ ਆਈ ਆ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੋਵੇ ਨਾ 15 ਮਿੰਟ ਲੱਗਦੇ ਸਨ ਜਪਜੀ ਸਾਹਿਬ ਦੇ ਪਾਠ ਕਰਨ ਨੂੰ ਠੀਕ ਹੈ ਤੇ ਇਹਨਾਂ 15 ਮਿੰਟਾਂ 'ਚ 20 ਉਬਾਸੀਆਂ ਮਾਰਦੇ ਅਸੀਂ ਬਿਲਕੁਲ ਠੀਕ ਹੈ ਟੇਕਾ ਟੇਕ ਕੇ 15 ਮਿੰਟ ਹੀ ਦੱਬ ਦਾ ਨਾਮ ਵੀ ਨਹੀਂ ਲੱਸ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ ਠੀਕ ਹੈ ਤੇ ਉੱਠ ਕੇ ਤਰਕ ਕਿੰਨਾ ਤੇ ਸ਼ੁਰੂ ਕਰ ਦਿੰਦੇ ਆਂ ਅਸੀਂ ਬਿਲਕੁਲ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਘੰਟਿਆਂ ਦਾ ਚੌਂਕੜਾ ਹੁੰਦਾ ਚਲੋ ਗੁਰੂ ਤੇ ਤਰਕ ਕਰਦੇ ਹੀ ਕਰਦੇ ਆ ਬਾਣੀ ਤਰਕ ਤਾਂ ਕਰਦੇ ਕਰਦੇ ਆ ਸਿੰਗਲ ਸੂਰਮਿਆਂ ਦੇ ਤਰਕ ਕਰਨੇ ਸ਼ੁਰੂ ਕਰ ਦਿੰਦੇ ਆ ਠੀਕ ਹੈ ਜਿਨ੍ਹਾਂ ਦਾ ਕਈ ਕਈ ਘੰਟਿਆਂ ਦਾ ਚੌਂਕੜਾ ਆ ਠੀਕ ਹੈ ਜਿੰਨੇ ਦੀ ਇੰਨੀ ਸਮਾਧੀ ਆ ਇੰਨੀ ਭਗਤੀ ਆ ਜਿਨ੍ਹਾਂ ਦੀ ਆਪਣੇ ਗੁਰੂ ਸਾਹਿਬਾਨ ਦੇ ਤਰਕ ਕਰਨਾ ਸ਼ੁਰੂ ਕਰ ਦਿੰਦੇ ਆ ਮੈਂ ਸੋਚਦਾ ਕਿੱਥੇ ਨਵੇੜੇ ਹੋਣਗੇ ਸਾਡੇ ਇਹਨਾਂ ਜਦੋਂ ਇਹ ਤਰਕ ਕਰਦੇ ਆਂ ਤਾਂ ਤਾਂ ਹੱਕਦਾਰ ਹੁੰਦਾ ਸਵਾਲ ਕਰਨ ਦਾ ਜੇ ਪਹਿਲਾਂ ਵਿੱਦਿਆ ਲਈ ਹੋਵੇ ਤੇ ਮੈਂ ਇਹ ਇਹ ਵਿਸ਼ਵਾਸ ਦੇ ਨਾਲ ਇਹ ਗੱਲ ਕਹਿ ਸਕਦਾ ਜਦੋਂ ਵਿੱਦਿਆ ਲੈ ਲਈਏ ਸਵਾਲ ਰਹਿਣਾ ਹੀ ਨਹੀਂ ਸਹੀ ਸਾਡੇ ਬਹੁਤ ਹੁੰਦੇ ਸੀ ਸਵਾਲ ਬਹੁਤ ਹੁੰਦੇ ਸੀ ਸਾਡੇ ਸਵਾਲ ਕਰਨਾ ਮਾੜਾ ਨਹੀਂ ਹੈ ਪਰ ਸਵਾਲ ਦਾ ਕੋਈ ਮਤਲਬ ਹੀ ਹੋਣਾ ਚਾਹੀਦਾ ਹੈ ਜਦੋਂ ਧਰਮ ਦੀ ਵਿੱਦਿਆ ਲੈ ਲਈਏ ਨਾ ਸਵਾਲ ਆਪਣੇ ਆਪ ਹੀ ਸਮਝ ਆ ਜਾਂਦੇ ਨੇ ਜਵਾਬ ਆਪਣੇ ਆਪ ਹੀ ਮਿਲ ਜਾਂਦੇ ਬਿਲਕੁਲ ਉਹੀ ਮੈਨੂੰ ਲੱਗਦਾ ਕਿ ਜੇ ਬੰਦਾ ਸਿੱਖ ਹੀ ਜਾ ਕੇ ਫਿਰ ਸਵਾਲ ਤੇ ਰਹਿ ਹੀ ਨਹੀਂ ਜਾਂਦਾ ਤੇ ਮਨਚ ਜਦੋਂ ਬੰਦਾ ਨਹੀਂ ਸਿੱਖਦਾ ਨਹੀਂ ਕਿਸੇ ਗੱਲ ਦਾ ਪਤਾ ਹੁੰਦਾ ਸਵਾਲ ਹੀ ਫਿਰ ਪੈਦਾ ਹੁੰਦੇ ਹਨ ਹਾਂਜੀ ਹਾਂਜੀ ਹਾਂ ਪਰ ਜੇਕਰ ਅਸੀਂ ਗਿਆਨ ਲੈ ਹੀ ਲਵਾਂਗੇ ਤੇ ਫਿਰ ਮੈਨੂੰ ਲੱਗਦਾ ਸ ਸਾਡੇ ਕੋਲ ਜਵਾਬ ਹੈਗਾ ਹੀ ਆ ਜਦੋਂ ਪ੍ਰੇਮ ਹੋ ਜਾਂਦਾ ਨਾ ਉੱਥੇ ਫਿਰ ਕੋਈ ਤਰਕ ਨਹੀਂ ਰਹਿੰਦਾ ਕਿ ਫਿਰ ਜੋ ਜੋਗੁਰ ਕਹੈ ਸੋਈ ਪਲ ਮੰਨੋ ਹਰ ਹਰ ਗਥਾ ਨਿਰਾਲੀ ਉਹ ਫਿਰ ਕਹਾਣ ਨਿਰਾਲੀ ਹੁੰਦੀ ਹੈ ਸਹੀ ਅਜ ਜੋਗੁਰ ਕਹੈ ਸੋਈ ਪਲ ਮੰਨੋ ਤਤ ਇਹ ਆ ਸਿੱਖ ਦੇ ਜੀਵਨ ਦਾ ਵੀ ਜੋ ਉਹਨੇ ਕਹਿ ਦਿੱਤਾ ਹੁਣ ਆਪਾਂ ਜਪਜੀ ਸਾਹਿਬ ਪੜ੍ਹੀਏ ਤੇ ਸਤਗੁਰਾਂ ਨੇ ਅਰੰਭਤਾ ਜੀ ਬਚਨ ਕੀਤਾ ਜਦੋਂ ਕਹਿੰਦੇ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਤੇ ਪਾਤਸ਼ਾਹ ਜੀ ਪਹਿਲਾਂ ਹੀ ਕਹਿੰਦੇ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਚ ਚੱਲਣਾ ਚੱਲਣਾ ਸਹੀ ਗੱਲ ਹੁਕਮ ਇਹ ਆ ਜੋ ਗੁਰ ਕਹੈ ਸੋਈ ਪਲ ਮੰਨੋ ਗੁਰੂ ਨੇ ਜੋ ਕਹਿ ਦਿੱਤਾ ਜੋ ਕਰ ਦਿੱਤਾ ਉਹ ਸੰਪੂਰਨ ਆ ਉਸ ਤੇ ਇੱਕ ਪਲ ਦੀ ਇੱਕ ਇੱਕ ਰਤੀ ਜਿੰਨਾ ਵੀ ਉਹਦੇ ਤੇ ਤਰਕ ਨਹੀਂ ਹੋ ਸਕਦਾ ਜੋ ਕਰ ਦਿੱਤਾ ਜੋ ਕਹਿ ਦਿੱਤਾ ਉਹ ਸੰਪੂਰਨ ਆ ਅੱਛਾ ਜਿਵੇਂ ਜਪਜੀ ਸਾਹਿਬ ਦੀ ਗੱਲ ਚੱਲੀ ਆ ਮੇਰੇ ਦਿਮਾਗ 'ਚ ਇੱਕ ਹੋਰ ਸਵਾਲ ਆ ਗਿਆ ਅ ਬੜੇ ਚਿਰ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਜਿਹੜੀਆਂ ਆਪਣੇ ਨਿਤਨੇਮ ਦੇ ਵਿੱਚ ਬਾਣੀਆਂ ਆਉਂਦੀਆਂ ਨੇ ਠੀਕ ਹੈ ਜੀ ਇਹਨਾਂ ਦਾ ਵੀ ਕੋਈ ਮਹੱਤਵ ਹੈਗਾ ਇਹਨਾਂ ਦਾ ਵੀ ਕੋਈ ਅਰਥ ਬਣਦਾ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਦਾ ਕੋਈ ਵੀ ਕਾਰਜ ਜੇ ਗੁਰੂ ਸਾਹਿਬ ਸਾਹ ਵੀ ਲੈਂਦੇ ਆ ਨਾ ਤੇ ਉਹਦਾ ਕੋਈ ਨਾ ਕੋਈ ਮਹੱਤਵ ਹੁੰਦਾ ਆ ਤੇ ਜੇ ਉਹਨਾਂ ਨੇ ਸਾਨੂੰ ਇਹ ਬਾਣੀਆਂ ਬਖਸ਼ੀਆਂ ਮਤਲਬ ਤਾਂ ਇਹਨਾਂ ਦਾ ਵੀ ਕੋਈ ਮਹੱਤਵ ਹੋ ਸਕਦਾ ਇਹਨਾਂ ਦਾ ਕੋਈ ਸ਼ਬਦੀ ਅਰਥ ਹੋ ਸਕਦਾ ਪਹਿਲੀ ਗੱਲ ਸਭ ਤੋਂ ਪਹਿਲਾਂ ਤੇ ਇਹ ਕਿ ਮਨੁੱਖ ਦੇ ਜੀਵਨ ਦਾ ਸਭ ਤੋਂ ਪਹਿਲਾ ਮਨੋਰਥ ਆ ਜਪ ਬਿਲਕੁਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਪੰਥ ਦੀ ਅਰੰਭਤਾ ਕੀਤੀ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਦੋਂ ਅਰੰਭਤਾ ਹੀ ਅਕਾਲਪੁਰਖ ਦਾ ਸਰੂਪ ਦੱਸ ਕੇ ਤੇ ਜਦੋਂ ਹਜ਼ੂਰ ਨੇ ਆਖਿਆ ਗੁਰਪ੍ਰਸਾਦ ਵੀ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਤੇ ਮੇਰੇ ਵਰਗੇ ਨੇ ਪੁੱਛਿਆ ਹਣ ਗੁਰੂ ਦੀ ਕਿਰਪਾ ਕਿੱਦਾਂ ਹੋਵੇ ਫਿਰ ਕਹਿੰਦੇ ਜਪ ਸਹੀ ਹੈ ਜਪਿਆ ਕਰ ਫਿਰ ਕਿਰਪਾ ਆਊਗੀ ਵੀ ਜਪੀ ਜਾ ਜਪੀ ਜਾ ਦਿਨ ਰਾਤ ਜਿਵੇਂ ਆਪਾਂ ਬਚਨ ਪੜਿਆ ਆਠ ਪੈਰ ਸਿਮਰੋ ਗੋਬਿੰਦ ਉਠਤ ਬੈਟਤ ਹਰ ਹਰ ਨਾਮ ਹੂੰ ਤੇ ਉਹ 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 ਜਿਹੜਾ ਕੰਮ ਆਉਣਾ ਜੀਵਨ ਦੇ ਬਿਲਕੁਲ ਉਦੋਂ ਤੱਕ ਦੀ ਪ੍ਰਾਪਤੀ ਹੋਣੀ ਜਦੋਂ ਦਿਨ ਰਾਤ ਜਪਿਆ ਜਾਊਗਾ ਨਾ ਉਦੋਂ ਤੱਕ ਦੀ ਪ੍ਰਾਪਤੀ ਹੋਣੀ ਹੈ ਤੋ ਇਸ ਕਰਕੇ ਸਾਧਗੁਰਾਂ ਨੇ ਪਹਿਲਾਂ ਹੀ ਜਪ ਆਰੰਭ ਕੀਤਾ ਹੂੰ ਜਪਜੀ ਸਾਹਿਬ ਤੋਂ ਖੰਡੇ ਬਾਟੇ ਦੀ ਪਾਵਲ ਦੀ ਆਰੰਭਤਾ ਕੀਤੀ ਵੀ ਪਹਿਲਾਂ ਇਹਨਾਂ ਦੇ ਅੰਦਰ ਜਪ ਧਾਰਨ ਕਰਨਾ ਆ ਸਹੀ ਆ ਔਰ ਜੀਵਨ ਦਾ ਜਿਹੜਾ ਫਲ ਆ ਬਾਣੀ ਪੜਨ ਦਾ ਮੈਂ ਇਹ ਵੀ ਬੇਨਤੀ ਕਰਾਂ ਆਪਾਂ ਜਿੰਨੇ ਧਾਰਮਿਕ ਕੰਮ ਕਰ ਰਹੇ ਆਂ ਸਾਰਾ ਕੁਝ ਕਰ ਰਹੇ ਆਂ ਜਿਵੇਂ ਆਪਾਂ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਵੀ ਮੈਂ ਇੱਕ ਵਚਨ ਕੀਤਾ ਵੀ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਜਿਹੜਾ ਤੱਤ ਆ ਵੀ ਆਨੰਦ 'ਚ ਰਹਿਣਾ ਚਾਹੀਦਾ ਬਿਲਕੁਲ ਜੀ ਆਨੰਦ ਨਹੀਂ ਘਟਣਾ ਚਾਹੀਦਾ ਕਦੇ ਵੀ ਤੁਸੀਂ ਡਰੇ ਹੋਏ ਹੋ ਕ੍ਰੋਧ ਦੇ ਵਿੱਚ ਹੋ ਜਾਂ ਤੁਸੀਂ ਕਿਸੇ ਤਰ੍ਹਾਂ ਝਿਜਕ ਰਹੇ ਹੋ ਉਹ ਜੇ ਅੰਦਰ ਹੋਊਗਾ ਨਾ ਤੇ ਆਪਾਂ ਕੋਈ ਵੀ ਗੱਲ ਖੁੱਲ ਕੇ ਜਾਂ ਕਦੇ ਵੀ ਜੀਵਨ ਵੀ ਖੁੱਲ ਕੇ ਨਹੀਂ ਬਤੀਤ ਕਰ ਸਕਦੇ ਅਸਲ ਤਤ ਜੀਵਨ ਦਾ ਮਨੁੱਖਤਾ ਦੇ ਜੀਵਨ ਦਾ ਤਤ ਹੀ ਆਨੰਦ ਹੈ ਵੀ ਆਨੰਦ ਦੇ ਵਿੱਚ ਰਹੋ ਤੇ ਆਨੰਦ ਉਸ ਦਿਨ ਸਮਝ ਆਉਣਾ ਜਿਸ ਦਿਨ ਆਪਾਂ ਇਹ ਸਮਝਾਂਗੇ ਵੀ ਜੋ ਹੋ ਗਿਆ ਪਾਣਾ ਸੀ ਬਿਲਕੁਲ ਜੀ ਬਿਲਕੁਲ ਜੋ ਕੁਝ ਹੋ ਗਿਆ ਹੋ ਗਿਆ ਐਕਸੈਪਟ ਕਰਨਾ ਸਿੱਖੀਏ ਚੀਜ਼ਾਂ ਦਾ ਆਨੰਦ ਉਸ ਦਿਨ ਆਉਣਾ ਤਾਂ ਅਰੰਭਤਾ ਹੁੰਦੀ ਹੈ ਜਪ ਤਪ ਜੀ ਵੀ ਜਦੋਂ ਜਪਣ ਆਰੰਭ ਕੀਤਾ ਇਹ ਇਹ ਸਮੁੱਚਾ ਇਹ ਸਮਝ ਲਈਏ ਵੀ ਪੰਥ ਦੀ ਯਾਤਰਾ ਹੂੰ ਜੋ ਦਸਾਂ ਪੀੜੀਆਂ ਚ ਸਤਿਗੁਰਾਂ ਨੇ ਸਾਨੂੰ ਯਾਤਰਾ ਕਰਾਈ ਨਾ ਕਿਉਂਕਿ ਹੁਣ ਸਤਿਗੁਰਾਂ ਨੇ ਸਰੀਰ ਚ ਨਹੀਂ ਰਹਿਣਾ ਸੀ ਹੂੰ ਸਤਿਗੁਰਾਂ ਨੇ ਸਰੀਰ ਤਿਆਗ ਦੇਣਾ ਸੀ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਪੰਜ ਬਾਣੀਆਂ ਦੀ ਦਾਤ ਬਖਸ਼ੀ ਵੀ ਹੁਣ ਗੁਰੂ ਆ ਆ ਬਾਣੀ ਆ ਹੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਤੋ ਇਸ ਕਰਕੇ ਫਿਰ ਉਹ ਬਾਣੀ ਨੂੰ ਗੁਰੂ ਬਣਾਇਆ ਪਹਿਲਾ ਅਰੰਭਤਾ ਕੀਤੀ ਇਸ ਪੰਥ ਦੀ ਜਿਹੜੀ ਅਰੰਭਤਾ ਹੋਈ ਇਸ ਮਾਰਗ ਦੀ ਇਹ ਬਿਲਕੁਲ ਇਹ ਸਮਝ ਲਈਏ ਵੀ ਇਹ ਪਹੁੰਚਣ ਤੱਕ ਆ ਹੂੰ ਜਿਹੜੀ ਖੰਡੇ ਬਾਟੇ ਦੀ ਪੌਲ ਵੇਲੇ ਬਾਣੀਆਂ ਵਰਤੀਆਂ ਨਾ ਉਹ ਅਰੰਭਤਾ ਤੋਂ ਲੈ ਕੇ ਜਿਹਨੂੰ ਕੁਝ ਵੀ ਨਹੀਂ ਆਉਂਦਾ ਉੱਥੋਂ ਦੀ ਲੈ ਕੇ ਤੇ ਰੱਬ ਦੀ ਪ੍ਰਾਪਤੀ ਸੰਪੂਰਨ ਹੋਣ ਤੱਕ ਹੂੰ ਉਹ ਸਾਰਾ ਮਾਰਗ ਸਤਿਗੁਰਾਂ ਨੇ ਬਿਆਨ ਕਰ ਦਿੱਤਾ ਬਿਲਕੁਲ ਪਹਿਲਾ ਜਪ ਫਿਰ ਉਸ ਤੋਂ ਬਾਅਦ ਸਤਿਗੁਰਾਂ ਨੇ ਜਾਪ ਸਾਹਿਬ ਹੂੰ ਜਪ ਸਬ ਇਹ ਦਰਸਾਉਂਦਾ ਵੀ ਜਪਣਾ ਕਿਨੂੰ ਹਾਂ ਬਿਲਕੁਲ ਕਿਨੂੰ ਜਪਣ ਪ੍ਰਮਾਤਮਾ ਦੇ ਨਾਮ ਕਹੀ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਜਪਣਾ ਕਿੱਦਾਂ ਜਪਣਾ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਇਹ ਭਜੰਗ ਬ੍ਰਿਆਦ ਜਾਂਦੇ ਆ ਇਹ ਬਹੁਤ ਰਸੀਲਾ ਤੇ ਬਹੁਤ ਅਨੰਦ ਬਣਦਾ ਜਦੋਂ ਇਸ ਤਰੀਕੇ ਨਾਲ ਪੜਾਂਗੇ ਮੈਂ ਮੇਰੀ ਫੇਵਰਟ ਬਾਣੀ ਹੈ ਜਪ ਸਬ ਇਹ ਇਹ ਬੈਤ ਜਿਹੜੇ ਨੇ ਨਾ ਇਨਾਂ ਦੀ ਚਾਲ ਆ ਛੰਦਾਂ ਦੀ ਸਾਰਿਆਂ ਦੀ ਸਾਰੇ ਛੰਦਾਂ ਦੀ ਚਾਲ ਅਨੁਸਾਰ ਪੜੀਏ ਨਾ ਬਹੁਤ ਆਨੰਦ ਬਣਦਾ ਤਾਂ ਇਹਦੇ ਵਿੱਚ ਜਾਬ ਸਾਬ ਜੀ ਚ ਹਜ਼ੂਰ ਨੇ ਸਾਨੂੰ ਦੱਸਿਆ ਵੀ ਕਿਨੂੰ ਜਪਣਾ ਤੇ ਕਿੱਦਾਂ ਜਪਣਾ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜਪੋ ਕਿਨੂੰ ਜਪਣਾ ਕਿਵੇਂ ਜਪਣਾ ਜਾਬ ਸਾਬ ਜੀ ਦੇ ਵਿੱਚ ਦੱਸਿਆ ਫਿਰ ਸਤਗੁਰੂ ਜੀ ਨੂੰ ਪੁੱਛਿਆ ਵੀ ਹੋਰ ਵੀ ਲੋਕ ਧਰਮੀ ਧਰਮੀ ਨੇ ਹੋਰ ਵੀ ਲੋਕ ਧਾਰਮਿਕ ਕਾਰਜ ਕਰ ਰਹੇ ਨੇ ਉਦਾਂ ਵੀ ਪ੍ਰਾਪਤੀ ਹੋ ਜੂਗੀ ਤੇ ਸਤਗੁਰੂ ਜੀ ਕਹਿੰਦੇ ਸ਼ਰਾਵਕ ਸੁੱਧ ਸਮੂਹ ਸਿਧਾਂਤ ਹੈ ਦੇਖ ਪਰਿਉ ਕਰ ਜੋਗ ਜਤੀ ਕਹਿੰਦੇ ਮੈਂ ਦੇਖ ਲਿਆ ਮੈਂ ਸਾਰਿਆਂ ਨੂੰ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਪ੍ਰਾਨਪਤੀ ਕੇ ਬੇ ਐਵੇਂ ਤੁਸੀਂ ਕਹਿੰਦੇ ਜੀ ਕਿਸੇ ਨੇ ਪ੍ਰਾਨਪਤੀ ਨੂੰ ਨਹੀਂ ਦੇਖਿਆ ਜਪਣ ਤੋਂ ਬਿਨਾ ਹਮ ਜਿਹੜਾ ਮਾਰਗ ਗੁਰੂ ਨੇ ਦਿੱਤਾ ਉਸ ਤੋਂ ਜਪਣ ਤੋਂ ਬਿਨਾ ਕਹਿੰਦੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਬੇ ਉਹ ਦੀ ਕਿਰਪਾ ਤੋਂ ਬਿਨਾ ਪ੍ਰਸਾਦ ਹੋਈ ਇਹਦੀ ਬਾਣੀ ਹੈ ਨਾ ਅੱਗੇ ਤਵਾ ਪ੍ਰਸਾਦ ਵਈਏ ਆਗੇ ਫਿਰ ਉਸ ਤੋਂ ਅੱਗੇ ਚੌਪਈ ਸਾਹਿਬ ਦੀ ਬੇਨਤੀ ਆਗੀ ਬਿਲਕੁਲ ਤੇ ਹੁਣ ਮੈਂ ਪ੍ਰਾਪਤੀ ਕਰਨੀ ਆ ਜਿਹਦੇ ਵਿੱਚ ਪਿੱਛੇ ਲਿਖਿਆ ਹੈ ਨਾ ਜਾਬਸ ਵਾਇਗਰੂ ਤਵਾ ਪ੍ਰਸਾਦ ਸਵਈਆਂ ਦੀ ਅਖੀਰਲੀ ਪੰਕਤੀ ਆ ਕਿ ਅਨੇਕਾਂ ਸਥਾਨਾਂ ਤੇ ਤੇ ਅਨੇਕਾਂ ਧਾਰਮਿਕ ਜਿਹੜੇ ਜਗਤ ਦੇ ਲੋਕ ਨੇ ਉਹ ਆਪਾਂ ਵੇਖ ਲਏ ਨੇ ਪਰ ਕਿਸੇ ਦੇ ਕੋਲ ਵੀ ਪ੍ਰਾਪਤੀ ਨਹੀਂ ਹੋਈ ਕੋ ਬੋਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨਤਾ ਹੋ ਕੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਤੇ ਹੁਣ ਭੇਦ ਕਿਵੇਂ ਪਾਉਣਾ ਭੇਦ ਆਪਣੇ ਆਪ ਨਹੀਂ ਪਾਇਆ ਜਾ ਸਕਦਾ ਉਹਨੂੰ ਬੇਨਤੀ ਕਰਨੀ ਪੈਣੀ ਹੈ ਵੀ ਤੁਸੀਂ ਮੈਨੂੰ ਮਿਲ ਜਾਓ ਹਾਂ ਬੇਨਤੀ ਚਾਓ ਭਾਈ ਫਿਰ ਬੇਨਤੀ ਚਾਓ ਭਈ ਆ ਗਈ ਸਹੀ ਹੈ ਭੇਦ ਨਹੀਂ ਪਾਇਆ ਜਾ ਸਕਦਾ ਜਿਵੇਂ ਆਪਾਂ ਆਖਿਆ ਨਾ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਕੀੜੀ ਦੇ ਉਹ ਗਰਭ ਦੇ ਵਿੱਚ ਵਾhti ਕਿਵੇਂ ਜਨਮ ਲੱਭਦੀ ਨਹੀਂ ਲੈ ਸਕਦਾ ਇਹ ਤਾਂ ਬੇਨਤੀ ਕਰੇ ਤੇ ਕੌਤਕ ਵਰਤ ਸਕਦਾ ਹੈ ਤਾਂ ਫਿਰ ਬੇਨਤੀ ਕਰਨੀ ਪੈਣੀ ਹੈ ਜਦੋਂ ਬੇਨਤੀ ਕੀਤੀ ਆ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚੇ ਤੇ ਕੀ ਇੱਛਾ ਅੱਗੇ ਬੇਨਤੀ ਕੀਆ ਤਬ ਚਰਨਨ ਮੰਨ ਰਹਾ ਹੈ ਮੇਰਾ ਮਨ ਹਮੇਸ਼ਾ ਤੁਹਾਡੇ ਚਰਨਾਂ ਚ ਲੱਗਾ ਰਵੇ ਔਰ ਸਗਲੇ ਦੁਸ਼ਤ ਵਾਹਿਗੁਰੂ ਵੀ ਮੇਰੇ ਸਾਰੇ ਜਿਹੜੇ ਦੁਸ਼ਟ ਨੇ ਉਹ ਖਤਮ ਕਰ ਦਿਓ ਹਮ ਮੇਰੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਖਤਮ ਕਰ ਦਿਓ ਤੇ ਜਿਹੜੇ ਸੰਤ ਬਿਰਤੀ ਦੇ ਅੰਦਰ ਜਿਹੜੇ ਗੁਣ ਨੇ ਉਹਨਾਂ ਨੂੰ ਉਭਾਰੋ ਉਹਨਾਂ ਨੂੰ ਉਜਾਗਰ ਕਰੋ ਸਹੀ ਹੈ ਹਮਰੇ ਦੁਸ਼ਤ ਸਭੈ ਤੁਮ ਕਾਹੋ ਆਬਾਦ ਮੋਹਿ ਬਚਾਓ ਮੇਰੇ ਦੁਸ਼ਤ ਖਤਮ ਕਰ ਦਿਓ ਅੰਦਰੋਂ ਦੀ ਹੁਣ ਜੇ ਜੇ ਕਰੋਧੀ ਆ ਜੇ ਵਕਾਰੀ ਆ ਜੇ ਲੋਭੀ ਆ ਹੰਕਾਰੀ ਆ ਫਿਰ ਪ੍ਰਾਪਤੀ ਨਹੀਂ ਹੋਣੀ ਤਾਂ ਇਸ ਕਰਕੇ ਬੇਨਤੀ ਕੀਤੀ ਵੀ ਆਪ ਹੀ ਤੁਸੀਂ ਮੇਰੇ ਅੰਦਰੋਂ ਹੰਕਾਰ ਖਤਮ ਕਰਦੇ ਹੋ ਨਹੀਂ ਤੇ ਜੇ ਮੈਂ ਖਤਮ ਕਰਾਂ ਨਾ ਤੇ ਕਹਿੰਦੇ ਆ ਕੁਝ ਲੋਕ ਕਹਿੰਦੇ ਆ ਮੈਨੂੰ ਮਾਸਾ ਹੰਕਾਰ ਨਹੀਂ ਇਹ ਕੀ ਆ ਜਿਹੜੀ ਮੈਂ ਆ ਗਈ ਹੰਕਾਰदाई ਤੇ ਇਹ ਚੀਜ਼ ਓਏ ਖਤਮ ਨਹੀਂ ਹੋ ਸਕਦਾ ਜਦੋਂ ਤੱਕ ਉਹ ਉਹ ਇਹਦੇ ਤੇ ਕਾਬੂ ਨਾ ਨਾ ਪਾਵੇ ਜਦੋਂ ਤੱਕ ਉਹ ਇਹ ਤੇ ਕਾਬੂ ਨਾ ਪਾਵੇ ਇਸ ਕਰਕੇ ਪਾਤਸ਼ਾਹ ਜੀ ਨੇ ਅੱਗੇ ਕਿਹਾ ਵੀ ਖਾਲਸੇ ਪੰਥ ਨੇ ਬੇਨਤੀ ਕਰਨੀ ਆ ਕਾਲਪੁਰਖ ਜੀ ਦੇ ਅੱਗੇ ਵੀ ਤੁਸੀਂ ਸਾਨੂੰ ਬਚਾ ਲਓ ਸਰਬ othormo ਹੋ ਸਹਾਈ ਵੀ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਖੜਗ ਕੇਤ ਮੈਂ ਸ਼ਰਨ ਤੁਰ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹੁਣ ਜਦੋਂ ਸ਼ਰਨ ਚ ਆਇਆ ਜਪ ਵੀ ਲਿਆ ਕਿਨੂੰ ਜਪਿਆ ਜਾਬ ਸਾਹਿਬ ਦੇ ਅੰਦਰ ਪਤਾ ਲੱਗ ਗਿਆ ਤੇ ਤੁਆ ਪ੍ਰਸਾਦ ਸਵਈਏ ਬਾਕੀ ਸੰਸਾਰ ਵੀ ਵੇਖ ਲਿਆ ਕਿਤੇ ਭੁਲੇਖਾ ਨਾ ਰਹਿ ਜਾਵੇ ਵੀ ਹੋਰ ਕਿਤੇ ਵੀ ਮਿਲਦਾ ਜੱਪਣ ਤੋਂ ਇਲਾਵਾ ਵੀ ਕਿਤੇ ਮਿਲਦਾ ਇਹ ਭਲੇਖਾ ਨਾ ਰਹਿ ਜੇ ਸਤਿਗੁਰਾਂ ਨੇ ਉਹ ਤੁਸੀਂ ਪ੍ਰਸਾਦ ਵਈਏ ਪੜੋ ਧਿਆਨ ਨਾਲ ਤੇ ਸਾਰਾ ਸੰਸਾਰ ਹੀ ਸਤਿਗੁਰਾਂ ਨੇ ਗਿਣਤਾ ਗਿਣਤਾ ਸਹੀ ਕਰ ਲੈ ਕਿ ਜਿਹੜੇ ਕੋਈ ਰਾਜੇ ਮਹਾਰਾਜੇ ਆ ਕੋਈ ਵੱਡੇ ਨੇ ਕੋਈ ਕਹਿੰਦਾ ਮੀਰੋ ਕੇ ਮਿਲ ਜੂਗਾ ਤੇ ਸਤਿਗੁਰੂ ਜੀ ਕਹਿੰਦੇ ਜੀਤ ਫਿਰਿਆ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਤੂੰ ਜੇਤਲਾ ਸਾਰੇ ਦੇਸ਼ਾ ਦਸਾਨਾ ਨੂੰ ਤੇਰੇ ਦਵਾਰ ਦੇ ਬਾਹਰ ਮਰਦੰਗ ਨਗਾਰੇ ਢੋਲ ਵੱਜਦੇ ਹੋਣ ਤੇਰੇ ਦਵਾਰ ਦੇ ਬਾਹਰ ਹਾਥੀ ਝੰਗਾੜਦੇ ਹੋਣ ਤੇਰੇ ਦਵਾਰ ਦੇ ਬਾਹਰ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਘੋੜੇ ਹੋਣ ਪਰ ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਅੰਤ ਕੋ ਨਾਂਗੇ ਪਾਇ ਪਧਾਰੇ ਇਹਦੇ ਨਾਲ ਨਹੀਂ ਪ੍ਰਾਪਤੀ ਹੋਣੀ ਵਾਹਿਗੁਰੂ ਵਾਹਿ ਪ੍ਰਾਪਤੀ ਹੋਣੀ ਉਸੇ ਚੀਜ਼ ਨਾਲ ਬੇਨਤੀ ਦੇ ਨਾਲ ਜਦੋਂ ਬੇਨਤੀ ਕਰੇਗਾ ਤਦ ਚਰਨ ਮੰਨ ਰਿਹਾ ਹੈ ਹਮਾਰਾ ਉਦੋਂ ਪ੍ਰਾਪਤੀ ਹੋਣੀ ਆ ਤੇ ਅੱਗੇ ਬਚਨ ਕੀਤਾ ਜਦੋਂ ਹੁਣ ਪ੍ਰਾਪਤੀ ਹੋਈ ਤੇ ਫਿਰ ਕੀ ਹੋਇਆ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਮਿਲ ਗਿਆ ਮਿਲ ਗਿਆ ਸਹੀ ਗੱਲ ਆ ਇਹ ਮਹਾਰਾਜ ਨੇ ਸਾਰੀ ਜਿਹੜੀ ਵਿਚਾਰਿਆ ਨਾ ਵਿਚਾਰ ਧਾਰਾ ਕੱਲੇ ਪੰਜ ਬਾਣੀਆਂ ਹੁਣ ਇਹ ਨਹੀਂ ਕਿ ਸਤਗੁਰਾਂ ਨੇ ਉਸੇ ਦਿਨ ਹੀ ਅੰਮ੍ਰਿਤ ਛਕਾਉਣ ਲੱਗਿਆ ਜਾਂ ਆਬੇ ਹਯਾਤ ਦੇਣ ਲੱਗਿਆ ਖੰਡੇ ਬਾਟੇ ਦੀ ਪੌੜ ਦੇਣ ਲੱਗਿਆ ਸਾਨੂੰ ਬਖਸ਼ੀ ਜਾਂ ਸਾਨੂੰ ਉਸੇ ਦਿਨ ਪੜਾਈ ਇਹ ਸਮਝ ਲਈਏ ਵੀ ਜਿਸ ਦਿਨ ਨਵਾਂ ਬੂਟਾ ਲਾਈਦਾ ਨਾ ਜਦੋਂ ਨਵਾਂ ਬੂਟਾ ਲਾਈਦਾ ਤੇ ਬੂਟਾ ਲਾ ਕੇ ਉਹਨੂੰ ਥੋੜਾ ਜਿਹਾ ਪਾਣੀ ਦੇ ਦੇਈਦਾ ਹੂੰ ਫਿਰ ਉਸ ਤੋਂ ਬਾਅਦ ਉਹਨੂੰ ਰੋਜ਼ ਪਾਣੀ ਦੇਈਦਾ ਸਤਗੁਰਾਂ ਨੇ ਨਾਲ ਉਹ ਕੰਮ ਵੀ ਕੀਤਾ ਵੀ ਆ ਜੜੀਆਂ ਪੰਜ ਪੜੀਆਂ ਨੇ ਨਾ ਇਹਨਾਂ ਨੂੰ ਰੋਜ਼ ਪੜ੍ਹਨਾ ਸਵੇਰੇ ਬਿਲਕੁਲ ਸ਼ਾਮ ਨੂੰ ਰੋਜ਼ ਸੋਧਾਰ ਕਰਨੀ ਆ ਹੂੰ ਸੋਧਰ ਦੀ ਬਾਣੀ ਦਾ ਨਾਮ ਆਪਾਂ ਰਹਿਰਾਸ ਰਹਿਰਾਸ ਕਹਿੰਦੇ ਆ ਹਾਂ ਰਹਿਰਾਸ ਦਾ ਭਾਵ ਇਹ ਆ ਵੀ ਜੋ ਅੰਮ੍ਰਿਤ ਵੇਲੇ ਪੜ੍ਹਿਆ ਨਾ ਹੂੰ ਅੱਗੇ ਦੀ ਵਿਚਾਰ ਆਪ ਜੀ ਨੇ ਪੰਜ ਬਾਣੀਆਂ ਦਾ ਆਖਿਆ ਆਪਾਂ ਸੱਤੇ ਬਾਣੀਆਂ ਦੀ ਵਿਚਾਰ ਕਰਾਂਗੇ ਬਿਲਕੁਲ ਬਿਲਕੁਲ ਵੀ ਜੋ ਸਾਨੂੰ ਦਿਨ ਦਾ ਨਿਤਨੇਮ ਬਖਸ਼ਿਆ ਨਾ ਉਹਦਾ ਵੀ ਕਾਰਨ ਹੈ ਹੂੰ ਜਿਵੇਂ ਹਰ ਇੱਕ ਗੱਲ ਦਾ ਕੋਈ ਨਾ ਕੋਈ ਕਾਰਨ ਹੈ ਇਹ ਸੱਤੇ ਬਾਣੀਆਂ ਜਿਹੜਾ ਨਿਤਨੇਮ ਬਖਸ਼ਿਆ ਉਹਦਾ ਵੀ ਕੋ ਕਾਰਨ ਆ ਹੋਰ ਸਿੱਖ ਜਿਹੜਾ ਨਿਕਾ ਬਾਣੀਆਂ ਪੜੇ ਪਰ ਇਹ ਸੱਤ ਜੀਵਨ ਦੀਆਂ ਮੋਢਿਆ ਮੂਲ ਆ ਇਹਨਾਂ ਤੋਂ ਬਿਨਾ ਸਿੱਖੀ ਦੀ ਸਮਝ ਨਹੀਂ ਆ ਸਕਦੀ ਬਿਲਕੁਲ ਜੇ ਸਿੱਖੀ ਨੂੰ ਸਮਝਣਾ ਇਹ ਪੰਜੇ ਸਮਝਣੀਆਂ ਪੈਣਗੀਆਂ ਅੱਜ ਕਈ ਤਰਕਸ਼ੀਲ ਸਿੱਖਾਂ ਚ ਪੈਦਾ ਹੋ ਗਏ ਮੈਂ ਬੇਨਤੀ ਕਰਾਂ ਕਈ ਬਹੁਤ ਪ੍ਰਚਾਰਕ ਜਿਨ੍ਹਾਂ ਦੇ ਫਾਲੋਅਰ ਵੀ ਬਹੁਤ ਆ ਫੈਨ ਫਾਲੋਇੰਗ ਬਹੁਤ ਆ ਉਹ ਰੋਲਾ ਪਾਉਂਦੇ ਜੀ ਅੱਜ ਸਿਮਰਨ ਦੀ ਲੋੜ ਨਹੀਂ ਜਪਣ ਦੀ ਲੋੜ ਨਹੀਂ ਮੈਂ ਕਹਿੰਨਾ ਬਾਦਸ਼ਾਹ ਜੀ ਨੇ ਪਹਿਲੀ ਗੱਲ ਹੀ ਜਪ ਤੋਂ ਸ਼ੁਰੂ ਕੀਤੀ ਹੂੰ ਕਿੱਥੇ ਤਲਾਂਜਲੀ ਦੇ ਲੋਂਗੇ ਕਿੱਥੇ ਛੱਡ ਲੋਂਗੇ ਜਪ ਨੂੰ ਪਹਿਲੀ ਗੱਲ ਹੀ ਜਪਨ ਤੋਂ ਸ਼ੁਰੂ ਕੀਤੀ ਹੈ ਫਿਰ ਸਤਿਗੁਰਾਂ ਨੇ ਗਿਆਨੀ ਸਾਧ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ ਮੈਂ ਨਾ 3-4 ਦਿਨ ਵਿਹਲਾ ਸੀ ਕੁਝ ਕਥਾ ਵਿਚਾਰਾਂ ਤੋਂ ਸਮਾ ਸੀ ਮੇਰੇ ਕੋਲ ਤੇ ਕਹਿੰਦੇ ਅਸੀਂ ਜਪ ਸਾਹਿਬ ਪੜ੍ਹਨ ਲੱਗ ਪਏ ਤੇ ਕਹਿੰਦੇ ਮੈਂ 3-4 ਦਿਨਾਂ ਦੇ ਵਿੱਚ ਇਹ ਗਿਣਤੀ ਕੀਤੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1500 ਵਾਰੀ ਨਮਸਕਾਰ ਕੀਤੀ ਜਪ ਸਾਹਿਬ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਨੂੰ ਵਾਹਿਗੁਰੂ ਹਾਂਜੀ ਹੁਣ ਜੇ ਗੁਰੂ 1500 ਵਾਰੀ ਨਮਸਕਾਰ ਕਰ ਰਿਹਾ ਤੇ ਜੇ ਸਿੱਖ ਦੋ ਤਿੰਨ ਵਾਰੀ ਚਾਰ ਵਾਰੀ ਵਾਹਿਗੁਰੂ ਕਹਿ ਲੂ ਮੁਖ ਤੋਂ ਤੇ ਕੀ ਘਟ ਜਾਊ ਸਹੀ ਗੱਲ ਆ ਵੀ ਅਸੀਂ ਅੱਜ ਤਰਕ ਕਰਦੇ ਆ ਨਹੀਂ ਜੀ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਜਾਂ ਮਾਲਾ ਹੱਥ ਵਿੱਚ ਫੜ ਕੇ ਜਪਣ ਦੀ ਲੋੜ ਨਹੀਂ ਸਿਮਰਨ ਦੀ ਲੋੜ ਨਹੀਂ ਅਸਲ 'ਚ ਤਤ ਹੈ ਹੀ ਇਹ ਹਜ਼ੂਰ ਨੇ ਆਖਿਆ ਕਾਹੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਇਹਦੇ ਨੇ ਤੋਂ ਬਿਨਾ ਛਟਕਾਰਾ ਨਹੀਂ ਹੋ ਸਕਦਾ ਫਿਰ ਆਨੰਦ ਦੀ ਪ੍ਰਾਪਤੀ ਹੋਈ ਜਦੋਂ ਬੇਨਤੀ ਕੀਤੀ ਨਾ ਉਦੋਂ ਫਿਰ ਆਨੰਦ ਦੀ ਪ੍ਰਾਪਤੀ ਹੋਈ ਹੁਣ ਉਸ ਤੋਂ ਬਾਅਦ ਜੋ ਦਿਨ ਦੀ ਅਗਲੀ ਬਾਣੀ ਆ ਜੋ ਸੰਦੇਆ ਵੇਲੇ ਸੋਦਰ ਦਾ ਪਾਠ ਕੀਤਾ ਜਾਂਦਾ ਹੁਣ ਜਦੋਂ ਗੁਰੂ ਦੀ ਪ੍ਰਾਪਤੀ ਹੋਈ ਹਮ ਗੁਰੂ ਨੇ ਹੁਣ ਕੀ ਦੱਸਿਆ ਗੁਰੂ ਨੇ ਦੱਸਿਆ ਵੀ ਉਹਦਾ ਦਰ ਕਿਦਾਂ ਦਾ ਹੈ ਹਮ ਤੇ ਆਪਾਂ ਬਾਣੀ ਪੜ੍ਹਦੇ ਹਾਂ ਸੋਦਰ ਹੋਰੰਭ ਤਾਂ ਹੀ ਹੁੰਦੀ ਸੋਦਰ ਤੇਰਾ ਕਿਹਾ ਸੋ ਘਰ ਕੇ ਫਿਰ ਗੁਰੂ ਨੇ ਦੱਸਿਆ ਇਹ ਸਮਝ ਲਓ ਵੀ ਮੈਂ ਪੁੱਛਿਆ ਵੀ ਸਤਿਗੁਰੂ ਜੀ ਮੇਰਾ ਸਕੂਲ ਕਿੱਥੇ ਆ ਹਮ ਤੇ ਫਿਰ ਮੈਨੂੰ ਹੁਣ ਉਂਗਲ ਫੜ ਕੇ ਮੈਨੂੰ ਸਕੂਲ ਲੈ ਕੇ ਗਏ ਨੇ ਬਿਲਕੁਲ ਤੇ ਮੈਨੂੰ ਜਾ ਕੇ ਸਕੂਲ ਤੇ ਪਹਿਲਾਂ ਦਰ ਹੁੰਦਾ ਨਾ ਫਿਰ ਘਰ ਆਉਂਦਾ ਤੇ ਪਹਿਲਾਂ ਦਰ ਆਇਆ ਇਸ ਕਰਕੇ ਪਹਿਲਾਂ ਪੁੱਛਿਆ ਸੋ ਦਰ ਤੇਰਾ ਕੇਹਾ ਸੋ ਕਰਕੇ ਹਾਂ ਸੋ ਕਰਕੇ ਹਾਂ ਜਿੱਤ ਬੱਸ ਦੇਖੋ ਹਜ਼ੂਰ ਸਾਨੂੰ ਅਰੰਭਤਾ ਤੋਂ ਪਹਿਲਾਂ ਜਪ ਸ਼ੁਰੂ ਕਰੀਏ ਤੇ ਇਹ ਇਹ ਯਾਤਰਾ ਜਲਨੀ ਸ਼ੁਰੂ ਹੋ ਜਾਣੀ ਆ ਪੰਥਿਆਣਾ ਇਹ ਪੰਥ ਮਾਰ ਗਿਆ ਮਾਰ ਗਿਆ ਸਹੀ ਇਹ ਮਾਰਗ ਤੇ ਮਾਰਗ ਚਲੇ ਚਲਤ ਹਰੇ ਹਰ ਗਈ ਇਹ ਵੀ ਇਹ ਪੁੱਜਣਾ ਪੈਣਾ ਮਾਰਗ ਤੇ ਜਦੋਂ ਤੱਕ ਮੰਜ਼ਿਲ ਤੇ ਨਹੀਂ ਪੁੱਜਿਆ ਇਸੇ ਕਰਕੇ ਅਸੀਂ ਇਹਨਾਂ ਸਾਰਿਆਂ ਨੂੰ ਧਰਮ ਦਾ ਨਾਮ ਦੇ ਲਿਆ ਧਰਮੀ ਅਸਲ ਚ ਕੋਈ ਨਹੀਂ ਕੋਈ ਵਿਰਲਾ ਹੈ ਕਾਹੀ ਕਰਕੇ ਪਾਤਸ਼ਾਹੀ ਦੀ ਬਾਣੀ ਨੇ ਆਖਿਆ ਆ ਕਿ ਜਗ ਮੈਂ ਉੱਤਮ ਕਾਂਡੀ ਹੈ ਵਿਰਲੇ ਕੇ ਹੀ ਕੇ ਜੇ ਇੰਨੇ ਵੱਡੇ ਧਰਮ ਨੇ ਸੰਸਾਰ ਚ ਫਿਰ ਸਾਰੇ ਧਰਮੀ ਕਿਉਂ ਨਹੀਂ ਵਿਰਲੇ ਵਿਰਲੇ ਕਿਉਂ ਨਹੀਂ ਸਹੀ ਵਿਰਲੇ ਇਸ ਕਰਕੇ ਵੀ ਧਰਮ ਮੰਜ਼ਲਿਆ ਧਰਮ ਰਸਤਾ ਨਹੀਂ ਅਸੀਂ ਰਸਤਿਆਂ ਨੂੰ ਹੀ ਧਰਮ ਕਹਿਣਾ ਸ਼ੁਰੂ ਕਰ ਦਿੱਤਾ ਇਹਦੇ ਪੰਥ ਨੇ ਮਾਰ ਗਿਆ ਮਾਰਗ ਤੇ ਪੁੱਜ ਕੇ ਅੱਗੇ ਧਰਮ ਦੀ ਪ੍ਰਾਪਤੀ ਹੋਣੀ ਧਰਮਿਆ ਨਾਮ ਸਿਮਰਨ ਬੰਦਗੀ ਤੇ ਹੁਣ ਇੱਥੇ ਪਾਤਸ਼ਾਹੀ ਨੇ ਜੋ ਰਹਿਰਾਸ ਬਖਸ਼ੀ ਹਾਂਜੀ ਰਾਹ ਦੀ ਪੂੰਜੀ ਰਹਿ ਰਾਸ ਰਹਿ ਕਹਿੰਦੇ ਰਾਹ ਰਾਸ ਕਹਿੰਦੇ ਪੂੰਜੀ ਹਰ ਕੀਰਤ ਹਮਰੀ ਰਹਿਰਾਸ ਵਿੱਚੇ ਬਚਨ ਆਉਂਦਾ ਰਹਿਰਾਸ ਸਾਹਿਬ ਦੇ ਸੋਦਰ ਦੇ ਹਰ ਕੀਰਤ ਹਮਰੀ ਰਹਿਰਾਸ ਉਸ ਆਕਾਲ ਪੁਰਖ ਦਾ ਜਸ ਗਾਉਣਾ ਹੀ ਸਾਡੀ ਰਹਿਰਾਸ ਆ ਸਾਡੀ ਰਾਹ ਦੀ ਪੂੰਜੀ ਆ ਜਿੱਥੇ ਸੁਖਮਨੀ ਸਾਹਿਬ ਜੀ ਕਹਿੰਦੇ ਨਾ ਜਨਨ ਪਿਤਾ ਲੋਕ ਸੋਤ ਬਨਤਾ ਵਾਹਿਗੁਰੂ ਜਿੱਥੇ ਸੁਖਮਨੀ ਸਾਹਿਬ ਜੀ ਬਚਨ ਕਰਦੇ ਆ ਕਿ ਜਹਿ ਮਾਤ ਪਿਤਾ ਸੋਤ ਉਮੀਦ ਨਾ ਭਾਈ ਮਾਨੂੰ ਹਾਂ ਨਾਮ ਤੇਰਾ ਸੰਗ ਸਹਾਈ ਇਹ ਉਹ ਰਾਹ ਦੀ ਪੂੰਜੀ ਆ ਫਿਰ ਉਹ ਰਾਧੀ ਪੂੰਜੀ ਪ੍ਰਾਪਤ ਹੋਈ ਫਿਰ ਰਾਤ ਉਹ ਚੱਲ ਕੇ ਉਹਦੀ ਦਰਗਾਹ ਦੇ ਵਿੱਚ ਪੁੱਜਿਆ ਵੀ ਸੋਹ ਦਰਚ ਪੁੱਜਿਆ ਸੋਹ ਘਰ ਚ ਪੁੱਜਿਆ ਜਦੋਂ ਉੱਥੇ ਪੁੱਜ ਗਿਆ ਨਾ ਤੇ ਫਿਰ ਇਹ ਸ਼ਬਦ ਸਮਾਪਤ ਹੁੰਦੇ ਆ ਅੱਗੇ ਸੋਹ ਪੁਰਖ ਵਾਲਾ ਆਰੰਭ ਹੁੰਦਾ ਹੁਣ ਜਦੋਂ ਪੁੱਜਿਆ ਤੇ ਜਿਹਦਾ ਘਰ ਆ ਉਹਦੇ ਦਰਸ਼ਨ ਵੀ ਤਾਂ ਹੋਏ ਜਦੋਂ ਉਹਦੇ ਦਰਸ਼ਨ ਹੋਏ ਫਿਰ ਸੋਹ ਪੁਰਖ ਨਿਰੰਜਨੇ ਪਤਾ ਲੱਗਾ ਵੀ ਸੋਹ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰ ਫਿਰ ਉਹਦੀ ਵਿਢਾਈ ਦਾ ਪਤਾ ਲੱਗਾ ਬਿਲਕੁਲ ਜੀ ਬਿਲਕੁਲ ਫਿਰ ਜਦੋਂ ਉਹਦੀ ਵਿਢਾਈ ਦਾ ਪਤਾ ਲੱਗਾ ਤੇ ਇਹ ਕਾਰਜ ਇਸ ਪ੍ਰਕਾਰ ਜਿਹੜੇ ਧੰਸ਼ੀਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਨੌ ਸ਼ਬਦ ਦਰਜਿਆ ਸੋਧਰ ਵਾਲੇ ਹੂੰ ਬਾਕੀ ਜਿਹੜੀ ਰਹਿ ਰਾਸ ਆ ਜਾਂ ਸਮੁੱਚੀ ਬਾਣੀ ਆ ਉਹ ਪੰਚ ਨੇ ਸਮੇਂ ਸਮੇਂ ਅਨੁਸਾਰ ਆਪਣੀ ਸਹੂਲਤ ਵਾਸਤੇ ਇਖਤਿਆਰ ਕੀਤੀ ਜਿਹੜਾ ਅੱਜ ਦਾ ਸਰੂਪ ਹੈ ਨਾ ਜੀ ਇਸੇ ਕਰਕੇ ਰੌਲਾ ਪਾਇਆ ਜਾਂਦਾ ਵੀ ਵਕ ਵਕ ਦਲਾ ਪੰਥਾਂ ਦੇ ਵਿੱਚ ਜਾਂ ਸੰਪਰਦਾਵਾਂ ਵਿੱਚ ਵਕ ਵਕ ਸੋਧਰ ਪੜੀ ਜਾਂਦੀ ਆ ਉਹ ਉਹਦੀ ਲੋੜ ਸੀ ਸਮੇਂ ਅਨੁਸਾਰ ਮੈਂ ਬੇਨਤੀ ਕਰਾਂ ਮੈਂ ਵਿਚਾਰ ਇਸ ਕਰਕੇ ਇਥੇ ਸੰਕੋਚੀ ਵੀ ਨੋ ਹੀ ਸ਼ਬਦ ਨਹੀਂ ਸੋਦਰਦੇ ਹਾਂਜੀ ਹਾਂਜੀ ਅਸਲ 'ਚ ਸੋਦਰਦੇ ਨੋ ਹੀ ਸ਼ਬਦ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਆ ਉਸ ਤੋਂ ਅੱਗੇ ਜਿਹੜੀ ਸੋਦਰਿਆ ਨਾ ਜੋ ਚੌਪਈ ਸਾਹਿਬ ਦੀ ਬਾਣੀ ਆ ਆਨੰਦ ਸਾਹਿਬ ਦੀਆਂ ਸ਼ੇਪ ਆਉੜੀਆਂ ਜਾਂ ਅੱਗੇ ਜਿਹੜਾ ਬਚਨ ਪੜ੍ਹਿਆ ਜਾਂਦਾ ਵਾ ਸਲੂਕ ਮਹੱਲਾ 5ਵਾਂ 13 ਕੀਤਾ ਜਾਂਦਾ ਤੁਨਾਂ ਜਾਂ ਮੁੰਦਾਵਣੀ ਮਹੱਲਾ 5ਵਾਂ ਉਹ ਇਸ ਕਰਕੇ ਪੜ੍ਹੇ ਜਾਂਦੇ ਨੇ ਵੀ ਜਦੋਂ ਪੰਥ ਦੀ ਲੋੜ ਸੀ ਵੀ ਸਿੰਘ ਜਿਹੜੇ ਜੰਗਾ ਜਿੱਦਾਂ ਚ ਰਹਿੰਦੇ ਸੀ ਹਮ ਹੁਣ ਉਸ ਸਮੇਂ ਉਹਨਾਂ ਨੂੰ ਜਿੰਨੀ ਬਾਣੀ ਕੰਢ ਹੁੰਦੀ ਸੀ ਉਹ ਜ਼ਰੂਰੀ ਸੀ ਵੀ ਉਹਦਾ ਅਭਿਆਸ ਕਰਨ ਬਿਲਕੁਲ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿਤਨਾਮਿਆਂ ਚ ਆਖਿਆ ਵੀ ਜਿਹੜਾ ਸਿੰਘ ਬਾਣੀ ਕੰਠ ਕਰਕੇ ਭੁੱਲ ਜਵੇ ਉਹ ਵੀ ਤਨਖਾਈ ਆ ਠੀਕ ਹੈ ਵੀ ਜਿਹੜਾ ਬਾਣੀ ਕੰਠ ਕਰ ਲਵੇ ਔਰ ਭੁੱਲ ਜਵੇ ਉਹ ਤਨਖਾਈ ਆ ਇਹ ਉਹਨੇ ਪਹਿਲਾਂ ਕੰਠ ਕਰ ਲਈ ਫਿਰ ਉਹਦਾ ਅਭਿਆਸ ਨਹੀਂ ਕੀਤਾ ਭੁੱਲ ਤੇ ਤਾਂ ਹੀ ਗਿਆਣਾ ਵੀ ਉਹ ਰੋਜ਼ ਅਭਿਆਸ ਨਹੀਂ ਕਰਦਾ ਅਤੇ ਤੇ ਮੇਰੇ ਵਰਗਾ ਨੂੰ ਕੰਠੀ ਨਹੀਂ ਆਗੀ ਭੁੱਲਦੇ ਤਾਂ ਗਿਆ ਨਾ ਵੀ ਉਹ ਰੋਜ਼ ਅਭਿਆਸ ਨਹੀਂ ਕਰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਤੇ ਹੈ ਤੇ ਉਹ ਇਸ ਕਰਕੇ ਸਿੰਘਾਂ ਨੇ ਇੱਕ ਮਰਿਆਦਾ ਬਣਾਈ ਸੀ ਵੀ ਜਦੋਂ ਸੋਧਰ ਦਾ ਪਾਠ ਕਰਨਾ ਉਦੋਂ ਜਿੰਨੀ ਬਾਣੀ ਕੰਠ ਹੈ ਹੂੰ ਜਿੰਨੀ ਬਾਣੀ ਕੰਠ ਹੈ ਦਸਮ ਦੇ ਵਿੱਚੋਂ ਚੌਪਈ ਸਾਹਿਬ ਜਿਹੜੀ ਵੱਡੀ ਆ ਅਜਨੂ ਸੀ ਕਹਿੰਦੇ ਵੱਡੀ ਆਜ ਕਹਿੰਦੇ ਲੋਕ ਉਹ ਵੱਡੀ ਜਿਹੜੀ ਚੌਪਈ ਸਾਹਿਬ ਕਈ ਬੰਦਾ ਵਾਲੀ अनेका ਦੋਰੇ ਨੇ ਵਿੱਚ ਸ਼ਲੋਕ ਨੇ ਉਹ ਸਾਰੇ ਪੜੇ ਜਾਂਦੇ ਅੜਲ ਵੀ ਆ ਚੌਪਈ ਵੀ ਉਹ ਇਸ ਕਰਕੇ ਪੰਥ ਪੜਦਾ ਸੀ ਵੀ ਜਿੰਨੀ ਬਾਣੀ ਕੰਠ ਹੈ ਉਹਦਾ ਅਭਿਆਸ ਕਰ ਲਈਏ ਜਦੋਂ ਆਰਤੀ ਆਰ ਤਾਂ ਕਰਦੇ ਉਦੋਂ ਵੀ ਬਿਆੰਤ ਬਾਣੀਆਂ ਚੋਂ ਸ਼ਬਦ ਪੜ੍ਹਦੇ ਨੇ ਉਹ ਇਹੋ ਹੀ ਕਾਰਨ ਸੀ ਵੀ ਉਸ ਸਮੇਂ ਪੋਥੀ ਜਾਂ ਗੁਟਕਾ ਸਾਹਿਬ ਨਾਲ ਨਹੀਂ ਲਿਜਾਇਆ ਜਾ ਸਕਦਾ ਜੰਗ ਜੌਦਾ ਸਮਾਂ ਹੀ ਇਦਾਂ ਦਾ ਸੀ ਤੁਸੀਂ ਜਾਣਦੇ ਹੋ ਬਿਲਕੁਲ ਨੇਕਾ ਜਿਹੜੇ ਦਿਨ ਨੇ ਉਹ ਮਹੀਨੇ ਨੇ ਪੰਥ ਦੇ ਜੰਗਲਾਂ ਦੇ ਵਿੱਚ ਬਤੀਤ ਕੀਤੇ ਆ ਹਾਂਜੀ ਹੁਣ ਉੱਥੇ ਜਿੰਨੂੰ ਜਿੰਨੀ ਬਾਣੀ ਗੰਠ ਹੁੰਦੀ ਸੀ ਉਹਦਾ ਅਭਿਆਸ ਕਰ ਲੈਂਦਾ ਸੀ ਇਸ ਕਰਕੇ ਉਹ ਉਹ ਜੈ ਸਰੂਪ ਜਿਹੜਾ ਤਿਆਰ ਹੋ ਗਿਆ ਅਸਲ 'ਚ ਸੋਧਰ ਜਿਹੜੀ ਉਹ ਨਾਮ ਸ਼ਬਦ ਪਾਤਸ਼ਾਹ ਜੀ ਨੇ ਬਖਸ਼ੇ ਔਰ ਸਾਨੂੰ ਪੜ੍ਹਨੀ ਜਿਹੜੀ ਅੱਜ ਦੇ ਸਮੇਂ 'ਚ ਉਹ ਚਾਹੀਦੀ ਆ ਮੈਂ ਵੀ ਬੇਨਤੀ ਕਰਾਂ ਕਿਉਂਕਿ ਇਹਦੇ ਨਾਲ ਅਭਿਆਸ ਹੁੰਦਾ ਬਾਣੀ ਦਾ ਹਾਂਜੀ ਜਿੰਨੀ ਜ਼ਿਆਦਾ ਬਾਣੀ ਪੜਾਂਗੇ ਨਾ ਓਨਾ ਸਾਡਾ ਜ਼ਿਆਦਾ ਅਭਿਆਸ ਹੋਊਗਾ ਉਸ ਤੋਂ ਬਾਅਦ ਮੈਂ ਸੋਹਿਲਾ ਸਾਹਿਬ ਦੀ ਬੇਨਤੀ ਕਰਾਂ ਕਿ ਫਿਰ ਹਰ ਕੀਰਤ ਹਮਰੀ ਰਹਿਰਾਸ ਹਾਂਜੀ ਅਕਾਲਪੁਰਖ ਦੀ ਕੀਰਤ ਤੇ ਕੀਰਤ ਤੇ ਸੋਹਿਲਾ ਦਾ ਅਰਥ ਇੱਕੋ ਹੀ ਆ ਹੂੰ ਕੀਰਤ ਵੀ ਜਸ ਗਾਉਣਾ ਤੇ ਸੋਹਿਲਾ ਕਰਨਾ ਵੀ ਜਸ ਗਾਉਣਾ ਜਸ ਗਾਉਣਾ ਹੁਣ ਉਹ ਜਸ ਉਹਦੇ ਵਿੱਚ ਪ੍ਰਾਪਤ ਹੋਣਾ ਜਿੱਥੇ ਸਤਿਗੁਰੂ ਜੀ ਕਹਿੰਦੇ ਆ ਜੈ ਹਰ ਕੀਰਤ ਆਖੀਏ ਉਹ ਕੀਰਤਨ ਜਿਹੜੀ ਪਿਛਲੇ ਜਪਾ ਪੜੀ ਉਹ ਕੀਰਤ ਜੇ ਘਰ ਕੀਰਤਾ ਕੀਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਵਰੇਓ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਇਲਾ ਹੋਂ ਵਾਰੀ ਜੇਤ ਸੋਇਲਾ ਸਦਾ ਸੁਖ ਹੋਏ ਉਥੇ ਸਤਗੁਰਾਂ ਨੇ ਬਚਨ ਲਿਖਿਆ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਿਆ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਸਤਗੁਰੂ ਜੀ ਕਹਿੰਦੇ ਘਰ ਘਰ ਇਹੋ ਪਹੁੰਚਾ ਸਵੇਰ ਤੋਂ ਗੱਲ ਸ਼ੁਰੂ ਕੀਤੀ ਹਮ ਸਵੇਰ ਦੇ ਨਿਤਨੇਮ ਤੋਂ ਤੇ ਰਾਤ ਨੂੰ ਫਿਰ ਸਮਝਾਉਂਦੇ ਆ ਕਹਿੰਦੇ ਭਾਈ ਜੇ ਤੂੰ ਅਜੇ ਵੀ ਕਮੀ ਨਾ ਨਹੀਂ ਜਪਣਾ ਤੇ ਤੈਨੂੰ ਮੈਂ ਇੱਕ ਗੱਲ ਸਮਝਾ ਦਵਾ ਘਰ ਘਰ ਇਹੋ ਪਹੁੰਚਾ ਸੱੜੇ ਨਿਤਪਵਨ ਤੈਨੂੰ ਰੋਜ਼ ਸੱਦੇ ਪੈ ਰਿਆ ਤੇ ਤੈਨੂੰ ਮਰਨਾ ਪੈਣਾ ਆ ਤੈਨੂੰ ਦਰਗਾਹ ਚ ਜਾਣਾ ਪੈਣਾ ਇਸ ਲਈ ਤੂੰ ਇਹ ਮੰਨ ਲੈ ਵੀ ਆ ਜਿਹੜੇ ਪਦਾਰਥ ਧੀਆਂ ਪੁੱਤ ਜੋ ਕੁਝ ਵੀ ਨਜ਼ਰ ਆ ਰਿਹਾ ਇਹ ਸਦੀਵੀ ਨਹੀਂ ਸੱੜੇ ਨਿਤਪਵਨ ਇਸ ਕਰਕੇ ਸਦਨਹਾਰਾ ਸਿਮਰੀਏ ਨਾਨਕ ਸੇਧੇ ਹਵਨ ਵੀ ਉਹਨੂੰ ਸਿਮਰ ਭਾਈ ਉਹ ਦਿਨ ਆ ਜਾਣਾ ਜਿਸ ਦਿਨ ਤੂੰ ਜਾਣਾ ਜਾਣਾ ਆ ਸਹੀ ਆ ਤੂੰ ਖਾਲਸੇ ਨੂੰ ਇਹ ਗੱਲ ਸਮਝਾਈ ਆ ਔਰ ਔਰ ਖਾਲਸਾ ਉਦੋਂ ਤੱਕ ਹੀ ਖਾਲਸ ਰਹੂਗਾ ਹੂੰ ਜਿਵੇਂ ਅੱਜ ਅਸੀਂ ਕਹਿੰਨੇ ਨਾ ਮਾਫ ਕਰਨਾ ਮੈਂ ਲਫ਼ਜ਼ ਵਰਤ ਰਿਹਾ ਜਿਵੇਂ ਅੱਜ ਅਸੀਂ ਕਹਿੰਨੇ ਪੰਥ ਜਟੈਂਦੀ ਕਲਾ ਆ ਗਈ ਹੂੰ ਪੰਥ ਉੱਥੇ ਦਾ ਉੱਥੇ ਹੀ ਖੜਾ ਸਾਡੇ ਜਟੈਂਦੀ ਕਲਾ ਸਾਡੇ ਜਾਈ ਹੈ ਸਹੀ ਹੈ ਮੈਂ ਮੈਂ ਵੀ ਇਹ ਗਲਤ ਸੋਚਦਾ ਹੁੰਨਾ ਕਿ ਪੰਥ ਨੇ ਕਦੀ ਡਿੱਗ ਸਕਦਾ ਅਹੀਂ ਡਿੱਗੇ ਹੋਏ ਆ ਬਿਲਕੁਲ ਇਹ ਟੈਂਦੀ ਕਲਾ ਆਉਣੀ ਉਹਦੇ 'ਚ ਆ ਜਿਹਦੇ ਕੋਲ ਸੱਤ ਬਾਣੀਆਂ ਦਾ ਅਭਿਆਸ ਨਹੀਂ ਹੂੰ ਉੱਥੇ ਜਟੈਂਦੀ ਕਲਾ ਹੀ ਆਉਣੀ ਕਿਉਂਕਿ ਬਾਹਰੀ ਲਿਬਾਸ ਹੈ ਅੰਦਰ ਦੀ ਖੇਡ ਨਹੀਂ ਉਹਦੇ ਕੋਲ ਅੰਦਰ ਦੀ ਖੇਡ ਆ ਮਾਰਗ ਤੇ ਤਾਂ ਹੀ ਸਮਝਾਉਣਾ ਸੀ ਫਿਰ ਉਹ ਗੱਲ ਹੋਣੀ ਜਿਵੇਂ ਪਹਿਲਾਂ ਉਹਨਾਂ ਨੇ ਬ੍ਰਹਮ ਗਿਆਨੀ ਤੇ ਜੀਵਨ ਮੁਕਤ ਤੇ ਅਪਰਸ ਤੇ ਭਗਾਉਤੀ ਤੇ ਪੰਡਤ ਸ਼ਬਦ ਰੱਖੇ ਹੋਏ ਸੀ ਨਾ ਇਕੱਲੇ ਨਾਂ ਉਦਾਂ ਫਿਰ ਅਸੀਂ ਨਾਮਾਂ ਦੇ ਨਾਲ ਆਇਆ ਮਨਜੀਤ ਸਿੰਘ ਖਾਲਸਾ ਉਹ ਫਿਰ ਨਾਮ ਦੇ ਨਾਲ ਹੀ ਲੱਗਾ ਹੁੰਦਾ ਕਿਉਂਕਿ ਅੰਦਰ ਤੇ ਉਹ ਸੱਤੇ ਬਾਣੀਆਂ ਦੇ ਨਾਲ ਆਉਣਾ ਸੀ ਨਾ ਨਿਤਨੇਮ ਦੇ ਨਾਲ ਆਉਣਾ ਸੀ ਤੋ ਨਿਤਨੇਮ ਦੀ ਜ਼ਰੂਰੀ ਖੇਡ ਜੋ ਪਾਤਸ਼ਾਹ ਜੀ ਨੇ ਉਸ ਦਿਨ ਸਾਨੂੰ ਬਖਸ਼ੀ ਨਾਲ ਹੀ ਹੁਕਮ ਵੀ ਕਰ ਦਿੱਤਾ ਵੀ ਭਾਈ ਇਹਦਾ ਜਿਹੜਾ ਕਾਰਜ ਹੈ ਉਹ ਰੋਜ਼ ਕਰੋ ਰੋਜ਼ ਇਸ ਸਿੱਖੀ ਦੇ ਬੂਟੇ ਨੂੰ ਖਾਲਸੇ ਪੰਥ ਦੇ ਬੂਟੇ ਨੂੰ ਪਾਣੀ দাও ਸਤਗੁਰਾਂ ਨੇ ਇੱਥੋਂ ਤੱਕ ਹਦਾਇਤ ਕੀਤੀ ਮੈਂ ਵਚਨ ਕਰਾਂ ਪਾਤਸ਼ਾਹ ਜੀ ਕਹਿੰਦੇ ਆ ਬਿਨ ਜਪ ਜਾਪ ਜਪੇ ਜੋ ਜਿਵਿਆ ਪ੍ਰਸਾਦ ਸੋ ਬਿਸ਼ਟਾ ਦਾ ਕਰਮ ਹੋਏ ਜਨਮ ਗਵਾਵਾ ਬਾਅਦ ਹੂੰ ਕਹਿੰਦੇ ਜਿਹੜਾ ਨਿਤਨੇਮ ਕੀਤੇ ਤੋਂ ਬਿਨਾ ਇੱਕ ਭੋਜਨ ਦੀ ਗ੍ਰਾਹੀ ਕੁਝ ਵੀ ਸ਼ੱਕ ਲੈਂਦਾ ਨਾ ਪ੍ਰਸਾਦ ਕੁਝ ਵੀ ਜੋ ਜੇ ਪ੍ਰਸਾਦ 36 ਅੰਮ੍ਰਿਤ 36 ਪਦਾਰਥਾਂ ਚੋ ਜੋ ਵੀ ਖਾ ਲੈਂਦਾ ਨਾ ਕਹਿੰਦੇ ਉਹ ਗੰਦਗੀ ਦਾ ਕੀੜਾ ਆ ਗੁਰੂ ਦੇ ਮਾਇਨੇ ਦੇ ਵਿੱਚ ਗੁਰੂ ਦੀ ਨਿਗਾਹ ਚੋ ਗੰਦਗੀ ਦਾ ਕੀੜਾ ਤੋਂ ਪਹਿਲਾਂ ਗੁਰੂ ਦਾ ਹੁਕਮ ਆ ਵੀ ਨਿਤਨੇਮ ਦੀਆਂ ਬਾਣੀਆਂ ਸੰਪੂਰਨ ਜ਼ਿੰਦਗੀ ਚ ਜਿਹੜਾ ਅਭਿਆਸ ਕਰੇ ਗੁਰਸਿੱਖ ਇਹ ਪੰਜੇ ਬਾਣੀਆਂ ਦੀ ਮਹੱਤਤਾ ਜਿਹੜੀ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਜ਼ਰੂਰੀ ਕਾਰਜ ਇਹੋ ਸੀ ਬਾਕੀ ਪਦਾਰਥ ਤੇ ਬਾਹਰੀ ਸਨ ਪੰਜ ਬਾਣੀਆਂ ਦੀ ਖੇਡ ਜ਼ਰੂਰੀ ਸੀ ਜਿਹਦੇ ਨਾਲ ਉਹ ਅੰਮ੍ਰਿਤ ਤਿਆਰ ਹੋਇਆ ਜਿਹਦੇ ਨਾਲ ਆਪ ਇਹ ਹੱਤ ਤਿਆਰ ਹੋਇਆ ਬਹੁਤ ਸੋਹਣਾ ਮੈਨੂੰ ਸੱਚੇ ਜੋ ਤੁਸੀਂ ਮਹੱਤਵ ਦੱਸਿਆ ਪੰਜਾਬ ਬਾਣੀ ਦਾ ਸੁਣਦੇ ਇਹਨਾਂ ਰਸ ਬਣ ਰਿਹਾ ਸੀ ਨਾ ਮੇਰਾ ਜੀ ਨਹੀਂ ਕਰ ਰਿਹਾ ਸੀ ਤੁਹਾਨੂੰ ਟੋਕ ਕੇ ਵਿੱਚੋਂ ਆਖਾ ਕਿ ਅੱਛਾ ਕਿਉਂਕਿ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਸੀ ਪਰ ਮੈਂ ਟੋਕ ਕੇ ਪੁੱਛਣਾ ਨਹੀਂ ਸੀ ਚਾਹੁੰਦਾ ਮੈਨੂੰ ਸੀ ਤੁਸੀਂ ਆਪਣੀ ਗੱਲ ਕੰਪਲੀਟ ਕਰੋਗੇ ਹੁਣ ਜੀ ਕਰਦਾ ਸੀ ਤੁਸੀਂ ਹੋਰ ਜ਼ਿਆਦਾ ਵਿਸਥਾਰ ਚ ਦੱਸੋ ਮੈਂ ਹੋਰ ਜ਼ਿਆਦਾ ਸੁਣਾ ਇਹਨੂੰ ਪਰ ਬਹੁਤ ਬਹੁਤ ਸੋਹਣਾ ਤੁਸੀਂ ਇਹ ਸਮਝਾਇਆ ਮੈਨੂੰ ਵੀ ਕਿਉਂਕਿ ਮੈਨੂੰ ਵੀ ਨਹੀਂ ਸੀ ਇਹ ਗੱਲ ਪਤਾ ਮੈਂ ਚਲੋ ਸਿੱਖਣੀ ਸਿੱਖਣ ਵਾਸਤੇ ਤੁਹਾਡੇ ਤੁਹਾਨੂੰ ਅੱਜ ਬੁਲਾਇਆ ਜੀ ਸੀਗਾ ਮੈਂ ਆਪ ਜੀ ਕੋਲੋਂ ਸਿੱਖਿਆ ਸੋ ਬਹੁਤ ਹੀ ਸਵਾਲੇ ਆ ਰਿਹਾ ਸੀ ਮਨ 'ਚ ਕਿ ਬਹੁਤ ਸੰਕਤ ਦਾ ਸਵਾਲ ਆਉਂਦਾ ਆ ਕਿ ਜਿਵੇਂ ਆਪ ਜੀ ਬਾਣੀ ਦੇ ਅਰਥ ਕਰ ਕਰਕੇ ਦੱਸ ਰਹੇ ਸੀ ਠੀਕ ਹੈ ਜੀ ਕਿ ਆਹ ਪੰਕਤੀ ਗੁਰੂ ਸਾਹਿਬ ਨੇ ਲਿਖੀ ਆ ਇਹ ਤਾਂ ਅਰਥ ਆ ਆ ਗੱਲਬਾਤ ਹਨ ਸੋ ਬਹੁਤ ਸਾਰੇ ਸੰਕਤ ਦੇ ਸਵਾਲ ਆਉਂਦੇ ਆ ਕਿ ਜਦੋਂ ਸਾਨੂੰ ਬਾਣੀ ਸਮਝ ਹੀ ਨਹੀਂ ਆਉਂਦੀ ਅਸੀਂ ਬਾਣੀ ਤੇ ਪੜ੍ਹਦੇ ਆ ਪਰ ਬਾਣੀ ਸਮਝ ਨਹੀਂ ਆਉਂਦੀ ਤੇ ਇਦਾਂ ਸਾਡਾ ਭਲਾ ਹੋ ਜਾਊਗਾ ਜਾਂ ਬਾਣੀ ਦਾ ਪੜ੍ਹਨ ਦਾ ਫਾਇਦਾ ਹੈ ਕੋਈ ਬਿਨਾ ਸਮਝਿਆ ਵੀ ਜੇ ਬਾਣੀ ਮੈਂ ਮੈਂ ਜਪਜੀ ਸਾਹਿਬ ਤਾਂ ਖੋਲ ਕੇ ਗੁਰੂਕਾ ਸਾਹਿਬ ਪੜ੍ਹ ਰਿਹਾ ਮਾਂ ਫਰੋਂ ਜੋ ਉਥੇ ਲਿਖਿਆ ਵਾ ਮੈਨੂੰ ਤਾਂ ਮਤਲਬ ਹੀ ਨਹੀਂ ਪਤਾ ਕੀ ਕੀ ਕਹਿਣਾ ਚਾਹ ਰਿਹਾ ਗੁਰੂ ਸਾਹਿਬ ਨੇ ਤੇ ਇਹਦਾ ਮੈਨੂੰ ਲਾਭ ਹੋਊਗਾ ਕੋਈ ਬਾਣੀ ਪੜਨ ਦਾ ਅਰਥ ਹੈਗਾ ਕੋਈ ਮੈਨੂੰ ਲੋੜ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਗੁਰੂ ਹਰ Rai ਸਾਹਿਬ ਜੀ ਨੇ ਜਵਾਬ ਦਿੱਤਾ ਸੀ ਸੰਗਤ ਨੂੰ ਹਾਂਜੀ ਇਸੇ ਗੱਲ ਦਾ ਕਿਉਂਕਿ ਸਿੱਖ ਵੀ ਇਦਾਂ ਦੇ ਸਨ ਤੇ ਗੁਰੂ ਵੀ ਉਦਾਂ ਦਾ ਜਿੱਦਾਂ ਦੇ ਅੱਜ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼ਰੀਰ 'ਚ ਵੀ ਉਦਾਂ ਹੀ ਵਿਚਰਦੇ ਸੀ ਬਿਲਕੁਲ ਜੀ ਬਿਲਕੁਲ ਅਵਸਥਾ ਉਹੀ ਸੀ ਤੇ ਸਿੱਖਾਂ ਦੀ ਅਵਸਥਾ ਵੀ ਉਹੀ ਸੀ ਕਈ ਜਿਵੇਂ ਅੱਜ ਕਹਿੰਦੇ ਨੇ ਵੀ ਆ ਬਹੁਤ ਕਲੇਸ਼ ਵੱਧ ਗਿਆ ਜਾਂ ਬਹੁਤ ਪਾਪ ਵੱਧ ਗਿਆ ਇਦਾਂ ਦੀ ਕੋਈ ਗੱਲ ਨਹੀਂ ਜਦੋਂ ਤੋਂ ਕੁਦਰਤ ਪੈਦਾ ਹੋਈ ਇਦਾਂ ਦਾ ਇਦਾਂ ਹੀ ਸਾਰਾ ਹਾਂ ਬਿਲਕੁਲ ਸਾਰਾ ਪਸਾਰ ਇਦਾਂ ਹੀ ਚੱਲਦਾ ਹੈ ਤੇ ਸਿੱਖ ਵੀ ਇਦਾਂ ਦੇ ਸੀ ਉਹ ਵੀ ਤਰਕ ਕਰਦੇ ਸੀ ਸਵਾਲ ਉਹਨਾਂ ਦੇ ਮਨ 'ਚ ਵੀ ਆਏ ਆਉਂਦੇ ਸੀ ਕਈ ਪ੍ਰੇਮੀ ਹੁੰਦੇ ਸੀ ਸਮਝਣ ਵਾਲੇ ਤੇ ਕਈ ਮੇਰੇ ਵਰਗੇ ਤਰਕਸ਼ੀਲ ਹੀ ਹੁੰਦੇ ਸੀ ਗੱਲੇ ਵੀ ਹਾਂ ਸਵਾਦ ਲੈਣਾ ਗੱਲ ਦਾ ਕਈ ਓਦਾਂ ਦੇ ਵੀ ਹੁੰਦੇ ਸੀ ਖੈਰ ਸਤਗੁਰਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਸਿੱਖਾਂ ਨੇ ਇੱਕ ਦਿਨ ਪੁੱਛਿਆ ਕਿ ਸਤਗੁਰੂ ਜੀ ਅਸੀਂ ਇਹੋ ਹੀ ਸਵਾਲ ਵੀ ਅਸੀਂ ਬਾਣੀ ਪੜ੍ਹਦੇ ਆਂ ਪਰ ਬਾਣੀ ਬਹੁਤ ਉੱਚੀ ਆਉਦੇ ਦੀ ਆ ਉੱਚ ਪਾਇਦੀ ਦੀ ਆ ਤੇ ਸਾਡੀ ਸੁਰਤ ਇਹਨਾਂ ਨਹੀਂ ਸਮਝ ਸਕਦੀ ਹੈ ਤੇ ਭਾਵੇਂ ਸਰਲ ਪੰਜਾਬੀ ਦੇ ਵਿੱਚ ਪਰ ਫਿਰ ਵੀ ਸਾਡੀ ਮਤ ਨੂੰ ਇਹ ਸਮਝ ਨਹੀਂ ਆਉਂਦੀ ਕਿਉਂਕਿ ਸ਼ਬਦ ਜਿਹੜੇ ਨੇ ਉਹ ਦਰਗਾਹ ਦੇ ਵਰਤੇ ਨੇ ਤੇ ਉਹ ਸ਼ਬਦ ਨਹੀਂ ਸਮਝ ਆਉਂਦੇ ਕਈ ਵਾਰੀ ਤੇ ਸਿੱਖਾਂ ਨੇ ਵਚਨ ਕੀਤਾ ਵੀ ਜੋ ਅਸੀਂ ਪੜ੍ਹਦੇ ਆ ਇਹਦਾ ਸਾਨੂੰ ਲਾਹਾ ਹੋਊਗਾ ਤੇ ਸਤਗੁਰੂ ਜੀ ਕੁਝ ਬੋਲੇ ਨਹੀਂ ਤੇ ਸਿੱਖਾਂ ਨੂੰ ਸ਼ਾਇਦ ਲੱਗਿਆ ਹੋਵੇ ਆਪਣੇ आनंद ਦੇ ਵਿੱਚ ਨੇ ਪਾਤਸ਼ਾਹ ਜੀ ਜਦੋਂ ਚਿਤ ਕਰੇਗਾ ਉਦੋਂ ਜਵਾਬ ਦੇ ਦੇਣਗੇ ਅੱਗੋਂ ਤਰਕ ਨਹੀਂ ਜਾਂ ਲੜਦੇ ਨਹੀਂ ਹੁੰਦੇ ਸੀ ਝਗੜਦੇ ਨਹੀਂ ਹੁੰਦੇ ਸੀ ਜਿਹਦਾ ਅੱਜ ਦੇ ਸਿੱਖ ਕਰਦੇ ਆ ਨਾ ਮੇਰੇ ਵਰਗਾ ਸ਼ਾਇਦ ਉਸ ਨੂੰ ਸ਼ੰਕਾ ਕਰ ਲੈਂਦਾ ਲੱਗਦਾ ਗੁਰੂ ਨੂੰ ਆਪ ਵੀ ਨਹੀਂ ਪਤਾ ਤਾਂ ਇਹ ਚੀਜ਼ ਨਹੀਂ ਹੁੰਦੀ ਸੀ ਉਹਨਾਂ ਨੂੰ ਭਰੋਸਾ ਸੀ ਵੀ ਸਾਤਗੁਰੂ ਪੂਰਾ ਆ ਬਿਲਕੁਲ ਬਿਲਕੁਲ ਉਹ ਗੁਰਪੂਰਾ ਜਿਹਨੂੰ ਸਿਮਰਿਆ ਸੀ ਹੀ ਭਏ ਨਿਹਾਲ ਤੇ ਫਿਰ ਉਹ ਨਿਹਾਲ ਹੋ ਗਏ ਨਾ ਫਿਰ ਉਹ ਨਿਹਾਲ ਹੀ ਖਾਲਸਾ ਆ ਉਹਨਾਂ ਨੂੰ ਭਰੋਸਾ ਸੀ ਵੀ ਗੁਰੂ ਪੂਰਾ ਆ ਤੇ ਹੈ ਸਾਰੀ ਗੱਲਾਂ ਦਾ ਜਵਾਬ ਵਰ ਦੇਣਗੇ ਉਦੋਂ ਜਦੋਂ ਇਹਨਾਂ ਦਾ ਚੇਤ ਕਰੂਗਾ ਬਿਲਕੁਲ ਵੇ ਜੇ ਆਨੰਦ ਦੇ ਵਿੱਚ ਨੇ ਜੇ ਜਾਪ ਰੇ ਹੋਣਗੇ ਸਿਮਰ ਰੇ ਹੋਣਗੇ ਕੀ ਪਤਾ ਕਿਹੜੇ ਰੌਂਗ ਦੇ ਵਿੱਚ ਨੇ ਪਾਤਸ਼ਾਹ ਜੀ ਬਿਲਕੁਲ ਜੀ ਤੇ ਉਹ ਜਦੋਂ ਜਦੋਂ ਉਹਨਾਂ ਦੀ ਅਵਸਥਾ ਹੋਊਗੀ ਉਦੋਂ ਜਵਾਬ ਦੇਣਗੇ ਸਤਗੁਰੂ ਜੀ ਉੱਠ ਕੇ ਸਿੰਘਾਸਨ ਤੋਂ ਤੇ ਬਾਹਰ ਤੁਰ ਪਏ ਸੈਰ ਕਰਨ ਲੱਗ ਪਏ ਖੱਚੀ ਧਾਂ ਸੀ ਸਾਰੀ ਤੇ ਇੱਕ ਘੜਾ ਟੁੱਟਿਆ ਪਿਆ ਸੀ ਠੀਕਰੀਆਂ ਜੀਆਂ ਪਈਆਂ ਸੀ ਉਹਦੀਆਂ ਅੱਛਾ ਜੀ ਤੇ ਸਤਗੁਰੂ ਜੀ ਬਚਨ ਕਰਦੇ ਉਸ ਦਿਨ ਇਤਿਹਾਸਿਕ ਗ੍ਰੰਥਾਂ 'ਚ ਲਿਖਿਆ ਕਿ ਰਹੀ ਚਕਿੰਤਾ ਠੀਕਰ ਮਾਹ ਹੂੰ ਵੀ ਇਹ ਘੜਾ ਫੁੱਟ ਗਿਆ ਤੇ ਇਹਦੀ ਜਿਹੜੀ ਠਿਕਰੀਆਂ ਨੇ ਨਾ ਇਹਨਾਂ ਦੇ ਵਿੱਚ ਚਿਕਨਾਈ ਆ ਚਿਕਨਾਈ ਆ ਤੇ ਇਹ ਤੋਂ ਪਤਾ ਲੱਗਦਾ ਵੀ ਘੜੇ ਦੇ ਵਿੱਚ ਕੀ ਹੋ ਰੱਖਿਆ ਸੀ ਕਿਸੇ ਡੈਮ ਰੱਖਿਆ ਹੋਣਾ ਤੇ ਹੁਣ ਘਿਓ ਕੱਢ ਲਿਆ ਘੜਾ ਫੁੱਟ ਵੀ ਗਿਆ ਪਰ ਠਿਕਰੀਆਂ ਦੇ ਵਿੱਚ ਵੀ ਚਿਕਨਾਈ ਰਹਿ ਗਈ ਨਾ ਕਹਿੰਦੇ ਇਸੇ ਤਰ੍ਹਾਂ ਹੀ ਬਾਣੀ ਜਿਹੜੀ ਆ ਉਹ ਮਨ ਤੇ ਅਸਰ ਕਰਦੀ ਆ ਵੀ ਅਭਿਆਸ ਕਰੀ ਜਾਓ ਔਰ ਲਾਜ਼ਮੀ ਇਹ ਗੱਲ ਸਮਝਿਓ ਸਾਡੇ ਨਾਲ ਆਪ ਨਾਲ ਵੀ ਵਰਤਦੀ ਆ ਹੌਲੀ ਹੌਲੀ ਪੜ੍ਹਨੀ ਸ਼ੁਰੂ ਕਰਦੀ ਆ ਉਹਦਾ ਅਭਿਆਸ ਕਰੀ ਆਪਣੇ ਆਪ ਸਮਝ ਹੋ ਜਾਂਦੀ ਹੈ ਸਮਝ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਇਹ ਚੀਜ਼ ਮੈਂ ਪ੍ਰਤੱਖ ਪਰਤਾਖੇ ਦੇਖੀ ਆ ਕਿਸੇ ਟਾਈਮ ਨਹੀਂ ਸੀ ਸੋਝੀ ਇੰਨੀ ਹੁੰਦੀ ਮਤਲਬ ਚਲੋ ਸੋਝੀ ਤਾਂ ਹੁਣ ਵੀ ਨਹੀਂ ਕਿਤੇ ਵਿਦਵਾਨ ਤੇ ਬਹੁਤੇ ਹੁਣ ਵੀ ਨਹੀਂ ਬਣ ਗਏ ਪਰ ਮੇਰੇ ਨਾਲ ਮੈਂ ਇਹ ਚੀਜ਼ ਵਰਤ ਕੇ ਮੇਰੇ ਨਾਲ ਵਰਤੀ ਹੈ ਚੀਜ਼ ਕਿਸੇ ਟਾਈਮ ਜਦੋਂ ਮੈਂ ਆਰੰਭ ਕੀਤੀ ਸੀ ਕੁਝ ਨਹੀਂ ਸੀ ਸਮਝ ਲੱਗਦਾ ਮੈਨੂੰ ਤਾਂ ਲੱਗਦਾ ਮੈਂ ਉਚਾਰਨ ਨੂੰ ਹੀ ਸ਼ੁੱਧ ਨਹੀਂ ਕਰਦਾ ਰਿਹਾ ਉਹਦੇ ਬਾਣੀ ਦਾ ਪਰ ਜਿਵੇਂ ਜਿਵੇਂ ਪੜ੍ਹਨੀ ਸ਼ੁਰੂ ਕੀਤੀ ਜਿਵੇਂ ਜਿਵੇਂ ਅਭਿਆਸ ਕਰਦਾ ਗਿਆ ਉਚਾਰਨ ਵੀ ਸ਼ੁੱਧ ਹੁੰਦਾ ਗਿਆ ਤੇ ਕੁਝ ਸ਼ਬਦ ਕੁਝ ਅੱਖਰ ਇਦਾਂ ਦੇ ਜੋ ਸਮਝ ਵੀ ਆਉਣੇ ਸ਼ੁਰੂ ਹੋ ਗਏ ਇਹ ਵਰਤਾ ਕੇ ਵੇਖੀ ਚੀਜ਼ ਹੈ ਆਪਣੀ ਆਪ ਸਮਝ ਆਉਂਦੀ ਹਮ ਜਦੋਂ ਸਾਡਾ ਜੀਵਨ ਆਰੰਭ ਹੋਇਆ ਨਾ ਇਧਰ ਜਿਵੇਂ ਆਪ ਜੀ ਨੇ ਪੁੱਛਿਆ ਵੀ ਉਡੀਕ ਦਾ ਜਿਹੜਾ ਤਖੱਲਸ ਆ ਉਦਾਰਤ ਕੀ ਆ ਜਿਵੇਂ ਮੈਂ ਬੇਨਤੀ ਕੀਤੀ ਆ ਉਹ ਅਸਲ ਜਾਰੰਭ ਤਾਂ ਉਦੋਂ ਹੋਈ ਇੱਕ ਦਿਨ ਬਾਣੀ ਪੜਦਿਆਂ ਪੜਦਿਆਂ ਨਾ ਇਸ ਗੱਲ ਵੱਲ ਧਿਆਨ ਗਿਆ ਕਿ ਜਨਮ ਬ੍ਰਥਾ ਜਾਤ ਰੰਗ ਮਾਇਆ ਕੇ ਹਮ ਮੈਂ ਬੇਨਤੀ ਕਰੂੰਗਾ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਹਾਂਜੀ ਕਦੇ ਇੱਕ ਪੰਕਤੀ ਹੋਊਗੀ ਜਿਹੜੀ ਸੱਟ ਮਾਰ ਦਊਗੀ ਬਿਲਕੁਲ 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 ਉਹ ਜਿਹੜਾ ਬਚਨ ਭਗਤ ਕਬੀਰ ਜੀ ਨੇ ਕਿਹਾ ਨਾ ਕਬੀਰ ਸਾਧਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਹੂੰ ਸਾਧਗੁਰੂ ਸੂਰਮਾ ਜਦੋਂ ਇੱਕੋ ਹੀ ਸ਼ਬਦ ਕਹਿੰਦਾ ਨਾ ਉਹ ਹਿਰਦੇ 'ਚ ਵੱਜ ਜਾਂਦਾ ਹੁਣ ਇਹ ਨਹੀਂ ਪਤਾ ਵੀ ਉਹ ਸੱਜਣ ਨੂੰ ਕਿਹਾ ਹੋਇਆ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਣ ਹੋਵੇ ਤੇ ਜਾਂ ਫਿਰ ਫਕੀਰ ਜਿਹੜਾ ਪੀਰ ਆ ਦਸਤਗੀਰ ਉਹਨੂੰ ਸਮਝਾਇਆ ਹੋਇਆ ਆਸਾ ਕੀ ਵਾਰ ਦਾ ਬਚਨ ਹੋਵੇ ਇਹ ਨਹੀਂ ਪਤਾ ਪਰ ਜਿਹੜਾ ਵੀ ਵਚਨ ਕਦੇ ਮਾਰ ਕਰੇ ਇੱਕੋ ਹੀ ਵਚਨ ਮਾਰ ਕਰ ਜਾਊਗਾ ਤੇ ਜੀਵਨ ਦੇ ਵਿੱਚ ਪਲਟਾਓ ਹੋਣਾ ਸ਼ੁਰੂ ਹੋ ਜਾਊਗਾ ਸਹੀ ਗੱਲ ਆ ਹੁਣ ਸਾਡੇ ਜਿਸ ਦਿਨ ਇਹ ਇਹ ਗਿਆਨ ਦੀ ਦਾਤ ਜਿਹੜੀ ਆਰੰਭ ਹੋਈ ਆ ਜੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਉਹ ਇਸੇ ਗੱਲ ਤੋਂ ਹੋਈ ਸੀ ਕਿ ਇੱਕ ਦਿਨ ਬਾਣੀ ਪੜਦੇ ਹਾਂ ਹੁਣ ਪੜਦੇ ਪਹਿਲਾਂ ਵੀ ਸੀ ਲਗਭਗ 9-10 ਸਾਲ ਪਹਿਲਾਂ ਵੀ ਸੋ ਦਰ ਦਾ ਪਾਠ ਕੀਤਾ ਪਰ ਜਿਸ ਦਿਨ ਪੜਿਆ ਨਾ ਜਨਮ ਬ੍ਰਥਾ ਜਾਤ ਰੰਗ ਮਾਇਆ ਕ ਹੂੰ ਉਦੋਂ ਬੜੀ ਹੈਰਾਨੀ ਹੋਈ ਵੀ ਮਾਇਆ ਦੇ ਰੰਗ ਚ ਵਿਰਥਾ ਜਾ ਰਿਹਾ ਜਨਮ ਇਹੀ ਖੱਟਿਆ ਹੀ ਕੁਛ ਨਹੀਂ ਹੁੰਦਾ ਸਹੀ ਗੱਲ ਸਹੀ ਗੱਲ ਤੇ ਉਦੋਂ ਫਿਰ ਬੈਰਾਗ ਪੈਦਾ ਹੋਇਆ ਸ਼ਾਇਰੀ ਜਾਂ ਕਵਿਤਾ ਗਈ ਉਦੋਂ ਪਾਤਸ਼ਾਹ ਜੀ ਨੇ ਬਖਸ਼ੀ ਕਿਉਂਕਿ ਫਿਰ ਉਹਦੇ ਅੰਦਰ ਹੀ ਆਉਂਦੀ ਜਿਹਦਾ ਬੈਰਾਗੀ ਦਿਲ ਹੋਵੇ ਹਨ ਤੇ ਉਦੋਂ ਫਿਰ ਇਹ ਬਖਸ਼ਿਸ਼ ਦਾਤ ਪ੍ਰਾਪਤ ਹੋਈ ਤੋ ਇੱਕ ਸ਼ਬਦ ਜਿਹੜਾ ਉਦੋਂ ਮਾਰ ਕਰਦਾ ਆ ਤੋ ਬਾਣੀ ਪੜੀ ਜਾਈਏ ਇਹ ਪਤਾ ਨਹੀਂ ਕਿਹੜੇ ਵੇਲੇ ਕਦੋਂ ਬਖਸ਼ਿਸ਼ ਹੋ ਜਾਣੀ ਪੜੀ ਜਾਈਏ ਆਪਣਾ ਅਭਿਆਸ ਖਰੀ ਜਾਈਏ ਬਾਣੀ ਪੜਨ ਤੋਂ ਮੈਨੂੰ ਸਵਾਲ ਇੱਕ ਯਾਦ ਆਇਆ ਹੋਰ ਕਿਸ ਨੇ ਸਵਾਲ ਕੀਤਾ ਸੀ ਕਿ ਗੁੱਸਾ ਬਹੁਤ ਜ਼ਿਆਦਾ ਆਉਂਦਾ ਕਈ ਵਾਰ ਠੀਕ ਹੈ ਕੋਈ ਇਦਾਂ ਦੀ ਕੋਈ ਬਾਣੀ ਕੋਈ ਸਪੈਸ਼ਲ ਬਾਣੀ ਹੈ ਜਿਹਨੂੰ ਆਪਾਂ ਪੜ ਕੇ ਆਪਣੇ ਗੁੱਸੇ ਤੇ ਕਾਬੂ ਕਰ ਸਕਦੇ ਜਾਂ ਇੱਕ ਵੀਰ ਦਾ ਸਵਾਲ ਸੀ ਮੈਨੂੰ ਕਿ ਮੇਰੇ ਤੇ ਕੰਮ ਬਹੁਤ ਭਾਰੂ ਆ ਠੀਕ ਹੈ ਹਰ ਹਰ ਸਮੇਂ ਦਿਮਾਗ ਚ ਕੰਮ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕੰਮ ਚੱਲਦਾ ਰਹਿੰਦਾ ਠੀਕ ਹੈ ਮੈਂ ਆਪਣੇ ਕੰਮ ਨੂੰ ਕਾਬੂ ਨਹੀਂ ਕਰ ਪਾ ਰਿਹਾ ਠੀਕ ਹੈ ਕੋਈ ਮੈਨੂੰ ਕੋਈ ਤੁੱਕ ਕੋਈ ਬਾਣੀ ਕੋਈ ਪੰਕਤੀ ਦੱਸੋ ਜਿੱਦੇ ਨਾਲ ਇੱਕ ਵੀਰ ਕਹਿੰਦਾ ਮੈਂ ਜਿਤਨਾ ਆਪਣੇ ਗੁੱਸੇ ਨੂੰ ਕਾਬੂ ਪਾ ਲਾ ਕਹਿੰਦਾ ਇਸੇ ਟਾਈਮ ਮੈਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਨਾ ਵੀ ਜੀ ਕਰਦਾ ਮੇਰੇ ਸਾਹਮਣੇ ਬੰਦਾ ਹੋਵੇ ਤਾਂ ਮੈਂ ਪਾੜ ਕੇ ਰੱਖ ਦਾਂ ਨਿੱਕੀ ਨਿੱਕੀ ਗੱਲ ਤੇ ਮੈਂ ਖਿੱਚ ਜਾਂਦਾ ਉਹ ਬੜਾ ਲੰਬਾ ਚੌੜਾ ਡਿਟੇਲ ਚ ਮੈਸੇਜ ਕੀਤਾ ਸੀ ਇਹਨੇ ਮੈਨੂੰ ਮੈਂ ਨਿੱਕੀ ਨਿੱਕੀ ਗੱਲ ਤੇ ਮੈਂ ਖਿੱਚਦਾ ਆ ਇਦਾਂ ਦੂਜਾ ਵੀਰ ਕਹਿੰਦਾ ਮੇਰੇ ਤੇ ਕੰਮ ਬਹੁਤ ਜ਼ਿਆਦਾ ਪਾਰੂ ਹਰ ਟਾਈਮ ਬੜੀ ਕੋਸ਼ਿਸ਼ ਵੀ ਕਰਦਾ ਇਹਨੂੰ ਟਾਲਣ ਦੀ ਪਰ ਇਹ ਪਾਰੂ ਆ ਮੇਰੇ ਤੇ ਕੋਈ ਹੈ ਵਿਸ਼ੇਸ਼ ਬਾਣੀ ਕੋਈ ਪੰਕਤੀ ਕੋਈ ਇਦਾਂ ਦੀ ਜਿਨ੍ਹਾਂ ਨੂੰ ਪੜ ਕੇ ਆਪਾਂ ਕੁਝ ਕੰਟਰੋਲ ਕਰ ਸਕਦੇ ਹਾਂ ਉਂਝ ਤੇ ਬਾਣੀ ਜਿੱਥੋਂ ਮਰਜੀ ਤੇ ਜਿਵੇਂ ਮਰਜੀ ਪੜ ਲਈਏ ਤੇ ਉਹ ਪ੍ਰਭਾਵ ਪਾਉਂਦੀ ਆ ਅਸਰ ਕਰਦੀ ਆ ਔਰ ਸਾਰੀ ਬਾਣੀ ਸਾਨੂੰ ਨਿਮਰਤਾ ਹੀ ਬਖਸ਼ ਰਹੀ ਆ ਹੂੰ ਜਿਵੇਂ ਮੈਂ ਬੇਨਤੀ ਕੀਤੀ ਪਹਿਲਾਂ ਵੀ ਵੀ ਦਸਮ ਦੀ ਬਾਣੀ ਪੜੀਏ ਤੇ ਉਹ ਸਾਨੂੰ ਚੜ੍ਹਦੀ ਕਲਾ ਬਖਸ਼ਦੀ ਔਰ ਔਰ ਪੰਥ ਦੇ ਵਿੱਚ ਜਦੋਂ ਸੰਥਿਆ ਦਿੱਤੀ ਜਾਂਦੀ ਸੀ ਨਾ ਉਹਨੂੰ ਦਸਮ ਦੀ ਬਾਣੀ ਉਦੋਂ ਤੱਕ ਨਹੀਂ ਪੜਾਈ ਜਾਂਦੀ ਸੀ ਵੀ ਜਦੋਂ ਤੱਕ ਉਹ ਨਿਮਰਤਾ ਭਾਵ ਜਨਾਜੇ ਹੂੰ ਕਿਉਂਕਿ ਉਹ ਪੜ੍ਹ ਕੇ ਤੇ ਫਿਰ ਕਲੇਸ਼ ਹੀ ਕਰੂਗਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਹੁਣ ਕਈ ਇਦਾਂ ਦੇ ਨੇ ਜਿਨ੍ਹਾਂ ਨੇ ਜਪਜੀ ਸਾਹਿਬ ਨਹੀਂ ਪੜਿਆ ਪਰ ਉਹ ਚੰਡੀ ਦੀ ਵਾਰ ਕਹਿੰਦੇ ਆਂ ਜੀ ਪੰਜ ਪਾੜ ਕਰ ਲੈਨੇ ਆ। ਉਹ ਸੱਤ ਕਰਕੇ ਜਾਣਿਓ ਬੜਾ ਨੁਕਸਾਨ ਕਰੂਗੀ ਜੀਵਨ ਦੇ ਵਿੱਚ। ਇਹ ਇਦਾਂ ਸਮਝ ਲਈਏ ਵੀ ਜਿਵੇਂ ਜਿਵੇਂ ਦਵਾਈ ਆ ਨਾ ਤੇ ਜਿਵੇਂ ਦਵਾਈ ਆ ਕਿ ਵੀ ਗਰਮ ਪਾਣੀ ਦੇ ਨਾਲ ਖਾਣੀ ਆ ਜਾਂ ਠੰਡੇ ਪਾਣੀ ਦੇ ਨਾਲ ਜਾਂ ਜਿੱਦਾਂ ਵੀ ਆ ਉਹ ਉਹ ਜੇ ਕਈ ਵਾਰੀ ਰਿਐਕਸ਼ਨ ਕਰ ਜਾਂਦੀ। ਇਹ ਉਹ ਚੀਜ਼ ਹੁੰਦੀ ਜੇ ਸੱਤ ਕਰਕੇ ਜਾਣੋ ਕਿ ਯਾਰੀ ਬਾਣੀ ਵੀ ਇਦਾਂ ਕਰਦੀ ਆ। ਬਾਣੀ ਵੀ ਨੁਕਸਾਨ ਕਰ ਸਕਦੀ ਆ। ਹਾਂ ਨੁਕਸਾਨ ਕਰ ਸਕਦੀ ਆ। ਕਿਉਂਕਿ ਬਾਣੀ ਨੇ ਹੁਣ ਜੇ ਬੰਦਾ ਚੰਡੀ ਦੀ ਵਾਰ ਪੜ੍ਹੇਗਾ ਉਹਦੇ ਅੰਦਰ ਨਿਮਰਤਾ ਥੋੜੀ ਹੋਣੀ ਜੇ ਨਾਲ ਜਪਜੀ ਸਾਹਿਬ ਦਾ ਪਹਿਰਾ ਨਹੀਂ ਜੇ ਉਹਦਾ ਨਿਤਨੇਮ ਨਹੀਂ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਉਹ ਚੰਡੀ ਦੀ ਵਾਰ ਦਾ ਪਾਠ ਕਵੇ ਮੈਂ ਦਿਨ ਚ 50 ਪਾਠ ਕਰ ਲੈਣਾ ਤਾਂ ਉਹ ਫਿਰ ਕਰੋਧੀ ਹੋ ਕੇ ਫਿਰੂਗਾ ਸੰਸਾਰ ਦੇ ਅੰਦਰ ਹਰੇਕ ਬਾਣੀ ਦਾ ਆਪਣਾ ਪ੍ਰਭਾਵ ਆ ਹੈ ਪ੍ਰਭਾਵ ਕਿਉਂਕਿ ਉਹ ਸਾਡੇ ਮਨ ਤੇ ਅਸਰ ਕਰ ਰਹੀ ਆ ਮਨ ਤੇ ਅਸਰ ਕਰਨਾਂ ਲਫ਼ਜ਼ਾਂ ਨੇ ਹੁਣ ਜਿਹੜੇ ਲਫ਼ਜ਼ਾਂ ਦੇ ਵਿੱਚ ਜਿਵੇਂ ਬੇਨਤੀ ਚ ਆ ਪਈ ਆ ਉਹਦੇ ਵਿੱਚ ਬੇਨਤੀ ਕੀਤੀ ਤੇ ਸੁਭਾਵਿਕ ਜੀ ਗੱਲ ਜਦੋਂ ਬੇਨਤੀ ਹੋਏ ਤੇ ਨਿਮਰਤਾ ਆਉਗੀ ਨਿਮਰਤਾ ਆਉਗੀ ਸਹੀ ਆ ਉਹ ਇਸ ਕਰਕੇ ਉਦਾਂ ਦਾ ਭਾਵ ਹੈ ਬਾਣੀ ਦਾ ਤੇ ਉਦਾਂ ਦੇ ਭਾਵ ਵਾਸਤੇ ਉਦਾਂ ਦੀ ਬਾਣੀ ਜਿਵੇਂ ਰੱਖਿਆ ਦੇ ਸ਼ਬਦ ਪੜੇ ਜਾਣ ਪਰ ਬਾਣੀ ਸਾਰੀ ਵੀ ਅਸਰ ਕਰਦੀ ਹੈ ਜਿਵੇਂ ਮਰਜੀ ਪੜੀ ਜਾਈਏ ਪਰ ਕੁਝ ਇਦਾਂ ਵੀ ਹੁੰਦਾ ਕਈ ਵਾਰੀ ਵੀ ਜਿਵੇਂ ਬਾਣੀ ਦਾ ਆਪਣਾ ਪ੍ਰਭਾਵ ਆ ਚੌਪਈ ਸਾਹਿਬ ਦਾ ਆਪਣਾ ਪ੍ਰਭਾਵ ਆ ਉਤ ਜਿੱਦਾਂ ਦੀ ਬਿਰਤੀ ਬਣਦੀ ਆ ਆਨੰਦ ਸਾਹਿਬ ਦਾ ਆਪਣਾ ਪ੍ਰਭਾਵ ਆ ਕਿਸੇ ਕਰਕੇ ਸਾਨੂੰ ਸਤਿਗੁਰਾਂ ਨੇ ਜਿਵੇਂ ਮੈਂ ਆਖਿਆ ਵੀ ਬੇਨਤੀ ਆ ਆਨੰਦ ਜਿਹੜਾ ਨਾ ਉਹ ਜੀਵਨ ਦਾ ਮੂਲ ਉਦੇਸ਼ ਆ ਤਾਂ ਹੀ ਕਰਕੇ ਸਤਿਗੁਰਾਂ ਨੇ ਸਾਨੂੰ ਆਖਿਆ ਵੀ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਚ ਪੜੋ ਹਾਂਜੀ ਫਿਰ ਦਿਮਾਨ ਦੀ ਸਮਾਪਤੀ ਹੋਣ ਲੱਗੇ ਕੜਾਹ ਪ੍ਰਸ਼ਾਦ ਬਣਾਇਆ ਫਿਰ ਪੜੋ ਪੜੋ ਤੇ ਫਿਰ ਜੇ ਆਨੰਦ ਗਾਰਜ ਹੋਇਆ ਫਿਰ ਪੜੋ ਜੇ ਕੋਈ ਅਰਦਾਸ ਬੇਨਤੀ ਕੀਤੀ ਆ ਕੜਾਹ ਪ੍ਰਸ਼ਾਦ ਦੀ ਦੇਖ ਸਜਾਈ ਤਾਂ ਵੀ ਕਰੋ ਤੇ ਫਿਰ ਉਸ ਤੋਂ ਬਾਅਦ ਜੇ ਕੋਈ ਅੰਤਮ ਅਰਦਾਸ ਆ ਫਿਰ ਵੀ ਕਰੋ ਕੋਈ ਚੜ੍ਹਾਈ ਕਰ ਗਿਆ ਲਾਹਣੀਆਂ ਦੇ ਬਾੜ ਤੋਂ ਬਾਅਦ ਵੀ ਕਰੋ ਬਿਲਕੁਲ ਸੁਖ ਹੋਵੇ ਦੁਖ ਹੋਵੇ ਆਨੰਦ ਕਰੋ ਬਿਲਕੁਲ ਆਨੰਦ ਦੇ ਵਿੱਚ ਰਹੋ ਬਿਲਕੁਲ ਜੀ ਬਿਲਕੁਲ ਉਸ ਬਾਣੀ ਦਾ ਆਪਣਾ ਪ੍ਰਭਾਵ ਹੈ ਜਿੰਨਾ ਆਨੰਦ ਸਾਹਿਬ ਨੂੰ ਪੜੀ ਉਹਨਾਂ ਆਨੰਦ ਦੇ ਵਿੱਚ ਰਹੀਦਾ ਹੂੰ ਉਹ ਸ਼ਬਦ ਉਦਾਂ ਦੇ ਲਿਖੇ ਨੇ ਬਾਦਸ਼ਾਹ ਜੀ ਨੇ ਨਹੀਂ ਤਾਂ ਸਾਰੀ ਬਾਣੀ ਇੱਕੋ ਜਿਹੀ ਉਚਾਰਨ ਕਰ ਦਿੰਦੇ ਤਾਂ ਇਸ ਕਰਕੇ ਸਾਧਗੁਰੂ ਨੇ ਸ਼ਬਦ ਵੱਖੋ ਵੱਖ ਭਾਂਤ ਭਾਂਤ ਦੇ ਸ਼ਬਦ ਉਚਾਰੇ ਨੇ ਵੀ ਜਿੱਦਾਂ ਦੀ ਲੋੜ ਆ ਉਦਾਂ ਦੇ ਸ਼ਬਦ ਉਚਾਰਨ ਕੀਤੇ ਨੇ ਜਿੱਦਾਂ ਦੀ ਮਨ ਦੀ ਭਾਵਨਾ ਉਹਨੂੰ ਸਮਝਾਉਣ ਵਾਸਤੇ ਕਿਉਂਕਿ ਜਿੱਦਾਂ ਦੀ ਮੰਨ ਦੀ ਭਾਵਨਾ ਸਿੱਖ ਦਾ ਸਵਾਲ ਵੀ ਉਦਾਂ ਦਾ ਹੋਊਗਾ ਹਾਂਜੀ ਬਿਲਕੁਲ ਤੇ ਜਿੱਦਾਂ ਦਾ ਸਵਾਲ ਆ ਸਤਿਗੁਰਾਂ ਨੇ ਜਵਾਬ ਵੀ ਉਦਾਂ ਦਾ ਦੇਣਾ ਹੁਣ ਸੱਜਣ ਸੀ ਜਿਹੜਾ ਉਹ ਮਾਫ਼ ਕਰਨਾ ਆਪਾਂ ਸਾਰੇ ਕਹਿੰਨੇ ਤੇ ਠਾਗਿਆ ਪਰ ਠੱਗ ਤੇ ਅਸਲ 'ਚ ਮੈਂ ਆ ਕਿ ਸਤਿਗੁਰਾਂ ਦੀ ਬਾਣੀ ਰੋਜ਼ ਪੜ੍ਹ ਰਹੇ ਆਂ ਅਸੀਂ ਕਿੰਨੇ ਇੱਕ ਬਦਲ ਗਏ ਬਿਲਕੁਲ ਉਹਦੇ ਇੱਕੋ ਸ਼ਬਦ ਨਾਲ ਬਦਲ ਗਿਆ ਉਹ ਕਿਵੇਂ ਠੱਗ ਹੋ ਗਿਆ ਸਹੀ ਗੱਲ ਆ ਠੱਗ ਤੇ ਮੈਂ ਆ ਮੈਨੂੰ ਇੰਨੇ ਸਾਲ ਹੋ ਗਏ ਪੜ੍ਹਦੇ ਨੂੰ 25 26 ਸਾਲ ਤੇ ਮੈਂ ਅਜੇ ਨਹੀਂ ਬਦਲੇ ਅਜੇ ਵੀ ਠੱਗੀਆਂ ਕਰਦਾ ਤੇ ਉਹ ਤੇ ਇੱਕੋ ਸ਼ਬਦ ਨਾਲ ਬਦਲ ਗਿਆ ਔਰ ਇੰਨਾ ਕ ਬਦਲ ਗਿਆ ਵੀ ਪੰਥ ਦਾ ਪ੍ਰਚਾਰਕ ਹੋ ਗਿਆ ਪ੍ਰਚਾਰਕ ਬਣ ਗਿਆ ਸਹੀ ਗੱਲ ਆ ਲੋਕਾਂ ਨੂੰ ਵੀ ਬਦਲਣ ਲੱਗ ਪਿਆ ਆਪਣੇ ਘਰ ਨੂੰ ਹੀ ਉਹਨੇ ਪ੍ਰਚਾਰ ਦਾ ਕੇਂਦਰ ਬਣਾ ਲਿਆ ਸੀ ਜਿੱਥੇ ਉਹਨੇ ਜਿੱਥੇ ਉਹਨੇ ਕਤਲਗਾਹ ਬਣਾਈ ਜਿੱਥੇ ਲੋਕਾਂ ਨੂੰ ਕਤਲ ਕਰਕੇ ਖੂਹ ਚ ਸੁੱਟਦਾ ਉੱਥੇ ਹੀ ਉਹਨੇ ਉਹ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ ਉੱਥੇ ਹੀ ਲੋਕਾਂ ਨੂੰ ਪ੍ਰਸ਼ਾਦਾ ਭੋਜਨ ਸਿਖਾਉਂਦਾ ਔਰ ਬੜੇ ਪ੍ਰੇਮ ਦੇ ਨਾਲ ਬਦਲ ਗਿਆ ਸਾਰੇ ਦਾ ਸਾਰ ਹਮ ਹੁਣ ਸਤਗੁਰਾਂ ਨੇ ਬਜਨੀ ਉਦਾਂ ਦਾ ਉਚਾਰਨ ਕੀਤਾ ਸਤਗੁਰਾਂ ਨੇ ਆਖਿਆ ਉੱਜਲ ਕਿਹਾ ਚਿਲਕਣਾ ਘੋਟ ਮਕਾਲੜੀ ਮਾਸ ਥੋਤਿਆਂ ਜੂਠਣਾ ਉਤਰੇ ਜੇ ਸ ਵੀ ਭਾਈ ਠੀਕ ਹੈ ਬਾਹਰੋਂ ਤੂੰ ਆ ਜਿੰਨੇ ਕਰਮ ਕਰਦਾ ਫਿਰਦਾ ਆ ਇਹਦੇ ਨਾਲ ਅੰਦਰ ਨਹੀਂ ਧੋਤ ਆ ਜਾਣ। ਜੇ ਤੂੰ ਗਵੇਂ ਮੈਂ ਬਾਹਰੋਂ ਪੋਣ ਕਰਕੇ ਤੇ ਅੰਦਰ ਤੋਂ ਲਵਾਂਗਾ ਅੰਦਰ ਸਾਫ ਹੋ ਜਾਊਗਾ ਇਹਦੇ ਨਾਲ ਨਹੀਂ ਸਾਫ ਹੋਣਾ। ਤੋ ਇਸ ਕਰਕੇ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਣ ਤੇਰੇ ਚੰਗੇ ਕਰਮ ਨੇ ਜਿਹੜੇ ਤੇਰੇ ਸੱਜਣ ਨੇ ਉਹ ਤੇਰੇ ਨਾਲ ਜਾਣਗੇ। ਸਤਿਗੁਰਾਂ ਨੇ ਉਦਾਂ ਦਾ ਸ਼ਬਦ ਚਾਰਨ ਕੀਤਾ ਨਾ ਉਹ ਇਸੇ ਕਰਕੇ ਆਪਾਂ ਜਦੋਂ ਸਤਿਗੁਰਾਂ ਨੂੰ ਪੁੱਛੀਏ ਵੀ ਬਾਦਸ਼ਾਹ ਜੀ ਵੈਸੇ ਮੈਂ ਬੇਨਤੀ ਕਰਾਂ ਵੀ ਸਾਡੇ ਕੋਲ ਪੁੱਛਣ ਦੇ ਨਾਲੋਂ ਇਹ ਸਵਾਲ ਨਾ ਜਦੋਂ ਕਿਸੇ ਨੂੰ ਇਹ ਕਾਰਜ ਹੁੰਦਾ ਉਨੂੰ ਆਪਾਂ ਕਹਿ ਸਕਦੇ ਆ ਜੇ ਕੋਈ ਕਾਮੀ ਆ ਜਾਂ ਕਰੋਧੀ ਆ ਵਿਕਾਰ ਕਿਸੇ ਤੇ ਵੀ ਪ੍ਰਭਾਵ ਪਾ ਦਿੰਦੇ ਨੇ ਉਹਨੂੰ ਮਾੜਾ ਚੰਗਾ ਵੇਖਣ ਦੀ ਬਿਰਤੀ ਨਹੀਂ ਜਿੱਦਾਂ ਦਾ ਹੈ ਉਹ ਵਿਕਾਰ ਪ੍ਰਭਾਵ ਪਾ ਹੀ ਦਿੰਦੇ ਨੇ ਹਰੇਕ ਤੇ ਹੂੰ ਜਿੱਦਾਂ ਦਾ ਵਿਕਾਰ ਆ ਤੁਸੀਂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰੋ ਜੋ ਹੁਕਮ ਨਾਮਾ ਸਾਹਿਬ ਆਵੇ ਉਹ ਸ਼ਬਦ ਉਚਾਰਨ ਕਰਨਾ ਸ਼ੁਰੂ ਕਰਦੇ ਹੋ ਜਪਨਾ ਸ਼ੁਰੂ ਕਰਦੇ ਹੋ ਤੇ ਸਤਿਗੁਰੂ ਆਪ ਹੀ ਸ਼ਬਦ ਆਪ ਹੀ ਜਵਾਬ ਦੇਣਗੇ ਉਸ ਗੱਲ ਬਿਲਕੁਲ ਬਿਲਕੁਲ ਹੋਈ ਆਪੇ ਜਵਾਬ ਦੇਣਗੇ ਆਪ ਹੁਕਮਨਾਮਾ ਸਾਹਿਬ ਬਖਸ਼ਣਗੇ ਜੋ ਹੁਕਮ ਆਵੇ ਉਹ ਸ਼ਬਦ ਨੂੰ ਜਪਣਾ ਸ਼ੁਰੂ ਕਰ ਦੇਣ ਤੇ ਜਿੰਨੂੰ ਮੇਰੇ ਵਰਗੇ ਨੂੰ ਹੁਕਮਨਾਮਾ ਸਾਹਿਬ ਨਹੀਂ ਲੈਣਾ ਆਉਂਦਾ ਹੋਗਾ ਸੁਣ ਲਵੇ ਬੇਨਤੀ ਕਰਕੇ ਤੇ ਗ੍ਰਾਂਤੀ ਸਿੰਘ ਨੂੰ ਕਹਵੇ ਤੁਸੀਂ ਪੜ੍ਹਦੇ ਹੋ ਹੁਕਮਨਾਮਾ ਸਾਹਿਬ ਤੇ ਪਾਤਸ਼ਾਹ ਨੇ ਬਖਸ਼ਣਾ ਬਿਲਕੁਲ ਬਿਲਕੁਲ ਮੁਕਤੇ ਸਾਡੇ ਵੱਖਰੇ ਵੱਖਰੇ ਹਾਂਜੀ ਹਾਂਜੀ ਇੱਥੇ ਹੈ ਬਚਨ ਦੇ ਪਾਤਸ਼ਾਹ ਦੇ ਵਰਤ ਰਹੀ ਆ ਪਾਤਸ਼ਾਹ ਜੀ ਮੈਂ ਥੋੜਾ ਜਾਂ ਹੋਰ ਵਿਸਥਾਰ ਚ ਜਾਨਣਾ ਚਾਹੁੰਗਾ ਜਦਾਂ ਮੰਨ ਲਓ ਚਲੋ ਮੈਂ ਆਪਣ ਮੈਨੂੰ ਬਹੁਤ ਗ੍ਰੋਧ ਆਉਂਦਾ ਪਿਆ ਹਣ ਜਿਵੇਂ ਮੈਂ ਆਪਜੀ ਦੇ ਬਚਨ ਸੁਣ ਲਿਆ ਕਿ ਜਾ ਕੇ ਹੁਕਮਨਾਮਾ ਸਭ ਲਿਆ ਜਾਵੇ ਗੁਰਦੁਆਰਾ ਸਾਹਿਬ ਜਾਊਂਗਾ ਉੱਥੇ ਜਾ ਕੇ ਉਹ ਇਹ ਸਾਰੀ ਗੱਲਬਾਤ ਮੈਨੂੰ ਭਾਈ ਸਾਹਿਬ ਨੂੰ ਦੱਸਣੀ ਪਊਗੀ ਕਿ ਭਾਈ ਸਾਹਿਬ ਮੇਰੇ ਆ ਵਕਾਰ ਆ ਮੇਰੇ ਨਹੀਂ ਨਹੀਂ ਫਿਰ ਮਤਲਬ ਉਹੀ ਨਾ ਮਰਿਆਦਾ ਕੀ ਹੋਊਗੀ ਮਤਲਬ ਤਰੀਕਾ ਕੀ ਹੋਊਗਾ ਆਪਣੇ ਮਨ ਦੇ ਨਾਲ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰੀਏ ਹਮ ਔਰ ਜਿਵੇਂ ਗੁਰੂ ਸਾਹਿਬ ਦੇ ਸਨਮੁਖ ਲੋਕੇ ਬੇਨਤੀ ਕੀਤੀ ਸਨਮੁਖ ਲੋਕੇ ਬੇਨਤੀ ਕੀਤੀ ਪਾਤਸ਼ਾਹ ਜੀ ਆਹ ਰੋ ਗਿਆ ਆਹ ਦੁੱਖ ਆ ਤੁਸੀਂ ਮੈਨੂੰ ਹੁਕਮ ਦੇ ਵਿੱਚ ਸ਼ਬਦ ਬਖਸ਼ ਜਿਦੇ ਨਾਲ ਮੇਰਾ ਕਰੋਧ ਖਤਮ ਹੋ ਜਾਵੇ ਜਿਦੇ ਨਾਲ ਮੇਰੀ ਵਾਸ਼ਨਾ ਦੇ ਠੱਲ ਪੈ ਜਾਵੇ ਮੈਂ ਵੈਸੇ ਇਹਨਾਂ ਵਕਾਰਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਵਕਾਰਾਂ ਕਰਕੇ ਸਾਡੀ ਹੋਂਦ ਆ ਇਹਨਾਂ ਦੇ ਕਾਬੂ ਪਾਇਆ ਜਾ ਸਕਦਾ ਜਿਵੇਂ ਪਾਤਸ਼ਾਹ ਜੀ ਕਹਿੰਦੇ ਆ 10 ਬਗਿਹੜੀ ਲਈ ਨਿਵਾਰ ਪੰਜ ਸ਼ੇਰ ਰਾਖੇ ਜਨਮਾਰ ਇਹ ਪੰਜਾਂ ਸ਼ੇਰਾਂ ਨੂੰ ਦੱਬ ਕੇ ਰੱਖਣਾ ਪੈਂਦਾ ਦੱਬ ਕੇ ਜ ਰੱਖਣਾ ਪੈਂਦਾ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜੇ ਕਾਮ ਵਾਸ਼ਨਾ ਹੈ ਨਿਰਮਲ ਰੂਪ ਚ ਹਾਂ ਜੇ ਹੈ ਤੇ ਚਾਰ ਪੁੱਤਰ ਪੈਦਾ ਹੋਵੇ ਬਿਲਕੁਲ ਨਹੀਂ ਚਾਹੀਦੀ ਉਹ ਜਗਤ ਦੇ ਜੇ ਚਲਾਉਣਾ ਚਲਾਉਣ ਅੱਗੇ ਤੇ ਬਿਲਕੁਲ ਚਾਹੀਦੀ ਆ ਜੇ ਕ੍ਰੋਧ ਹੈ ਵੀਰਾਸ ਦੇ ਰੂਪ ਚ ਤੇ ਸਤਿਗੁਰਾਂ ਦਾ ਕ੍ਰੋਧ ਇਦਾਂ ਦਾ ਵੀ ਕਲਮ ਦੇ ਨਾਲ ਹੀ ਮਾਰ ਦਿੱਤਾ ਔਰੰਗਜ਼ੇਬ ਔਰੰਗਜ਼ੇਬ ਮਾਰਿਆ ਸਹੀ ਗੱਲ ਉਹ ਸਾਰੇ ਰੂਪ ਜਿਹੜੇ ਨਿਰਮਲ ਹੋਣੇ ਚਾਹੀਦੇ ਹਾਂ ਸਹੀ ਤਾਂ ਨਹੀਂ ਕੀਤਾ ਜਾ ਸਕਦਾ ਨੂੰ ਚਾਹੀਦਾ ਕ੍ਰੋਧ ਵੀ ਕੱਲ ਨੂੰ ਕੋਈ ਚੜ ਕੇ ਆਊਗਾ ਜੋ ਹੋਊਗਾ ਕ੍ਰੋਧ ਤੇ ਬਿਲਕੁਲ ਤੇ ਇਹ ਬੇਨਤੀ ਕਰੇ ਵੀ ਸਤਿਗੁਰੂ ਜੀ ਇਹਨਾਂ ਤੇ ਕਾਬੂ ਪਾਉਣ ਦਾ ਬਲ ਤੇ ਉਹ ਬਲ ਜਿਹੜਾ ਬਖਸ਼ਣਾ ਆ ਉਹ ਬਾਦਸ਼ਾਹ ਜੀ ਨੂੰ ਭਾਵੇਂ ਬੇਨਤੀ ਕਰਿਓ ਵੀ ਸਤਗੁਰੂ ਜੀ ਕੋਈ ਸ਼ਬਦ ਬਖਸ਼ੋ ਜਿਹਦਾ ਮੈਂ ਉਚਾਰਨ ਕਰਦਾ ਰਵਾਂ ਤੇ ਸਤਗੁਰੂ ਫਿਰ ਸਾਰਿਆਂ ਦੀ ਸੁਣਦਾ ਆ ਜੂਰ ਕਹਿੰਦੇ ਆ ਧਾਨ ਸੁਤੀ ਫਿਰ ਸੱਤ ਜਾਗੰਤਾ ਅਸੀਂ ਜੀਵ ਇਸਤਰੀਆਂ ਸੁੱਤੀਆਂ ਹੋਈਆਂ ਗੁਰੂ ਤੇ ਹਮੇਸ਼ਾ ਜਾਗਦਾ ਆ ਉਹਦੇ ਜਦੋਂ ਆਪਾਂ ਸੋਖਾ ਸੰਗ ਕਰਕੇ ਵੀ ਪ੍ਰਕਾਸ਼ ਜਿਹੜਾ ਉਹ ਆਪਾਂ ਸੋਖਾ ਸੰਸਥਾਨ ਤੇ ਵੀ ਛੱਡ ਆਈਏ ਗੁਰੂ ਫਿਰ ਵੀ ਜਾਗਦਾ ਆ ਕਈ ਕਈ ਅਰਦਾਸ ਦੇ ਵਿੱਚ ਵੀ ਬਚਨ ਕਰ ਦਿੰਦੇ ਆ ਵੀ ਸਤਗੁਰੂ ਜੀ ਤੁਸੀਂ ਸੋਮੋ ਜਾ ਕੇ ਇੰਤਾਂ ਵੀ ਕਹਿ ਦਿੰਦੇ ਨੇ ਉਹ ਸਤਗੁਰੂ ਨਹੀਂ ਕਦੇ ਵੀ ਸੌਂਦਾ ਠੀਕ ਆ ਉਸ ਰੂਪੇ ਆ ਇੱਕ ਤੇ ਉਹਨਾਂ ਨੂੰ ਆਪਾਂ ਸੁਖ ਹਸਨ ਦੀ ਸੇਵਾ ਕਰ ਦਿੱਤੀ ਉਹ ਇੱਕ ਵੱਖਰੀ ਗੱਲ ਆ ਪਰ ਸਤਗੁਰੂ ਸਦਾ ਜਾਗਦਾ ਆ ਸਤਗੁਰੂ ਜਾਗਦਾ ਹੈ ਦੇਵ ਭੂਲੀ ਮਾਲਣੀ ਹੈ ਉਹ ਅਸੀਂ ਭੁੱਲੇ ਆ ਸਤਗੁਰੂ ਜਾਗਦਾ ਹੈ ਬੇਨਤੀ ਕਰੇ ਤੇ ਪਾਤਸ਼ਾਹ ਜੀ ਦੇ ਪਾਸੋਂ ਭਾਵੇਂ ਇਹ ਬੇਨਤੀ ਕਰ ਲਵੇ ਜੋ ਉਸ ਦਿਨ ਹੁਕਮਨਾਮਾ ਸਹਿਬ ਆਇਆ ਹੋਊਗਾ ਉਹ ਵੀ ਗੁਰੂ ਦਾ ਹੁਕਮ ਆ ਉਹ ਜੱਪਣਾ ਸ਼ੁਰੂ ਕਰ ਦੇਵੇ ਉਹ ਹੁਕਮ ਆਇਆ ਹੈ ਬਿਲਕੁਲ ਨਹੀਂ ਤੇ ਆਪਾਂ ਦੱਸ ਦਿੰਨੇ ਆ ਵੀ ਜਿਵੇਂ ਮਰਿਆਦਾ ਪੰਥ ਦੇ ਵਿੱਚ ਹੈ ਕਿ ਆਪਾਂ ਪਹਿਲਾਂ ਤਾਂ ਆਬਿਆ ਬੈਠ ਕੇ ਗੱਲ ਦੇ ਵਿੱਚ ਧੂਰੀਆ ਜ਼ਰੂਰੀ ਆ ਔਰ ਜਿਹੜੀ ਕਈ ਵਾਰੀ ਨਾ ਸਵਾਲ ਕੀਤਾ ਜਾਂਦਾ ਕੱਲ ਪਰਸੋ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਸਿਰ ਦੇ ਉੱਤੇ ਕੇਸ ਨਹੀਂ ਮੁਖ ਦੇ ਉੱਤੇ ਦਾੜਾ ਨਹੀਂ ਮਸ਼ਹਹਰਾ ਨਹੀਂ ਤੇ ਉਹ ਕਹਿੰਦਾ ਜੀ ਮੈਂ surjit singh ਆ ਹਾਂਜੀ ਤੇ ਵੀ ਗੁਰੂ ਦੇ ਨਾਂ ਨੂੰ ਲਾਜ ਨਾ ਲਾਈਏ ਜਾਂ ਤੇ ਕੱਲਾ surjit ਕਹਿਆ ਕਰੀਏ ਤੇ ਜਾਂ ਫਿਰ ਸਿੰਘ ਕਿਹੜੇ ਪਾਸੇ ਹੋਗੇ ਤੇ ਮੈਂ ਵੀਡੀਓ ਪਾਈ ਤੇ ਲੇ ਕਮੈਂਟ ਆਇਆ ਕੁਝ ਗੁਰਮਖਾਂ ਦਾ ਉਹ ਕਹਿੰਦੇ ਜੀ ਪੰਥ ਕੱਲਾ ਦਸਤਾਰਾਂ ਵਾਲਿਆਂ ਦਾ ਤੇ ਨਹੀਂ ਪੰਚ ਕੱਲਾ ਕੇਸਾ ਧਾਰੀਆਂ ਦਾ ਤੇ ਨਹੀਂ ਤੇ ਮੈਂ ਪੁੱਛਣਾ ਚਾਹੁੰਨਾ ਵੀ ਹੋਰ ਕੀ ਦਾ ਆ ਬੰਦ ਸਤਿਗੁਰਾਂ ਨੇ ਕਿਤੇ ਆਖਿਆ ਵੀ ਕੇਸਾ ਧਾਰੀਆਂ ਤੋਂ ਬਿਨਾ ਵੀ ਪੰਥਿਆ ਕੋਈ ਮੈਂ ਮੈਨੂੰ ਤੁਹਾਡੀ ਗੱਲ ਦੇ ਨਾਲ ਹੀ ਇੱਕ ਘਟਨਾ ਯਾਦ ਆ ਕਿ ਮੇਰੇ ਨਾਲ ਜੋ ਹੋਈ ਮੇਰਾ ਜਿਹੜਾ ਪਸ਼ੋਕੜ ਹੈ ਮਾਝ ਏਰੀਆ ਤੋਂ ਆ ਸਾਰਾ ਤਰਨਤਾਰਨ ਸਾਹ ਵਾਲੇ ਸਾਈਡ ਤੋਂ ਆਪਣਾ ਪਿੰਡ ਹੈ ਇੱਕ ਸੋ ਮੈਂ ਆਪਣੀ ਤਰਨਤਾਰਨ ਚ ਸਾਡੇ ਰਿਸ਼ਤੇਦਾਰ ਵੀ ਬਹੁਤ ਆ ਮੈਂ ਤਰਨਤਨ ਸਾਹਿਬ ਵਿਦਾਂ ਆਪਣੇ ਪਿੰਡ ਆ ਸਾਡਾ ਇੱਕ ਉਥੇ ਮੈਂ ਰਿਸ਼ਤਾਰੀ ਚ ਪਿੰਡ ਚ ਗਿਆ ਕਿਸੇ ਚ ਸ਼ਾਮ ਨੂੰ ਮਨ ਕੀਤਾ ਵੀ ਚਲੋ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕੀਤੇ ਆ ਜਾਨ ਗੁਰੂ ਸਾਹਿਬ ਦੇ ਹਣਾ ਹੁਣ ਜਦੋਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਨ ਗਿਆ ਤੇ ਮੈਂ ਦੇਖਦਾ ਆ ਇੱਕ ਜਿਹੜਾ ਉਸ ਸਮੇਂ ਸੇਵਾ ਕਰ ਰਿਹਾ ਸੀ ਗੁਰੂ ਸਾਹਿਬ ਦੀ ਹਣਾ ਭਾਈ ਸਾਹਿਬ ਜਿਹੜੇ ਸੇਵਾ ਕਰ ਰਹੇ ਸੀ ਦਾੜੀ ਕੱਟੀ ਸੀ ਸਿਰ ਤੋਂ ਵੀ ਉਹਨਾਂ ਦੇ ਕਟਿੰਗ ਸੀ ਪਰ ਚਲੋ ਉਹਨਾਂ ਨੇ ਕਿਉਂਕਿ ਸੇਵਾ ਕਰਨ ਹੋਣਾ ਤੇ ਸਿਰ ਤੇ ਪਰਨਾ ਲਵੇਟਿਆ ਸੀ ਪਰ ਪਤਾ ਲੱਗ ਹੀ ਜਾਂਦਾ ਕਿ ਬੰਦਾ ਕਟਿੰਗ ਆ ਮੋਨਾ ਆ ਸਿਰ ਤੋਂ ਹਣਾ ਦਾੜੀ ਕੱਟੀ ਸੀਗੀ ਸਿਰ ਤੋਂ ਮੁੰਨਾ ਸੀ ਪਰ ਨਾਲ ਲਵੇਟਿਆ ਸੀ ਪਰ ਸੇਵਾ ਕਰ ਰਿਆ ਸੀ ਗੁਰੂ ਸਾਹਿਬ ਦੀ ਹੁਣ ਉਸ ਟਾਈਮ ਨਾ ਮਨ ਚ ਬੜੀ ਦੁਬਧਾ ਆਈ ਕਿ ਇਸ ਬੰਦੇ ਨੂੰ ਜਾਂ ਤਾਂ ਮੈਂ ਰੋਕਾਂ ਕਿ ਭਾਈ ਪਹਿਲਾਂ ਤੇ ਤੂੰ ਆਪਣਾ ਸਰੂਪ ਚਾ ਫਿਰ ਸੇਵਾ ਕਰੀਂ ਠੀਕ ਆ ਫਿਰ ਦੂਜਾ ਮਨ ਕਹਿੰਦਾ ਕਿ ਕਿਉਂ ਭਾਈ ਉਹ ਸੇਵਾ ਕਰਨ ਨੂੰ ਸੇਵਾ ਕਰਨ ਤੇ ਇਹ ਤੂੰ ਤੋੜਨ ਦਾ ਕੰਮ ਕਰੇਂਗਾ ਜੇ ਉਹਨੂੰ ਰੋਕੇਂਗਾ ਤੇ ਹਾਂਜੀ ਇਹ ਮਨ ਚ ਦੁਬਿਧਾ ਸੀ ਉੱਥੇ ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ਮਤਲਬ ਇਹ ਇੱਕ ਸਵਾਲ ਬਣ ਗਿਆ ਮੇਰੇ ਵਾਸਤੇ ਇਹ ਵੀ ਸਮਝਣ ਵਾਲੀ ਗੱਲ ਆ ਜੇ ਤਾਂ ਹੁਣ ਪੰਜਾਬ ਦੇ ਵਿੱਚ ਜਿੱਥੇ ਅੰਮ੍ਰਿਤਧਾਰੀ ਕੇਸਾ ਧਾਰੀ ਦਾੜੇ ਮਸ਼ਹਰੇ ਵਾਲੇ ਜਿਨ੍ਹਾਂ ਰੋਮਾਂ ਦੀ ਬੇਦਬੀ ਨਹੀਂ ਕੀਤੀ ਉਹ ਸਿੱਖ ਸੁਭਾਏ ਮਾਨ ਨੇ ਅਵੇਲੇਬਲ ਨਹੀਂ ਤੇ ਫਿਰ ਨਹੀਂ ਕਰਨੀ ਚਾਹੀਦੀ। ਹੂੰ ਫਿਰ ਸੇਵਾ ਨਹੀਂ ਕਰਨੀ ਚਾਹੀਦੀ। ਹੁਣ ਕਈ ਥਾਵਾਂ ਤੇ ਇਦਾਂ ਵੀ ਹੈ ਜਿਵੇਂ ਮੈਂ ਗੱਲ ਦੀ ਜਿੱਥੋਂ ਅਰੰਭਤਾ ਕੀਤੀ ਸੀ ਕਿ ਜਿਵੇਂ ਉਸ ਵੀਰ ਨੇ ਕਮੈਂਟ ਕੀਤਾ ਵੀ ਪੰਥਕੱਲਾ ਤੁਹਾਡਾ ਤੇ ਨਹੀਂ ਦਸਤਾਰ ਵਾਲਿਆਂ ਦਾ ਜੱਬਾ ਬਾਕੀਆਂ ਦਾ ਵੀ ਹੈ। ਬਾਕੀਆਂ ਦਾ ਹੈ। ਪਰ ਬਾਕੀਆਂ ਨੂੰ ਅਜੇ ਉਹ ਅਵਸਥਾ ਨਹੀਂ ਪ੍ਰਾਪਤ ਹੋਈ ਜਿਵੇਂ ਆਪਾਂ ਪਹਿਲਾਂ ਵਜਨ ਕੀਤਾ ਨਾ ਵੀ 108 ਜਿਹੜਾ ਉਹ ਮਿਲਦਾ ਹੁੰਦਾ ਸੀ ਬਿਲਕੁਲ ਬਿਲਕੁਲ ਉਹ ਅਵਸਥਾ ਨਹੀਂ ਮਿਲੀ ਸੇਵਾ ਨਿਭਾਉਣ ਦੀ ਇਹ ਤਾਂ ਉਹ ਸਮਝ ਲਈਏ ਨਾ ਵੀ ਜਿਵੇਂ ਅਸੀਂ ਕਾਰ ਨਰਸਰੀ ਰਹੇ ਆ ਤੇ ਪੀ ਐਚ ਡੀ ਦੀ ਕਿਤਾਬ ਚੁੱਕੀ ਆ ਹੱਥ ਦੇ ਵਿੱਚ ਬਿਲਕੁਲ ਸਤਿਗੁਰਾਂ ਨੇ ਉਹ ਅਵਸਥਾ ਨਹੀਂ ਦਿੱਤੀ ਸਤਿ ਆ ਰਹਿਤ ਮਰਿਆਦਾ ਆਪ ਪੜਦੇ ਆ ਉਹਦੇ ਵਿੱਚ ਵੀ ਵਜਨ ਲਿਖਿਆ ਕਿ ਇੱਕ ਅਮਰਤ ਧਾਰੀ ਕੇਸਾ ਧਾਰੀ ਸਾਬਤ ਸੂਰਤ ਸਿੱਖ ਹੀ ਸੰਗਤ ਚ ਬਾਣੀ ਸੁਣਾ ਸਕਦਾ ਬਾਣੀ ਪੜ ਸਕਦਾ ਆ ਹੂੰ ਦੂਜਾ ਸੰਗਤ ਦੇ ਵਿੱਚ ਨਹੀਂ ਸੁਣਾ ਸਕਦਾ ਜੇ ਹੁਣ ਇਹ ਕਈ ਥਾਵਾਂ ਤੇ ਵਿਚਾਰਨਾ ਪੈਂਦਾ ਵੀ ਜੇ ਉਹਦੇ ਮਨ ਦਾ ਪ੍ਰੇਮ ਆ ਵੀ ਗੁਰੂ ਦੇ ਨਾਲ ਥਾ ਪ੍ਰੇਮ ਆ ਫਿਰ ਇਹ ਗੱਲਾਂ ਨਹੀਂ ਲਾਗੂ ਹੁੰਦੀਆਂ ਕਿਉਂਕਿ ਜਿੱਥੇ ਪ੍ਰੇਮ ਆਣਾ ਉੱਥੇ ਨੇਮ ਨਹੀਂ ਲਾਗੂ ਹੁੰਦਾ ਬਿਲਕੁਲ ਬਿਲਕੁਲ ਮੈਂ ਉਹ ਬੇਨਤੀ ਕਰਾਂਗਾ ਵੀ ਸਮੇਂ ਅਨੁਸਾਰ ਵਿਚਾਰਨ ਦੀ ਗੱਲ ਆ ਕਈ ਥਾਵਾਂ ਤੇ ਇਦਾਂ ਵੀ ਹੈ ਜਿੱਥੇ ਹੁਣ ਤਿੱਬਤ ਦੇ ਵਿੱਚ ਜਾਂ ਨੇਪਾਲ ਭਟਾਉਂ ਦੇ ਵਿੱਚ ਜਿੱਥੇ ਗੁਰੂ ਸਾਹਿਬ ਗਏ ਉਹਨਾਂ ਨੇ ਚਰਨ ਪਾਈ ਉੱਥੇ ਕਈ ਐਸੇ ਗੁਰੂ ਘਰ ਨੇ ਤੇ ਉੱਥੇ ਉਹ ਉਹ ਜਿਹੜੇ ਤਿੱਬਤੀਏ ਨੇ ਉਹ ਸੇਵਾ ਨਿਭਾਰੇ ਨੇ ਹੂੰ ਔਰ ਬੜੇ ਪ੍ਰੇਮ ਦੇ ਨਾਲ ਨਿਭਾਰੇ ਨੇ ਤਾਂ ਉੱਥੇ ਫਿਰ ਇਹ ਗੱਲ ਨਹੀਂ ਲਾਗੂ ਕੀਤੀ ਜਾ ਸਕਦੀ ਵੀ ਇੱਥੇ ਇੱਥੇ ਸੇਖ ਹੀ ਚਾਹੀਦਾ ਜਾਂ ਤੇ ਜਿੰਨੂੰ ਜ਼ਿਆਦਾ ਹੇਜ਼ ਹੈ ਉਹ ਆਪ ਹੀ ਲੱਗ ਜਾਵੇ ਹਾਂ ਬਿਲਕੁਲ ਬਿਲਕੁਲ ਉੱਥੇ ਇਹ ਗੱਲ ਨਹੀਂ ਲਾਗੂ ਕੀਤੀ ਜਾ ਸਕਦੀ ਸਮੇਂ ਅਨੁਸਾਰ ਇਹ ਵਿਚਾਰ ਕਰਨੀ ਚਾਹੀਦੀ ਹੈ ਸਮੇਂ ਅਨੁਸਾਰ ਤਾਂ ਉਹ ਜਦੋਂ ਵੀ ਸਾਨੂੰ ਬਾਕੀ ਦੂਜੀ ਗੱਲ ਇਹ ਆ ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ ਵੀ ਦੂਜੀ ਗੱਲ ਇਹ ਆ ਵੀ ਜਦੋਂ ਜਿਹੜਾ ਤੁਰਿਆ ਹੋਇਆ ਨਾ ਉਹ ਯਤਨ ਕਰੇ ਵੀ ਜਦੋਂ ਵੀ ਉਹਨੂੰ ਸਮਾਂ ਲੱਗਿਓ ਸਾਫ ਸੂਰਤ ਹੋਵੇ ਹੂੰ ਇਹ ਨਹੀਂ ਵੀ ਉਹ ਕਵੇ ਮੈਂ ਰਹਿਣਾ ਇਦਾਂ ਹੀ ਆ ਤੇ ਮੈਨੂੰ ਪੰਥ ਜੀ ਤੁਸੀਂ ਜਥੇਦਾਰੀ ਬਣਾ ਦਿਓ ਉਹ ਇਹ ਸੋਚੇ ਤੇ ਫਿਰ ਇਹ ਤਾਂ ਗਲਤ ਹੈ ਬਿਲਕੁਲ 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 ਇਹ ਨਾ ਨਾ ਸੋਚਿਆ ਆਪਣੇ ਮਨ ਦੇ ਵਿੱਚ ਹੁਣ ਮੈਂ ਜਿਹੜੀ ਆਪਾਂ ਜਿਹੜੀ ਵਿਚਾਰ ਕਰ ਰਹੀ ਸੀ ਕਿ ਜੇ ਕਿਸੇ ਦੇ ਅੰਦਰ ਕ੍ਰੋਧ ਆ ਹੁਣ ਉਹਨੇ ਬੇਨਤੀ ਕੀਤੀ ਜੇ ਤਾਂ ਆਪਾਂ ਸੰਗਤ ਦੇ ਵਿੱਚ ਨਹੀਂ ਸੁਣਾ ਸਕਦਾ ਜਿਹੜਾ ਸਿੱਖ ਨਹੀਂ ਜਾਂ ਅੰਮ੍ਰਿਤਧਾਰੀ ਨਹੀਂ ਆਪਣੇ ਵਾਸਤੇ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ ਸਕਦਾ ਉਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਪੜ ਸਕਦਾ ਹੈ ਤਾਂ ਹਰ ਕੋਈ ਗਲ ਦੇ ਵਿੱਚ ਝੂਰੀਆ ਪਾ ਕੇ ਤੇ ਸਤਿਗੁਰਾਂ ਦੀ ਤਾਬਿਆ ਬੈਠ ਕੇ ਤੇ ਮੰਗਲਾ ਚਰਨ ਪੜ ਕੇ ਜਿਹਨੂੰ ਨਹੀਂ ਆਉਂਦਾ ਕੱਲਾ ਉਹ ਮੂਲ ਮੰਤਰ ਪੜ ਕੇ ਤੇ ਸਤਿਗੁਰਾਂ ਦੇ ਜਿਹੜਾ ਰਮਾਲਾ ਸਾਹਿਬ ਆ ਉਹ ਉਪਰ ਚੁੱਕ ਕੇ ਤੇ ਜਿਹੜੇ ਅੰਗ ਤੇ ਜੋ ਵੀ ਸ਼ਬਦ ਸਤਿਗੁਰਾਂ ਦੀ ਬਖਸ਼ਿਸ਼ ਹੋਈ ਆ ਹੁਕਮਨਾਮਾ ਸਾਹਿਬ ਪੜੇ ਤੇ ਉਹ ਪੜ ਕੇ ਜੋ ਅਵਸਥਾ ਬਣੇ ਪ੍ਰੇਮ ਬਣੇ ਉਹ ਉਹਨੂੰ ਸਮਝੇ ਸਮਝਣ ਦਾ ਯਤਨ ਕਰੇ ਜੇ ਨਾ ਸਮਝ ਆਵੇ ਗੁਰੂ ਘਰ ਦੇ ਸਿੰਘ ਪਾਸੋਂ ਵਜੀਰ ਪਾਸੋਂ ਗਰੰਥੀ ਸਿੰਘ ਪਾਸੋਂ ਜਾਂ ਹੋਰ ਕਿਸੇ ਗੁਰਮੁਖ ਪਾਸੋਂ ਉਹ ਸਮਝੇ ਵੀ ਮੈਂ ਬੇਨਤੀ ਕੀਤੀ ਸੀ ਭਾਈ ਹੋਵੇ ਵਿਸ਼ਵਾਸ ਵਾਲਾ ਰੌਲਾ ਪਾਉਣ ਵਾਲਾ ਨਹੀਂ ਬਾਕੀਆਂ ਨੂੰ ਜਾ ਕੇ ਦੱਸੇ ਉਹ ਬੇਨਤੀ ਕਰੇ ਵੀ ਭਾਈ ਮੈਂ ਮੈਂ ਸਤਗੁਰਾਂ ਦੇ ਅੱਗੇ ਬੇਨਤੀ ਕੀਤੀ ਸੀ ਮੇਰੇ ਕਰੋਧ ਨੂੰ ਠੱਲ ਪਾਓ ਤੇ ਪਾਤਸ਼ਾਹ ਜੀ ਨੇ ਆ ਸ਼ਬਦ ਬਖਸ਼ਿਆ ਮੈਨੂੰ ਉਹਦੇ ਅਰਥ ਸਮਝਾ ਦਿਓ ਹੂੰ ਉਹ ਅਰਥ ਸਮਝ ਕੇ ਉਹਦਾ ਜਾਪ ਕਰੇ ਤੇ ਬਖਸ਼ਿਸ਼ ਹੁੰਦੀ ਆ ਹੁਕਮ ਦੀ ਖੇਡ ਆ ਸਾਰੀ ਹੁਕਮਨਾਮਾ ਸਾਹਿਬ ਨੂੰ ਅਸੀਂ ਪ੍ਰਤੱਖ ਮੰਨੀਏ ਸਮਝੀਏ ਸਹੀ ਜੋ ਹੁਕਮਨਾਮਾ ਸਾਹਿਬ ਬਖਸ਼ਿਆ ਨਾ ਮਹਾਰਾਜ ਨੇ ਇਹ ਸਾਡੀ ਅੱਜ ਸਿੱਖਾਂ ਦੀ ਇਹ ਖੇਡ ਬਣੀ ਹੋਈ ਆ ਜਿਵੇਂ ਮਹਾਤਮਾ ਬੁੱਧ ਦੇ ਨਾ ਦਰਬਾਰ ਸਜਾਇਆ ਸੀ ਤੇ ਆਪਣੇ ਅਨੁਯਾਈਆਂ ਨੂੰ ਸਿੱਖਿਆ ਦੇ ਰੇ ਸੀ ਹੂੰ ਤੇ ਉਹਨਾਂ अनेका ਪ੍ਰਕਾਰ ਦੀਆਂ ਗੱਲਾਂ ਜਿਹੜੀਆਂ ਉਸ ਸਮੇਂ ਉਹਨਾਂ ਦੇ ਧਰਮ ਦੀਆਂ ਸਟਾਂਗ ਮਾਰਗ ਦੀਆਂ ਉਹਨਾਂ ਦੱਸਣੀਆਂ ਤੇ ਰੋਜ਼ ਇਸ ਤਰ੍ਹਾਂ ਕਰਨਾ ਹਾਂ ਇੱਕ ਦਿਨ ਕੋਈ ਆਇਆ ਹੋਆ ਕਿ ਗਾਲਾਂ ਕੱਢਣ ਲੱਗ ਪਿਆ ਵੀ ਤੂੰ ਵੱਡਾ ਧਰਮੀ ਬਣਿਆ ਆ ਅੱਛਾ ਤੇ ਲੋਕਾਂ ਨੂੰ ਭਰਮਾਂ ਦੇ ਵਿੱਚ ਲਾ ਰਿਹਾ ਇਹਨਾਂ ਵੇਲੜਾਂ ਨੂੰ ਇੱਥੇ ਇਕੱਠਾ ਕਰ ਲੈਣਾ ਧਰਮੀਆਂ ਨੂੰ ਇਦਾਂ ਦੀਆਂ ਗੱਲਾਂ ਹੀ ਬਿਲਕੁਲ ਬਿਲਕੁਲ ਹਾਂਜੀ ਤੇ ਉਹ ਭੱਜ ਗਿਆ ਕਹਿ ਕੇ ਅੱਛਾ ਜਦੋਂ ਭੱਜ ਗਿਆ ਮਹੀਨੇ ਕੇ ਬਾਅਦ ਉਹ ਫੇਰ ਆਇਆ ਹਮ ਹੁਣ ਜਿਹੜੇ ਛੇਸ਼ ਮਹਾਤਮਾ ਬੁੱਧ ਦੇ ਅੱਗੇ ਬੈਠੇ ਸੀ ਨਾ ਉਹਨਾਂ ਨੇ ਫੜ ਲਿਆ ਉਹ ਫੜ ਕੇ ਮਹਾਤਮਾ ਬੁੱਧ ਦੇ ਕੋਲ ਲੈ ਕੇ ਗਏ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਜੀ ਇਹਨੂੰ ਅਸੀਂ ਫੜ ਕੇ ਲਿਆਏ ਆ ਕਹਿੰਦੇ ਕਿਨੂੰ ਭਾਈ ਇਹ ਕੌਣ ਆ ਕਹਿੰਦੇ ਜੀ ਇਹ ਮਹੀਨੇ ਪਹਿਲਾਂ ਆਇਆ ਸੀ ਤੁਹਾਨੂੰ ਗਾਲਾਂ ਕੱਢ ਕੇ ਗਿਆ ਸੀ ਵੀ ਤੁਸੀਂ ਇੱਥੇ ਧਰਮ ਦਾ ਕਾਰਜ ਕਰ ਰਹੇ ਹੋ ਇਹ ਕਹਿੰਦਾ ਇਹ ਵੇਲੜਾ ਦਾ ਕੰਮ ਹੈ ਤੇ ਤੁਸੀਂ ਇਹ ਲੋਕਾਂ ਨੂੰ ਕੁਰਾਏ ਪਾ ਰਹੇ ਹੋ ਅੱਛਾ ਜੀ ਇਹ ਤੁਹਾਨੂੰ ਗਾਲਾਂ ਕੱਢ ਕੇ ਹੋਰ ਕਈ ਮੰਦੇ ਸ਼ਬਦ ਬੋਲ ਕੇ ਗਿਆ ਹੂੰ ਤੇ ਮਹਾਤਮਾ ਬੁੱਧ ਕਹਿੰਦੇ ਕਿਹੜੇ ਕਿਹੜੇ ਸ਼ਬਦ ਬੋਲੇ ਗਾਲਾਂ ਕੀ ਕੀ ਕੱਢੀਆਂ ਉਹਨਾਂ ਦੱਸਤਾ ਜੀ ਇਦਾਂ ਇਦਾਂ ਕਿਹਾ ਸੀ ਅੱਛਾ ਤੇ ਕਹਿੰਦੇ ਉਸ ਦਿਨ ਮੈਂ ਉਪਦੇਸ਼ ਕੀ ਕਰ ਰਿਹਾ ਸੀ ਹੂੰ ਚੁੱਪ ਕਰਕੇ ਓਏ ਹੋਏ ਆ ਖੇਡ ਵਰਤਰੀ ਸਿੱਖਾਂ ਦੇ ਵਿੱਚ ਸਹੀ ਹੈ ਸਹੀ ਗੱਲ ਹੈ ਸਾਨੂੰ ਇਹ ਪਤਾ ਵੀ ਕੀਰਤਰੀਆਂ ਨੇ ਗਲਤੀ ਕਿੱਥੇ ਕੀਤੀ ਕਥਾਵਾਚਕ ਸਿੰਘ ਨੇ ਅੱਜ ਆ ਮਜ਼ਾਕ ਕਰ ਦਿੱਤਾ ਜਾਂ ਹਾਸੇ ਵਾਲੀ ਗੱਲ ਕਰ ਦਿੱਤੀ ਉਹ ਸਾਨੂੰ ਪਤਾ ਆ ਅਸੀਂ ਕਹੀ ਇਹ ਵੀ ਬਾਦਸ਼ਾਹ ਜੀ ਦਾ ਅਜ ਹੁਕਮਨਾਮਾ ਸਾਹਿਬ ਕੀ ਆ ਹੁਕਮਨਾਮਾ ਸਾਹਿਬ ਕੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਜਦੋਂ ਗੁਰੂ ਬੋਲਦਾ ਦੂਜੀ ਗੱਲ ਇਹ ਆ ਇਹ ਵੀ ਸਮਝਣ ਦੀ ਗੱਲ ਆ ਵੀ ਜਦੋਂ ਗੁਰੂ ਬੋਲ ਰਿਹਾ ਹੋਵੇ ਨਾ ਹੁਕਮਨਾਮਾ ਸਾਹਿਬ ਕਈ ਨਾਲ-ਨਾਲ ਪੜਦੇ ਨੇ ਉਹ ਸੁਗਣੇ ਤੇ ਮੋਤੀ ਚਾਹੀਦੇ ਪਰ ਫੱਟੇ ਚੁੱਕ ਕੇ ਆ ਗਏ ਆ ਬਿਲਕੁਲ ਉਹ ਚੀਜ਼ ਆ ਇਹ ਨਾਲ ਬੋਲਣਾ ਨਹੀਂ ਚਾਹੀਦਾ ਕੁਝ ਵੀ ਜਦੋਂ ਸਤਗੁਰੂ ਕੰਮ ਕਰ ਰਿਹਾ ਜਦੋਂ ਦੀਨ ਦੁਨੀ ਦਾ ਪਾਸ਼ਾ ਹੁਕਮ ਕਰ ਰਿਹਾ ਤੇ ਫਿਰ ਇਹ ਅਵਸਥਾ ਨਹੀਂ ਹੋਣੀ ਚਾਹੀਦੀ ਵੀ ਅਸੀਂ ਆਪਣੀਆਂ ਗੱਲਾਂ ਕਰਨ ਲੱਗੇ ਹੋਏ ਆ ਕਲਗੀਧਰ ਪਾਤਸ਼ਾਹ ਨੇ ਆਖਿਆ ਹਰ ਜਸ ਸੁਣ ਤੇ ਜੋ ਬਾਤ ਚ ਲਾਵਾ ਕਹ ਹੈ ਗੋਬਿੰਦ ਸਿੰਘ ਉਹ ਜੰਪੂਰ ਜਾਵ ਜਿਹੜਾ ਹਰੀ ਦਾ ਜਾਸਸ ਸੁਣਦੇ ਆਪਣੀਆਂ ਗੱਲਾਂ ਚਲਾਊਗਾ ਨਾ ਵਿੱਚ ਉਹ ਜੰਮਪੁਰੀ ਨੂੰ ਜਾਊਗਾ ਸਹੀ ਆ ਇਹ ਪਾਰ ਉਤਾਰਾ ਤਾਂ ਹੋਣਾ ਜੀ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣੀਏ ਤਾਂ ਜੇ ਕਰੋਧ ਹੈ ਗੁਰੂ ਦੇ ਅੱਗੇ ਬੇਨਤੀ ਕਰੀਏ ਬੇਨਤੀ ਨਾਲ ਹੀ ਆ ਸਿੱਖਾਂ ਦੇ ਸਾਰੇ ਕਾਰਜ ਬਿਲਕੁਲ ਆਪਣੇ ਆਪ ਕੁਝ ਵੀ ਨਹੀਂ ਮੈਂ ਮੈਂ ਕਹਾਂ ਮੈਂ ਕੁਝ ਕਰ ਰਿਹਾ ਤੇ ਸਤਗੁਰੂ ਜੀ ਕਹਿੰਦੇ ਆ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹਾਂ ਹੋ ਕਰੀ ਨਾ ਹੋਈ ਹੋ ਹੀ ਨਹੀਂ ਸਕਦਾ ਮੇਰੇ ਤੋਂ ਕੁਝ ਫਿਰ ਸਤਿਗੁਰੂ ਜੀ ਕਹਿੰਦੇ ਆ ਵਦੀ ਸੋ ਬੱਜ ਗਨਾਨਕਾ ਸੱਚਾ ਵੇਖ ਐ ਸੋਏ ਸਬਣੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਹੋਣਾ ਉਹ ਹੀ ਆ ਸਾਰੇ ਛਾਲਾ ਮਾਰ ਕੇ ਵੇਖ ਲੈਣ ਦੁਨੀਆ ਦੇ ਲੋਕ ਹੋਣਾ ਉਹ ਹੀ ਆ ਜੋ ਨਹੀਂ ਕਰਨਾ ਬਿਲਕੁਲ ਬੇਨਤੀ ਕਰ ਸਕਦੇ ਹੋਈ ਸਕੀ ਉਹਦੀ ਮਰਜ਼ੀ ਤੇ ਬੈਣਾ ਜਿੱਦਾਂ ਕਹਿੰਦੇ ਨਾ ਪੱਤਾ ਨਹੀਂ ਹਿੱਲਦਾ ਨਹੀਂ ਹਿੱਲਦਾ ਬਸ ਉਹ ਹੀ ਉਹ ਹੀ ਚੀਜ਼ ਆ ਫਿਰ ਸੇਮ ਕੰਮ ਵਾਸਤੇ ਵੀ ਸੇਮ ਹੀ ਆ ਆਪਾਂ ਕਹਿ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਸਤਿਗੁਰਾਂ ਨੇ ਇਸੇ ਲਈ ਪੰਥ ਨੂੰ ਬੇਨਤੀ ਚੋਂ ਬਈ ਬਖਸ਼ੀ ਆ ਵੀ ਕੋਈ ਕਾਰਜ ਹੋਵੇ ਤੁਸੀਂ ਬੇਨਤੀ ਕਰੋ ਹਰੇਕ ਕਾਰਜ ਦੀ ਤੁਸੀਂ ਬੇਨਤੀ ਕਰੋ ਬੇਨਤੀ ਦੇ ਵਿੱਚ ਰਹੀਏ ਦੂਜੀ ਗੱਲ ਜਿਸ ਦਾ ਦਿੱਤਾ ਖਾਵਨਾ ਤੁਸੀਂ ਕਹੀ ਹੈ ਸਾਬਾਸ ਨਾਲੇ ਪਾਤਸ਼ਾਹ ਜੀ ਕਹਿੰਦੇ ਆ ਕਿ ਨਾਨਕ ਖਸਮ ਨਾਨਕ ਹੁਕਮ ਨਾ ਚੱਲੇ ਈ ਨਾਲ ਖਸਮ ਚੱਲੇ ਅਰਦਾਸ ਹੁਕਮ ਨਹੀਂ ਚੱਲਦਾ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਪੈਣੀ ਆ ਵੀ ਮੈਨੂੰ ਇਤੋਂ ਰਹਿਤ ਕਰ ਦਿਓ ਇਤੋਂ ਬਚਾ ਲਓ ਜੀਵਨ ਦਾ ਕੋਈ ਵੀ ਕਾਰਜ ਆ ਬੇਨਤੀ ਕਰੀਏ ਅਰਦਾਸ ਕਰੀਏ ਮੇਰੇ ਕੋਲ ਨਾ ਕਿਸੇ ਵੀਰ ਦਾ ਮੈਸੇਜ ਆਇਆ ਸੀ ਮੈਨੂੰ ਖੁਦ ਨਹੀਂ ਸਮਝ ਆਇਆ ਕਿ ਮੈਨੂੰ ਕੀ ਜਵਾਬ ਦੇਵਾਂ ਉਹਦਾ ਮੈਸੇਜ ਇਦਾਂ ਸੀ ਕਹਿੰਦਾ ਕਿ ਅਸੀਂ ਘਰ ਲਿਆ ਆ तकरीबन ਸਾਨੂੰ 5-6 ਸਾਲ ਹੋ ਗਏ ਇਸ ਘਰ ਦੇ ਵਿੱਚ ਰਹਿੰਦਿਆਂ ਨੂੰ ਤੇ ਸਾਨੂੰ ਕਿਸੇ ਨੇ ਕਹਿ ਦਿੱਤਾ ਕਿ ਜਿਹੜਾ ਤੁਹਾਡਾ ਘਰ ਆ ਨਾ ਇਹ ਕਿਸੇ ਦੀ ਜਗਾ ਆ ਕੋਈ ਕਿਸੇ ਰੂਹ ਦੀ ਕੋਈ ਆਤਮਾ ਕੁਝ ਹੋਊਗਾ ਆਈ ਡੋਨਟ ਨੋ ਕਿ ਕੀ ਲਿਆ ਆ ਘਰ ਆ ਜੀ ਇਹ ਜਗਾ ਸਹੀ ਨਹੀਂ ਆ ਤੇ ਕਹਿੰਦਾ ਜਾਂ ਸ਼ਾਇਦ ਉਹਨਾਂ ਨੂੰ ਵਹਿਮ ਪੈ ਗਿਆ ਉਹਦੋਂ ਸਾਨੂੰ ਕਹਿੰਦੇ ਹੁਣ ਸਾਡੇ ਘਰ ਚ ਮੁਸੀਬਤ ਬਣੀ ਹੀ ਰਹਿੰਦੀ ਆ ਕੋਈ ਨਾ ਕੋਈ ਕਦੀ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿ ਕੋਈ ਬਿਮਾਰ ਪੈ ਗਿਆ ਜਾਂ ਕਦੀ ਕਿਤੇ ਕੋਈ ਖਬਰ ਆ ਜਾਂਦੀ ਆ ਸਾਨੂੰ ਉਧਰ ਭੱਜ ਨਾ ਸਪੈ ਜਾਂਦੀ ਆ ਟਿਕਾਣ ਹੀ ਹੈਗਾ ਘਰ ਦੇ ਚ ਵਜਾ ਦੱਸਦਿਆ ਕਿ ਤੁਹਾਡੇ ਘਰ ਚ ਕਿਸੇ ਚੀਜ਼ ਦਾ ਪਹਿਰਾ ਆ ਜੀ ਕੋਈ ਜਗ੍ਹਾ ਦਾ ਹੈਗਾ ਆ ਕਹਿੰਦੇ ਇਹ ਛੁਟਕਾਰੇ ਵਾਸਤੇ ਕੀ ਕੀਤਾ ਆ ਸੁਖਨ ਸਿੰਘ ਸਾਹਿਬ ਵੀ ਕਰਾ ਕੇ ਦੇਖ ਲਿਆ ਅਕੰਠਪੜ ਸਾਹਿਬ ਵੀ ਕਰਾ ਕੇ ਦੇਖ ਲਿਆ ਪਰ ਸਾਡੀ ਮੁਸੀਬਤ ਦਾ ਹੱਲ ਨਹੀਂ ਹੋ ਰਿਹਾ ਸਾਨੂੰ ਹੁਣ ਉਹ ਜਿੰਨੇ ਕਿਤੇ ਦੱਸ ਪਾਈ ਆ ਕਹਿੰਦਾ ਜਨ ਸਾਨੂੰ ਕਹਿੰਦਾ ਵੀ ਜਗਾ ਹੀ ਛੱਡ ਦੋ ਇਹ ਵੇਚ ਦੋ ਇਹਨੂੰ ਵੇਚ ਕੇ ਕਿਤੇ ਹੋਰ ਨਿਕਲ ਜਦੋਂ ਭਲਾ ਰਹੂਗਾ ਤੁਹਾਡਾ ਕਹਿੰਦਾ ਪਰ ਸਾ ਹੱਥੀ ਤਿਆਰ ਕੀਤਾ ਸਾਡਾ ਮੋਹ ਪੈ ਗਿਆ ਬੜੇ ਚਿਰ ਤੋਂ ਰਹਿ ਰਹੇ ਆ ਇੱਥੇ ਛੱਡਣ ਨੂੰ ਜੀਵ ਨਹੀਂ ਕਰਦਾ ਤੇ ਕੋਈ ਭੂਤ ਪ੍ਰੇਤਾਂ ਦੀ ਹੋਂਦ ਬਾਰੇ ਮੰਨਦੇ ਆ ਆਪਾਂ ਮੰਨ ਸਕਦੇ ਸੀ ਕੀ ਹੁੰਦੀ ਐ ਜਾਂ ਕਿਦਾਂ ਸਾਨੂੰ ਵੀ ਬੜੇ ਅਨੇਕਾਂ ਸਵਾਲ ਸਾਨੂੰ ਵੀ ਐਸੇ ਆਉਂਦੇ ਆ ਤੇ ਕਿਉਂਕਿ ਧਰਮ ਦੇ ਮਾਰਗ ਤੇ ਦੋਵੇਂ ਗੱਲਾਂ ਦੇ ਸ਼ੱਕ ਜਿਹੜੇ ਆ ਸੰਸਾਰ ਦੇ ਅੰਦਰ ਹੁੰਦੇ ਆ ਵੇ ਜੇ ਸੰਸਾਰ ਦੇਖਦਾ ਹੈ ਤੇ ਅਣਦਿਸਦਾ ਵੀ ਬਹੁਤ ਆ ਔਰ ਧਰਮ ਦੀ ਖੇਡ ਹੀ ਸਾਰੀ ਅਣਦਿਸਦੇ ਨਾਲ ਜੁੜੀ ਹੋਈ ਆ ਆਪਣੇ ਵਾਲੇ ਤੋਂਲੇ ਵਰਤਦੀਆਂ ਚੀਜ਼ਾਂ ਆਪਣੇ ਵਾਲੀ ਦਿਵਾਲੀ ਜਿਹੜੀਆਂ ਸਾਰੀਆਂ ਖੇਡਾਂ ਵਰਤਦੀਆਂ ਆ ਜਿਵੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਨੇ ਕਿ ਜਿੰਨੀਆਂ ਅਸੀਂ ਦੇਖਦੀਆਂ ਦੇਹਾ ਬੈਠੇ ਆ ਨਾ ਇਸ ਤੋਂ ਜ਼ਿਆਦਾ ਇੱਥੇ ਰੂਹਾਂ ਨੇ ਸਮਸਤ ਸੰਸਾਰ ਦੇ ਵਿੱਚ ਮਤਲਬ ਭੂਤ ਪ੍ਰੇਤਤੀ ਹੋਂਦ ਨੂੰ ਮੰਨਦੀ ਆ ਬਣੀ ਬਿਲਕੁਲ ਬਿਲਕੁਲ ਹਜ਼ੂਰ ਨੇ ਇਥੋਂ ਤੱਕ ਬਚਨ ਕੀਤਾ ਪਾਤਸ਼ਾਹ ਜੀ ਕਹਿੰਦੇ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ ਹੂੰ ਤੇ ਕਈ ਇਹਦੇ ਅਰਥ ਕਰਦੇ ਆ ਕਹਿੰਦੇ ਆ ਵੀ ਇਹ ਨਹੀਂ ਜੀ ਮੰਨਦੇ ਭੂਤ ਦੀ ਗੱਲ ਆ ਸਤਿਗੁਰਾਂ ਨੇ ਇੰਨੇ ਲਫ਼ਜ਼ ਬਖਸ਼ੇ ਨੇ ਵਰਤੇ ਨੇ ਭੂਤ ਪ੍ਰੇਤ ਸ਼ੁਕਰ ਮਿਰਗਾਚ ਹੁਣ ਮਰਦੇ ਵਿੱਚ ਜੇ ਕਲੇਸ਼ ਆ ਜਾਂ ਵਿਕਾਰ ਆ ਤੇ ਬੰਦਾ ਭੂਤ ਆ ਇਹਨੇ ਵੱਖਰੇ ਵੱਖਰੇ ਲਫ਼ਜ਼ ਵਰਤਣ ਦੀ ਕੀ ਲੋੜ ਐ ਹੂੰ ਤੋ ਇਹ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਇਸੇ ਕਰਕੇ ਬਾਦਸ਼ਾਹ ਜੀ ਨੇ ਵੱਖਰੇ ਵੱਖਰੇ ਲਫ਼ਜ਼ ਵਰਤੇ ਨੇ ਭੂਤ ਪ੍ਰੇਤ ਸੂਕਰ ਮਿਰਗਾ ਚ ਕਈ ਕੋਟ ਕਈ ਕਰੋੜਾਂ ਨੇ ਸੰਸਾਰ ਦੇ ਉੱਤੇ ਕਿਉਂਕਿ ਇਹ ਉਹ ਰੂਹਾਂ ਨੇ ਜਿਨ੍ਹਾਂ ਨੂੰ ਸ਼ਰੀਰ ਨਹੀਂ ਪ੍ਰਾਪਤ ਹੁੰਦਾ ਠੀਕ ਹੈ ਜਾਂ ਪਹਿਲਾਂ ਸ਼ਰੀਰ ਦੇ ਵਿੱਚ ਸੀ ਔਰ ਕਿਸੇ ਇੱਛਾ ਕਰਕੇ ਸ਼ਰੀਰ ਤੇ ਖਤਮ ਹੋ ਗਿਆ ਜਦੋਂ ਮੌਤ ਆਈ ਹੁਣ ਉਹਦੀ ਵੈਲਿਡਿਟੀ ਮੌਕੇ ਹੀ ਖਤਮ ਹੋ ਗਿਆ ਪਰ ਰੂਹ ਹੁਣ ਜਾਣ ਲਈ ਤਿਆਰ ਨਹੀਂ ਅੱਛਾ ਰੂਹ ਇਹਨੂੰ ਛੱਡ ਕੇ ਇਸ ਸੰਸਾਰ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਉਹ ਅਵਗਤ ਕਹਿੰਦੇ ਜਿਨ੍ਹਾਂ ਨੂੰ ਅਸੀਂ ਅਵਗਤ ਕਹਿੰਨੇ ਆ ਜੀ ਉਹ ਅਵਗਤ ਨਹੀਂ ਜਿਨ੍ਹਾਂ ਦੀ ਗਤੀ ਨਹੀਂ ਹੋਈ ਗਤੀ ਨਹੀਂ ਹੋਈ ਉਹ ਗਤੀ ਇਸ ਕਰਕੇ ਨਹੀਂ ਹੋਈ ਜਿੰਨੇ ਮਰਜੀ ਕਾਰਜ ਹੋਣ ਗਤੀ ਇਸ ਕਰਕੇ ਨਹੀਂ ਹੋਈ ਵੀ ਇੱਛਾ ਹੈ ਕੋਈ ਕੋਈ ਇੱਛਾ ਖੜੀ ਹੈ 526 ਅੰਗ ਤੇ ਭਗਤ ਤਰਲੋਚਨ ਜੀ ਦਾ ਸ਼ਬਦ ਆ ਉਹਨਾਂ ਨੇ ਇੱਛਾ ਬਾਰੇ ਹੀ ਦੱਸਿਆ ਹੂੰ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਾਲ ਵਾਲਿਆ ਉਤਰ ਜਿਹੜਾ ਆਖੀਰਲੇ ਸਮੇਂ ਚ ਲక్ష్ਮੀ ਸਿਮਰਦਾ ਨਾ ਹਾਏ ਮੇਰਾ ਪੈਸਾ ਹਾਏ ਮੇਰਾ ਪੈਸਾ ਵੇ ਕੌਣ ਸੰਭੂਗਾ ਇਹਨੂੰ ਕਿੱਦਾਂ ਕਰਾਂਗੇ ਇਹ ਮੇਰਾ ਪੁੱਤਰ ਕਿਤੇ ਇਹਨੂੰ ਗਵਾ ਨਾ ਦੇਵੇ ਹੁਣ ਜਿਹੜਾ ਸੱਪ ਆ ਉਹ ਪੈਸੇ ਦੇ ਉੱਤੇ ਰਹਿੰਦਾ ਜਿੱਥੇ ਤੁਹਾਨੂੰ ਵੀ ਉੱਥੇ ਪੈਸਾ ੱਪ ਹੁੰਦੇ ਆ ਤੇ ਉਹ ਸੱਪ ਬਣ ਕੇ ਉਸੇ ਘਰ ਦੇ ਵਿੱਚ ਭਟਕਦਾ ਰਹਿੰਦਾ ਆਪਣੇ ਪੈਸੇ ਦੀ ਵਾਲੀ ਦੁਆਲੀ ਸਰਪ ਦੀ ਜੂਨ ਦੇ ਵਿੱਚ ਪੈਂਦਾ ਏ ਠੀਕ ਹੈ ਅੰਤਕਾਲ ਜੋ ਲੜਕੇ ਸਿਮਰਿਆ ਸੀ ਚਿੰਤਾ ਮੈਂ ਜਿਮਰਾ ਸੂਕਰ ਜੋਣ ਵਾਲ ਵਾਲੇ ਉਤਰ ਕਹਿੰਦੇ ਆ ਆਖੀਰਲੇ ਸਮੇਂ ਦੇ ਵਿੱਚ ਜਿਹੜਾ ਪੁੱਤਰ ਪੁੱਤਰ ਕਰਦਾ ਨਾ ਵੀ ਮੇਰੇ ਪੁੱਤ ਬੜੇ ਨੇ ਕਿਵੇਂ ਸੰਭਾਂਗੇ ਮੇਰੇ ਪੁੱਤਰਾਂ ਨੂੰ ਕਿਤੇ ਇਦਾਂ ਨਾ ਹੋ ਜਵੇ ਉਦਾਂ ਮੇਰੇ ਕਾਮਜਾਬ ਹੋ ਜਾਣ ਅਖੀਰਲੇ ਸਮੇ ਵੀ ਇਹੋ ਹੀ ਕਰਦਾ ਰਹਿੰਦਾ ਆ ਕਹਿੰਦੇ ਉਹਦੇ ਨਾਲ ਐਸੀ ਅਵਸਥਾ ਬਣਦੀ ਉਹ ਸੂਰ ਦੀ ਜੂਨ ਚ ਪੈਂਦਾ ਸੂਰ ਦੇ ਬੱਚੇ ਵੱਢ ਹੁੰਦੇ ਆ ਇਸ ਕਰਕੇ ਉਹ ਸੂਰ ਦੀ ਜੂਨ ਚ ਪੈਂਦਾ ਵੀ ਹੰਤੂ ਬੱਚੇ ਪੈਦਾ ਕਰੀ ਜਾਂ ਏਸੇ ਤਰ੍ਹਾਂ ਹੀ ਅੰਤਕਾਲ ਜੋ ਮੰਦਰ ਸਿਮਰ ਐ ਐਸੀ ਚਿੰਤਾ ਵਿੱਚ ਜੇ ਮਰਿਆ ਪ੍ਰੇਤ ਜੋਨ ਵੱਲ ਵਾਲਿਆ ਉਤਰੇ ਠੀਕ ਹੈ ਬਾਣੀ ਇਸ ਗੱਲ ਦੀ ਦ੍ਰਿੜਤਾ ਕਰਦੀ ਵੀ ਜਿਹੜਾ ਆਖੀਰਲੇ ਸਮੇਂ ਕਵੇ ਨਾ ਹੁਣ ਜਿਵੇਂ ਮੈਂ ਬੇਨਤੀ ਕਰਨ ਲੱਗਾ ਸੀ ਕਿ 70 ਸਾਲ ਕਿਸੇ ਬਜ਼ੁਰਗ ਨੇ ਲਾਏ ਹਮ ਆਪਣੀ ਜੀਵਨ ਦੀ ਸਾਰੀ ਜਮਾ ਪੂੰਜੀ ਲਾ ਦਿੱਤੀ ਮਿਹਨਤ ਕਰਕੇ ਉਹਨੇ ਇੱਕ ਮਕਾਨ ਬਣਾਇਆ ਉਹਨਾਂ ਨੇ ਮਕਾਨ ਬਣਾਇਆ ਤੇ ਅਜੇ ਘਰ ਦੇ ਵਿੱਚ ਆਇਆ ਹੀ ਆ ਹਮ ਤੇ ਹੁਣ ਸੁਭਾਵਿਕ ਦੀ ਗੱਲ ਆ ਵੀ ਜਿਹੜਾ 70 ਸਾਲ ਦਾ ਉਹ ਉਹ ਕਿੰਨਾ ਕੁ ਸਮਾਂ ਰੋਕਾ ਕਿੰਨਾ ਕੁ ਸਮਾਂ ਸਹੀ ਗੱਲ ਆ ਉਹ ਪਹਿਲੇ ਦਿਨ ਹੀ ਚੜਾਈ ਕਰ ਗਿਆ ਹਮ ਉਹਦੀ ਇੱਛਾ ਪੂਰੀ ਨਹੀਂ ਨਾ ਹੋਈ ਘਰ 'ਚ ਰਹਿਣ ਦੀ ਹੂੰ ਉਹ ਉਹ ਘਰ ਚ ਰਹੂਗਾ ਉਹ ਸਰੀਰ ਛੱਡ ਕੇ ਆ ਵਖਰਾ ਹੋ ਗਿਆ ਪਰ ਉਹ ਘਰ ਛੱਡ ਕੇ ਨਹੀਂ ਜਾਏਗਾ ਉਹਦੀ ਇੱਛਾ ਹੈ ਘਰ ਦੇ ਵਿੱਚ ਰਹਿਣ ਦੀ ਰਹਿਣ ਦੀ ਔਰ ਉਹ ਉਹਦੀ ਇੱਛਾ ਉਹ ਵੀ ਖਲਕਤ ਆ ਜਿਵੇਂ ਦਿਸਦੀ ਖਲਕਤ ਹੈ ਨਾ ਕਾਲਪੁਰਖ ਜੀ ਦੀ ਉਹ ਅਣਦਿਸਦੀ ਵੀ ਖਲਕਤ ਆ ਉਹ ਵੀ ਅਕਾਲਪੁਰਖ ਜੀ ਦੇ ਹੁਕਮ ਚ ਹੀ ਆ ਹੂੰ ਸਾਨੂੰ ਕੇਵਲ ਦਿਸਦਾ ਪਸਾਰਾ ਨਜ਼ਰ ਆ ਰਿਹਾ ਅਣਦਿਸਦਾ ਵੀ ਬਹੁਤ ਇਸ ਤੋਂ ਬਿਆੰਤ ਪਸਾਰਾ ਅਣਦਿਸਦਾ ਵੀ ਹੈ ਔਰ ਉਹ ਉਹ ਪਾਤਸ਼ਾਹ ਜੀ ਦੀ ਖਲਕਤ ਆ ਉਹ ਵੀ ਹੁਕਮ ਦੇ ਵਿੱਚ ਆ ਉਹ ਘਰ ਦੇ ਵਿੱਚ ਹੀ ਵਿਚਰ ਰਿਹਾ ਫਿਰ ਚਲ ਮੰਨ ਲਓ ਉਸੇ ਨੇ ਘਰ ਬਣਾਇਆ ਸੀ ਇੱਕ ਮੇਰੇ ਮਨ ਚ ਸ਼ੰਕਾ ਆ ਗਈ ਹੁਣ ਉਸੇ ਬੰਦੇ ਨੇ ਘਰ ਬਣਾਇਆ ਬੰਦਾ ਮਰ ਗਿਆ ਹੁਣ ਉਸੇ ਘਰ ਚ ਰਹਿ ਰਿਹਾ ਫਿਰ ਉਹ ਬੰਦਾ ਆਪਣੇ ਘਰ ਚ ਰਹਿ ਕੇ ਆਪਣੇ ਜੀਆ ਨੂੰ ਕਿਉਂ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਜੇ ਉਸੇ ਘਰ ਦੇ ਵਿੱਚ ਰਹਿ ਰਿਹਾ ਹੁਣ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜੇ ਉਹ ਘਰ ਦੇ ਵਿੱਚ ਰਹਿ ਰਿਹਾ ਤੇ ਜਿਹੜੇ ਘਰ ਵਾਲੇ ਨੇ ਉਹ ਇਸੇ ਡਰ ਤੋਂ ਘਰ ਵੇਚ ਦਿੰਦੇ ਆ ਫਿਰ ਅਗਲੇ ਜੀ ਆ ਜਾਂਦੇ ਘਰ ਦੇ ਵਿੱਚ ਫਿਰ ਉਹ ਕਹਿੰਦਾ ਵੀ ਘਰ ਖਾਲੀ ਕਰ ਦਿਓ ਮੈਂ ਰਹਾਗਾ ਮੈਂ ਬਣਾਇਆ ਸੀ ਬੜੇ ਪ੍ਰਿਆ ਪਿਆਰ ਦੇ ਨਾਲ ਤੇ ਤੁਸੀਂ ਹੁਣ ਉਹ ਤਾਂ ਸੁਭਾਵਿਕ ਜੀ ਗੱਲ ਉਹ ਛੱਡ ਜਾਂਦੇ ਨੇ ਹੂੰ ਜਿਨ੍ਹਾਂ ਦਾ ਬਾਪ ਜਾਂ ਦਾਦਾ ਚੜ੍ਹਾਈ ਕਰ ਗਿਆ ਉਹਨਾਂ ਨੂੰ ਕੁਝ ਕਿ ਨਜ਼ਰ ਆਵੇ ਦੋ ਤਿੰਨ ਗੱਲਾਂ ਕੋਈ ਨਜ਼ਰ ਆਉਣ ਤੇ ਉਹ ਛੱਡ ਜਾਂਦੇ ਨੇ ਉਹ ਫਿਰ ਵਿੱਕ ਜਾਂਦਾ ਆ ਫਿਰ ਉਸ ਉਸ ਘਰ ਨੂੰ ਜਿੱਦਾ ਭੂਤੀਆ ਬੰਗਲਾ ਜਾਂ ਹੋਰ ਕਈ ਨਾਮ ਜਿਹੜੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਆ ਪਰ ਅਸਲ 'ਚ ਉਹਦੇ ਵਿੱਚ ਇੱਕ ਅਭਿਗਤ ਰੂਹ ਹੁੰਦੀ ਆ ਜਿਹਦਾ ਪ੍ਰੇਮ ਕਰਦੇ ਨਾਲ ਪਿਆ ਹੁੰਦਾ ਹੂੰ ਇਹ ਪ੍ਰੇਮ ਇੰਨਾ ਕੁ ਗੂੜਾ ਪਿਆ ਹੁੰਦਾ ਇੰਨਾ ਕੁ ਗੂੜਾ ਵੀ ਉਹਨੋਂ ਦੇ ਮੰਦੀ ਇੱਛਾ ਸੀ ਨਾ ਉਣੀ ਤੇ ਸਾਰੀ ਜ਼ਿੰਦਗੀ ਆਪਣਾ ਖੂਨ ਪਸੀਨਾ ਇੱਕ ਕਰਤਾ ਘਰ ਬਣਾਉਣ ਚ ਤੇ ਆਪਾਂ ਸਮਝ ਸਕਦੇ ਵੀ ਉਹਦੀ ਕਿੰਨੀ ਇੱਛਾ ਹੋਊਗੀ ਹੁਣ ਰਹਿਣ ਦੀ ਤੇ ਹੁਣ ਰਹੇਗਾ ਵੀ ਸਹੀ ਇਸ ਲਈ ਉਹ ਵਿੱਚ ਹੀ ਰਹਿੰਦਾ ਆ ਫਿਰ ਉਹ ਜਿਹੜੇ ਨਵੇਂ ਆਏ ਉਹਨਾਂ ਨੂੰ ਤੰਗ ਕਰਦਾ ਵੀ ਤੁਸੀਂ ਇਹ ਭੂਤ ਦੀ ਜੂਨ ਹੈ ਪ੍ਰੇਤ ਦੀ ਜੂਨ ਆ ਤੇ ਪਾਰਤਾਰਾ ਜਿਹੜਾ ਉਹ ਉਹ ਵੀ ਹੋ ਸਕਦਾ ਆ ਬਾਣੀ ਨੂੰ ਪੜੀਏ ਪਰ ਅਸੀਂ ਨਾ ਬਾਣੀ ਜਿਵੇਂ ਪੜਨੀ ਚਾਹੀਦੀ ਆ ਉਦਾਂ ਨਹੀਂ ਪੜਦੇ ਫਰਕ ਇਸ ਗੱਲ ਦਾ ਪੈ ਜਾਂਦਾ ਹਮ ਭਾਵਨਾ ਦੀ ਕਮੀ ਆ ਨਾ ਅਮਰੇ ਮੈਂ ਵੀ ਸੀ ਸੋਚਦਾ ਮੈਂ ਕਹਿੰਦਾ ਹੋ ਸਕਦਾ ਤੁਸੀਂ ਬੇਸ਼ੱਕ ਚਲੋ ਤੁਸੀਂ ਵਧੀਆ ਕੀਤਾ ਤੁਸੀਂ ਸੁਖਲਣੀ ਸਾਫ ਕਰਾਇਆ ਖਾਂਡ ਪਾਟ ਸਾਫ ਕਰਾਇਆ ਪਰ ਕਿਤੇ ਨਾ ਕਿਤੇ ਕੋਈ ਰਹਿ ਗਈ ਹੋਊਗੀ ਕਮੀ ਪੇਸ਼ੀ ਜਿੱਤਾ ਕਰਕੇ ਨਹੀਂ ਹੋਇਆ ਬਿਲਕੁਲ ਜਾਂ ਜ਼ਿਆਦਾ ਜ਼ਰੂਰਤ ਹੋਊਗੀ ਤੁਸੀਂ ਜ਼ਿਆਦਾ ਬਾਣੀ ਪੜੋ ਜਨ ਮਤਲਬ ਮੈਂ ਸਮਝਦਾ ਜਿੰਨਾ ਵੱਡਾ ਵਕਾਰ ਆ ਜਿੰਨਾ ਵੱਡਾ ਰੋਗ ਆ ਨਾ ਸਾਨੂੰ ਬਾਣੀ ਦਾ ਪਹਿਰਾ ਵੀ ਉਹਨਾਂ ਜ਼ਿਆਦਾ ਵਧਾ ਦੇਣਾ ਚਾਹੀਦਾ ਬਿਲਕੁਲ ਇਹ ਮਿਲਦਾ ਇਹ ਹੱਲ ਹੋ ਸਕਦਾ ਹਾਂਜੀ ਹਾਂਜੀ ਠੀਕ ਹੈ ਔਰ ਹੱਲ ਜਿਹੜਾ ਦਲ ਪੰਥ ਦਾ ਜਿਹੜਾ ਪੰਥ ਦਾ ਜਿਹੜੀ ਮਰਿਆਦਾ ਨਾ ਉਹ ਹੱਲ ਹੋ ਸਕਦਾ ਜਿਉਂ ਤੇ ਸ਼ਹੀਦਾ ਸਿੰਘਾਂ ਦੇ ਪਹਿਰੇ ਕਰਾ ਲਈਏ ਅੱਛਾ ਜੀ ਸਲੋਤਰ ਜ਼ਨਾਰੇ ਜਿਹੜੇ ਆ ਉੱਥੇ ਸ਼ਰਧਾਈਆਂ ਰਗੜੀਆਂ ਜਾਂ ਰਗੜਨ ਚੰਡੀ ਦੀ ਵਾਰ ਪੜਨ ਤੇ ਹੋਰ ਬਾਣੀਆਂ ਨੇਕਾ ਜੜੀਆਂ ਸ਼ਰਧਾਈਆਂ ਰਗੜਦੇ ਆ ਪੜਦੇ ਆ ਸ਼ਹੀਦਾ ਸਿੰਘਾਂ ਦਾ ਪਹਿਰਾ ਹੋਵੇ ਕੋਈ ਸ਼ਾਇ ਕੋਈ ਬਲਾ ਲਾਗੇ ਨਹੀਂ ਲੱਗਦੀ ਫਿਰ ਸ਼ਹੀਦ ਸਿੰਘ ਸਹਾਇ ਹੁੰਦੇ ਨੇ ਸ਼ਹੀਦਾਾਂ ਦੀ ਬਹੁਤ ਵੱਡੀ ਤਾਕਤ ਆ ਪੰਥ ਦੇ ਅੰਦਰ ਹੂੰ ਜਦੋਂ ਬੇਨਤੀ ਕਰੀ ਹੈ ਨਾ ਸ਼ਹੀਦਾਂ ਸਿੰਘਾਂ ਨੂੰ ਉਹ ਸਹਾਈ ਹੁੰਦੇ ਨੇ ਅੱਜ ਵੀ ਮੰਨਿਆ ਜਾਂਦਾ ਜਿਹੜਾ ਹੁਣ ਗੁਰਦੁਆਰਾ ਸ਼ਹੀਦਾ ਸਾਹਿਬ ਇਹ ਚਪੈਰਾ ਸਾਹਿਬ ਹੁੰਦਾ ਆ ਕਹਿੰਦੇ ਉੱਥੇ ਹਾਜ਼ਰ ਹੁੰਦੇ ਨੇ ਸ਼ਹੀਦ ਸਿੰਘ ਸ਼ਹੀਦ ਸਿੰਘ ਹਾਜ਼ਰ ਹੁੰਦੇ ਸ਼ਹੀਦ ਸਿੰਘ ਉੱਥੇ ਹਮੇਸ਼ਾ ਹੀ ਹਾਜ਼ਰ ਰਹਿੰਦੇ ਨੇ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਹਾਂਜੀ ਬਿਲਕੁਲ ਜਦੋਂ ਨਾਲੇ ਜਦੋਂ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਹੁਣ ਜਿਵੇਂ ਜਿਹੜੇ ਪ੍ਰੇਮ ਕਰਦੇ ਸੀ ਹੂੰ ਜਿਹੜੇ ਪ੍ਰੇਮ ਕਰਦੇ ਨੇ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਨਹੀਂ ਨਾ ਕਿਤੇ ਹੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਭਾਈ ਮਾਨ ਹੋ ਗਈ ਤੇ ਸ਼ਹੀਦ ਸਿੰਘ ਵੀ ਹੁਣ ਕਿਤੇ ਜਾਣਗੇ ਥੋੜਾ ਉਹ ਗੁਰੂ ਦੇ ਨਾਲ ਨਾਲ ਹੀ ਰਹਿਣਗੇ ਬਿਲਕੁਲ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਉਥੇ ਨਾਲ ਨਾਲ ਸ਼ਹੀਦ ਸਿੰਘ ਸਹਾਈ ਨੇ ਸਾਡੇ ਨਾਲ ਆਉਂਦੇ ਨੇ ਜਦੋਂ ਸੁਖਾ ਸੰਸਥਾਨ ਤੋਂ ਪ੍ਰਕਾਸ਼ਤਾਂ ਤੇ ਲਈ ਦਾ ਸਰੂਪ ਨੂੰ ਨਾਲ ਸ਼ਹੀਦ ਸਿੰਘ ਆਉਂਦੇ ਨੇ ਸਹਾਈ ਹੁੰਦੇ ਨੇ ਉਹ ਪਾਤਸ਼ਾਹ ਜੀ ਦੇ ਲਈ ਉਹਨਾਂ ਦਾ ਪਹਿਰਾ ਲੱਗਾ ਹੋਇਆ ਵੱਖਰੀ ਵੱਖਰੀ ਸੇਵਾ ਲਈ ਹੋਈ ਉਹ ਨਾ ਸ਼ਹੀਦ ਸਿੰਘਾਂ ਦੀ ਇਹ ਆਣ ਦਿਸਦਾ ਪਸਾਰਾ ਮਲੇ ਇੱਕ ਜਿੱਦਾਂ ਆਪਾਂ ਕਹਿ ਸਕਦੇ ਆ ਨਿਹੰਗ ਸਿੰਘ ਫੌਜ ਹੈ ਇੱਕ ਜਿਹੜੀ ਦਿਸਦੀ ਆ ਜਿਹੜੇ ਸ਼ਹੀਦ ਸਿੰਘਾਂ ਦੀ ਜਿਹੜੀ ਫੌਜ ਆ ਉਹਨਾਂ ਦਿਸਵੀ ਫੌਜ ਆ ਔਰ ਦਿਸਦੀ ਨਾਲ ਉਹ ਹਜ਼ਾਰਾ ਗੁਣਾ ਵੱਧ ਤਾਕਤਵਰ ਹੈ ਤਾਕਤਾਂ ਦੇ ਆਉਂਦੇ ਸੀ 100 ਹੀ ਹੋ ਜਾਂਦੇ ਸੀ ਠੀਕ ਅੱਛਾ ਜਿੱਦਾਂ ਆਪਾਂ ਚਪਾਈ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਚਪਾਈ ਸਾਹਿਬ ਦੀ ਬਾਣੀ ਦੇ ਵਿੱਚ ਅੜਲ ਵੀ ਆਉਂਦੀ ਸੀ ਕਿ ਠੀਕ ਆ ਚਪਾਈ ਵੀ ਆਉਂਦੀ ਸੀਗੀ ਠੀਕ ਆ ਦੋਰਾ ਤਾਂ ਚਲੋ ਆਉਂਦਾ ਹੀ ਆਉਂਦਾ ਹਨਾ ਹਾਂਜੀ ਹਾਂਜੀ ਚੌਪਈ ਸਾਹਿਬ ਦੀ ਬਾਣੀ ਨੂੰ ਲੈ ਕੇ ਵੀ ਬਹੁਤ ਸਾਰੇ ਸ਼ੰਕੇ ਪੈਦਾ ਹੋ ਗਏ ਕੋਈ ਕਹਿੰਦਾ ਜੀ ਸਣੇ ਅੜੇਲ ਪੜ੍ਹਨੀ ਚਾਹੀਦੀ ਆ ਕੋਈ ਕਹਿੰਦਾ ਜੀ ਨਹੀਂ ਅੜੇਲ ਤੇ ਚੌਪਈ ਦਾ ਕੋ ਕੰਮ ਨਹੀਂ ਆ ਤੁਸੀਂ ਸਿੱਧਾ ਦੋਹਰਾ ਪੜ੍ਹ ਸਕਦੇ ਹੋ ਇਹ ਅਸਲ ਚੌਪਈ ਦੀ ਬਾਣੀ ਕਿਹੜੀ ਕਹਿ ਸਕਦੇ ਜਾਂ ਇਹਨਾਂ ਦਾ ਕੀ ਜਵਾਬ ਹੋ ਸਕਦਾ ਕੀ ਹੱਲ ਹੋ ਸਕਦਾ ਆਪਾਂ ਪਹਿਲਾਂ ਹੀ ਉਸੇ ਲਈ ਬੇਨਤੀ ਸਾਂਝੀ ਕੀਤੀ ਆ ਵੀ ਇਹ ਇਹ ਮर्यादा ਉਦੋਂ ਸਿੰਘਾਂ ਨੇ ਅਪਣਾਈ ਸੀ ਵੇ ਜਦੋਂ ਬਾਣੀ ਜਿੰਨੀ ਜਿੰਨੀ ਕੰਟ ਹੁੰਦੀ ਸੀ ਉਹ ਨਹੀਂ ਉਹ ਨਹੀਂ ਪੜ ਲੈਂਦੀ ਸੀ ਹੌਲੀ ਹੌਲੀ ਜਦੋਂ ਇਹ ਤਰਕ ਉਹ ਕਰਦੇ ਹੁੰਦੇ ਜਿਨ੍ਹਾਂ ਬਾਣੀ ਪੜਨੀ ਨਹੀਂ ਪੜਨੀ ਨਹੀਂ ਮੇਰੇ ਵਰਗੇ ਆਨੇ ਰੌਲਾ ਹੀ ਪਾਉਣਾ ਜਿਵੇਂ ਆਪਾਂ ਪਹਿਲਾਂ ਬੇਨਤੀ ਸਾਂਝੀ ਕੀਤੀ ਆ ਕਿ ਸੋਦਰ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਜੇ ਉਸ ਅਨੁਸਾਰ ਵੇਖੀਏ ਤੇ ਨੌ ਸ਼ਬਦ ਨੇ ਕਿ ਉਸ ਤੋਂ ਉਪਰੰਤ ਜਿਹੜੀ ਸੋਦਰ ਦੀ ਬਾਣੀ ਪੜੀ ਜਾਂਦੀ ਮੈਂ ਬੇਨਤੀ ਕੀਤੀ ਉਹ ਸਿੰਘਾਂ ਦਾ ਪੈਰਾ ਸੀ ਕਿ ਜਿੰਨੀ ਜਿੰਨੀ ਬਾਣੀ ਉਹਨਾਂ ਨੂੰ ਕੰਠ ਸੀ ਉਸ ਸਮੇਂ ਅਨੁਸਾਰ ਉਹਨਾਂ ਨੂੰ ਲੋੜ ਸੀ ਕਿ ਹੁਣ ਗੁਟਕਾ ਸਾਹਿਬ ਤੋਂ ਬੈਠ ਕੇ ਤਾਂ ਪੜੀ ਨਹੀਂ ਜਾ ਸਕਦੀ ਕਿਉਂਕਿ ਕਿਹੜੇ ਵੇਲੇ ਮੁਗਲਾਂ ਨੇ ਜਾਂ ਪਠਾਣਾਂ ਨੇ ਹਮਲਾ ਕਰ ਦੇਣਾ ਇਹ ਸਮਾਂ ਨਹੀਂ ਹੈ ਤੇ ਉਹ ਜਿੰਨੀ ਜਿੰਨੀ ਬਾਣੀ ਉਹਨਾਂ ਨੂੰ ਕੰਠ ਹੁੰਦੀ ਸੀ ਸਤਗੁਰਾਂ ਦੇ ਹੁਕਮ ਨੂੰ ਮੰਨ ਕੇ ਉਹ ਅਭਿਆਸ ਕਰਦੇ ਹੁੰਦੇ ਸੀ ਤੇ ਅੱਜ ਦਾ ਸਮਾਂ ਇਦਾਂ ਦਾ ਕਿ ਹੁਣ ਜਿਨ੍ਹਾਂ ਨੇ ਪੜਨੀ ਨਹੀਂ ਬਾਣੀ ਪੜਨੀ ਹੋਵੇ ਤਾਂ ਜਿੰਨੀ ਮਰਜ਼ੀ ਪੜੀ ਜਾਈਏ ਹਾਂਜੀ ਅੱਜ ਆਪਾਂ ਵਧਾ ਕੇ ਵੀ ਪੜ ਸਕਦੇ ਆ ਕਿਉਂਕਿ ਸੋਦਰ ਦੀ ਬਾਣੀ ਤਾਂ ਹੋ ਗਈ ਪੂਰੀ ਉਹ ਸੋਗੇ ਵੀ ਆਪਾ ਬਾਣੀ ਪੜ ਸਕਦੇ ਆ ਔਰ ਦਲਪੰਥ ਦੇ ਵਿੱਚ ਰਹਿੰਦੇ ਆ ਇੱਥੋਂ ਤੱਕ ਸਿੰਘਾਂ ਦੇ ਦਰਸ਼ਨ ਪਾਤਸ਼ਾਹ ਜੀ ਨੇ ਕਰਵਾਏ ਆ ਕਿ 12 ਵਜੇ ਉੱਠਦੇ ਨੇ ਸਿੰਘ ਹਾਂਜੀ 12 ਵਜੇ ਦਲਪੰਥ ਦਾ ਨਿਤਨੇਮ ਦਾ ਪਹਿਰਾ ਹੁੰਦਾ 12 ਵਜੇ ਸਿੰਘ ਉੱਠਦੇ ਨੇ ਉਹ ਜਿਹੜਾ ਖਾਲਸਾ ਪੰਥ 1699 ਨੂੰ ਇਖਤਿਆਰ ਕੀਤਾ ਨਾ ਉਹ ਜਿਹੜਾ ਪ੍ਰਗਟ ਹੋਇਆ ਅੱਜ ਵੀ ਉਹਨਾਂ ਸਿੰਘਾਂ ਦੇ ਪਹਿਰੇ ਉਦਾਂ ਹੀ ਨੇ ਹੂੰ 12 ਵਜੇ ਉੱਠਦੇ ਨੇ ਔਰ ਨਿਤਨੇਮ ਦੀ ਅਰੰਭਤਾ ਕਰਦੇ ਨਿਤਨੇਮ ਕਰਕੇ ਤੇ 40 40 ਬਾਣੀਆਂ 9 10 ਵਜੇ ਤੱਕ ਪੜ ਲੈਂਦੇ ਨੇ ਅਸੀਂ ਜਿਹੜੇ ਵਜੇ ਜਿੰਨੇ ਸਮੇਂ ਤੇ ਅਸੀਂ ਸੁੱਤੇ ਉੱਠਦੇ ਹਾਂ ਉਹ 40 40 ਬਾਣੀਆਂ ਦਾ ਨਿਤਨੇਮ ਕਰ ਲੈਂਦੇ ਨੇ ਹੁਣ ਜਿਹੜੇ ਅੱਜ ਰੌਲਾ ਪਾਉਂਦੇ ਆ ਵੀ ਤਿੰਨ ਬਾਣੀਆਂ ਪੜਨੀਆਂ ਆ ਕਿ ਪੰਜ ਬਾਣੀਆਂ ਪੜਨੀਆਂ ਉਹਨਾਂ ਨੂੰ ਕੀ ਪਤਾ ਵੀ 40 ਬਾਣੀਆਂ ਪੜ ਕੇ ਕੀ ਅਸਰ ਹੁੰਦਾ ਸਹੀ ਆ ਕੀ ਸੁਆਦ ਆ ਕੀ ਰਸ ਆ ਉਸ ਕੰਮ ਦਾ ਤੋਂ ਜਿਨ੍ਹਾਂ ਨੇ ਪੜਨੀਆਂ ਉਹ ਨਹੀਂ ਇਸ ਗੱਲ ਦਾ ਤਰਕ ਦਿੰਦੇ ਜਾਂ ਰੌਲਾ ਪਾਉਂਦੇ ਜਿਹੜੇ ਰੋਲਾ ਪਾਉਂਦੇ ਨੇ ਉਹਨਾਂ ਨੇ ਪੜ੍ਹਨੀ ਨਹੀਂ ਨਹੀਂ ਤੇ ਪੜ੍ਹਨੀ ਹੋਵੇ ਤੇ ਅਸੀਂ ਪ੍ਰੇਮ ਦੇ ਨਾਲ ਜਿੰਨੀ ਮਰਜ਼ੀ ਪੜੀ ਜਾਈਏ ਸਤਿਗੁਰੂ ਜੀ ਕਹਿੰਦੇ ਸਹਿਜ ਪਾਠ ਆਰੰਭ ਕਰੋ ਤੇ ਸਾਰੀ ਬਾਣੀ ਪੜੋ ਤੁਸੀਂ ਜਿੰਨੀ ਵਾਰ ਮਰਜ਼ੀ ਅੱਜ ਬਾਣੀਆਂ ਨੂੰ ਲੈ ਕੇ ਵੀ ਕਾਫੀ ਸ਼ੰਕੇ ਪੈਦਾ ਹੋ ਗਏ ਨੇ ਜਿੱਦਾਂ ਕਹਿੰਦੇ ਆ ਰਾਗ ਮਾਲਾ ਨਹੀਂ ਪੜ੍ਹਨੀ ਚਾਹੀਦੀ ਇੱਕ ਇਹ ਵਿਚਾਰ ਕੀਤੀ ਜਾਂਦੀ ਆ ਜਾਂ ਇੱਕ ਆਸਾ ਦੀ ਵਾਰ ਨੂੰ ਜਿੱਦਾਂ ਉਹ ਲੋਕੀਂ ਲੱਗਦਾ ਭੁੱਲਦੇ ਹੀ ਜਾਂਦੇ ਆ ਵਿਸਾਰਦੇ ਹੀ ਜਾਂਦੇ ਆ ਬਾਣੀ ਨੂੰ ਲੈ ਕੇ ਵੀ ਕਾਫੀ ਸ਼ੰਕੇ ਨੇ ਹਾਂਜੀ ਇਹ ਪ੍ਰਭਾਵ ਪਾਇਆ ਗਿਆ ਨਾ ਵੀ ਜਿਵੇਂ ਇੱਕ ਕਾਰਜ ਦੇ ਨਾਲ ਜੋੜ ਦਿੱਤਾ ਜਾਵੇ ਹੂੰ ਬਾਕੀ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਆਰੰਭਤਾ ਅੱਜ ਗੱਲ ਕੀਤੀ ਹੈ ਨਾ ਕਿ ਪੰਥ ਜਿਹੜਾ ਉਹ ਦੋ ਧਾਰੀ ਸੀ ਵੀ ਦੋਵਾਂ ਪਾਸੇ ਦੀ ਵਰਤੀ ਸੀ ਹੁਣ ਦੋਵਾਂ ਪਾਸੇ ਦੀ ਵਰਤੀ ਨੂੰ ਖਤਮ ਕਰ ਲਈ ਵੀ ਇਹਨਾਂ ਨੂੰ ਜਿਹੜੇ ਕੰਮ ਲੱਗੇ ਨੇ ਲਾਈ ਜਾਓ ਬਸ ਲਾਈ ਜਾਓ ਵੀ ਹੋਰ ਇਹਨਾਂ ਦੇ ਮਨ ਦੇ ਵਿੱਚ ਸਵਾਲ ਹੀ ਨਾ ਆਵੇ ਹੋਰ ਪਾਸੇ ਇਹਨਾਂ ਦਾ ਖਿਆਲ ਹੀ ਨਾ ਜਾਵੇ ਇਹ ਇਹ ਫਿਰ ਬੰਧਨ ਵਾਲੀ ਗੱਲ ਹੋ ਗਈ ਹੂੰ ਇਹ ਸਮਝ ਲਓ ਵੀ ਇਹ ਬੰਧਨ ਵਾਲੀ ਗੱਲ ਹੋ ਗਈ ਬਾਣੀ ਨੇ ਸਾਨੂੰ ਬੰਧਨ ਤੋਂ ਮੁਕਤ ਕਰਨਾ ਸੀ ਅਸੀਂ ਬਾਣੀ ਦੇ ਹੀ ਬੰਧਨ 'ਚ ਫਸ ਗਏ ਬਿਲਕੁਲ ਬਾਣੀ ਦੇ ਬੰਧਨ ਜੀ ਫਸ ਗਏ ਸੁਖਮਨੀ ਸਾਹਿਬ ਦੀਆਂ ਸੁਸਾਇਟੀਆਂ ਬਣੀਆਂ ਨੇ ਆਸਾ ਕੀ ਵਾਰ ਦੀਆਂ ਨਹੀਂ ਬਣੀਆਂ ਅਜੇ ਆਸਾ ਕੀ ਵਾਰ ਦੀਆਂ ਨਹੀਂ ਬਣੀਆਂ ਚੰਡੀ ਕੀ ਵਾਰ ਤੇ ਫਿਰ ਹੋਰ ਦੂਰ ਆ ਆਸਾ ਕੀ ਵਾਰ ਦੀ ਸੁਸਾਇਟੀ ਨਹੀਂ ਬਣੀ ਵੀ ਆਸਾ ਕੀ ਵਾਰ ਪੜਾਂਗੇ ਅਸੀਂ ਬਿਲਕੁਲ ਬਿਲਕੁਲ ਉਹ ਕਿਤੇ ਨਾ ਕਿਤੇ ਸੁਖਮਨੀ ਸਾਹਿਬ ਦੇ ਨਾਲ ਹੀ ਇੰਨਾ ਕ ਵੀ ਇੱਕੋ ਕੰਮ ਕਰੀ ਜਾਓ ਕਰੀ ਜਾਓ ਕਰੀ ਬਾਣੀ ਪੜਨਾ ਮਾੜਾ ਨਹੀਂ ਪਰ ਸਤਗੁਰੂ ਦੇ ਹੁਕਮ ਨੂੰ ਨਾ ਮੰਨਣਾ ਮਾੜਾ ਆ ਬਿਲਕੁਲ ਵੀ ਸਾਰੀ ਬਾਣੀ ਇੱਕੋ ਜੀ ਆ ਤੇ ਫਿਰ ਤੁਸੀਂ ਇੱਕ ਨੂੰ ਇਨਾ ਇਨੀ ਤਵਜੋ ਦਓ ਜਾਂ ਤੁਸੀਂ ਕਹੋ ਵੀ ਪੜਹੀ ਜਾਈਏ ਪੜਹੀ ਜਾਈਏ ਤੇ ਬਾਕੀ ਬਾਣੀਆਂ ਕਹੀਏ ਹੁਣ ਗਿਆਨ ਤੇ ਸਰਬਪੱਖੀ ਦਿੱਤਾ ਪਾਤਸ਼ਾਹ ਜੀ ਖਾਲਸੇ ਨੂੰ ਸਰਬਪੱਖੀ ਗਿਆਨ ਦਿੱਤਾ ਇਥੋਂ ਤੱਕ ਗਿਆਨ ਦਿੱਤਾ ਵੀ ਇਹ ਹਜ਼ੂਰ ਨੇ ਆਖਿਆ ਬਾਕੀਆਂ ਦੇ ਧਾਰਮਿਕ ਧਾਰਮਿਕ ਗ੍ਰੰਥ ਵੀ ਪੜੋ ਮਨ ਚ ਇਹ ਪਾਇਆ ਜਾਂਦਾ ਨਾ ਕਿ ਇਹ ਸੁੱਖਾਂ ਦੀ ਮਣੀ ਹੈ ਜੀ ਬਾਣੀ ਜਿਹੜੀ ਇਹ ਸੁੱਖ ਮਿਲਦੇ ਆ ਜੀ ਉਹ ਗੱਲ ਉਹੀ ਹੈ ਕਿ ਬੰਦਾ ਲਾਲਚ ਵਸੋ ਕੇ ਅੱਛਾ ਮੈਂ ਇਹ ਬਾਣੀ ਪੜ੍ਹ ਕੇ ਮੈਨੂੰ ਸੁੱਖ ਮਿਲ ਜਾਣੇ ਮੈਨੂੰ ਬਿਲਕੁਲ ਉਹ ਉਹ ਚੀਜ਼ ਦਾ ਕਰਕੇ ਮਤਲਬ ਬਾਣੀ ਵੀ ਮਤਲਬ ਬੰਦਾ ਮਤਲਬ ਨੂੰ ਹੀ ਪੜਦਾ ਪਿਆ ਫਿਰ ਵੇਖੇ ਜਿਵੇਂ ਮੈਂ ਨਾ ਜਦੋਂ ਤੋਂ ਲੁਧਿਆਣੇ ਦੇ ਵਿੱਚ ਰਹਿ ਰਹੇ ਆ ਇੱਕ ਤੱਤ ਸੋਚਿਆ ਸੀ 사ਤਗੁਰਾਂ ਨੇ ਬਖਸ਼ਿਸ਼ ਕੀਤੀ ਵੀ ਜਿੱਦਾਂ ਦੂਖ ਨਿਵਾਰਨ ਸਾਹਿਬ ਸੰਗਤ ਬਹੁਤ ਹੁੰਦੀ ਆ ਹਮ ਚਲੋ ਪਾਤਸ਼ਾਹ ਜੀ ਦੀ ਬਖਸ਼ਿਸ਼ ਆ ਇੱਥੇ ਤਰਕ ਨਹੀਂ ਵੀ ਉਹ ਵੀ ਸਥਾਨ ਆ ਮਹਾਰਾਜ ਦਾ ਤੇ ਉੱਥੇ ਸੰਗਤ ਬਹੁਤ ਹੁੰਦੀ ਆ ਪਰ ਜੇ ਆਪਾਂ ਧਿਆਨ ਕਰੀਏ ਕਲਗੀਧਰ ਸਾਹਿਬ ਨਾਲ ਹੀ ਇੱਕ ਸੜਕ ਦਾ ਫਰਕ ਆ ਕੇਵਲ ਬਿਲਕੁਲ ਤੇ ਉਥੇ ਐਤਵਾਰ ਨੂੰ ਹੀ ਸੰਗਤ ਹੁੰਦੀ ਕੇਵਲ ਉੱਥੇ ਸਾਰਾ ਦਿਨ ਨਹੀਂ ਸੰਗਤ ਹੁੰਦੀ ਗੁਰੂ ਘਰ ਵੀ ਜ਼ਮੀਨ ਵੀ ਓਨੀ ਆ ਸਥਾਨ ਵੀ ਓਦਾਂ ਦਾ ਬਣਿਆ ਵੀ ਓਦਾਂ ਦਾ ਪ੍ਰਕਾਸ਼ ਮਹਾਰਾਜ ਦਾ ਰੂਪ ਵੀ ਓਦਾਂ ਦਾ ਸਤਕਾਰ ਮਾਣ ਵੀ ਓਦਾਂ ਦਾ ਬਿਲਕੁਲ ਉਹ ਲੰਗਰ ਪ੍ਰਸ਼ਾਦਾ ਵੀ ਓਦਾਂ ਦਾ ਪਰ ਕਿਉਂ ਨਹੀਂ ਕਿਉਂਕਿ ਕਿਤੇ ਨਾ ਕਿਤੇ ਸਾਡੇ ਮਨ ਚ ਇੱਕ ਗੱਲ ਆ ਵੀ ਦੁੱਖ ਨਿਵਾਰਨ ਦੁੱਖਾਂ ਦਾ ਨਿਵਾਰਨ ਹੁੰਦਾ ਉੱਥੇ ਜਾ ਕੇ ਤੇ ਮੈਂ ਕਹਿੰਦਾ ਹੁਣ ਕਿਤੇ ਗੱਲ ਕੀਤੀ ਹਰ ਸਾਹਿਬ ਦਾ ਨਾਮ ਰੱਖਦੀਏ ਦੁੱਖ ਭੰਜਨ ਸਾਹਿਬ ਤੇ ਫਿਰ ਵੇਖਿਓ ਸਹੀ ਇਹ ਇਹ ਗੁਰੂ ਘਰ ਦੀ ਨਹੀਂ ਕੋਈ ਇਹ ਗੁਰੂ ਘਰ ਤੇ ਤਰਕ ਨਹੀਂ ਜਾਂ ਕਮੇਟੀ ਦੇ ਤਰਕ ਨਹੀਂ ਇਹ ਤਰਕ ਆ ਸਾਡੀ ਸਾਡੀ ਮਤ ਤੇ ਸਾਡੀ ਮਾਨਸਿਕਤਾ ਕਿੱਥੇ ਖੜੀ ਆ ਸਾਡੀ ਸੁਰਤ ਕਿੱਥੇ ਖੜੀ ਆ ਹੁਣ ਸੁਖਮਨੀ ਕਹਿ ਦਿੰਦਾ ਰੌਲਾ ਪਾ ਦਿੰਦਾ ਪਰ ਸੁਖਮਨੀ ਆ ਮਨ ਨੂੰ ਸੁੱਖ ਦੇਣ ਵਾਲੀ ਨਹੀਂ ਤੇ ਭਾਈ ਦਿਵਾਲਾ ਜੀ ਨੇ ਸੁਖਮਨੀ ਸਾਹਿਬ ਨਹੀਂ ਪੜਿਆ ਹੁਣ ਦੇਖ ਚੋ ਬਲੀ ਰਹੇ ਨੇ ਭਾਈ ਮਤੀ ਦਾਸ ਜੀ ਨੇ ਨਹੀਂ ਪੜਿਆ ਹੁਣ ਭਾਈ ਸਦੀ ਦਾਸ ਜੀ ਨੇ ਨਹੀਂ ਪੜਿਆ ਭਾਈ ਜੈਤਾ ਜੀ ਨੇ ਨਹੀਂ ਪੜਿਆ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਸੁਖਮਨੀ ਸਾਹਿਬ ਨਹੀਂ ਪੜਿਆ ਹਮ ਗੱਲ ਇਹ ਆ ਵੀ ਇਹਨਾਂ ਨੇ ਵੇਖਿਆ ਵੀ ਸੰਸਾਰ ਦੁਖੀ ਆ ਇਹਨਾਂ ਨੂੰ ਵੀ ਸੁੱਖ ਦੇ ਮਗਰ ਲਾ ਦੋ ਵੀ ਤੁਹਾਨੂੰ ਸੁੱਖ ਮਿਲੂਗਾ ਸੁੱਖ ਮਿਲੂਗਾ ਪਾਤਸ਼ਾਹ ਜੀ ਤੇ ਕਹਿ ਰਿਹਾ ਜੇ ਸੁੱਖ ਦੇ ਤਾਂ tujhe aradhi ਦੁੱਖ ਭੀ tujhe tyahi ਉਹ ਤੇ ਗੱਲ ਹੀ ਛੱਡ ਦਿੱਤੀ ਨਾ ਫਿਰ ਉਹ ਗੱਲ ਤੇ ਖਤਮ ਹੀ ਹੋ ਗਈ ਹੇ ਪੰਜਾਬ ਜਿਦਾ ਮੈਂ ਤੁਹਾਡੀ ਗੱਲ ਤੋਂ ਇੱਕ ਪੁਆਇੰਟ ਨੋਟ ਕੀਤਾ ਪੰਜਾਬੀ ਨੂੰ ਜਿਹੜਾ ਅੱਜ ਕੱਲ ਭੁੱਲਦੇ ਜਾਂਦੇ ਨੇ ਵਿਸਰਦੇ ਜਾਂਦੇ ਆ ਜਾਂ ਅਨਪੜ੍ਹਾਂ ਦੀ ਬੋਲੀ ਕਰਕੇ ਛੱਡਦੇ ਜਾਂਦੇ ਆ ਨਾ ਪੰਜਾਬੀ ਬਹੁਤ ਮਹਾਨ ਹੈ ਉਹ ਹੀ ਨਾ ਇਹ ਆਪਾਂ ਸਮਝਦੇ ਨਹੀਂ ਆਣ ਨੰਨੇ ਤੇ ਨਾਣੇ ਦਾ ਫਰਕ ਪਾਤਾ ਸੁੱਖ ਮਣੀ ਕਹਤਾਂ ਚਲ ਕਿ ਮਣੀ ਆ ਨਾਣਾ ਨਹੀਂ ਆ ਨੰਨਾ ਆ ਅਰਥ ਉਹਦੇ ਨੇ ਮਨ ਨੂੰ ਸੁਖ ਦੇਣਾ ਵੀ ਭਾਵੇਂ ਦੇਗ ਦੇ ਵਿੱਚ ਵੀ ਉਬਲ ਰਿਹਾ ਭਾਈ ਦੇ ਆਲਾ ਪਰ ਉਹਦਾ ਮਨ ਸੁਖੀ ਆ ਕਿਉਂਕਿ ਉਹਨੇ ਸੁਖਮਨੀ ਨੂੰ ਪੜਿਆ ਭਾਵੇਂ ਆਰੇ ਦੇ ਹੇਠਾ ਮਤੀ ਦਾਸ ਦਾ ਤਨ ਚੀਰਿਆ ਜਾ ਰਿਹਾ ਪਰ ਉਹਦਾ ਮਨ ਸੁਖੀ ਆ ਕਿਉਂਕਿ ਸੁਖਮਨੀ ਨੂੰ ਪੜਿਆ ਜਿਹੜੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਆਪਾ ਉਦਰੀ ਧਿਆਨ ਕਰ ਲਈਏ ਆਪਾ ਕਹਿੰਨੇ ਬਾਣੀ ਸੁਖ ਦਿੰਦੀ ਆ ਇਹਦੇ ਵਿੱਚ ਕੋਈ ਕੋਈ ਦੋਰਾਏ ਨਹੀਂ ਸ਼ੱਕ ਨਹੀਂ ਪਰ ਮੈਂ ਇਹ ਕਹਿਣਾ ਹੁੰਨਾ ਵੀ ਫਰਕ ਇਸ ਗੱਲ ਦਾ ਪਊਗਾ ਵੀ ਅਸੀਂ ਕਿਹੜੀ ਨੀਅਤ ਨਾਲ ਪੜੀ ਬਿਲਕੁਲ ਅਸੀਂ ਤੇ ਕਹਿੰਨੇ ਆ ਸੱਚੇ ਸਾਹਿਬਾ ਕਿਆ ਨਾਹੀਂ ਘਰਤੇ ਰ ਪਰ ਫਰਕ ਤਾਂ ਇਸ ਗੱਲ ਦਾ ਪੈਣਾ ਮੈਂ ਕੀ ਮੰਗਿਆ ਉਹਦੇ ਘਰ ਤੇ ਸਾਰਾ ਕੁਝ ਆ ਪਰ ਮੈਂ ਕੀ ਮੰਗਿਆ ਜਿਵੇਂ ਮੈਂ ਉਦਾਹਰਨ ਦਵਾਂ ਅ ਬੜੀ ਸੋਹਣੀ ਗੱਲ ਆ ਕਿਸੇ ਵਿਦਵਾਨ ਨੇ ਆਖੀ ਸੀ ਉਹ ਕਹਿੰਦੇ ਕਿ ਇਹ ਸੰਸਾਰ ਜਿਹੜਾ ਨਾ ਉਦਾਂ ਦੀ ਅਵਸਥਾ ਜਦੋਂ ਅਸੀਂ ਸੁੱਖ ਮੰਗਦੇ ਆ ਨਾ ਇਹ ਬਿਲਕੁਲ ਇਦਾਂ ਦੀ ਅਵਸਥਾ ਜਿਵੇਂ ਇੱਕ ਜੇਲਰ ਦਾ ਜਨਮ ਦਿਨ ਸੀ ਹੂੰ ਤੇ ਉਹ ਜੇਲ੍ਹ ਦੇ ਵਿੱਚ ਗਿਆ ਤੇ ਕੈਦੀਆਂ ਨੂੰ ਜਾ ਕੇ ਕਹਿੰਦਾ ਵੀ ਅੱਜ ਮੈਂ ਬਹੁਤ ਖੁਸ਼ ਆ ਤੁਹਾਨੂੰ ਕੀ ਚਾਹੀਦਾ ਦੱਸੋ ਤੇ ਇੱਕ ਨੇ ਕਹਿ ਦਿੱਤਾ ਜੀ ਨਾ ਹੋਣ ਵਾਸਤੇ ਸਾਬਣ ਨਹੀਂ ਚੰਗਾ ਰੱਖਦੇ ਇਹਨਾਂ ਨੂੰ ਕੋ ਸਾਬਣ ਚੰਗਾ ਰੱਖਿਆ ਕਰਨ ਹੂੰ ਜਿਹੜੇ ਮੁਲਾਜ਼ਮ ਨੇ ਇੱਕ ਕਹਿੰਦਾ ਜੀ ਚਾਦਰ ਬਹੁਤ ਪਤਲੀ ਆ ਹੁਣ ਪੋ ਮਾਗਦਾ ਮਹੀਨਾ ਆ ਗਿਆ ਸਾਨੂੰ ਰਜਾਈ ਚਾਹੀਦੀ ਆ ਹਾਂਜੀ ਤੇ ਉਹਨੇ ਕਹਿਤਾ ਵਾਹ ਭਲਾ ਰਜਾਈਆਂ ਲੈ ਲਓ ਜਿਹਨੂੰ ਸਾਬਣ ਚਾਹੀਦਾ ਜਿਹਨੂੰ ਕਹਿੰਦਾ ਸਾਬਣ ਲੈ ਲਓ ਉਹ ਕਹਿੰਦਾ ਜੀ ਕੱਪੜੇ ਸਾਡੇ ਪੁਰਾਣੇ ਹੋ ਗਏ ਇੱਕ ਕੱਪੜੇ ਦਾ ਜਿਹੜਾ ਸੈੱਟ ਆ ਉਹ ਸਾਨੂੰ ਨਵਾਂ ਦੇ ਦਿਓ ਕੈਦੀਆਂ ਨੂੰ ਕਹਿੰਦਾ ਉਹ ਵੀ ਲੈ ਲਓ ਤੇ ਇੱਕ ਕੋਈ ਚਤਰਾ ਸੀ ਵਿੱਚ ਉਹ ਕਹਿੰਦਾ ਜੀ ਹੁਣ ਜੇ ਤਰੁੱਟੇ ਹੀ ਉਹਦੇ ਫਿਰ ਆਜ਼ਾਦ ਕਰ ਦੋ ਆਜ਼ਾਦੀ ਦੇ ਦੋ ਸਹੀ ਹੈ ਤੂੰ ਕਹਿੰਦਾ ਠੀਕ ਹੈ ਤੈਨੂੰ ਆਜ਼ਾਦ ਕਰ ਦਿੰਨੇ ਬਾਕੀ ਸਾਰੇ ਰੋਲਾ ਪਾਉਣ ਲੱਗ ਪਏ ਸਾਨੂੰ ਵੀ ਕਰ ਦਿਓ ਸਾਨੂੰ ਵੀ ਕਰ ਦੇ ਉਹ ਕਹਿੰਦਾ ਨਹੀਂ ਹੁਣ ਤੁਸੀਂ ਸਾਬਣ ਤੇ ਚਾਦਰਾਂ ਮੰਗ ਲਈਆਂ ਬਿਲਕੁਲ ਜਦੋਂ ਤੁਹਾਨੂੰ ਮੰਗਣ ਦਾ ਮੌਕਾ ਦਿੱਤਾ ਸੀ ਤੁਸੀਂ ਸਾਬਣ ਤੇ ਚਾਦਰਾਂ ਮੰਗਦੇ ਰਹੇ ਖੇਡ ਇਹ ਆਵੇ ਅਸੀਂ ਬਾਦਸ਼ਾਹ ਦਾ ਪ੍ਰੇਮ ਮੰਗੀਏ ਖਾਲਸਾ ਉਹ ਆ ਭਗਤ ਕਬੀਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵਰਤਿਆ ਅਸੀਂ ਕਹਿੰਦੇ 1699 ਚ ਅਰੰਭਤਾ ਹੋਈ ਅਰੰਭਤਾ ਨਹੀਂ ਉਹ ਤੇ ਅਖੀਰ ਸੀ ਉਸ ਦਿਨ ਤੇ ਸੰਪੂਰਨਤਾ ਹੋਈ ਖਾਲਸਾ ਪੰਥ ਦੀ ਰੰਭਤਾ ਤੇ ਬਹੁਤ ਪਹਿਲਾਂ ਹੋ ਚੁੱਕੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਖਾਲਸਾ ਸ਼ਬਦ ਭਗਤ ਕਬੀਰ ਸਾਹਿਬ ਨੇ ਬਖਸ਼ਿਆ ਵਰਤਿਆ ਹੂੰ ਉਹਨਾਂ ਨੇ ਆਖਿਆ ਕਹੋ ਕਬੀਰ ਜਨ ਭਈ ਖਾਲਸੇ ਪ੍ਰੇਮ ਭਗਤ ਚ ਜਾਨੀ ਹੁਣ ਜਿਹੜਾ ਸਾਰਾ ਦਿਨ ਸੋਖੀ ਮੰਗਦਾ ਫਿਰਦਾ ਸੁਖ ਮੰਨ ਬੰਗਲ ਲਈ ਸੁਖ ਮਨੀ ਪੜ ਰਿਹਾ ਆ ਉਹ ਉਹ ਕਿਵੇਂ ਖਾਲਸਾ ਹੋ ਗਿਆ ਖਾਲਸਾ ਦੇ ਪ੍ਰੇਮ ਨੂੰ ਜਾਣਦਾ ਆ ਔਰ ਪ੍ਰੇਮ ਇਹਨਾਂ ਜਿਹੜੀ ਅਰੰਭਤਾ ਜੀ ਪਾਤਸ਼ਾਹ ਜੀ ਨੇ ਆਖਿਆ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸੇਰ ਦਰ ਦਲੀ ਗਲੀ ਫਿਰ ਉੱਥੇ ਸੁੱਖ ਤੇ ਕਿਤੇ ਰਹਿ ਜਾਂਦਾ ਦੁਨਿਆਵੀ ਸੁੱਖਾਂ ਦੀ ਗੱਲ ਤੇ ਕਿਤੇ ਰਹਿ ਜਾਂਦੀ ਹੈ ਤੋ ਬਾਣੀ ਨੂੰ ਇੰਨੇ ਇੰਨਾ ਛੋਟਾ ਨਾ ਕਰੀਏ ਵੀ ਅਸੀਂ ਇਸ ਕੰਮ ਵਾਸਤੇ ਪੜ ਰਹੇ ਹਾਂ ਵੀ ਆ ਸੁੱਖ ਮਿਲ ਜਾਵੇ ਜਾਂ ਸਾਡੀ ਮਕਾਨ ਦੀ ਰਜਿਸਟਰੀ ਹੋ ਜਾਵੇ ਆ ਕੁਝ ਕਰਦੇ ਫਿਰਦੀ ਅੱਜ ਦੁਨੀਆਂ ਵੀ ਸਾਨੂੰ ਗੱਡੀ ਮਿਲ ਜਾਵੇ ਜਾਂ ਗੱਡੀ ਦੀ ਗੱਲ ਨੂੰ ਭਾਈਦੇ ਜਾਂਦੇ ਹਰ ਜਾਂਦੇ ਹਾਂ ਵੀ ਵੀਜ਼ਾ ਲੱਗ ਜਾਵੇ ਹਨ ਤੇ ਉਹ ਬੇਨਤੀ ਕਰੀਏ ਪਾਤਸ਼ਾਹ ਨੂੰ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰੇ ਦੇਣ ਵਾਲਾ ਸਾਰਾ ਕੁਝ ਉਹੀ ਆ ਪਰ ਇਹ ਨਾ ਬਣਾਈਏ ਵੀ ਮੈਂ ਆ ਪਾਠ ਕਰੂੰਗਾ ਤੇ ਮੇਰਾ ਵੀਜ਼ਾ ਲੱਗ ਜਾਊਗਾ ਇਸ ਤਰ੍ਹਾਂ ਨਹੀਂ ਬਾਣੀ ਕੋਈ ਸਾਡਾ ਵੀਜ਼ਾ ਲੱਗਣ ਵਾਸਤੇ ਨਹੀਂ ਲਿਖੀ ਆਪਾਂ ਆਪਾਂ ਪੰਜਾ ਬਾਣੀਆਂ ਦਾ ਜਿਹੜਾ ਅਭਿਆਸ ਕੀਤਾ ਉਹ ਕਾਦੇ ਵਾਸਤੇ ਲਿਖੀ ਹੈ ਸਾਨੂੰ ਦਰਗਾਹ ਤੱਕ ਪਹੁੰਚਾਉਣ ਵਾਸਤੇ ਬਿਲਕੁਲ ਸੋਦਾਰ ਤੱਕ ਪਹੁੰਚਾਉਣ ਵਾਸਤੇ ਤੇ ਅਸੀਂ ਕਹੀਏ ਜੇ ਮੇਰਾ ਵੀਜ਼ਾ ਲੱਗ ਜਾਏ ਬਾਣੀ ਵੀਜ਼ਾ ਲਾਉਣ ਵਾਸਤੇ ਨਹੀਂ ਲਿਖੀ ਬਾਣੀ ਸਾਡੇ ਮਕਾਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਸਤੇ ਨਹੀਂ ਵਿਚਾਰੀ ਕਿਉਂਕਿ ਉਹ ਕੰਮ ਤੇ ਪਹਿਲਾਂ ਵੀ ਹੋ ਰਹੇ ਸੀ ਵੀ ਤੁਸੀਂ ਹਵਨ ਕਰਾ ਦਿਓ ਤੁਸੀਂ ਹੋਰ ਕੁਝ ਦੇਦੇ ਹੋ ਤੇ ਤੁਹਾਡਾ ਉਪਾਏ ਜਿਹਨੂੰ ਉਪਾਏ ਕਰ ਉਪਾਏ ਕਰਦੇ ਆ ਜੀ ਸਹੀ ਗੱਲ ਉਹ ਤਾਂ ਪਹਿਲਾਂ ਵੀ ਹੋ ਰਿਹਾ ਸੀ ਫਿਰ ਵਕਰੇਵਾ ਕੀ ਹੋਇਆ ਨਿਆਰਾ ਪੰਥ ਕੀ ਹੋਇਆ ਹੂੰ ਨਿਆਰਾ ਇਹ ਵੀ ਕਿਤਨੇ ਕਿਤੇ ਆਪਾਂ ਵੀ ਜਿਹੜੇ ਉਪਾਅ ਕਰਨ ਵਾਲੇ ਜਾਂ ਪਾਂਦਿਆਂ ਵਾਲੇ ਕੰਮ ਆ ਨੇ ਅਸੀਂ ਫੜ ਲਏ ਹੋਏ ਉੱਥੇ ਖੜ ਗਏ ਆ ਅਕੀ ਅੱਗੇ ਫਿਰ ਜਿੰਨੇ ਮਨ ਸੌਖੇ ਸਮਝਾਂ ਚ ਕਹੀਏ ਨਾ ਜੇ ਜਿਹੜੇ ਵਿਮਾ ਪਰਮਾਜੋ ਜਿਹੜੇ ਜਿਹੜੇ ਕਰਮਕਾਂਡ ਸਾਨੂੰ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ ਨਾ ਕਿਤਨੇ ਕਿਤੇ ਅੱਜ ਫੇਰ ਆਪਾਂ ਉਸੇ ਚ ਫਸਤੇ ਜਾ ਰਹੇ ਆ ਬਿਲਕੁਲ ਪੂਤੀ ਖੜ ਬਿਲਕੁਲ ਜੀ ਅੱਛਾ ਇੱਕ ਸਵਾਲ ਮੇਰੇ ਕੋਲ ਆਇ ਇਸ ਸਵਾਲ ਨੇ ਮੈਨੂੰ ਵੀ ਇੱਕ ਵਾਰੀ ਸੋਚੀ ਪਾ ਦਿੱਤਾ ਕਿ ਬਹੁਤ ਭਾਂਤ ਭਾਂਤ ਦੀ ਦੁਨੀਆ ਆ ਠੀਕ ਹੈ ਜੀ ਤਰ੍ਹਾਂ ਤਰ੍ਹਾਂ ਦੀ ਹਰੇਕ ਦੀ ਆਪਣੀ ਮੱਤ ਹੈ ਆਪਣੀ ਮੱਤ ਦੇ ਅਨੁਸਾਰ ਸਵਾਲ ਕਰਦੇ ਆ ਲੋਕੀ ਠੀਕ ਹੈ ਪਰ ਚਲੋ ਆਪਣਾ ਸਿਧਾਂਤਿਆ ਜੀ ਰੋਸ ਨਾ ਕੀਜੇ ਉੱਤਰ ਦਿਜੇ ਆਪਾਂ ਕੋਸ਼ਿਸ਼ ਕਰਾਂਗੇ ਸਵਾਲ ਦਾ ਜਵਾਬ ਦੇਣ ਦੀ ਜੇ ਹੋ ਸਕਿਆ ਤੇ ਕਿਸੇ ਨੇ ਸਵਾਲ ਕੀਤਾ ਸੀ ਮੈਨੂੰ ਕਿ ਗੁਰੂ ਸਾਹਿਬ ਨੇ ਹੁਣ ਤੱਕ ਆਪਾਂ ਇੱਕ ਬੜੀ ਸੋਹਣੀ ਗੱਲ ਕਹਿੰਨੇ ਆ ਕਿਤਨੇ ਕਿਤੇ ਸਹੀ ਵੀ ਆ ਆਪਾਂ ਦੇਖਦੇ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਗੁਰੂ ਸਾਹਿਬ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਨੇ ਠੀਕ ਹੈ ਜੀ ਅੱਜ ਜਿਵੇਂ ਆਪਾਂ ਅਧਾਰਨ ਦੇ ਤੌਰ ਤੇ ਜਿਵੇਂ ਕਹਿ ਸਕਦੇ ਆ ਕਿ ਜੇ ਮਰਦ ਦਮਾਲਾ ਸੁਜਾਰਿਆ ਔਰਤੋ ਹੀ ਦਮਾਲਾ ਸੁਜਾਰੀ ਅਮਰਤਿ ਸ਼ਾ ਕਰਿਆ ਮਰਦ ਤੇ ਔਰਤੋ ਹੀ ਸ਼ਕ ਰਹੀ ਆ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਹਾ ਦਾ ਨਾਰਾ ਮਾਰਿਆ ਸੀ ਸੋ ਕੇ ਮੰਦਾ ਕੀ ਜਿੱਤ ਜਮੇ ਰਾਜਾਨ ਠੀਕ ਹੈ ਜੀ ਗੁਰੂ ਅਮਰਦਾਸ ਜੀ ਆਏ ਰਿਆਂ ਉਹਨਾਂ ਨੇ ਵੀ ਸਤੀ ਪ੍ਰਥਾ ਦਾ ਵਿਰੋਧ ਕੀਤਾ ਬੜਾ ਕੁਝ ਹੋਇਆ ਗੁਰੂ ਸਾਹਿਬ ਨੇ ਬਰਾਬਰ ਦੇ ਹੱਕ ਲੈ ਕੇ ਦਿੱਤੇ ਔਰਤਾਂ ਨੂੰ ਠੀਕ ਹੈ ਜੀ ਹੁਣ ਉਹਦਾ ਵੀਰ ਦਾ ਸਵਾਲ ਇਹ ਸੀ ਕਿ ਜੇ ਗੁਰੂ ਸਾਹਿਬ ਨੇ ਔਰਤਾਂ ਦਾ ਇੰਨੇ ਇੰਨੇ ਵਧੀਆ ਕੀਤਾ ਉਹਨਾਂ ਨੂੰ ਤੇ ਅਜੇ ਤੱਕ ਫਿਰ 10 ਗੁਰੂ ਸਾਹਿਬਾਨ ਜਿਹੜੇ ਹੋਏ ਨੇ ਇਹ ਸਾਰੇ ਮਰਦ ਹੀ ਕਿਉਂ ਸੀ ਕਿਸੇ ਔਰਤ ਨੂੰ ਗੁਰੂ ਕਿਉਂ ਨਹੀਂ ਬਣਾਇਆ ਗਿਆ ਇਹ ਮੈਂ ਉਹ ਸਵਾਲ ਸੁਣ ਕੇ ਇੱਕ ਕਰ ਤਾਂ ਚੁੱਪ ਹੋ ਗਿਆ ਸੁਣਨ ਕਿ ਯਾਰ ਇਹ ਮਤਲਬ ਕਿਹੜੀ ਸੋਚ ਚੋਂ ਬੰਦੇ ਦੇ ਸਵਾਲ ਉੱਪਜਿਆ ਹੋਊਗਾ ਬਹੁਤਿਆਂ ਦੇ ਮਨ 'ਚ ਅਜੇ ਸਵਾਲ ਹੈਗਾ ਆ ਕਿਉਂਕਿ ਸਾਨੂੰ ਵੀ ਕਈ ਐਸੇ ਗੁਰਮੁਖ ਮਿਲਦੇ ਨੇ ਜਿਨ੍ਹਾਂ ਦੇ ਮਨ 'ਚ ਇਹ ਸਵਾਲ ਆ ਔਰ ਉਹ ਪੁੱਛਦੇ ਵੀ ਨੇ ਪਰ ਅਸਲ ਗੱਲ ਇਹ ਆ ਕਿ ਜਿਹੜਾ ਬਰਾਬਰਤਾ ਦਾ ਰੌਲਾ ਪਾਇਆ ਗਿਆ ਨਾ ਬਰਾਬਰਤਾ ਕੋਈ ਖੇਡ ਨਹੀਂ ਸਮੁੱਚੇ ਸੰਸਾਰ ਦੇ ਵਿੱਚ ਹੂੰ ਤੁਸੀਂ ਬੈਠੇ ਹੋ ਮੈਂ ਬੈਠਾ ਨਾ ਸਾਡੀ ਉਮਰ ਬਰਾਬਰ ਹੈ ਨਾ ਸਾਡੇ ਸ਼ਰੀਰ ਦਾ ਚਾਲ ਚਲਣ ਬਰਾਬਰ ਹੈ ਨਾ ਸਾਡੇ ਬੋਲਣ ਦਾ ਤਰੀਕਾ ਬਰਾਬਰ ਹੈ ਨਾ ਸਾਡੇ ਨਾਂ ਨਕਸ਼ ਬਰਾਬਰ ਹੈ ਨਾ ਸਾਡੇ ਕੇਸ ਜਿਹੜੇ ਦਾੜਾ ਆ ਨਾ ਇਹਦੇ ਲੰਬਾਈ ਬਰਾਬਰ ਹੈ ਕੁਝ ਵੀ ਬਰਾਬਰ ਨਹੀਂ ਬ੍ਰਹਮਤ ਤੱਕ ਨਹੀਂ ਬਰਾਬਰ ਆਪਣ ਇੱਕੋ ਜਿਹੇ ਨਹੀਂ ਬਿਲਕੁਲ ਬਰਾਬਰਤਾ ਕੋਈ ਖੇਡ ਨਹੀਂ ਸੰਸਾਰ ਦੇ ਅੰਦਰ ਔਰ ਇਸ ਗੱਲ ਦੀ ਦ੍ਰਿੜਤਾ ਬਾਣੀ ਕਰਦੀ ਹਜ਼ੂਰ ਕਹਿੰਦੇ ਆ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਹਾ ਪਾਇਆ ਹੂੰ ਕੋਈ ਕਿਸੇ ਵਰਗਾ ਨਹੀਂ ਪੈਦਾ ਕੀਤਾ ਇਹ ਲੋਕਾਂ ਨੇ ਆਪਣੇ ਵੱਲੋਂ ਇੱਕ ਗੱਲ ਬਣਾ ਲਈ ਉਹ ਇਸ ਕਰਕੇ ਬਣਾ ਲਈ ਵੀ ਇਹਨਾਂ ਨੇ ਹੁਣ ਬਰਾਬਰ ਪੁੱਜਣਾ ਇਹ ਕੌਣ ਕਹੂਗਾ ਹੂੰ ਇਹ ਕੌਣ ਕਹੂਗਾ ਹੁਣ ਜੇ ਮੰਨ ਲਓ ਵੀ ਇੱਕ ਇੱਕ ਪੁਰਖ ਆ ਉਹ ਖੇਡ ਖੇਡ ਰਿਹਾ ਆ ਹੂੰ ਉਹ ਫੁੱਟਬਾਲ ਖੇਡ ਰਿਹਾ ਕੋਈ ਬੱਚਾ ਫੁੱਟਬਾਲ ਖੇਡ ਰਿਹਾ ਹੁਣ ਉਹ ਸਮਝਦਾ ਵੀ ਮੈਂ ਜਿਹੜਾ ਉਹ ਰੋनाल्डੋ ਤੋਂ ਨੀਵਾ ਆ ਹਾਂਜੀ ਉਹਦੇ ਮੰਨ ਚਾ ਵੀ ਹੁਣ ਮੈਂ ਬਰਾਬਰ ਪੁੱਜਣਾ ਰੋनाल्डੋ ਦੇ ਹੂੰ ਬਰਾਬਰ ਤਾਂ ਤਾਂ ਹੀ ਆਉਗੀ ਨਾ ਜੇ ਆਪਾਂ ਸਮਝਾ ਗਏ ਮੈਂ ਨੀਚਾ ਬਰਾਬਰਤਾ ਦਾ ਸਵਾਲ ਹੀ ਪੈਦਾ ਤਾਂ ਹੋਊਗਾ ਬਿਲਕੁਲ ਬਰਾਬਰਤਾ ਕੋਈ ਸਵਾਲ ਨਹੀਂ ਸੀ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੰਸਾਰ ਤੇ ਪ੍ਰਗਟ ਹੋਏ ਆ ਉਸ ਵੇਲੇ ਇਸਤਰੀ ਦੀ ਔਰਤ ਦੀ ਦਸ਼ਾ ਜਿਹੜੀ ਜਿਹੜਾ ਸਤਕਾਰ ਬਣਦਾ ਸੀ ਉਹ ਤੋਂ ਡਿੱਗ ਚੁਕੀ ਸੀ ਹੂੰ ਉਹਦੇ ਤੋਂ ਨੀਵਾ ਸਮਝਿਆ ਗਿਆ ਜਿਵੇਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਧਾਰਮਿਕ ਕੰਮ ਨਹੀਂ ਕਰਨ ਦਿੱਤੇ ਜਾਂਦੇ ਸੀ ਧਰਮ ਦੇ ਵਿੱਚ ਉਹਨੂੰ ਦਖਲ ਨਹੀਂ ਦਿੱਤੀ ਜਾਣ ਦਿੰਦੀ ਸੀ ਜਿਵੇਂ ਜਨੇਊ ਨਹੀਂ ਪਾ ਸਕਦੀ ਜਿਵੇਂ ਕਈ ਐਸੇ ਦੇਵਤੇ ਨੇ ਜਾਂ 나ਥ ਨੇ ਕਹੀ ਐਸੀ ਜਿਨ੍ਹਾਂ ਦੇ ਦਰਤੇ ਹੀ ਨਹੀਂ ਜਾ ਸਕਦੀ ਔਰਤ ਵੀ ਉਹਨਾਂ ਨੇ ਕਿਹਾ ਵੀ ਔਰਤ ਆ ਹੀ ਨਹੀਂ ਸਕਦੀ ਇੱਥੇ ਤੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਨਹੀਂ ਪੜ ਸਕਦੀ ਮੱਕੇ ਦੀ ਇਜ਼ਾਰਤ ਨਹੀਂ ਕਰ ਸਕਦੀ ਇਹ ਕਾਰਜ ਜਿਹੜੇ ਸੀ ਵੀ ਧਾਰਮਿਕ ਕੰਮ ਨਹੀਂ ਕਰ ਸਕਦੀ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਉਹਨੂੰ ਨੀਵਾ ਸਮਝਿਆ ਜਾਂਦਾ ਆ ਸਤ ਗੁਰਾਂ ਨੇ ਉਸ ਕਾਰਜ ਨੂੰ ਦੂਰ ਕਰਕੇ ਤੇ ਉਹਦੇ ਅਹੁਦੇ ਨੂੰ ਉਹਦਾ ਬਣਦਾ ਸਤਕਾਰ ਦਵਾਇਆ ਬਰਾਬਰਤਾ ਨਹੀਂ ਇਸਤਰੀ ਤੇ ਬੁਰਖ ਬਰਾਬਰ ਨਹੀਂ ਹੈ ਤੇ ਨਾ ਹੋ ਸਕਦੇ ਨੇ ਅਸੀਂ ਇਹ ਰੌਲਾ ਪਾ ਕੇ ਨਾ ਬਰਾਬਰਤਾ ਦਾ ਇਹ ਇਹ ਸਮਝ ਲਈਏ ਵੀ ਜਿਵੇਂ ਹੁਣ ਨਿੱਕਾ ਬੂਟਾ ਆ ਇੱਕ ਨਿੱਕਾ ਪੌਦਾ ਆ ਸੰਸਾਰ 'ਚ ਉਹਦਾ ਵੀ ਕੰਮ ਆ ਹੂੰ ਤੇ ਇਹ ਸੰਸਾਰ ਦੇ ਵਿੱਚ ਵੱਡੇ ਰੁੱਖ ਦਾ ਵੀ ਕੰਮ ਆ ਬਿਲਕੁਲ ਸੰਸਾਰ 'ਚ ਅਮਰਤ ਦਾ ਵੀ ਕੰਮ ਆ ਤੇ ਜ਼ਹਿਰ ਦਾ ਵੀ ਕੰਮ ਆ ਕੰਮ ਸਾਰਿਆਂ ਦੇ ਵੱਖੋ-ਵੱਖਰੇ ਨੇ ਬਰਾਬਰ ਨਹੀਂ ਮੈਂ ਅੱਜ ਦੀ ਗੱਲ 'ਚ ਉਦਾਹਰਣ ਲਵਾਂ ਸੌਖੀ ਸਮਝ ਆ ਜਾਊਗੀ ਲੋਕਾਂ ਨੂੰ ਇਹ ਬੜੀ ਜ਼ਰੂਰੀ ਗੱਲ ਆ ਜਿਵੇਂ ਹੁਣ ਮੰਨ ਲਓ ਵੀ ਸਾਡੇ ਕੋਲ ਗੱਡੀ ਆ ਹਾਂਜੀ ਮਹਿੰਗੀ ਗੱਡੀ ਆ ਹੂੰ ਤੇ ਉਹ ਮਹਿੰਗੀ ਗੱਡੀ ਨੂੰ ਅਸੀਂ ਕਹੀਏ ਵੀ ਇਹ ਬਹੁਤ ਵਧੀਆ ਹੂੰ ਵੀ ਜਿੱਤੇ ਕਹੀਏ ਇਹ ਲੈ ਜਾਂਦੀ ਆ ਤੇਜ਼ ਲੈ ਜਾਂਦੀ ਆ ਛੇਤੀ ਲੈ ਜਾਂਦੀ ਆ ਉਹ ਇੱਕ ਵੱਖਰੀ ਗੱਲ ਆ ਹੁਣ ਜੇ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਉਹ ਮੋਟਰਸਾਈਕਲ ਤੇ ਛੇਤੀ ਪਹੁੰਚੂਗਾ ਕਿ ਗੱਡੀ ਤੇ ਗੱਡੀ ਨਾਲ ਛੇਤੀ ਪਹੁੰਚੂਗਾ ਮੋਟਰਸਾਈਕਲ ਜਿਹੜੇ ਭੀੜ ਬਲੱਗੀ ਹੋਊਗੀ ਮੋਟਰਸਾਈਕਲ ਲੰਘ ਸਕਦਾ ਉਹ ਫਿਰ ਤਾਂ ਮੋਟਰਸਾਈਕਲ ਜਾਊਗਾ ਗੱਡੀ ਲੰਘ ਨਹੀਂ ਸਕਦੀ ਬਿਲਕੁਲ ਤੋ ਜਿੱਥੇ ਮੋਟਰਸਾਈਕਲ ਦੀ ਲੋੜ ਆ ਉੱਥੇ ਲੋੜ ਆ ਭਾਵੇਂ ਤੁਸੀਂ ਕਰੋੜਾ ਰੁਪਏ ਦੀ ਗੱਡੀ ਲਈ ਜਾਓ ਜਿੱਥੇ ਮੋਟਰਸਾਈਕਲ ਦੀ ਲੋੜ ਆ ਉਥੇ ਰੋਡ ਹੁਣ ਫੁੱਟਪਾਥ ਤੇ ਗੱਡੀ ਥੋੜੇ ਚੱਲੂਗੀ ਉਥੇ ਲੱਤਾਂ ਨਹੀਂ ਚੱਲਣਾ ਤੇ ਜਿੱਥੇ ਲੱਤਾਂ ਦੀ ਲੋੜ ਆ ਉਥੇ ਲੱਤਾਂ ਦੀ ਲੋੜ ਆ ਉਹ ਜੋ ਕੁਝ ਜਿੱਥੇ ਚਾਹੀਦਾ ਉਥੇ ਚਾਹੀਦਾ ਜਿੱਥੇ ਸਮਾਜ ਨੂੰ ਔਰਤ ਦੀ ਲੋੜ ਸੀ ਉਥੇ ਔਰਤ ਦੀ ਲੋੜ ਸੀ ਜਿੱਥੇ ਪੁਰਖ ਦੀ ਲੋੜ ਸੀ ਉਥੇ ਪੁਰਖ ਦੀ ਲੋੜ ਸੀ ਔਰਤ ਹੈ ਸਾਂਝ ਦੇ ਲਈ ਮੇਲ ਦੇ ਲਈ ਔਰਤ ਆਗੂ ਨਹੀਂ ਹੋ ਸਕਦੀ ਔਰਤ ਆਗੂ ਨਹੀਂ ਹੋ ਸਕਦੀ ਸਾਥ ਦੇ ਸਕਦੀ ਹੈ ਸਾਥ ਦੇ ਸਕਦੀ ਹੈ ਸਾਥ ਦੇਣ ਵਾਸਤੇ ਜਿਹੜਾ ਜਥੇਦਾਰ ਆ ਉਹ ਪੁਰਖ ਹੀ ਹੋਊਗਾ ਹਮੇਸ਼ਾ ਔਰਤ ਨਹੀਂ ਹੋ ਸਕਦੀ ਕਿਉਂਕਿ ਉਹਦੇ ਮਾਨ ਦੀ ਦਸ਼ਾ ਕੁਝ ਏਦਾਂ ਦੀ ਬਣਾਈ ਆ ਅਕਾਲਪੁਰਖ ਜੀ ਨੇ ਔਰ ਪੁਰਖ ਵੀ ਔਰਤ ਤੋਂ ਬਿਨਾ ਨਹੀਂ ਚੱਲ ਸਕਦਾ ਜਿਵੇਂ ਮੈਂ ਅਰੰਭਤਾ ਤੋਂ ਬੇਨਤੀ ਕਰਾਂ ਜਦੋਂ ਸ੍ਰਿਸ਼ਟੀ ਆਰੰਭ ਹੋਈ ਅਕਾਲਪੁਰਖ ਪੁਰਖ ਆ ਔਰ ਇਹ ਸਾਰੀ ਸ੍ਰਿਸ਼ਟੀ ਜਿਹੜੀ ਇਹ ਮਾਇਆ ਆ ਇਸਤਰੀ ਜਦੋਂ ਤੱਕ ਕਾਲਪੁਰਖ ਜੀ ਸੁਨ ਸਮਾਧੀ ਚ ਸੀ ਉਹਨਾਂ ਨੂੰ ਕੋਈ ਰੱਬ ਕਹਿੰਦਾ ਸੀ ਨਹੀਂ ਕਿਉਂਕਿ ਮਾਇਆ ਹੀ ਨਹੀਂ ਸੀ ਸਾਰਾ ਸੰਸਾਰ ਅਸੀਂ ਤੁਸੀਂ ਆ ਸਾਰਾ ਕੁਝ ਮਾਇਆ ਚ ਹੀ ਪੈਦਾ ਹੋਇਆ ਸੰਸਾਰ ਨੇ ਰੱਬ ਨੂੰ ਰੱਬ ਕਹਿਣਾ ਉਦੋਂ ਸ਼ੁਰੂ ਕੀਤਾ ਜਦੋਂ ਇਸਤਰੀ ਪੈਦਾ ਹੋਈ ਵੀ ਮਾਇਆ ਪੈਦਾ ਹੋਈ ਹੂੰ ਬਿਲਕੁਲ ਇਸੇ ਤਰੀਕੇ ਜਿਵੇਂ ਹੁਣ ਅਕਾਲਪੁਰਖ ਦੀ ਹੋਂਦ ਮਾਇਆ ਤੋਂ ਬਿਨਾ ਕੁਝ ਵੀ ਨਹੀਂ ਜੇ ਮਾਇਆ ਨਹੀਂ ਤੇ ਫਿਰ ਰੱਬ ਨੂੰ ਰੱਬ ਕੌਣ ਕਹੂਗਾ ਜੇ ਅਸੀਂ ਤੁਸੀਂ ਨਹੀਂ ਕੋਈ ਵੀ ਨਹੀਂ ਆਪਾਂ ਸਾਰੇ ਮਾਇਆ 'ਚ ਪੈਦਾ ਹੋਏ ਆਂ ਦੁਈ ਜਿਹੜੀ ਆ ਜਿਵੇਂ ਹਜ਼ੂਰ ਨੇ ਆਖਿਆ ਆਪੀ ਨੇ ਆਪ ਸਾਜੀਓ ਆਪੀ ਨੇ ਰਚੀਓ ਨਾਉ ਦੁਈ ਕੁਦਰਤ ਸਾਜੀ ਐ ਕੁਦਰਤ ਜਿਹੜੀ ਉਹ ਅਕਾਲਪੁਰਖ ਦਾ ਪ੍ਰਗਟਾਵਾ ਆ ਹੂੰ ਜੇ ਕੁਦਰਤ ਨਾ ਹੁੰਦੀ ਤੇ ਆਕਾਲਪੁਰਖ ਨੂੰ ਕਿਨੇ ਜਾਣਨਾ ਸੀ ਬਿਲਕੁਲ ਕੁਦਰਤ ਹੈ ਤੇ ਅਸੀਂ ਸਾਰੇ ਰੱਬ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਗਾਉਡ ਕਹਿੰਦੇ ਆ ਅੱਲਾ ਕਹਿੰਦੇ ਆ ਰਾਮ ਕਹਿੰਦੇ ਜੋ ਵੀ ਨਾਮ ਨੇ ਉਹ ਕੁਦਰਤ ਦੇ ਵਿੱਚ ਨੇ ਬਿਲਕੁਲ ਜੀ ਇਸਤਰੀ ਦਾ ਇਹ ਸਾਨ ਹੈ ਹੁਣ ਦੂਜੀ ਗੱਲ ਜੇ ਕੁਦਰਤ ਨਾ ਵੀ ਹੋਊਗੀ ਤੇ ਆਕਾਲਪੁਰਖ ਤੇ ਆਕਾਲਪੁਰਖ ਹੀ ਰਹੂਗਾ ਬਿਲਕੁਲ ਜੀ ਉਹ ਫੇਰ ਕੁਦਰਤ ਪੈਦਾ ਕਰੂਗਾ ਇਸਤਰੀ ਦਾ ਸਾਡੇ ਜੀਵਨ ਚ ਇਹ ਰੋਲ ਆ ਵੀ ਪੁਰਖ ਜਿਹੜਾ ਉਹ ਇਸਤਰੀ ਤੋਂ ਬਿਨਾ ਅਧੂਰਾ ਹੈ ਪਰ ਅਗਵਾਈ ਇਸਤਰੀ ਨਹੀਂ ਕਰ ਸਕਦੀ ਔਰ ਇਹ ਇਤਿਹਾਸ ਆ ਵੀ ਜਿਨ੍ਹਾਂ ਸਮਾਜਾਂ ਦੇ ਵਿੱਚ ਅਗਵਾਈ ਇਸਤਰੀ ਨੇ ਕੀਤੀ ਉੱਥੇ ਬਖੇੜੇ ਪੈਦਾ ਹੋਏ ਕਿਉਂਕਿ ਇਹ ਉਹਦਾ ਸਥਾਨ ਹੀ ਨਹੀਂ ਸੀ ਹੂੰ ਇਹ ਤੋਹੀਂ ਨਹੀਂ ਵੀ ਆਪਾਂ ਉਹਨੂੰ ਨੀਵਾ ਸਮਝ ਰਹੇ ਆ ਜਾਂ ਕੁਝ ਵੀ ਇਦਾਂ ਦਾ ਕੋਈ ਮਨਸ਼ਾ ਨਹੀਂ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਤੇ ਆਖਿਆ ਵੀ ਇਹ ਬਰਾਬਰਤਾ ਦੀ ਖੇੜਿਆ ਤੁਸੀਂ ਬਚਨ ਪੜ੍ਹੋ ਹਜ਼ੂਰ ਨੇ ਆਖਿਆ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਂ ਜਿਹੜੇ ਰਾਜਿਆਂ ਨੂੰ ਜੰਮਿਆ ਉਹਨਾਂ ਨੂੰ ਮੰਦਾ ਕਿਉ ਆਖ ਰਹੇ ਹੋ ਇਹ ਤਾਂ ਨਹੀਂ ਆਖਿਆ ਵੀ ਇਹ ਪੁਰਖ ਦੇ ਬਰਾਬਰ ਹੈ ਹੂੰ ਇਹ ਨਹੀਂ ਆਖਿਆ ਕਿਉਂਕਿ ਪੁਰਖ ਜਿਹੜਾ ਉਹ ਉਹਨੂੰ ਅਗਵਾਈ ਦਾ ਸਥਾਨ ਦਿੱਤਾ ਹੈ ਔਰ ਜਿਹੜੀ ਇਸਤਰੀ ਆ ਉਹਨੂੰ ਸਹਾਇਤਾ ਦਾ ਸਥਾਨ ਦਿੱਤਾ ਜਿਵੇਂ ਆਪਾਂ ਕਹਿੰਨੇ ਹਰੇਕ ਕਾਮਜਗ ਕਾਮਜਾਹ ਪੁਰਖ ਦੇ ਪਿੱਛੇ ਇਸਤਰੀ ਦਾ ਹੱਥ ਉਹ ਇਸਤਰੀ ਪਿੱਛੇ ਆ ਹੂੰ ਉਹ ਸਾਥ ਦੇ ਰਹੀ ਆ ਪੁੱਤਰ ਨੂੰ ਪੈਦਾ ਕਰਨ ਵਾਲੀ ਮਾਂ ਆ ਹੁਣ ਪੁੱਤਰ ਸੰਸਾਰ 'ਚ ਮਾਰ ਕੇ ਮਾਰੂਗਾ ਨਾਮ ਤੇ ਮਾਂ ਦਾ ਹੋਣਾ ਬਿਲਕੁਲ ਉਹ ਪਿੱਛੇ ਰਹਿਣ ਵਾਲੀ ਆ ਉਹ ਇਸ ਕਰਕੇ ਉਹ ਬਖਸ਼ਿਸ਼ ਕਰਨ ਵਾਲੀ ਆ ਔਰ ਜਿਹੜਾ ਇਹ ਬਰਾਬਰਤਾ ਦਾ ਰੌਲਾ ਪਾਇਆ ਨਾ ਸਮਾਜ ਨੇ ਸੱਤ ਕਰਕੇ ਜਾਣਿਓ ਬਹੁਤਾ ਲਾਹਾ ਨਹੀਂ ਕਟਿਆ ਨੁਕਸਾਨ ਬਹੁਤ ਕਮਾਇਆ ਹੂੰ ਪੁਰਖ ਕਦੇ दारू ਪੀਂਦਾ ਸੀ ਸ਼ਰਾਬ ਪੀਂਦਾ ਸੀ ਬੀੜੀਆਂ ਸਿਗਰਟਾ ਪੀਂਦਾ ਸੀ ਆਪਾਂ ਲੁਧਿਆਣੇ ਵਰਗੇ ਮਹਾਨਗਰ ਚ ਰਹਿ ਰਹੇ ਆ ਤੁਸੀਂ ਵੇਖਦੇ ਹੋ ਸਾਰਾ ਕੁਝ ਇਸਤਰੀ ਕਰ ਰਹੀ ਆ ਹੁਣ ਬਰਾਬਰਤਾ ਦਾ ਕਹਿ ਕੇ ਤੇ ਅਬਰ ਬਰਾਬਰਤਾ ਕੱਲੀ ਫਿਰ ਉਸ ਚੀਜ਼ ਚ ਨਹੀਂ ਨਾ ਫਿਰ ਉਹ ਕਹਿੰਦੀ ਵੀ ਸਾਰੇ ਪਾਸ ਬਰਾਬਰ ਹੋਵੇ ਸਾਰੇ ਪਾਸੇ ਕਰਨੀ ਮੈਂ ਤਾਂ ਬਰਾਬਰਤਾ ਦਾ ਨਹੀਂ ਕੋਈ ਮਸਲਾ ਸੀ ਜਿੱਥੇ ਉਹਦੀ ਲੋੜ ਆ ਉੱਥੇ ਉਹਦੀ ਲੋੜ ਆ ਜਿੱਥੇ ਪੁਰਖ ਦੀ ਲੋੜ ਆ ਉੱਥੇ ਪੁਰਖ ਦੀ ਲੋੜ ਆ ਸਮਾਜ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਅਸਲ ਦੇ ਵਿੱਚ ਹੁਣ ਬਸਤਰ ਵੀ ਇਦਾਂ ਦੇ ਵੀ ਮੈਂ ਮੈਂ ਪੁਰਖ ਵਰਗੀ ਦੀ ਹਮ ਬਸਤਰ ਵੀ ਉਦਾਂ ਦੇ ਪਾਉਣੇ ਸ਼ੁਰੂ ਕਰ ਦਿੱਤੇ ਔਰ ਤੁਸੀਂ ਇਹ ਲੇਡੀ ਡਾਕਟਰਾਂ ਨੂੰ ਪੁੱਛੋ ਜਾਂ ਸਲਾਹ ਕਰੀਏ ਨਾ ਇਸ ਗੱਲ ਦੀ ਤੇ ਉਹ ਦੱਸ ਦਿੰਿਆ ਨੇ ਵੀ ਜਿੱਦਾਂ ਦੇ ਵਸਤਰਾ ਜ ਔਰਤਾ ਪਾਉਂਦੀਆਂ ਨੇ ਉਹਦੇ ਨਾਲ ਜਿਹੜੀ ਪ੍ਰੈਗਨੈਂਸੀ ਆ ਉਹਦੇ 'ਚ ਵੀ ਪ੍ਰੋਬਲਮ ਹੁੰਦੀ ਆ ਹਮ ਵਿਓ ਪੁਰਖ ਵਾਲੇ ਵਸਤਰ ਉਹਨਾਂ ਨੇ ਬਣੇ ਹੀ ਨਹੀਂ ਹਮ ਅੱਜ ਭਾਵੇਂ ਚਲੋ ਉਹ ਖੱਬੇ ਪਾਸੇ ਬਟਨ ਲਾ ਕੇ ਜਾਂ ਸੱਜੇ ਪਾਸੇ ਲਾ ਕੇ ਕਹਿ ਦਿੱਤਾ ਵੀ ਇਹ ਗਰਲਿਸ਼ ਆ ਟੀ-ਸ਼ਰਟ ਜਾਂ ਸ਼ਰਟ ਜੋ ਵੀ ਆ ਇਦਾਂ ਦਾ ਕੁਛ ਨਹੀਂ ਇਹ ਬਖੇੜਾ ਖੜਾ ਕੀਤਾ ਗਿਆ ਹਮ ਉਹ ਸ਼ਰਟ ਕਦੇ ਗਰਲਿਸ਼ ਹੋ ਹੀ ਨਹੀਂ ਸਕਦੀ ਜੋ ਬਣੀ ਪੁਰਖ ਵਾਸਤੇ ਆ ਖैर ਇਹ ਤਾਂ ਸਾਡੇ ਜਿਹੜੇ ਪੱਛਮੀ ਸੱਭਿਆਚਾਰ ਦੇ ਲਿਬਾਸ ਆ ਨਾ ਸਾਡਾ ਲਿਬਾਸ ਤੇ ਨਹੀਂ ਸੀ। ਤਾਂ ਫਿਰ ਵੀ ਜਦੋਂ ਲਿਬਾਸ ਪਾਉਣੇ ਸ਼ੁਰੂ ਕੀਤੇ ਨੇ ਇਹ ਸਾਰਾ ਕੁਝ ਔਰਤ ਵਾਸਤੇ ਨਹੀਂ ਬਣਿਆ। ਉਹਨੂੰ ਸਥਾਨ ਸਮਝਣਾ ਚਾਹੀਦਾ। ਮਤਲਬ ਉੱਚੇ ਨੀਵੇਂ ਦੀ ਨਹੀਂ ਖੇਡ। ਖੇਡਿਆ ਵੀ ਆਪਣਾ ਸਥਾਨ ਸਮਝੀਏ। ਆਪਣੀਆਂ ਜ਼ਿੰਮੇਵਾਰੀਆਂ ਸਮਝੀਏ। ਜਿੱਥੇ ਇਸਤਰੀ ਦੀ ਜ਼ਿੰਮੇਵਾਰੀ ਆ ਉੱਥੇ ਇਸਤਰੀ ਦੀ ਆ ਜਿੱਥੇ ਪੁਰਖ ਦੀ ਆ ਉੱਥੇ ਪੁਰਖ ਦੀ ਆ। ਆਪਾਂ ਆਸਾਨ ਸ਼ਬਦਾਂ 'ਚ ਇਹ ਕਾ ਸਕਦੇ ਕਿ ਗੁਰੂ ਸਾਹਿਬ ਜੀ ਹੁਣਾਂ ਨੇ ਇਹ ਕਾਰਜ ਕਰਕੇ ਸਤੀ ਪ੍ਰਥਾ ਬੰਦ ਕਰਾ ਕੇ ਵਿਧਵਾ ਵਿਆਹ ਨੂੰ ਵਿਧਵਾ ਦੇ ਕੇ ਇਹੋ ਜਿਹੇ ਕਾਰਜ ਕਰਕੇ ਇਸਤਰੀਆਂ ਦਾ ਸ਼ਾ ਸੁਧਾਰ ਕੀਤਾ ਆ ਨਾ ਕਿ ਬਰਾਬਰਤਾ ਦਿੱਤੀ ਬਰਾਬਰਤਾ ਨਹੀਂ ਗਾ ਦਸ਼ਾ ਸੁਧਾਰੀ ਇਸਤਰੀਆਂ ਦੀ ਹਾਂ ਦਸ਼ਾ ਜਿਹੜੀ ਪਹਿਲਾਂ ਡਿੱਗ ਚੁੱਕੀ ਸੀ ਬੇ ਲੋਕਾਂ ਨੇ ਮੰਦਾ ਕਹਿਣਾ ਸ਼ੁਰੂ ਕਰ ਦਿੱਤਾ ਜਾਂ ਸਤੀ ਪ੍ਰਥਾ ਦਾ ਕਾਰਨ ਕੁਝ ਹੋ ਰਿਹਾ ਉਹ ਇਸ ਤਰ੍ਹਾਂ ਸੀ ਵੀ ਜਿਹੜੀਆਂ ਰਾਜੇ ਦੀਆਂ ਇਸਤਰੀਆਂ ਹੁੰਦੀਆਂ ਸੀ ਉਹਦਾ ਕਾਰਨ ਨੀਚੇ ਹੋਣਾ ਨਹੀਂ ਜਾਂ ਨੀਚ ਹੋਣਾ ਨਹੀਂ ਸੀ ਉਹਦਾ ਕਾਰਨ ਇਹ ਸੀ ਕਿ ਜਿਹੜੀ ਇਸਤਰੀ ਸਤੀ ਹੁੰਦੀ ਸੀ ਨਾ ਉਹ ਜਿਹੜੀ ਰਾਜੇ ਦੇ ਨਾਲ ਵਿਆਹੀ ਹੋਈ ਆ Rajput ਰਾਜੇ ਹੁੰਦੇ ਸੀ ਜਿਹੜੇ ਤੇ ਉਹਨਾਂ ਨੂੰ ਜਦੋਂ ਮੁਗਲ ਮਾਰ ਦਿੰਦੇ ਸੀ ਰਾਜਿਆਂ ਨੂੰ ਤੇ ਹੁਣ ਸੁਭਾਵਿਕ ਜੀ ਗੱਲ ਇਹ ਆ ਵੀ ਉਹਨਾਂ ਦੀ ਇਸਤਰੀਆਂ ਦੇ ਨਾਲ ਵਿਆਹ ਕਰਾਉਣਗੇ ਬਿਲਕੁਲ ਜਾਂ ਉਹਨਾਂ ਦੇ ਨਾਲ ਕੋਈ ਕਰਮ ਕਮਾਉਣਗੇ ਤੇ ਇਸ ਕਰਕੇ ਉਹ ਚਿਖਾ ਦੇ ਵਿੱਚ ਹੀ ਸੜ ਕੇ ਮਰ ਜਾਂਦੀਆਂ ਸੀ ਉਹ ਇੱਕ ਚੰਗਾ ਮੈਸੇਜ ਸੀ ਉਹ ਨੀਚਤਾ ਨਹੀਂ ਸੀ ਉਹ ਇੱਕ ਚੰਗਾ ਮੈਸੇਜ ਸੀ ਵੀ ਸਤੀ ਹੋਣਾ ਚਾਹੀਦਾ ਸੀ ਉਸ ਵੇਲੇ ਲੋੜ ਸੀ ਉਹ ਕਿਉਂਕਿ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਵੀ ਅਨੇਕਾਂ ਲੋਕਾਂ ਨੇ ਜਿਹੜੀਆਂ ਇਸਤਰੀਆਂ ਨੇ ਸਾਡੀਆਂ ਧੀਆ ਭੈਣਾਂ ਨੇ ਖੂਹ ਦੇ ਵਿੱਚ ਛਾਲ ਮਾਰੀਆਂ ਬੀ ਬੇਪਾ ਤੋਂ ਨਾਲ ਉਹ ਤੇ ਚੰਗਾ ਆ ਚੰਗਾ ਸਹੀ ਆ ਉਹ ਉਸ ਵੇਲੇ ਉਹ ਚੰਗਾ ਮੈਸੇਜ ਸੀ ਸਾਰਾ ਕੁਝ ਇੱਕੋ ਗੱਲ ਵਾਸਤੇ ਨਹੀਂ ਵੀ ਸਮੇਂ ਅਨੁਸਾਰ ਲੋੜ ਅਨੁਸਾਰ ਇਹ ਗੱਲਾਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਪਰ ਕੁਝ ਜਿਹੜੀਆਂ ਉਹ ਸਮਾਜ ਬਿਨਾ ਕਿਸੇ ਮਸਲੇ ਤੋਂ ਇਖਤਿਆਰ ਕਰ ਲੈਂਦਾ ਜਿਵੇਂ ਬਰਾਬਰਤਾ ਦੀ ਖੇਡ ਕਹ ਦਿੰਦਾ ਵੀ ਬਰਾਬਰ ਹੋਣਾ ਚਾਹੀਦਾ ਬਰਾਬਰ ਸੰਸਾਰ 'ਚ ਕੁਝ ਵੀ ਨਹੀਂ ਸਾਰਾ ਕੁਝ ਕਿਸੇ ਮਕਸਦ ਵਾਸਤੇ ਪੈਦਾ ਕੀਤਾ ਜਿੱਥੇ ਜ਼ਹਿਰ ਦੀ ਲੋੜ ਆ ਉੱਥੇ ਜ਼ਹਿਰ ਦੀ ਜਿੱਥੇ ਅਮਰਤ ਦੀ ਲੋੜ ਆ ਉੱਥੇ ਅਮਰਤ ਦੀ ਲੋੜ ਹੈ ਜਿੱਥੇ ਅਮੀਰ ਦੀ ਲੋੜ ਆ ਉੱਥੇ ਅਮੀਰ ਉਹਨਾਂ ਗਰੀਬ ਵੀ ਚਾਹੀਦਾ ਸੰਸਾਰ ਦੇ ਵਿੱਚ ਤਾਂ ਗਰੀਬ ਵੀ ਚਾਹੀਦਾ ਹੈ ਇੱਕ ਮੈਥ ਤੋਂ ਹੀ ਇੱਕ ਕਹਾਣੀ ਮੈਨੂੰ ਚਿਹਤੇ ਆ ਗਈ ਨਰਿੰਦਰ ਸਿੰਘ ਪੂਰਣਾ ਲਿਖੀ ਆ ਬੜੀ ਸੋਹਣੀ ਗੱਲ ਉਹ ਕਹਿੰਦੇ ਕਿ ਇੱਕ ਨਾ ਫਿਲਮ ਇੰਡਸਟਰੀ ਦੇ ਕੋਈ ਫਿਲਮ ਬਣਨੀ ਸੀ ਉਹਨਾਂ ਦੀ ਹਾਂਜੀ ਤੇ ਉਹਨਾਂ ਨੇ ਫਿਲਮ ਦੇ ਵਿੱਚ ਨਾ ਇੱਕ ਗਰੀਬ ਬਸਤੀ ਦਾ ਚਿੱਤਰ ਫਿਲਮਾਉਣਾ ਸੀ ਉਹ ਵੀਡੀਓ ਬਣਾਉਣੀ ਸੀ ਉਹਨਾਂ ਦੀ ਤੇ ਉਹਨਾਂ ਨੇ ਇੱਕ ਦਿਨ ਪਹਿਲਾਂ ਜਾ ਕੇ ਨਾ ਉਹ ਗਰੀਬ ਬਸਤੀ ਦੇ ਲੋਕਾਂ ਨੂੰ ਸਮਝਾ ਦਿੱਤਾ ਵੀ ਕੱਲ ਅਸੀਂ ਤੁਹਾਡੇ ਇੱਥੇ ਸ਼ੂਟਿੰਗ ਕਰਨ ਆਵਾਂਗੇ ਹੀਰੋ ਹੀਰੋਇਨ ਆਉਣਗੇ ਜੋ ਵੀ ਸਾਰਾ ਕੁਝ ਤੇ ਸਾਰਾ ਸੈਟਅਪ ਲੈ ਕੇ ਆਵਾਂਗੇ ਉਹਨਾਂ ਨੇ ਬਸਤੀ ਸਾਫ਼ ਕਰਾ ਦਿੱਤੀ ਵੱਦੀਆ ਕੱਪੜੇ ਪਾ ਕੇ ਖੜ ਗਏ ਹੁਣ ਜੋ ਵੇਖਣ ਆਏ ਸੀ ਉਹ ਤੇ ਉੱਥੇ ਹੈ ਹੀ ਨਹੀਂ ਉਹ ਗਰੀਬੀ ਫਿਲਮਾਉਣ ਆਏ ਸੀ ਫਿਲਮ ਦੀ ਸ਼ੂਟ ਚ ਉਹਨਾਂ ਨੇ ਗਰੀਬੀ ਦਿਖਾਉਣੀ ਸੀ ਸਹੀ ਹੈ ਉਹ ਅੱਜ ਸਫਾਈ ਕਰਕੇ ਬੈਠੇ ਨਵੇਂ ਕੱਪੜੇ ਪਾ ਕੇ ਬੈਠੇ ਕਿਉਂ ਕਿਉਂਕਿ ਉਹ ਜਾਂਉਂਦੇ ਨੇ ਵੀ ਅਮੀਰ ਆ ਰਿਹਾ ਸਾਡੇ ਘਰ ਅਸੀਂ ਬਰਾਬਰ ਹੋ ਜਾਈ ਬਰਾਬਰ ਹੋ ਜਾਈ ਹਾਂ ਬਰਾਬਰਤਾ ਦੀ ਖੇਡ ਆ ਜਿਹੜੀ ਸਾਡੇ ਅੰਦਰ ਭਲੇਖਾ ਪੈਦਾ ਕਰਦੀ ਮੇਰੇ ਮਾਫੀ ਚਾਹੁੰਦਾ ਮੈਨੂੰ ਪਤਾ ਤੁਹਾਡਾ ਸਮਾਂ ਬਹੁਤ ਕੀਮਤੀ ਆ ਤੇ ਮੈਂ ਤੁਹਾਡਾ ਸਮਾਂ ਜ਼ਿਆਦਾ ਲੈ ਰਿਹਾ ਤੁਸੀਂ ਜਾ ਕੇ ਕਥਾ ਵੀ ਕਰਨੀ ਹੋਗੀ ਸੋ ਜ਼ਿਆਦਾ ਨਹੀਂ ਹੁਣ ਇੱਕ ਦੋ ਸਵਾਲ ਆਪਾਂ ਕਰਾਂਗੇ ਠੀਕ ਹੈ ਜੀ ਮੈਨੂੰ ਤੁਹਾਡੀ ਗੱਲ 'ਚ ਇੱਕ ਗੱਲ ਯਾਦ ਆ ਗਈ ਮੈਨੂੰ ਨਹੀਂ ਪਤਾ ਇਹ ਸੱਚ ਆ ਝੂਠ ਆ ਮੈਂ ਬਸ ਸੁਣੀ ਸੀ ਆਪਣੇ ਜਿਹੜੇ ਸਾਡੇ ਵੱਡ ਵਡੇਰਿਆਂ ਜੀ ਬਜ਼ੁਰਗਾਂ ਕੋਲ ਸੁਣੀ ਮੈਂ ਇਦਾਂ ਕਿਤੇ ਬੈਠੇ ਸੀ ਉਹਨਾਂ ਨਾਲ ਵਿਚਾਰ ਕਰ ਰਹੀ ਸੀ ਕਹਿੰਦੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੱਚਖੰਡ ਨੂੰ ਜਾ ਰਹੇ ਸੀ ਤਾਂ ਸਾਰੀ ਗਰੀਬੀ ਇਕੱਠੀ ਕਰਕੇ ਲੈ ਜੇ ਲੱਗੇ ਸੀ ਠੀਕ ਆ ਤੇ ਕਿਸੇ ਨੇ ਕਿਸੇ ਸਿੰਘ ਨੇ ਵਾਜ ਦੇ ਕੇ ਕਹਿ ਦਿੱਤਾ ਕਿ ਗੁਰੂ ਸਾਹਿਬ ਜੇ ਤੁਸੀਂ ਸਾਰੀ ਗਰੀਬੀ ਨਾਲ ਲੈ ਗਏ ਤੁਹਾਨੂੰ ਯਾਦ ਕੌਣ ਕਰੂਗਾ ਜੇ ਸਾਰੇ ਅਮੀਰ ਹੋ ਗਏ ਤੇ ਥੋੜੀ ਜੀ ਛੱਡ ਜੋ ਫਿਰ ਕਹਿੰਦੇ ਵੀ 1 2% ਹੀ ਗੁਰੂ ਸਾਹਿਬ ਨੇ ਛੱਡੀ ਬਾਕੀ ਸਾਰੀ ਨਾਲ ਲੈ ਗਏ ਤੇ ਕਹਿੰਦੇ ਅੱਜ ਜੇ 1 2% ਹੀ ਵੇਖਦੇ ਆ ਤਾਂ ਇੰਨੀ ਗਰੀਬੀ ਆ ਤੇ ਜੇ ਸੋਚੋ ਗੁਰੂ ਸਾਹਿਬ ਸਾਰੀ ਛੱਡ ਜਾਂਦੇ ਤੇ ਕੀ ਦੁਸ਼ਾਣੀ ਸੀ ਮਤਲਬ ਹੈ ਕੋਈ ਇਦਾਂ ਦੀ ਕਹਾਣੀ ਆ ਸਿਰਫ ਮਨ ਘੜਤੀ ਆ ਇਹ ਪਹਿਲੀ ਗੱਲ ਤੇ ਜਿਹੜੀ ਗੁਰੂ ਸਾਹਿਬ ਦੇ ਬਚਨਾਂ ਚ ਗਰੀਬੀ ਹੋਊਗੀ ਉਹ ਗਰੀਬੀ ਇਹ ਨਹੀਂ ਵੀ ਕਿਸੇ ਕੋਲ ਪੈਸਾ ਨਹੀਂ ਕਿਸੇ ਕੋਲ ਤਾਂ ਨਹੀਂ ਇਹ ਇਹਨੂੰ ਤਾਂ ਗਰੀਬੀ ਮੰਨਿਆ ਹੀ ਨਹੀਂ ਮਹਾਰਾਜ ਨੇ ਹਾਂਜੀ ਮਹਾਰਾਜ ਨੇ ਗਰੀਬੀ ਮੰਨਿਆ ਹਜ਼ੂਰ ਕਹਿੰਦੇ ਆਬਸਤਾ ਟੂਟੀ ਝੋਂਪੜੀ ਚੀਰ ਸਭ ਛਿੰਨਾ ਜਾਤ ਨਾ ਪਤਨ ਆਦਰੂ ਧਿਆਨ ਪਰਮੇਨਾ ਹੂੰ ਮਿੱਤਰ ਨਾਇਟ ਤੁਨ ਰੂਪਹੀਨ ਕੇ ਚਸਾਕ ਨ ਸਿੰਨਾ ਕਹਿੰਦੇ ਜੇ ਕੋਈ ਟੁੱਟੀ ਝੌਂਪੜੀ ਚ ਵੱਸਦਾ ਹੋਵੇ ਹੂੰ ਚੀਰ ਸਭ ਸਿੰਨਾ ਕੱਪੜੇ ਉਹਦੇ ਸਾਰੇ ਪਾਟੇ ਹੋਣ ਲੀਰਾ ਹੋਏ ਹੋਣ ਹੂੰ ਤਨ ਢਕਣ ਵਾਸਤੇ ਚੱਜ ਦਾ ਬਸਤਰ ਨਾ ਹੋਵੇ ਹੂੰ ਤੇ ਮਿੱਤਰ ਨਾਇਟ ਤੁਨ ਰੂਪਹੀਨ ਕੇ ਚਸਾਕ ਨ ਸਿੰਨਾ ਕੋਈ ਉਹਦਾ ਮਿੱਤਰ ਨਾ ਹੋਵੇ ਕੋਈ ਉਹ ਉਹਦਾ ਕੋਈ ਮਿੱਤਰ ਸੰਬੰਧੀ ਨਾ ਹੋਵੇ ਕੋਈ ਉਹਨੂੰ ਬੁਲਾਉਂਦਾ ਬੋਲਦਾ ਚੱਲਦਾ ਨਾ ਹੋਵੇ ਕੋਈ ਉਹਦੇ ਘਰ ਨਾ ਆਉਂਦਾ ਹੋਵੇ ਔਰ ਰੂਪ ਤੋਂ ਵੀ ਹੀਣਾ ਹੋਵੇ ਕੋ ਰੂਪ ਹੋਵੇ ਕੋਝਾ ਹੋਵੇ ਤੇ ਸੋਣਾ ਵੀ ਨਾ ਹੋਵੇ ਕਿ ਜਸਾਕ ਨਾ ਸਿੰਨਾ ਕੋਈ ਸਾਖ ਸਮਦੀ ਰਿਸ਼ਤੇਦਾਰ ਵੀ ਉਹਦਾ ਨਾ ਹੋਵੇ ਪਰ ਹਜ਼ੂਰ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾਹਰ ਨਾਮ ਮਨ ਪਿੰਨਾ ਜਿਉ ਰੱਬ ਰੱਬ ਕਰਦਾ ਤੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਆ ਹੂੰ ਤੇ ਇਸ ਕਰਕੇ ਉਹ ਜਿਹੜੀ ਗਰੀਬੀ ਸੰਸਾਰ ਕਹਿੰਦਾ ਉਹ ਗਰੀਬੀ ਤੇ ਪਾਤਸ਼ਾਹ ਜਿਹੜੇ ਕਿਤੇ ਗਰੀਬੀ ਮੰਨੀ ਨਹੀਂ ਗਰੀਬੀ ਤੇ ਮਨ ਦੀ ਗਰੀਬੀ ਆ ਨਿਮਰਤਾ ਗਰੀਬੀ ਜਿਹੜੀ ਜਿੱਥੇ ਰੱਬ ਨਹੀਂ ਵਸਦਾ ਉਹ ਮਨ ਗਰੀਬ ਹੀ ਆ ਔਰ ਔਰ ਇਹ ਗੱਲਾਂ ਐਵੇਂ ਅਫਵਾਹ ਲੋਕਾਂ ਨੇ ਫਲਾਈਆਂ ਨੇ ਅਨੇਕਾ ਪ੍ਰਕਾਰ ਦੀਆਂ ਬਣਾਈਆਂ ਨੇ ਗੱਲਾਂ ਪੇ ਜਿੱਦਾਂ ਇਹਨੂੰ ਆਪਾਂ ਇਦਾਂ ਇਦਾਂ ਕਹਿ ਸਕਦੇ ਕਿ ਜਿੱਦਾਂ ਕੋਈ ਚੰਗੀ ਗੱਲ ਸਮਝਾਉਣ ਵਾਸਤੇ ਵਹਿਮ ਪਾ ਦਿੱਤਾ ਜਾਂਦਾ ਨਾ ਵੀ ਜਿੱਦਾਂ ਵਾਲ ਦੀ ਰਾਤ ਨੂੰ ਵੋਣੇ ਜੀ ਪੈਰ ਨਹੀਂ ਹਿਲਾਏਦੇ ਬਿੱਲੀ ਰਾਤ ਕੱਟ ਜਾਂਦੀ ਮਤਲਬ ਹੈ ਤਾਂ ਚਲੋ ਵਹਿਮ ਹੀ ਆ ਪਰ ਕਿਸੇ ਚੰਗੇ ਕਾਰਨ ਕਰਕੇ ਕਿਸੇ ਸਿਆਣੀ ਨੇ ਕਿਹਾ ਹੋਣਾ ਸਿਆਣਾ ਕਿ ਬਾਅਦ ਵਿੱਚ ਗੱਲਾਂ ਬਣਾ ਲਈਆਂ ਉਹ ਇਦਾਂ ਦੀ ਕੁਛ ਗੁਰੂ ਸਾਹਿਬ ਦਾ ਨਾਮ ਲੈ ਕੇ ਵਰਤੇ ਜਾਂਦੇ ਪਰ ਇਦਾਂ ਦਾ ਕੁਛ ਨਹੀਂ ਠੀਕ ਹੈ ਜੀ ਅੱਛਾ ਇੱਕ ਆਖਰੀ ਸਵਾਲ ਸਿਰਫ ਹਾਂ ਜੀ ਕਿ ਆਪਾਂ ਅੱਜ ਗੱਲ ਕਰਦੇ ਹਾਂ ਸਿੱਖ ਧਰਮ ਦੀਆਂ ਸਿੱਖ ਪੰਥ ਦੀ ਠੀਕ ਹੈ ਇੱਕ ਉਹ ਪੰਥ ਹੈ ਉਹ ਧਰਮ ਹੈ ਜਿਹੜਾ ਆਪਾਂ ਅੱਜ ਦੇਖਦੇ ਆਂ ਇੱਕ ਸਿੱਖ ਧਰਮ ਉਹ ਆ ਸਿੱਖ ਪੰਥ ਉਹ ਆ ਜੋ ਆਪਾਂ ਪੁਰਾਤਨ ਜਿੰਨ ਦੇ ਬਾਰੇ ਸੁਣਦੇ ਆਂ ਪੜ੍ਹਦੇ ਆਂ ਇੱਕ ਉਹ ਆ ਇੱਕ ਅੱਜ ਵਾਲਾ ਆ ਦੋਨਾਂ 'ਚ ਫਰਕ ਕੀ ਆ ਜਾਂ ਅੱਜ ਆਪ ਆਪਣੇ ਸਿੱਖ ਧਰਮ ਨੂੰ ਕਿੱਥੇ ਦੇਖਦੇ ਆਂ ਕਿੱਦਾਂ ਦੇਖਦੇ ਆਂ ਫਰਕ ਇਹ ਸੀ ਇਹ ਸਮਝ ਲਈਏ ਕਿ ਭਗਤ ਨਾਮਦੇਵ ਜੀ ਦੇ ਕੋਲ ਹਾਂਜੀ ਨਾਮਦੇਵ ਸ਼ੀਂਬੇ ਨੇ ਜਾਤ ਦੇ ਕੱਪੜੇ ਧੋਂਦੇ ਨੇ ਤੇ ਉਹਨਾਂ ਦੇ ਕੋਲ ਨਾ ਕੋਈ ਪੁਰਖ ਆਉਂਦਾ ਯਾਰ ਰੋਜ ਬਸਤਰ ਧਵਾਉਣ ਵਾਸਤੇ ਹੂੰ ਤੇ ਬਸਤਰ ਧਵਾ ਕੇ ਉਹਨਾਂ ਨੂੰ ਨਾ ਪੈਸੇ ਦੇ ਜਾਂਦਾ ਅੱਛਾ ਜੀ ਤੇ ਇੱਕ ਦਿਨ ਘਰ ਨਹੀਂ ਸੀ ਉਹਨਾਂ ਨੇ ਆਖਿਆ ਵੀ ਉਹ ਪੁਰਖ ਆਏਗਾ ਉਹਨੂੰ ਬਸਤਰ ਦੇ ਦਿਓ ਉਹਨਾਂ ਦੀ ਇਸਤਰੀ ਸੀ ਉਹਨਾਂ ਦੀ ਇਸਤਰੀ ਨੇ ਨਾ ਬਸਤਰ ਫੜਾ ਦਿੱਤੇ ਉਸ ਪੁਰਖ ਨੂੰ ਅੱਗੋਂ ਉਹਨੇ ਖੋਟਾ ਸਿੱਕਾ ਦਿੱਤਾ ਅੱਛਾ ਜੀ ਤੇ ਉਹ ਕਹਿੰਦੇ ਵੀ ਇਹ ਤੇ ਨਹੀਂ ਲੈਣਾ ਸੀ ਇਹ ਤੇ ਚੱਲਦਾ ਨਹੀਂ ਖੋਟਾ ਹੂੰ ਨਕਲੀ ਆ ਇਹ ਤੇ ਇਹ ਨਹੀਂ ਚੱਲਣਾ ਠੀਕ ਹੈ ਉਸ ਸਮੇਂ ਸੋਨੇ ਦੇ ਚਾਂਦੀ ਦਾ ਜਿਵੇਂ ਸਿੱਕੇ ਹੁੰਦੇ ਸੀ ਧਾਤ ਦੇ ਬਣੇ ਹੋਏ ਔਰ ਉਹ ਧਾਤ ਘਟਵਾਦ ਹੋਵੇ ਜਾਂ ਨਕਲੀ ਧਾਤ ਦਾ ਬਣਿਆ ਹੋਵੇ ਤਾਂ ਉਹਨੂੰ ਖੋਟਾ ਕਹਿੰਦੇ ਸੀ ਬਿਲਕੁਲ ਬਿਲਕੁਲ ਵੇ ਉਹ ਖੋਟਾ ਸਿੱਕਾ ਅਸੀਂ ਨਹੀਂ ਲੈਣਾ ਉਹਨਾਂ ਕਿਹਾ ਤੇ ਜਦੋਂ ਭਗਤ ਨਾਮਦੇਵ ਜੀ ਘਰ ਆਏ ਨਾ ਉਹਨਾਂ ਨੇ ਦੱਸ ਦਿੱਤਾ ਵੀ ਉਹ ਬੁਰਖ ਬਸਤਰ ਲੈਣ ਆਇਆ ਸੀ ਤੇ ਬਸਤਰ ਦੇ ਦਿੱਤੇ ਨੇ ਪਰ ਉਹ ਖੋਟਾ ਸਿੱਕਾ ਦਿੰਦਾ ਸੀ ਅਸੀਂ ਲਿਆ ਨਹੀਂ ਹੂੰ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਤੇ ਰੋਜ਼ ਖੋਟਾ ਸਿੱਕਾ ਦੇ ਕੇ ਜਾਂਦਾ ਤੇ ਉਹਨਾਂ ਦੀ ਘਰਵਾਲੀ ਕਹਿੰਦੀ ਵੀ ਤੁਸੀਂ ਲੈ ਲੈਂਦੇ ਹੋ ਤੇ ਕਹਿੰਦੇ ਹਾਂ ਬੜੇ ਆਰਮਨਾਲ ਤੇ ਕਹਿੰਦੇ ਲੈ ਤਾਂ ਲੈਂਦੇ ਹੋ ਇਹਦਾ ਕਰਦੇ ਕੀ ਹਾਂ ਤੇ ਉਹਨਾਂ ਘਰ ਦੇ ਪਿੱਛੇ ਲਿਜਾ ਕੇ ਦਿਖਾਇਆ ਕਹਿੰਦੇ ਆ ਵੇਖ ਮੈਂ ਟੋਆ ਪੁੱਟਿਆ ਆ ਤੇ ਮੈਂ ਖੋਟਾ ਸਿਕਾ ਇਹਦੇ ਵਿੱਚ ਪਾ ਦਿੰਨਾ ਹਮ ਰੋਜ਼ ਇੱਕ ਖੋਟਾ ਸਿਕਾ ਲੈ ਕੇ ਦੇ ਕੇ ਜਾਂਦਾ ਆ ਤੇ ਮੈਂ ਰੋਜ਼ ਖੋਟਾ ਸਿਕਾ ਇਹਦੇ ਵਿੱਚ ਪਾ ਦਿੰਨਾ ਤੇ ਕਹਿੰਦੇ ਇਹ ਇਹਦਾ ਕੀ ਕਰਦੇ ਹੋ ਇਹ ਕਿਉਂ ਕਰ ਰਹੇ ਹੋ ਤੇ ਕਹਿੰਦੇ ਮੈਂ ਸੰਸਾਰ ਤੋਂ ਖੋਟ ਮੁਕਾਰਿਆ ਵੀ ਉਹਨੇ ਅੱਜ ਮੈਨੂੰ ਦਿੱਤਾ ਜੇ ਮੈਂ ਮਨਾ ਕਰਾਂਗਾ ਕਿਸੇ ਹੋਰ ਨੂੰ ਦਊਗਾ ਜਾ ਕੇ ਕਿਸੇ ਹੋਰ ਨੂੰ ਤਾਂ ਕਿ ਕਰੂਗਾ ਤੇ ਮੈਂ ਇੱਥੇ ਦਾਅਵੇ ਦਿੱਤਾ ਵੀ ਸੰਸਾਰ ਦਾ ਖੋਟ ਹੀ ਮੁਕਾ ਦੇ। ਖੋਟ ਹੀ ਮੁਕਾ ਦੀ ਹੈ ਸਹੀ ਹੈ। ਵੀ ਨਾ ਇਹ ਸਿੱਕਾ ਹੁਣ ਬਾਹਰ ਨਿਕਲੂ ਇਹ ਤੋਂ ਤੇ ਨਾ ਹੋਰ ਕੋਈ ਦਊਗਾ ਕਿਸੇ ਨੂੰ ਨਾ ਹੋਰ ਕੋਈ ਕਿਸੇ ਨੂੰ ਬੁੱਧੂ ਬਣਾਊਗਾ। ਹੂੰ ਇਹ ਸਮਝ ਲਈਏ ਵੀ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆ ਪੰਥ ਚਲਾਇਆ ਲੋਕ ਉਹ ਹੀ ਸੀ, ਲੋਕਾਈ ਉਹ ਹੀ ਸੀ। ਪਾਤਸ਼ਾਹ ਜੀ ਨੇ ਉਹਨਾਂ ਦੇ ਅੰਦਰੋਂ ਖੋਟ ਮੁਕਾਤਾ। ਹੂੰ ਜਦੋਂ ਖੋਟ ਮੁਕਾਤਾ ਤੇ ਕੀ ਰਹਿ ਗਿਆ? ਪਿਓਰ ਬਿਲਕੁਲ ਤੇ ਪਿਓਰ ਦਾ ਅਰਥ ਹੁੰਦਾ ਖਾਲਸ। ਖਾਲਸਾ। ਹਾਂਜੀ। ਉਹ ਪਿਓਰਿਟੀ ਰਹਗੀ ਉਹ ਫਿਰ ਖਾਲਸਾ ਪੰਥ ਇਕ ਤਿਆਰ ਕਰ ਦਿੱਤਾ ਪ੍ਰਗਟ ਕਰ ਦਿੱਤਾ ਖਾਲਸਾ ਪੰਥ ਤੇ ਉਸ ਤੋਂ ਬਾਅਦ ਕੀ ਖੇਡ ਵਰਤੀ ਆ ਮੈਂ ਇਸੇ ਗੱਲ ਨੂੰ ਇੱਕ ਹੋਰ ਗੱਲ ਦੇ ਨਾਲ ਕਹਾਣੀ ਦੇ ਨਾਲ ਘਟਨਾ ਨਾਲ ਡਿਫਾਈਨ ਕਰਾਂ ਜਿਵੇਂ ਇਹ ਸਮਝ ਲਈਏ ਵੀ ਮਾਈਕਲ ਐਂਜਲੋ ਇੱਕ ਪ੍ਰਸਿੱਧ ਮੂਰਤੀਕਾਰ ਹੋਇਆ ਪੱਛਮ ਦਾ ਹਾਂਜੀ ਤੇ ਉਹ ਉਹਨੇ ਨਾ ਜਿਹੜੀ ਸਭ ਤੋਂ ਜ਼ਿੰਦਗੀ ਦੀ ਸਭ ਤੋਂ ਸੋਹਣੀ ਮੂਰਤੀ ਬਣਾਈ ਮਾਂ ਮਰੀਮ ਦੀ ਤੇ ਹਜਰਤੀਸਾ ਦੀ ਹਜਰਤੀਸਾ ਮਾਂ ਮਰੀਮ ਦੀ ਗੋਦ ਦੇ ਵਿੱਚ ਬੈਠੇ ਆ ਉਨੇ ਮੂਰਤੀ ਬਣਾਈ ਸਭ ਤੋਂ ਸੋਹਣੀ ਜ਼ਿੰਦਗੀ ਦੀ ਜਦੋਂ ਉਹਨੂੰ ਪੁੱਛਿਆ ਨਾ ਵੀ ਇਹ ਮੂਰਤੀ ਤੂੰ ਕਿੱਦਾਂ ਬਣਾਈ ਜਾਂ ਤੇ ਮੇਰੇ ਮਨ 'ਚ ਖਿਆਲ ਕਿੱਦਾਂ ਆਇਆ ਕਹਿੰਦਾ ਮੈਂ ਈਸਾ ਨੂੰ ਨਹੀਂ ਬਣਾਇਆ ਮੈਂ ਈਸਾ ਦੀ ਮੂਰਤੀ ਨਹੀਂ ਬਣਾਈ ਕਹਿੰਦਾ ਮੈਂ ਰੋਜ਼ ਇੱਕ ਦੁਕਾਨ ਦੇ ਸਾਹਮਣੋਂ ਲੰਘਦਾ ਸੀ ਤੇ ਇਸ ਇੱਕ ਪੱਥਰ ਵੇ ਟੱਬਾ ਜਿਆ ਉਸ ਦੁਕਾਨ ਦੇ ਬਾਹਰ ਪਿਆ ਹੁੰਦਾ ਸੀ ਕਹਿੰਦਾ ਉਹਦੇ ਵਿੱਚ ਹੀ ਹਜ਼ਰਤ ਈਸਾ ਦੇ ਮਾਂ ਮਰੀਅਮ ਬੈਠੀ ਸੀ ਤੇ ਮੈਨੂੰ ਰੋਜ਼ ਆਵਾਜ਼ਾਂ ਮਾਰਦੇ ਸੀ ਵੀ ਸਾਨੂੰ ਇੱਥੋਂ ਮੁਕਤ ਕਰ ਹਮ ਜਦੋਂ ਮੂਰਤੀਕਾਰ ਮੂਰਤੀ ਬਣਾਉਂਦਾ ਉਹ ਆਪਣੇ ਕੋਲੋਂ ਲਾਉਂਦਾ ਤੇ ਕੁਝ ਵੀ ਨਹੀਂ ਬਿਲਕੁਲ ਜੋ ਵਾਧੂ ਵਾਧੂ ਪੱਥਰ ਹੁੰਦਾ ਉਹ ਛਾੜ ਦਿੰਦਾ ਛਾੜਦਾ ਤੇ ਵਿੱਚੋਂ ਮੂਰਤੀ ਨਿਕਲ ਆਉਂਦੀ ਆ ਤੇ ਮਾਈਕਲ ਐਂਜਲੋ ਕਹਿੰਦਾ ਵੀ ਮੈਂ ਦੁਕਾਨ ਤੇ ਗਿਆ ਮੈਂ ਜਾ ਕੇ ਪੁੱਛਿਆ ਵੀ ਭਾਈ ਸਾਹਿਬ ਵੀ ਤੁਹਾਨੂੰ ਇਹ ਪੱਥਰ ਚਾਹੀਦਾ ਤੇ ਨਹੀਂ ਮੈਂ ਦੁਕਾਨਦਾਰ ਨੂੰ ਪੁੱਛਿਆ ਉਹ ਕਹਿੰਦਾ ਇਹਨੇ ਤੇ ਰਾਹ ਰੋਕਿਆ ਜੇ ਲੈ ਜਾਵੇਂਗਾ ਤੇ ਤੇਰਾ ਭਲਾ ਹੋਊਗਾ ਹਾਂ ਵੀ ਲੈ ਜਾਵੇਂਗਾ ਤੇ ਕਹਿੰਦਾ ਫਿਰ ਵੀ ਮੈਂ ਉਹਨੂੰ ਕੁਝ ਮੁੱਲ ਦੇ ਕੇ ਆਇਆ ਉਹਦਾ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਦੇ ਵਿੱਚ ਹਜਰਤੀਸਾ ਆ ਤੇ ਹੁਣ ਹਜਰਤੀਸਾ ਨੂੰ ਮੈਂ ਐਵੇਂ ਤੇ ਨਹੀਂ ਲੈ ਸਕਦਾ ਸੀ ਕੋਈ ਨਜ਼ਰਾਨਾ ਤੇ ਦੇਣਾ ਪੈਣਾ ਸੀ ਮੈਂ ਨਜ਼ਰਾਨਾ ਦਿੱਤਾ ਕਰ ਲਿਆ ਕਿ ਥੋੜੀ ਜੀ ਮਿਹਨਤ ਕੀਤੀ ਉਹਦੀ ਬਰਕਤ ਦੇ ਨਾਲ ਤੇ ਮੈਂ ਇਹਨੂੰ ਖੋਲਣਾ ਸ਼ੁਰੂ ਕੀਤਾ ਪੱਥਰ ਨੂੰ ਜਿਹੜਾ ਉਹ ਘਟਾਉਣਾ ਸ਼ੁਰੂ ਕੀਤਾ ਸੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਜਿਹੜਾ ਵਾਧੂ ਪੱਥਰ ਸੀ ਉਹਨੂੰ ਮੈਂ ਛਾੜ ਦਿੱਤਾ ਤੇ ਵਿੱਚ ਉਹਦੀ ਮਰਿਯਮ ਨੂੰ ਤੇ ਹਜਰਤੀਸਾ ਨੂੰ ਕੱਢ ਲਿਆ ਹੂੰ ਬਸ ਇਹ ਸਮਝ ਲਈਏ ਵੀ ਲੁਕਾਈ ਉਹੋ ਹੀ ਸੀ ਪਾਤਸ਼ਾਹ ਜੀ ਨੇ ਸਾਡੇ ਵਿੱਚ ਉਹ ਖਾਲਸਾ ਪ੍ਰਗਟ ਕਰ ਦਿੱਤਾ ਬਿਲਕੁਲ ਇਸੇ ਲਈ ਇਹਨੂੰ ਪ੍ਰਗਟ ਕਹਿੰਦੇ ਆ ਹੂੰ ਔਰ ਮਾਈਕਲ ਐਂਜਲੋ ਨੇ ਪੱਥਰ ਲਾਇਆ ਵਾਧੂ ਹੂੰ ਦੇਖਾ ਪਾਤਸ਼ਾਹ ਜੀ ਨੇ ਕੀ ਲਾਇਆ ਪਾਤਸ਼ਾਹ ਜੀ ਨੇ ਲਾਇਆ ਖਾਲਸਾ ਖਾਸ ਕਹਾਵੈ ਸੋਈ ਜਾਕਾ ਹਿਰਦੈ ਭਰਮ ਨਾ ਹੋਈ ਭਰਮ ਲਾ ਦਿੱਤਾ ਸਾਡੇ ਮਨ 'ਚ ਤੁਸੀਂ ਜਿੰਨੀ ਬਾਣੀ ਪੜੋ अनेका ਵਾਰੇ ਵਜਨ ਪੜੋਗੇ ਵੀ ਬਾਣੀ ਭਰਮ ਲਾਉਣ ਵਾਲੀ ਕਹਿ ਰਹੀ ਆ ਔਰ ਜਿਵੇਂ ਆਪਾਂ ਪਹਿਲੇ ਸਵਾਲ 'ਚ ਵਜਨ ਕੀਤੇ ਆ ਵੀ ਫਿਰ ਸਾਨੂੰ ਭਰਮਾ ਜੀ ਪਾਇਆ ਜਾ ਰਿਹਾ ਵਿਆਹ ਪੜੋ ਸੁੱਖ ਮਿਲਦਾ ਆ ਪੜੋ ਇਦਾਂ ਹੁੰਦਾ ਆ ਪੜੋ ਭਰਮ ਨੇ ਸਾਰੇ ਬਿਲਕੁਲ ਭਰਮਾ ਜੀ ਪਾਇਆ ਜਾ ਰਿਹਾ ਭਰਮਾ ਤੋਂ ਰਹਿਤ ਹੋਣਾ ਹੀ ਖਾਲਸ ਸੀ ਜਾ ਕੇ ਹਿਰਦੇ ਭਰਮ ਨਾ ਹੋਈ ਭਰਮ ਤੋਂ ਰਹਿਤ ਹੋਣਾ ਹੀ ਖਾਲਸੀ ਭਰਮ ਲਾਹ ਦਿੱਤਾ ਪਾਤਸ਼ਾਹ ਜੀ ਨੇ ਸਾਡੇ ਮਨ ਤੋਂ ਤੇ ਸਾਨੂੰ ਖਾਲਸ ਕਰ ਦਿੱਤਾ ਭਰਮ ਇਹ ਸੀ ਵੱਡਾ ਭਰਮ ਇਹ ਸੀ ਵੀ ਮੈਂ ਤੇ ਅਕਾਲ ਪੁਰਖ ਅਸੀਂ ਵੱਖ-ਵੱਖ ਹਾਂ ਤੇ ਮੈਂ ਕਿਸੇ ਮੰਦਰ ਚ ਜਾ ਕੇ ਮਸਜਿਦ ਚ ਜਾ ਕੇ ਕਿਸੇ ਗੁਰੂ ਮਾਫ ਕਰਨਾ ਗੁਰਦੁਆਰੇ ਚ ਜਾ ਕੇ ਵੀ ਰੱਬ ਨੂੰ ਪੂਜਣਾ ਹੈ ਹੂੰ ਬਾਣੀ ਕਹਿ ਰਹੀ ਆ ਜਿਹੜੀ ਗੁਰੂ ਘਰ ਚ ਪ੍ਰਕਾਸ਼ ਬਾਣੀ ਉਹ ਕਹਿ ਰਹੀ ਵਸੀ ਰੱਬ ਹੀ ਹਾਲੀ ਹੈ ਜੰਗਲ ਕਿਹਾ ਢੁੰਡੇ ਹੂੰ ਇਹ ਭਰਮ ਦੂਰ ਕੀਤਾ ਵੇਹੇ ਹਿਰਦੇ ਜੀ ਵਸਦਾ ਤੇਰੇ ਨਾਲ ਆ ਤੂੰ ਜਿੱਥੇ ਹਰ ਹਰ ਅੱਦੀ ਹੈ ਤਿੱਥੇ ਹਰ ਮਿਤਸਾ ਹੈ ਜਿੱਥੇ ਮਰਜੀ ਤੋਂ ਅਰਾਧਨਾ ਕਰ ਬੈ ਕੇ ਤੇਰੇ ਨਾਲ ਸਹਾਈ ਹੋ ਰਿਹਾ ਇਹ ਇਹ ਭਰਮ ਲਾ ਦਿੱਤਾ ਬਸ ਇਹੋ ਖੇੜਿਆ ਜੀ ਫਰਕ ਆ ਪਿਆ ਅੱਜ ਦੇ ਸਮੇਂ ਤੱਕ ਵੀ ਉਸੇ ਭਰਮ ਚ ਆਪਾਂ ਫੇਰ ਪੈ ਗਏ ਬਿਲਕੁਲ ਉਹ ਜਿਹੜੀ ਜਿਹੜਾ ਭਰਮ ਲਾਇਆ ਸੀ ਨਾ ਜਿਹੜਾ ਕੋਟ ਮਹਾਰਾਜ ਨੇ ਦਬ ਦਿੱਤਾ ਸੀ ਅਸੀਂ ਫੇਰ ਉਹ ਕੋਟ ਕੱਢ ਲਿਆ ਵੀ ਨਹੀਂ ਸਾਡੂੰ ਇੱਦਾਂ ਹੀ ਚੰਗਾ ਲੱਗਦਾ ਅਸੀਂ ਉੱਥੇ ਆ ਕੇ ਖੜ ਗਏ ਇਹ ਫਰਕ ਪਿਆ ਸਾਡੇ ਜੀਵਨ ਨੂੰ ਹੋਏ ਨਾ ਕਿ ਜਿਹੜੇ ਵਾਹ ਉਹ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਪਾ ਪਖੰਡਵਾਦ ਤੋਂ ਕਹਲੋ ਬਾਹਮਣਵਾਦ ਤੋਂ ਕਹਲੋ ਪਰੰਪਰਿਕ ਰਖਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਗੋਬਸਿਆਂ ਕੱਢਿਆ ਅੱਜ ਫੇਰ ਅਸੀਂ ਕਰ ਹੀ ਕਰ ਹੀ ਰਹੇ ਹਾਂ ਕਿਤੇ ਅੱਜ ਗੁਰਦੁਆਰੇ ਅੱਗੇ ਵੀ ਗੁਰਦੁਆਰਿਆਂ ਚ ਧੂਪ ਬੱਤੀਆਂ ਕਰਨੇ ਸ਼ੁਰੂ ਕਰਤੀਆਂ ਹਾਂ ਰਾਜਨੀਤਿਕ ਤੌਰ ਤੇ ਵੀ ਲੁੱਟਿਆ ਜਾ ਰਿਹਾ ਸੀ ਹੂੰ ਔਰ ਧਾਰਮਿਕ ਤੌਰ ਤੇ ਵੀ ਦੋ ਆਗੂ ਹੁੰਦੇ ਨੇ ਮਹਾਨ ਦੋ ਆਗੂ ਹੂੰ ਜਿਹੜੇ ਸਾਨੂੰ ਧਾਰਮਿਕ ਸਿੱਖਿਆ ਦਿੰਦੇ ਨੇ ਔਰ ਜਿਹੜੇ ਸਾਨੂੰ ਸੰਸਾਰ ਦੇ ਵਿੱਚ ਚੰਗਾ ਜੀਵਨ ਦਿੰਦੇ ਨੇ ਉਹ ਰਾਜਨੀਤਿਕ ਆ ਰਾਜਨੀਤਿਕ ਤੌਰ ਤੇ ਆਪ ਹੀ ਹੁਣ ਰਾਜੇ ਮਹਾਰਾਜੇ ਬਣਾਏ ਤੇ ਉਹ ਪ੍ਰਜਾ ਨੂੰ ਹੀ ਲੁੱਟੀ ਜਾ ਰਹੇ ਨੇ ਪ੍ਰਜਾ ਨੂੰ ਖਾਈ ਜਾ ਰਹੇ ਨੇ ਹਾਂਜੀ ਤੇ ਦੂਜੇ ਪਾਸੇ ਧਾਰਮਿਕ ਆਗੂ ਸੀ ਜਿਹੜਾ ਧਾਰਮਿਕ ਆਗੂ ਆ ਉਹ ਧਾਰਮਿਕ ਆਗੂ ਪ੍ਰਜਾ ਨੂੰ ਗਿਆਨ ਦੇਣ ਵਾਸਤੇ ਆ ਹਮ ਔਰ ਜਿਹੜੀ ਪ੍ਰਜਾ ਗਿਆਨ ਤੋਂ ਵੀ ਹੁਣੀ ਆ ਉਹ ਉਹਨਾਂ ਨੂੰ ਭਰਮਾਂ ਦੇ ਵਿੱਚ ਪਾ ਰਿਆ ਵੀ ਤੁਸੀਂ ਆ ਫਲਾਣਾ ਯੱਗ ਕਰੋ ਇਹਦੇ ਨਾਲ ਪ੍ਰਾਪਤੀ ਹੋ ਜੋ ਫਲਾਣਾ ਯੱਗ ਕਰੋ ਇਹਦੇ ਨਾਲ ਪ੍ਰਾਪਤੀ ਹੋ ਜਾ ਜਾਂ ਆ ਮੈਂ ਕਹਿਣਾ ਹੁਣਾ ਵੀ ਕਿਸੇ ਦਾ ਧੀ ਪੁੱਤ ਮੰਗਲੀਕ ਆ ਬੜੀ ਵੱਡੀ ਖੇਡ ਆ ਕਿਸੇ ਦਾ ਧੀ ਪੁੱਤ ਮੰਗਲੀਕ ਆ ਉਹ ਕਹਿੰਦਾ ਜੀ ਉਪਾਅ ਕਰਾਇਆ ਉਪਾਅ ਕੀ ਕਰਾਇਆ 5 ਕਿਲੋ ਖੰਡ ਸੁੱਟ ਦੋ ਦਰਿਆ ਦੇ ਵਿੱਚ ਤੇ ਖੰਡ ਦਰਿਆ 'ਚ ਸੁੱਟਿਆ ਮੰਗਲੀਕ हट ਜਾਊਗਾ ਹਾਂ ਸਹੀ ਉਹ ਭਰਮਾਂ ਦੇ ਵਿੱਚ ਪਾਇਆ ਗਿਆ ਧਾਰਮਿਕ ਆਗੂ ਨੇ ਵੀ ਔਰ ਰਾਜਨੀਤਿਕ ਨੇ ਵੀ ਸਾਨੂੰ ਲੁੱਟਿਆ ਤੇ ਅੱਜ ਜਿੱਥੇ ਖੜੇ ਆ ਧਾਰਮਿਕ ਆਗੂ ਫੇਰ ਲੁੱਟ ਰਿਹਾ ਆ ਗੁਰੂ ਘਰਾਂ 'ਚ ਵੀ ਐਸੇ ਕਾਰਜ ਹੋ ਰਹੇ ਆ ਵੀ ਜੋ ਉਹ ਕਹਿੰਦੇ ਵੀ ਆਹ ਕੁਝ ਕਰੋ ਜੀ ਤੇ ਰਾਜਨੀਤਿਕ ਫੇਰ ਲੁੱਟ ਰਹੇ ਨੇ ਅਸੀਂ ਫੇਰ ਉੱਥੇ ਕੀ ਖੜੇ ਆ ਮੇਰੇ ਮੇਰਾ ਮਿੱਤਰ ਆ ਇੱਕ ਮੈਨੂੰ ਗੱਲ ਯਾਦ ਆ ਗਈ ਤੁਹਾਡੀ ਮੰਗਲੀਕ ਵਾਲੀ ਗੱਲ ਤੋਂ ਜਾਂਦੇ ਜਾਂਦੇ ਆਪਾਂ ਕਰਦੇ ਆ ਉਹ ਵੀਰ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਚਲੋ ਨਾਮ ਤਾਂ ਆਪਾਂ ਨਹੀਂ ਲਵਾਂਗੇ ਦਾ ਤੇ ਉਹ ਕਹਿੰਦਾ ਜੀ ਮੇਰੇ ਭਰਾ ਦਾ ਨਾ ਉਹ ਮੈਂ ਮੈਨੂੰ ਪਤਾ ਲੱਗਾ ਤੇ ਭਰਾ ਦਾ ਨਾ ਉਹ ਕਿਸ ਪਿੱਪਲ ਨਾਲ ਵਿਆਹ ਕਰ ਰਹੀ ਸੀ ਉਹਦੇ ਭਰਾ ਦਾ ਹੂੰ ਹੂੰ ਮੈਂ ਕਿਹਾ ਵੀਰੇ ਇਹ ਕੀ ਚੱਕਰ ਵੀ ਹਨਾ ਨਹੀਂ ਜੀ ਜੀ ਮੰਗਲੀਕ ਹੈ ਜੀ ਭਰਾ ਮੇਰਾ ਤੇ ਸਾਨੂੰ ਕਹਿੰਨੇ ਪਾ ਦੱਸਿਆ ਵੀ ਇਹਦਾ ਪਿੱਪਲ ਨਾਲ ਵਿਆਹ ਕਰ ਦੋ ਇਹਦਾ ਉਹ ਦੋਸ਼ ਖਤਮ ਹੋ ਜਾਊਗਾ ਨਹੀਂ ਤੇ ਮੈਂ ਕਿਹਾ ਅੱਛੇ ਜੇ ਮੰਨ ਲਾ ਇਹ ਦੋਸ਼ ਖਤਮ ਨਾ ਕੀਤਾ ਜਾਵੇ ਤਾਂ ਕੀ ਹੋਣਾ ਹੈ ਕਹਿੰਦਾ ਫਿਰ ਜਿਹੜੀ ਵਿਆਹ ਕੇ ਆਊਗੀ ਜਾਤੇ ਕਲਾਕਲੇਸ਼ ਰਹੂਗੀ ਘਰ ਚ ਸੁੱਖ ਨਹੀਂ ਰਹੂਗਾ ਜਾਂ ਕੋਈ ਦੁੱਖ ਤਕਲੀਫ ਬਿਮਾਰੀ ਸ਼ਮਾਰੀ ਆ ਜਾਊਗੀ ਜਾਂ ਮਰ ਜੂਗੀ ਕੁਛ ਏਦਾਂ ਦਾ ਹਨਾ ਜੇ ਮੰਗਲਿਕ ਹੈ ਤੇ ਤੇ ਕਹਿੰਦੇ ਪਿੱਪਲ ਨਾਲ ਦਾ ਵਿਆਹ ਕਰ ਦਾਂਗੇ ਤੇ ਮੈਂ ਕਹਾ ਚ ਮਤਲਬ ਫਿਰ ਜੇ ਉਹ ਮਰ ਸਕਦੀ ਮਤਲਬ ਅੱਜ ਪਿੱਪਲ ਵੀ ਸੁੱਕ ਜਾਊਗਾ ਜਾਂ ਫਿਰ ਇਹ ਹੋਊਗਾ ਚਲੋ ਇਹ ਕਿਤੇ ਗੱਲ ਹਾਸੇ ਚ ਪਾਤੀ ਮੈਂ ਪਰ ਮੈਂ ਉਹ ਇੱਕ ਸਵਾਲ ਪੁੱਛਿਆ ਮੈਂ ਕਹਾ ਚਲੋ ਤੂੰ ਹੀ Hindu ਪਰਿਵਾਰ ਨਾਲ ਸਹਿਮਤ ਮੈਂ ਤੁਹਾਡੇ ਚਲੋ ਜੋ ਤੁਹਾਡੇ ਰੀਤੀ ਰਿਵਾਜ ਆ ਜਿੱਦਾਂ ਵੀ ਹਨਾ ਮੈਂ ਤੁਹਾਡਿਆਂ ਕਦਰ ਕਰਦਾ ਚੀਜ਼ਾਂ ਦੀ ਪਰ ਮੈਂ ਕਹ ਇੱਕ ਸੋਚਣ ਵਾਲੀ ਗੱਲ ਆ ਮੈਂ ਕਹਾ ਅਸੀਂ ਕਦੀ ਕੁੰਡਲੀਆਂ ਨਹੀਂ ਬਣਾਈਆਂ ਕੋਈ ਜੰਤਰੀਆਂ ਮੰਤਰੀਆਂ ਪੱਤਰਾ 'ਚ ਨਹੀਂ ਪਏ ਠੀਕ ਹੈ ਜੇ ਮੈਂ ਤੁਹਾਡੇ ਹਿਸਾਬ ਨਾਲ ਚੱਲਾਂ ਕਿਤਨੇ ਕਿਤੇ ਮੈਂ ਮੰਗਲਿਕ ਤੇ ਸਾਡੇ 'ਚ ਵੀ ਹੋਣਗੇ ਫਿਰ ਬਿਲਕੁਲ ਜੇ ਮੈਨੂੰ ਮੇਰਾ ਨਹੀਂ ਪਤਾ ਪਰ ਮੈਨੂੰ ਲੱਗਦਾ ਜੇ ਇਹ ਹੋ ਸਦਾ ਮੈਂ ਅੱਜ ਜਾ ਕੇ ਆਪਣਾ ਕੋਈ ਟੇਵਾ ਬਣਵਾ ਲਾ ਕੋਈ ਜੰਤਰੀ ਬਣਾਣ ਤੇ ਅੱਜ ਸ਼ਾਇਦ ਪਾਣਦਾ ਮੈਨੂੰ ਕਹਿੰਦਾ ਤੂੰ ਮੰਗਲਿਕ ਆ ਠੀਕ ਹੈ ਤੇ ਕੱਲ ਨੂੰ ਅੱਜ ਤੇ ਬਣਾਈਆਂ ਨਹੀਂ ਪਰ ਕੱਲ ਨੂੰ ਜਦੋਂ ਮੇਰਾ ਵਿਆਹ ਹੁੰਦਾ ਜਾਂ ਜੋ ਵੀ ਇਸਦਾ ਹਨਾ ਤੇ ਕੱਲ ਨੂੰ ਕੀ ਤਾਂ ਮੇਰੀ ਉਹਦੇ ਨਾਲ ਕਿੰ다 ਦਿਨੇ ਬਣੀ ਕਿੰ다 ਦਿਨੇ ਬਣੀ ਜਾਂ ਸਾਡੇ ਪਰ ਪਿਓ ਦਾਦਿਆਂ ਦੀ ਗੱਲ ਕਰ ਲਈਏ ਜਾਂ ਹੁਣ ਵੀ ਆਪਣੇ ਸਿੱਖਾਂ ਦੇ 'ਚ ਜਿਨ੍ਹਾਂ ਦੀ ਨਿਵਦੀ ਆਉਣ ਡਈ ਐ ਤੇ ਸਾਡੇ ਤੇ ਮਨ ਲਾਦਾ ਸਾਡੇ ਤੇ ਚੀਜ਼ ਹੀ ਨਹੀਂ ਹੈਗੀ ਸਾਹੀ ਤੇ ਕਦੀ ਜੰਦਰੀਆਂ ਪਤਰੀਆਂ ਬਣਾਈਆਂ ਨਹੀਂ ਇਹ ਤਾਂ ਜਿੰਨੇ ਭਰਮ ਦੇ ਵਿੱਚ ਪਾਵਾਂਗੇ ਉਨਾ ਇਹ ਕਾਰਜ ਵੱਧਦਾ ਜਾਣਾ ਬਾਣੀ ਕਹਿੰਦੀ ਆ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਪਰਮੇਸ਼ਰ ਭੁੱਲ ਗਿਆ ਉਸ ਤੋਂ ਬਾਅਦ ਸਾਰਾ ਕੁਝ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਫਿਰ ਸਾਰਾ ਕੁਝ ਕਰਨ ਦੀ ਲੋੜ ਨਹੀਂ ਪੈਣੀ ਫਿਰ ਉਹ ਜਿਹੜੇ ਗਵਾਂਢੀ ਟੂਣਾ ਕਰਦੇ ਨੇ ਨੀਂ ਬੁਲਟ ਕਾਉਂਦੇ ਨੇ ਨਾਰੀਅਲ ਪਾਉਂਦੇ ਸਾਰਾ ਕੁਝ ਹੁੰਦਾ ਹੈ ਫੇਰ ਉਹ ਵਰਪੂਤ ਪ੍ਰੇਤ ਵੀ ਅਸਰ ਕਰਦੇ ਸਹੀ ਗੱਲ ਹੈ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਸਭੇ ਚ ਸਾਰੇ ਸੰਸਾਰ ਦੇ ਦੋ ਕੁਲੇਸ਼ ਸਾਰਾ ਕੁਝ ਹੀ ਆ ਜਾਂਦਾ ਜੇ ਤਾਂ ਸਿਮਰਨ ਹੈ ਤੇ ਸਾਰਾ ਕੁਝ ਹੈ ਜੇ ਨਹੀਂ ਹੈ ਤੇ ਫਿਰ ਸਾਰਾ ਕੁਝ ਹੀ ਨਾਸ਼ਾ ਜੀਵਨ ਦਾ ਜੋ ਮਰਜੀ ਬੰਦੇ ਨੇ ਕਮਾਇਆ ਜੋ ਮਰਜੀ ਕੀਤਾ ਫਿਰ ਏਸੇ ਗੇੜ ਜੀ ਮਨੁੱਖ ਪਿਆ ਰਹਿਦਾ ਵੇ ਆ ਫਲਾਣੇ ਦੇ ਕੋਲੋਂ ਪੁੱਛ ਲਈ ਉਹਦੇ ਕੋਲੋਂ ਪਾਕਰ ਆ ਲਈ ਉਹ ਕਰ ਲਈ ਆ ਕਰ ਲਈ ਜਦੋਂ ਪਰਮੇਸ਼ਰ ਭੁੱਲਿਆ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਸਾਰੇ ਰੋਗ ਪ੍ਰਾਪਤ ਹੋ ਜਾਂਦੇ ਗੱਲਾਂ ਕਰਦਿਆਂ ਵਿਚਾਰ ਕਰਦਿਆਂ ਇੰਨਾ ਰਸ ਬਣਿਆ ਪਿਆ ਨਾ ਮਹਾਰਾ ਜਾਣਦਾ ਮੇਰਾ ਮਨ ਨਹੀਂ ਕਰ ਰਿਹਾ ਕਿ ਇਜਾਜ਼ਤ ਲਈਏ ਤੁਹਾਡੇ ਅਮਲਾਂ ਹਨਾ ਵੀ ਆਪਾਂ ਤੁਹਾਨੂੰ ਅਲਵਿਦਾ ਆਖੀਏ ਜਾਂ ਜਿੱਦਾਂ ਵੀ ਆ ਪਰ ਚਲੋ ਸਮਾ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਮੈਂ ਜਾਣਦਾ ਤੁਹਾਡਾ ਸਮਾਂ ਬਹੁਤ ਕੀਮਤੀ ਆ ਤੁਹਾਡੇ ਕਥਾ ਵਿਚਾਰ ਦਾ ਸਮਾਂ ਰਜ ਤੁਸੀਂ ਗੁਰਦੁਆਰਾ ਸਾਹਿਬ ਚ ਡੇਲੀ ਸੇਵਾ ਕਰਦੇ ਹੋ ਸੋ ਅੱਜ ਦੀ ਫਿਲਹਾਲ ਪੌਡਕਾਸਟ ਨੂੰ ਅੱਜ ਦੇ ਵਿਚਾਰਾਂ ਨੂੰ ਆਪਾਂ ਇੱਥੇ ਹੀ ਰੋਕਦੇ ਆ ਤੇ ਮੈਂ ਉਮੀਦ ਕਰੂੰਗਾ ਕਿ ਜਿੰਨਾ ਰਸ ਮੈਨੂੰ ਬਣਿਆ ਜੋ ਜੋ ਮਜ਼ਾ ਮੈਨੂੰ ਆ ਰਿਹਾ ਅੱਜ ਗੱਲਾਂ ਬਾਤਾਂ ਕਰਦੇ ਆ ਵਿਚਾਰਾ ਸੁਣਦੇ ਆ ਜਿਹੜੀ ਸੰਗਤ ਸਾਡੀ ਇਹ ਪੋਡਕਾਸਟ ਸੁਣੂਗੀ ਉਹਨਾਂ ਨੂੰ ਵੀ ਉਹਨਾ ਹੀ ਰਸ ਆਊਗਾ ਠੀਕ ਹੈ ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਪੋਡਕਾਸਟ ਕਿੱਦਾਂ ਦਾ ਲੱਗਾ ਜਾਂ ਹੋਰ ਵੀ ਜੋ ਤੁਹਾਡੇ ਸਵਾਲ ਹੁੰਦੇ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤਾਜ ਜਿਹੜੇ ਸਾਡੇ ਅਗਲੇ ਮਹਿਮਾਨ ਹੋਣ ਅਸੀਂ ਉਹਨਾਂ ਨਾਲ ਵੀ ਗੱਲਬਾਤਾਂ ਕਰੀਏ ਬਾਕੀ ਮੈਂ ਜ਼ਰੂਰ ਚਾਹਾਂਗਾ ਕਿ ਕਦੀ ਆਪਾਂ ਮੈਂ ਇੱਕ ਹੋਰ ਪੋਡਕਾਸਟ ਤੁਹਾਡੇ ਨਾਲ ਜ਼ਰੂਰ ਕਰਾਂ ਕਿਉਂਕਿ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮੈਨੂੰ ਮਿਲ ਗਏ ਬਹੁਤ ਸਾਰੇ ਸਵਾਲ ਨੇ ਜੋ ਰਹਿੰਦੇ ਨੇ ਬਹੁਤ ਰਸ ਬਣਿਆ ਮੈਂ ਚਾਹਾਂਗਾ ਕਿ ਆਪਾਂ ਦੁਬਾਰਾ ਕਦੀ ਮਿਲ ਬੈਠੀਏ ਇਹ ਰਸ ਫੇਰ ਬਣਾਈਏ ਸੋ ਫਿਲਹਾਲ ਅੱਜ ਦੇ ਪੋਡਕਾਸਟ ਨਾਲ ਆਪਾਂ ਇੱਥੇ ਖਤਮ ਕਰਦੇ ਆਂ ਠੀਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧ